ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਸੱਜਣਾ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਅਤੇ ਵਾਦੀਆਂ ਤਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ। ਭਾਰਤੀ ਸਮਾਂ 6:05 ਹੋ ਚੁੱਕੇ ਨੇ। ਅੱਜ ਸ਼ੁੱਕਰਵਾਰ ਦੀ ਸਵੇਰ 15 ਜੁਲਾਈ ਸਨ 2022 31 ਹਾੜ ਨਾਨਕ ਸ਼ਾਹੀ ਸੰਮਤ 1554 ਨੂੰ ਆਪ ਸਭ ਸੱਜਣਾ ਦਾ ਸਵੇਰ ਦੀ ਸਭਾ ਦੇ ਟਿਵਾਣਾ ਲਾਈਵ ਪ੍ਰੋਗਰਾਮ ਦੇ ਵਿੱਚ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਵੱਲੋਂ ਸਵਾਗਤ ਹੈ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਅਤੇ ਸ਼ਾਮ ਨੂੰ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਇਸ ਲਾਈਵ ਪ੍ਰੋਗਰਾਮ ਦੇ ਦੌਰਾਨ ਆਪਾਂ ਸਿਆਸਤ ਵਿਰਾਸਤ ਦੀਆਂ ਗੱਲਾਂ ਕਰੀਦੀਆਂ ਨੇ ਅਤੇ ਨਾਲ ਚਰਚਾ ਦੇ ਵਾਸਤੇ ਜੁੜਦੇ ਨੇ ਐਡਵੋਕੇਟ ਸੁਰਿੰਦਰ ਸਿੰਘ ਹੋਰੀ। ਅਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tiwanareadio.com ਦੇ ਜ਼ਰੀਏ ਵੀ ਸੁਣ ਸਕਦੇ ਹੋ। ਆਪਣੀ ਵੈਬਸਾਈਟ 'ਤੇ ਭਾਰਤੀ ਸਮੇਂ ਮੁਤਾਬਕ ਸ਼ਾਮੀ 6-7 ਵਜੇ ਦੇ ਆਸ ਪਾਸ ਖਬਰਾਂ ਅਪਲੋਡ ਕਰ ਦਿੱਤੀਆਂ ਜਾਂਦੀਆਂ ਨੇ। ਤੁਸੀਂ ਖਬਰਾਂ ਵੀ ਪੜ੍ਹ ਸਕਦੇ ਹੋ, ਨਾਲ ਨਾਲ ਵੈਬਸਾਈਟ 'ਤੇ ਵੀ ਰੇਡੀਓ ਸੁਣ ਸਕਦੇ ਹੋ। tiwanareadio.com ਵੈਬਸਾਈਟ 'ਤੇ ਤੁਹਾਨੂੰ ਆਪਣੇ ਆਈਫੋਨ ਅਤੇ ਐਂਡਰਾਇਡ ਐਪਸ ਨੇ ਜਿਹੜੀਆਂ ਉਹਨਾਂ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਫੇਸਬੁੱਕ ਅਤੇ ਯੂਟਿਊਬ ਦਾ ਪੇਜ ਮਿਲੇਗਾ ਜਿੱਥੇ ਇਸ ਵਕਤ ਆਪਾਂ ਲਾਈਵ ਹਾਂ। ਉਹ ਪੇਜ ਵੀ ਤੁਸੀਂ ਲਾਈਕ ਕਰ ਸਕਦੇ ਹੋ, ਅੱਗੇ ਸ਼ੇਅਰ ਜ਼ਰੂਰ ਕਰੋ। ਇਸ ਤੋਂ ਬਿਨਾਂ ਜੇ ਤੁਸੀਂ ਅਮੈਰੀਕਾ ਦੇ ਵਿੱਚ ਹੋ ਤਾਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਫੋਨ ਲੈਣ ਦੇ ਜ਼ਰੀਏ ਵੀ ਸੁਣ ਸਕਦੇ ਹੋ। ਅਮੈਰੀਕਾ ਦਾ ਫੋਨ ਨੰਬਰ 6769309060 ਯਾਨੀ ਕਿ 6679309260। ਇਸ ਨੰਬਰ 'ਤੇ ਡਾਇਲ ਕਰਕੇ ਤੁਸੀਂ ਰੇਡੀਓ ਨੂੰ ਸੁਣ ਸਕਦੇ ਹੋ। ਇਸ ਪ੍ਰੋਗਰਾਮ ਦਾ ਯੂਟਿਊਬ ਦਾ ਲਿੰਕ ਜੇ ਆਪਣੇ ਵਟਸਐਪ ਨੰਬਰ 'ਤੇ ਮੰਗਵਾਉਣਾ ਤਾਂ ਆਪਣੇ ਵਟਸਐਪ ਗਰੁੱਪ 'ਚ ਸ਼ਾਮਿਲ ਹੋ ਸਕਦੇ ਹੋ। ਅਤੇ ਉਹ ਆਪਣਾ ਵਟਸਐਪ ਗਰੁੱਪ ਨੰਬਰ ਹੈ 9876306955। ਮੇਰਾ ਸੰਪਰਕ ਨੰਬਰ ਵੀ ਇਹੀ ਹੈ। ਇਸੇ ਨੰਬਰ 'ਤੇ ਤੁਸੀਂ ਲਾਈਵ ਪ੍ਰੋਗਰਾਮ ਦੇ ਦੌਰਾਨ ਕਾਲ ਵੀ ਕਰ ਸਕਦੇ ਹੋ। ਉਹ ਨੰਬਰ ਹੈ 9879876309655 9876306955। ਇਹ ਸੀ ਪ੍ਰੋਗਰਾਮਾਂ ਦੇ ਮੁਤਲਕ ਕੁਝ ਜਾਣਕਾਰੀਆਂ। ਤਾਰੀਖ ਅੱਜ 15 ਜੁਲਾਈ 2022 ਜੁਮੇ ਦੀ ਸ਼ਾਮ 31 ਹਾੜ ਨਾਨਕਸ਼ਾਹੀ ਸੰਮਤ 1554। ਤੇ ਸੰਸਦ ਦੇ ਵਿੱਚ ਕੁਝ ਖਾਸ ਲਫਜ਼ਾਂ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੱਲ ਵੀ ਨੇਤਰ ਸੋਹਰਾ ਨੇ ਜ਼ਿਕਰ ਕੀਤਾ ਸੀ। ਵੈਸੇ ਕੁਝ ਲਫਜ਼ ਨੇ ਜਿਹੜੇ ਕਿਸੇ ਨੂੰ ਚੁੱਭਦੇ ਹੋਣ, ਸੱਭਿਅਕ ਸਮਾਜ ਦੇ ਵਿੱਚ ਉਹਨਾਂ 'ਤੇ ਪਾਬੰਦੀ ਲੱਗਦੀ ਆਈ ਹੈ। 2-3 ਲਫਜ਼ ਨੇ ਜਿਨ੍ਹਾਂ ਦੇ ਬਾਰੇ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਉਹ ਲਫਜ਼ ਆਮ ਲੋਕ ਵਰਤਣ ਲੱਗ ਪਏ ਨੇ। ਇੱਕੋ ਬੀਬੀ ਦੇਵਗਨਾ, ਕਾਫ਼ੀ ਹਲਦੀ ਜੀ ਕਮੇਡੀਅਨ ਹੈ, ਪੰਜਾਬੀ ਫਿਲਮਾਂ 'ਚ ਆਉਂਦੀ ਹੈ, ਅਨੀਤਾ ਦੇਵਗਨ, ਉਹਨੇ ਤਾਂ ਪੋਸਟਰ ਹੀ ਛਾਪ ਦਿੱਤਾ ਸੀ, ਇੱਕ ਫਿਲਮ ਦਾ ਪੋਸਟਰ ਸੀ, ਨਾਲ ਉਹ ਬੁੱਧੂ ਦੀ ਜਗ੍ਹਾ ਵਰਤਿਆ ਜਾਣ ਵਾਲਾ ਲਫ਼ਜ਼ ਆਮ ਵਰਤਿਆ ਜਾਂਦਾ। ਇਸਤਰੀ ਲਿੰਗ ਦੇ ਨਾਲ ਜੁੜਿਆ ਹੋਇਆ ਲਫ਼ਜ਼ ਹੈ। ਮਾਵਾਂ ਪੁੱਤਰਾਂ ਨੂੰ ਕਹੀ ਜਾਂਦੀਆਂ ਨੇ, ਪੁੱਤਰ ਮਾਵਾਂ ਨੂੰ ਕਹੀ ਜਾਂਦੇ ਨੇ, ਭੈਣਾਂ ਭਰਾਵਾਂ ਨੂੰ ਕਹੀ ਜਾਂਦੀਆਂ ਅਤੇ ਭਰਾ ਭੈਣਾਂ ਨੂੰ ਕਹੀ ਜਾਂਦੇ ਨੇ। ਪਰ ਇਹ ਲਫ਼ਜ਼ ਬਹੁਤ ਅਸ਼ਲੀਲ ਹੈ, ਗੰਦਾ ਆ, ਪਰ ਆਮ ਵਰਤਿਆ ਜਾਣ ਲੱਗਾ। ਰੇਡੀਓ 'ਤੇ, ਟੈਲੀਵਿਜ਼ਨ 'ਤੇ ਆਮ ਜਨਤਕ ਸੁਭਾਵਾਂ ਦੇ ਵਿੱਚ ਲੋਕ ਵਰਤਣ ਲੱਗ ਪਏ ਨੇ। ਇਹਦੀ ਜਗ੍ਹਾ ਬੁੱਧੂ ਵਰਤਿਆ ਜਾ ਸਕਦਾ ਹੈ। ਅਤੇ ਹੋਰ 2-3 ਲਫ਼ਜ਼ ਨੇ, ਸਾਲਾ, ਬ੍ਰਦਰ ਨੇ ਲਾਇਆ, ਗੰਦੀ ਗਾਲ ਵੀ ਹੈ। ਇਹ ਲਫ਼ਜ਼ ਆਮ ਲੋਕ ਵਰਤਣ ਲੱਗ ਪਏ ਨੇ, ਕਈਆਂ ਦੀ ਜ਼ੁਬਾਨ ਫਿਸਲਦੀ ਹੈ। ਅਤੇ ਇਸ ਤੋਂ ਇਲਾਵਾ ਬੰਗਾਲੀ ਗਾਲਾਂ ਬਹੁਤ ਕੱਢਦੇ ਨੇ, ਮਾਂ ਭੈਣ ਦੀ ਗਾਲ, ਖਾਸ ਕਰਕੇ ਭੈਣ ਦੀ ਗਾਲ, ਸਾਲਾ ਲਫ਼ਜ਼ ਬੰਗਾਲੀ ਬਹੁਤ ਵਰਤਦੇ ਨੇ। ਬੜਾ ਪਿਆਰਾ ਰਿਸ਼ਤਾ, ਜੋਰੂ ਕਬਾਈ ਇੱਕ ਤਰਫ, ਸਾਰੀ ਖੁਦਾਈ ਇੱਕ ਤਰਫ। ਉਹ ਕਹਿੰਦੇ ਆ ਨਾ ਕਿ ਨਿਕਲੀ ਗੱਲ ਜ਼ੁਬਾਨ ਚੋਂ ਤੇ ਚੱਲਿਆ ਤੀਰ ਕਮਾਨ ਚੋਂ, ਵਾਪਸ ਨਾ ਆਵੇ ਕਦੇ ਬੰਦੇ ਦੀ ਮਾਨਕਾ, ਆਦਤ ਨਾ ਜਾਵੇ। ਇਹ ਲੋਕ ਤੱਥ ਨੇ। ਬਹੁਤ ਸਾਰੇ ਲੋਕਾਂ ਨੂੰ ਘਰਾਂ 'ਚ ਗਾਲਾਂ ਕੱਢਣ ਦੀ ਆਦਤ ਹੁੰਦੀ ਹੈ, ਗਾਲਾਂ ਉਹਨਾਂ ਦੇ ਸੁਭਾਅ 'ਚ ਨੇ। ਪਰ ਜਿਹੜੇ ਸਖ਼ਤ ਸੁਭਾਅ ਦੇ ਲੋਕ ਹੁੰਦੇ ਨੇ, ਗੁੱਸੇਖੋਰ, ਗੁੱਸੇ ਵਾਲੇ ਲੋਕ ਹੁੰਦੇ ਨੇ, ਤਲਖੀ ਲੋਕ ਹੁੰਦੇ ਨੇ, ਉਹਨਾਂ ਦੀ ਜ਼ੁਬਾਨ ਵੀ ਤਲਖ ਹੁੰਦੀ ਹੈ।
ਤੇ ਉਹ ਘਰੇ ਜਿਹੜੀ ਭਾਸ਼ਾ ਵਰਤਦੇ ਨੇ, ਘਰੇ ਜੇ ਔਰਤਾਂ ਨੇ, ਧੀਆਂ ਭੈਣਾਂ ਨੇ, ਤੇ ਉਹ ਲਫ਼ਜ਼ ਗਾਲੀ ਗਲੋਚ ਆਮ ਵਰਤਿਆ ਜਾਂਦਾ। ਕੁਛ ਭਾਈਚਾਰੇ ਵਿਸ਼ੇਸ਼ ਜਿਵੇਂ ਟਰੈਕਿੰਗ ਹੈ, ਹੋਸਟਲ ਨੇ ਬੋਆਇਜ਼ ਕੁੜੀਆਂ ਦੇ, ਮੁੰਡਿਆਂ ਦੇ, ਉਹਨਾਂ 'ਚ ਗਾਲਾਂ ਆਮ, ਲੜਕੀਆਂ ਗਾਲਾਂ ਆਮ ਕੱਢਣ ਲੱਗ ਪਈਆਂ ਨੇ। ਪਰ ਇਹ ਕਿਤੇ ਨਾ ਕਿਤੇ ਕੋਈ ਪਾਬੰਦੀ ਹੋਣੀ ਚਾਹੀਦੀ ਹੈ। ਉਂਗਲ ਖੜੀ ਕਰਨ ਨੂੰ ਸਾਡੇ ਕੋਈ ਜਿੱਤ ਦਾ ਨਿਸ਼ਾਨ ਸਮਝਿਆ ਜਾਂਦਾ, ਥਾਪੀ ਮਾਰ ਕੇ ਉਂਗਲ ਖੜੀ ਕਰਨਾ, ਪਰ ਗੋਰਿਆਂ ਦੇ ਸਮਾਜ 'ਚ ਉਂਗਲ ਖੜੀ ਕਰਨਾ ਗੰਦੀ ਗੱਲ ਹੁੰਦੀ ਹੈ। ਬਾਂਹ ਖੜੀ ਕਰਨਾ ਸਾਡੇ ਸਮਾਜ 'ਚ ਗੰਦੀ ਗੱਲ ਹੈ। ਕੂਣੀ ਥੱਲੇ ਬਾਂਹ ਕਰਨਾ ਜਾਂ ਦੋਨੇ ਬਾਹਾਂ ਜੋੜ ਕੇ ਅਸ਼ਲੀਲ ਇਸ਼ਾਰਾ ਕਰਨਾ, ਪਿੱਛੇ ਜੇ CM ਦੀ ਵੀ ਵਾਇਰਲ ਹੋਈ ਸੀ ਇਸ ਤਰ੍ਹਾਂ ਇਸ਼ਾਰਾ ਕਰਦਿਆਂ, ਇਸ ਗੱਲ ਨੂੰ ਲੈ ਕੇ ਕਤਲ ਹੋ ਜਾਂਦੇ ਨੇ। ਅਤੇ ਫਿਰ ਕਿਉਂ ਨਾ ਇਸ ਤਰ੍ਹਾਂ ਦੇ ਲਫ਼ਜ਼ ਵਰਤਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਕਈ ਵਾਰੀ ਅਸੀਂ ਘਰਾਂ ਦੇ ਵਿੱਚ ਵਰਤਦੇ ਹਾਂ ਅਤੇ ਉਹੀ ਸਹਿ ਸੁਭਾਅ ਬਾਹਰ ਵਰਤ ਬੈਠਦੇ ਹਾਂ। ਜਨਰਲ JJ ਸਿੰਘ ਜਦੋਂ ਇਲੈਕਸ਼ਨ ਲੜਨ ਲੱਗੇ ਪਟਿਆਲਾ, ਉਹਨਾਂ ਨੇ ਆਪਣੇ ਆਪ ਨੂੰ ਗਾਲ ਕੱਢੀ ਅਤੇ ਉਹ ਕਿੰਨੇ ਵਾਇਰਲ ਹੋਏ, ਬਹੁਤ ਡਿਫੇਮ ਬਦਨਾਮੀ ਪੱਲੇ ਪਈ। ਅਵਤਾਰ ਸਿੰਘ ਮੱਕੜ SGPC ਪ੍ਰਧਾਨ, ਉਹਨਾਂ ਨੇ ਇੱਕ ਬਾਬਾ ਨੂੰ ਲੈ ਕੇ ਕੁਛ ਲਫ਼ਜ਼ ਬੋਲਿਆ ਗਾਲ ਵਾਲਾ, ਉਹ ਟ੍ਰੋਲ ਹੋਏ, ਮਾਫ਼ੀਆਂ ਮੰਗੀਆਂ ਗਈਆਂ। ਓਂਕਾਰ ਸਿੰਘ ਥਾਪਰ ਕੋਈ ਇੰਟਰਵਿਊ ਦਿੰਦੇ ਸੀ ਡਿਸਕ੍ਰਿਮੀਨੇਸ਼ਨ ਦੇ, ਪੱਖਪਾਤ ਦੇ ਔਰਤਾਂ ਦੇ ਮੁਤਲਕ, ਪਰ ਆਪਣੀ ਘਰ ਵਾਲੀ ਜਿਹੜੀ ਕਿਚਨ 'ਚ ਕੰਮ ਕਰਦੀ ਸੀ, ਭਾਂਡੇ ਖੜਕਦੇ ਸੀ, ਉਹਨਾਂ ਦੀ ਪਾਰਟੀ ਦੇ PTC ਚੈਨਲ ਸੀ, ਉਸ 'ਤੇ ਉਹ ਵਾਇਰਲ ਹੋ ਗਈ ਰਿਕਾਰਡਿੰਗ। ਓਂਕਾਰ ਸਿੰਘ ਥਾਪਰ ਬੜੇ ਡਿਫੇਮ ਹੋਏ। ਵਿਕਰਮ ਸਿੰਘ ਮਜੀਠੀਆ ਵਿਧਾਨ ਸਭਾ 'ਚ ਗਾਲਾਂ ਕੱਢੀਆਂ ਰਾਣਾ ਗੁਰਜੀਤ ਨੂੰ, ਮਰਿਆਦਾ ਦਾ ਮੁੱਦਾ ਉੱਠਿਆ ਅਤੇ ਨਹੀਂ ਕੁਛ ਬਣਿਆ, ਕਿਉਂਕਿ ਸਪੀਕਰ ਸਾਹਿਬ ਕਹਿੰਦੇ ਮੈਂ ਤਾਂ ਕੁਛ ਸੁਣਿਆ ਹੀ ਨਹੀਂ, ਕਿਉਂਕਿ ਸੱਤਾਧਾਰੀ ਸਪੀਕਰ ਨੂੰ ਸੱਤਾਧਾਰੀ ਧਿਰ ਦੀ ਜਾਂ ਤਕੜੇ ਬੰਦਿਆਂ ਦੀ ਕੋਈ ਗੱਲ ਬੁਰੀ ਉਹ ਨਹੀਂ ਲੱਗਦੀ ਹੁੰਦੀ। ਇਹ ਕਾਰਨ ਵਾਪਰਦੇ ਕਿਉਂ ਨਹੀਂ? ਲੋਕ ਜੇ ਕੋਈ ਗੰਦਾ ਬੋਲੂਗਾ, ਮਾਵਾਂ ਕਹਿਣਗੀਆਂ ਸਾਡਾ ਬੱਚਾ ਤਾਂ ਬੜਾ ਸ਼ਰਾਰਤੀ ਹੈ, ਉਹਦੀ ਕੁਆਲਿਟੀ ਦੱਸਦੀਆਂ ਨੇ। ਉਹ ਇੱਕ ਗਾਣਾ ਵੀ ਆਇਆ, ਕਿਹਦਾ ਮਨ ਕਿਹਦਾ ਤੌਲਕਦਾ ਕਿਹਦਾ, ਪਹਿਲੀ ਗਾਲ ਕੱਢਣੀ ਚਾਚੇ ਨੇ ਸਿਖਾਈ, ਹੈ ਨਾ, ਜਵਾਨ ਹੋ ਗਿਆ ਮੁੰਡਾ। ਅਤੇ ਜਦੋਂ ਗਾਲ ਕੱਢ ਲੈਂਦੇ ਹੈ ਨਾ, ਫਿਰ ਅਗਲਾ ਜਾਨ ਕੱਢ ਲੈਂਦਾ, ਜਾਬਾਂ ਭੰਨ ਦਿੰਦਾ, ਮਾਰ ਕੇ ਮੁੱਕੀ ਜਬਾੜਾ ਸੁੱਕੀ ਮੱਕੀ ਦੇ ਦਾਣਿਆਂ ਵਾਂਗੂ ਖਿਲਾਰ ਦਿੰਦਾ। ਅਤੇ ਨਿੱਕੀ ਜਿਹੀ ਕੁਤਾਹੀ ਵੱਡੀ ਲਾਪਰਵਾਹੀ ਹੋ ਜਾਂਦੀ ਹੈ। ਤੈਸ਼ ਕੀਤੀ ਗੱਲ ਕਦੇ ਭੁੱਲਦੀ ਨਹੀਂ। ਸੋ ਇਹ ਚੀਜ਼ਾਂ ਬੜੀਆਂ ਸਮਾਜ ਦੇ ਵਿੱਚ ਵੀ ਰੁਕਣੀਆਂ ਚਾਹੀਦੀਆਂ ਨੇ, ਪਰ ਪਾਰਲੀਮੈਂਟ 'ਚ ਵੀ ਇਹ ਚੀਜ਼ਾਂ ਆਮ ਹੋਣ ਲੱਗ ਪਈਆਂ ਨੇ। BJP ਸੱਤਾਧਾਰੀ ਹੈ, ਘਾਟੇ ਵੀ ਨਹੀਂ ਕਰਦੀ, ਦੁੱਧ ਧੋਤੀ ਬਣੀ ਹੈ। ਇਹਨਾਂ ਨੇ ਆਪਣੇ ਆਪ ਨੂੰ ਰਾਮਜ਼ਾਦੇ ਯਾਨੀ ਕਿ ਸ਼੍ਰੀ ਰਾਮ ਦੀ ਲਾਤ ਅਤੇ ਦੂਸਰਿਆਂ ਨੂੰ ਹਰਾਮਜ਼ਾਦੇ ਆਖਿਆ ਸੀ। ਕਿਸਾਨਾਂ ਨੂੰ ਅੰਦੋਲਨ ਜੀ ਵੀ ਆਖਿਆ ਸੀ ਪ੍ਰਧਾਨ ਮੰਤਰੀ ਨੇ, ਪਰ ਜਦੋਂ ਹੁਣ ਅਗਲੇ ਕਹਿਣ ਲੱਗ ਪਏ ਤਾਂ ਫਿਰ ਦੁੱਧ ਧੋਤੇ ਹੋ ਗਏ। ਕਹਿੰਦੇ ਜੁਮਲਾ ਜੀ ਵੀ ਲਫ਼ਜ਼ ਵੀ ਬੈਨ ਹੋਵੇ। ਗੱਲ ਇਹ ਹੈ ਨਾ, ਜੇ ਇੱਕ ਉਂਗਲ ਕਰਦੇ ਹੋ ਤਿੰਨ ਆਪਣੇ ਵੱਲੋਂ ਆਉਂਦੀਆਂ, ਫਿਰ ਤਕਲੀਫ ਹੁੰਦੀ ਹੈ। ਅਤੇ ਹੁਣ ਸੰਸਦ ਦਾ ਸੈਸ਼ਨ 18 ਤਰੀਕ ਨੂੰ ਸ਼ੁਰੂ ਹੋਣਾ ਹੈ। BJP ਨੂੰ ਪਤਾ ਕਿ ਘੱਟ ਅਸੀਂ ਵੀ ਨਹੀਂ ਕਰਦੇ ਅਤੇ ਫਿਰ ਅਗਲਿਆਂ ਨੇ ਵੀ ਇਹੀ ਕੁਛ ਕਰਨਾ ਹੈ, ਅਤੇ ਆਪਣੀ ਵਾਰੀ ਨੂੰ ਫਿਰ ਕਾਨੂੰਨ ਬਣ ਜਾਂਦਾ ਹੈ। ਜਿਵੇਂ ਕੱਲ੍ਹ ਵੀ ਆਪਾਂ ਜ਼ਿਕਰ ਕੀਤਾ ਸੀ ਕਿ SSP MS ਢਿੱਲੋਂ ਨੇ ਪੜਨਾ ਦੇ, ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਿ ਜਿਹੜੇ ਫੜੇ ਗਏ ਕੁਛ ਲੋਕ ਨੇ ਮੁਸਲਿਮ ਭਾਈਚਾਰੇ ਦੀ ਟ੍ਰੇਨਿੰਗ ਕਰਦੇ ਸੀ, ਜਿਵੇਂ RSS ਟ੍ਰੇਨਿੰਗ ਕਰਦੀ ਹੈ, ਆਖਿਰ ਪ੍ਰਧਾਨ ਮੰਤਰੀ ਦਾ ਕਤਲ ਕਰਨਾ ਚਾਹੁੰਦੇ ਸੀਗੇ। ਇੱਕ ਦਰੋਗੇ ਸਮੇਤ ਕੁਛ ਲੋਕ ਫੜੇ ਗਏ, SSP ਜਿਹੜੇ MS ਢਿੱਲੋਂ ਨੇ ਪਟਨਾ ਦੇ, ਕਾਬਲ ਅਫਸਰ ਨੇ, 2009 ਬੈਚ ਦੇ IPS ਨੇ, ਅਤੇ ਉਹਨਾਂ ਨੇ ਇਹ ਉਦਾਹਰਣ ਦੇ ਦਿੱਤੀ ਕਿ RSS ਦੀ ਤਰ੍ਹਾਂ ਇਹ ਵੀ ਫਿਜ਼ੀਕਲ ਟ੍ਰੇਨਿੰਗ ਦਿੰਦੇ ਨੇ, ਯਾਨੀ ਕਿ ਸ਼ਾਖਾ ਲਾਉਂਦੇ ਨੇ ਮੁਸਲਿਮ ਭਾਈਚਾਰੇ ਦੀ, ਹਾਲਾਂਕਿ ਕੋਈ ਉਹਨਾਂ ਤੋਂ ਹਥਿਆਰ ਨਹੀਂ ਬਰਾਮਦ ਕੀਤਾ ਗਿਆ। ਇੱਕ ਰਿਟਾਇਰਡ ਦਰੋਗਾ, ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, RSS ਜਿਵੇਂ ਆਪਣੇ ਧਰਮ ਦਾ ਪ੍ਰਚਾਰ ਕਰਦੀ ਹੈ, ਐਂ ਹੀ ਉਹ ਸਵੇਰੇ ਸਵੇਰੇ ਮੁੰਡਿਆਂ ਨੂੰ ਇਕੱਠੇ ਕਰਕੇ ਧਰਮ ਦੀ ਤਲਖੀ ਸਿੱਖਿਆ ਦਿੰਦੇ ਹੋਣੇ ਆ, ਅਤੇ ਐਕਸਰਸਾਈਜ਼ ਕਰਾਉਂਦੇ ਹੋਣੇ ਆ, ਡਾਂਗਾਂ ਚਲਾਉਣੀਆਂ ਸਿਖਾਉਂਦੇ ਹੋਣੇ ਆ, ਛੁਰੇ ਚਲਾਉਣੇ ਸਿਖਾਉਂਦੇ ਹੋਣੇ ਆ, ਜਿਵੇਂ RSS ਡਾਂਗਾਂ ਚਲਾਉਣੀਆਂ ਸਿਖਾਉਂਦੀ ਹੈ। SSP ਮਨਜਿੰਦਰ ਸਿੰਘ ਢਿੱਲੋਂ ਹੋਰਾਂ ਦਾ ਕਸੂਰ ਇਹੀ ਹੋ ਗਿਆ, ਨਵੇਂ ਮੁੰਡੇ ਤਾਂ ਨਹੀਂ ਕਹੇ ਜਾ ਸਕਦੇ, 2009 ਬੈਚ ਦੇ IPS ਨੇ, ਪਰ ਫਿਰ ਵੀ ਯੰਗ ਨੇ, ਤਜਰਬਾ ਸੀ, ਪਰ ਪੰਜਾਬੀ ਕਿਉਂਕਿ ਗੱਲ ਸਪੱਸ਼ਟ ਕਹਿਣ ਦੀ ਆਦਤ ਹੈ, ਗੋਲ ਮੋਲ ਨਹੀਂ ਕਰਦੇ,
ਕਹਿੰਦੇ ਜਿਵੇਂ RSS ਟ੍ਰੇਨਿੰਗ ਲਾਉਂਦੀ ਹੈ ਇਸੇ ਤਰ੍ਹਾਂ ਇਹ ਵੀ ਟ੍ਰੇਨਿੰਗ ਲਾਉਂਦੇ ਸੀ ਆਪਣੇ। RSS ਉਹਨਾਂ ਦੇ ਮਗਰ ਪੈ ਗਈ ਕਿ ਇਹਦਾ ਦਿਮਾਗ ਖਰਾਬ ਹੋ ਗਿਆ, ਇਹ ਮਾਨਸਿਕ ਸਿੱਖ ਹੈ, ਇਹ ਫਲਾਂ ਆ ਟਮਕਾਂ ਆ। ਸੋ ਉਸ ਸਿਲਸਿਲੇ ਨੂੰ ਲੈ ਕੇ, ਕਿਉਂਕਿ ਪੰਜਾਬੀ ਜਾਂ ਬੰਗਾਲੀ ਜਿਹੜੀ ਗੱਲ ਮੂੰਹ 'ਤੇ ਆ ਜਾਂਦੀ ਹੈ, ਫਟਾਕ ਦੇਣੇ ਕਹਿ ਦਿੰਦੇ ਨੇ, ਉਹ ਗੱਲ ਮਹਿੰਗੀ ਬਹੁਤ ਪੈਂਦੀ ਹੈ। ਅਤੇ ਹੁਣ SSP ਦੇ ਖਿਲਾਫ ਜਾਂਚ ਹੋਣ ਦੀ ਗੱਲ ਚੱਲੀ ਹੈ। ਇਸੇ ਦੌਰਾਨ ਇਹ ਜਿਹੜਾ ਜ਼ੁਬਾਨ ਅਤੇ ਜਾਬਤਾ ਕਿਸੇ ਨਾ ਕਿਸੇ ਤਰ੍ਹਾਂ ਜ਼ਰੂਰੀ ਵੀ ਹੈ, ਪਰ ਹੁਣ ਜਿਵੇਂ ਕੁਝ ਖਾਸ ਲਫਜ਼ਾਂ 'ਤੇ ਉਹਨਾਂ ਦੀ ਵਰਤੋਂ 'ਤੇ ਸੰਸਦ ਦੇ ਵਿੱਚ ਪਾਬੰਦੀ ਲੱਗ ਗਈ ਹੈ, ਜਿਵੇਂ ਜੁਮਲਾ ਜੀ ਵੀ ਹੈ, ਬਾਲ ਬੁੱਧੀ ਹੈ, ਕੋਵਿਡ ਫੈਲਾਉਣ ਵਾਲਾ ਜਿਹੜਾ ਇਸਲਾਮ ਦੇ ਬਾਰੇ ਕਿਹਾ ਗਿਆ, ਜੁਮਲਾ ਜੀ ਵੀ ਬੁੱਧੀਆਂ ਨੂੰ ਇਹਨਾਂ ਨੂੰ ਮੋਦੀ ਲਾਣੇ ਨੂੰ ਕਿਹਾ ਜਾਂਦਾ, ਕਿਉਂਕਿ ਕਿਸਾਨਾਂ ਨੂੰ ਇਹਨਾਂ ਨੇ ਅੰਦੋਲਨ ਜੀ ਵੀ ਆਖਿਆ ਸੀ ਪ੍ਰਧਾਨ ਮੰਤਰੀ ਨੇ ਆਪ। ਪਰ ਇਹ ਲਫਜ਼ਾਂ ਦੇ ਸ਼ੁਰੂਆਤੀ ਜਨਮਦਾਤਾ ਅਤੇ BJP ਹੈ ਨਾ ਜੁਮਲਾ ਜੀ ਵੀ ਦੀ, ਇਹਨਾਂ ਨੇ ਅੰਦੋਲਨ ਜੀ ਵੀ ਆਖਿਆ ਅਤੇ ਅਗਲਿਆਂ ਨੇ ਜੁਮਲਾ ਜੀ ਵੀ ਕਹਿ ਦਿੱਤਾ। ਬਾਲ ਬੁੱਧੀ ਇਹ ਟਾਰਗੇਟ ਕੀਤਾ ਜਾਂਦਾ ਸੀਗਾ ਰਾਹੁਲ ਨੂੰ, ਖਾਸ ਕਰਕੇ ਕੋਵਿਡ ਫੈਲਾਉਣ ਵਾਲੇ ਇਸਲਾਮ ਨੂੰ ਸ਼ਰਮਿੰਦਾ ਲਫਜ਼, ਅਪਮਾਨਜਨਕ, ਧੋਖੇਬਾਜ਼, ਭ੍ਰਿਸ਼ਟ, ਨਾਟਕਬਾਜ਼, ਪਖੰਡ, ਅਯੋਗ, ਇਹ ਜਿਹੜੇ ਲਫਜ਼ ਨੇ ਰਾਜਸਭਾ ਦੇ ਵਿੱਚ ਗੈਰ ਸੰਸਦੀ ਮੰਨੇ ਜਾਣਗੇ। ਇਸ ਸਬੰਧੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਐਮ ਵੰਕਈਆ ਨਾਇਡੂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫੈਸਲੇ 'ਤੇ ਇਸ 'ਤੇ ਨਜ਼ਰਸਾਨੀ ਕਰਨ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਫੈਸਲੇ ਨੂੰ ਨਵੇਂ ਭਾਰਤ ਦੀ ਨਵੀਂ ਡਿਕਸ਼ਨਰੀ ਵੀ ਐਲਾਨ ਦਿੱਤਾ ਕਿ ਇਹ ਭਾਰਤ ਦੀ ਨਵੀਂ ਡਿਕਸ਼ਨਰੀ ਹੈ ਜਿਸ 'ਤੇ ਇਸ ਤਰ੍ਹਾਂ ਦੇ ਲਫਜ਼ਾਂ 'ਤੇ ਜਿਹੜਾ ਵਰਤੋਂ 'ਤੇ ਪਾਬੰਦੀ ਲਗਾਈ ਗਈ ਹੈ, ਇਹਨਾਂ ਨੂੰ ਸੰਸਦ ਦੀ ਕਾਰਵਾਈ 'ਚੋਂ ਕੱਢ ਦਿੱਤਾ ਜਾਵੇਗਾ। ਇਸ ਸਬੰਧੀ ਲੋਕ ਸਭਾ ਸਕੱਤਰੇਤ ਵੱਲੋਂ ਗੈਰ ਸੰਸਦੀ ਸ਼ਬਦ 2021 ਦੇ ਸਿਰਲੇਖ ਹੇਠ ਅਜਿਹੇ ਸ਼ਬਦਾਂ ਦਾ ਇੱਕ ਕਿਤਾਬਚਾ ਜਾਰੀ ਕਰ ਦਿੱਤਾ ਗਿਆ ਕਿ ਇਹਨਾਂ ਇਹਨਾਂ ਲਫਜ਼ਾਂ 'ਤੇ ਪਾਬੰਦੀ ਹੋਇਆ ਕਰੇਗੀ। ਦੇਖੋ, ਇਹ ਚੀਜ਼ਾਂ ਨਫ਼ਰਤ ਵਧਾਉਂਦੀਆਂ ਨੇ। ਕਿਸੇ ਨੂੰ ਤੁਸੀਂ ਮੰਦਬੁੱਧੀ ਆਖੋ, ਕਿਸੇ ਨੂੰ ਤੁਸੀਂ ਪਰਸਨਲ ਕਮੈਂਟ ਕਰੋ, ਪਹਿਲਾਂ ਵੀ ਪਿਛਲੇ ਸੈਸ਼ਨ 'ਚ ਵੀ ਕਈ ਸ਼ਬਦਾਂ 'ਤੇ ਪਾਬੰਦੀ ਲੱਗੀ ਸੀ ਅਤੇ ਹੁਣ ਵੀ ਉਹ ਕੁਛ ਵੱਡੀ ਤਾਦਾਦ 'ਚ ਕਰਨਾ ਪਿਆ। ਅਤੇ ਇਸ ਸਬੰਧੀ ਗੈਰ ਸੰਸਦੀ ਵਾਕ ਦੀ ਮਿਸਾਲ ਦਿੰਦਿਆਂ ਕਿ ਜਦੋਂ ਉਸ ਝੂਠ ਦੀ ਅਤੇ ਯੋਗਤਾ ਦਾ ਪਰਦਾ ਫਾਸ਼ ਹੋ ਗਿਆ ਹੋਵੇ ਤਾਂ ਜੁਮਲਾ ਜੀ ਵੀ ਤਾਨਾਸ਼ਾਹ ਮਗਰ ਮੱਛਾਂ ਦੇ ਹੰਝੂ ਵਹਾਉਂਦਾ। ਅਤੇ ਇਸੇ ਤਰ੍ਹਾਂ ਕਾਂਗਰਸ ਦੇ ਜੈਰਾਮ ਰਮੇਸ਼ ਨੇ ਟਵੀਟ ਕਰਕੇ ਆਖਿਆ ਕਿ ਮੋਦੀ ਸਰਕਾਰ ਸੱਚਾਈ ਨੂੰ ਦਿਖਾਉਣ ਲਈ ਵਿਰੋਧੀ ਧਿਰ ਵੱਲੋਂ ਵਰਤੇ ਜਾਣ ਵਾਲੇ ਸਾਰੇ ਸ਼ਬਦ ਹੁਣ ਗੈਰ ਸੰਸਦੀ ਮੰਨਦੀ ਹੈ ਅਤੇ ਹੁਣ ਅੱਗੇ ਕੀ ਵਿਸ਼ਵਗੁਰੂ, ਕਿਉਂਕਿ ਉਹ ਵਿਸ਼ਵਗੁਰੂ ਕਹਿੰਦੇ ਸੀ, ਇਹਨਾਂ ਨੇ ਵਿਸ਼ਵਗੁਰੂ ਕਹਿ ਦਿੱਤਾ ਕਿ ਜ਼ਹਿਰੀ ਹੈ। ਕਿਉਂਕਿ ਪਿੱਛੇ ਜੇ ਅਮਿਤ ਸ਼ਾਹ ਦਾ ਬਿਆਨ ਸੀ ਕਿ ਮੋਦੀ ਸਾਹਿਬ ਨੇ ਜ਼ਹਿਰ ਨੂੰ ਕੰਠ ਕਰ ਲਿਆ, ਜ਼ਹਿਰ ਪੀ ਲਿਆ, ਇੰਨਾ ਤਸ਼ੱਦਦ ਚੱਲਿਆ, ਇਸੇ ਕਰਕੇ ਉਹਨਾਂ ਦੇ ਸ਼ਿਵਜੀ ਨਾਲ ਤੁਲਨਾ ਦੇ ਦਿੱਤੀ ਕਿ ਉਹ ਇੰਨੇ ਸੱਚੇ ਸੁੱਚੇ ਹੋ ਗਏ ਨੇ, ਹੈ ਨਾ। ਇਸੇ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਹੁਣ ਮਾਸਟਰ ਸਟ੍ਰੋਕ ਆਖਿਆ ਜਾਏਗਾ, ਹੁਣ ਜਿਮਲਾ ਜੀ ਵੀ ਨਹੀਂ ਕਿ ਤੁਹਾਡਾ ਧੰਨਵਾਦ ਬੋਲਿਆ ਜਾਵੇਗਾ। ਇਸੇ ਤਰ੍ਹਾਂ ਮਲਕਰਜਨ ਖੜਗੇ ਨੇ, ਕਾਂਗਰਸ ਆਗੂ ਨੇ, ਉਹਨਾਂ ਨੇ ਵੀ ਸੰਸਦੀ ਕਾਰਵਾਈ ਦੇ ਨਿਯਮਾਂ ਨਾਲ ਜੁੜੇ ਪਹਿਲਾਂ ਤੋਂ ਇੱਕ ਕਿਤਾਬਚਾ ਆਲਰੇਡੀ ਸਰਕਾਰ ਕੋਲ ਹੈਗਾ, ਜੇ ਸਰਕਾਰ ਨਵਾਂ ਥੋਪਣਾ ਚਾਹੁੰਦੀ ਹੈ ਤਾਂ ਫਿਰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਤ੍ਰਿਮੂਲ ਕਾਂਗਰਸ ਦੇ ਆਗੂ ਡੈਰਕ ਓਬਰਾਇਨ ਨੇ ਆਖਿਆ ਕਿ ਸੰਸਦ ਦਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਪਾਬੰਦੀ ਲਾਉਣਾ ਕਿ ਹੁਣ ਸਾਨੂੰ ਸੰਸਦ ਦੇ ਵਿੱਚ ਆਪਣੀ ਗੱਲ ਰੱਖਦਿਆਂ ਸ਼ਰਮਿੰਦਾ, ਵਿਸ਼ਵਾਸਘਾਤ, ਭ੍ਰਿਸ਼ਟ, ਪਖੰਡ ਅਤੇ ਅਯੋਗ ਆਦਿ ਬੁਨਿਆਦੀ ਸ਼ਬਦਾਂ ਦੀ ਇਜਾਜ਼ਤ ਵੀ ਨਹੀਂ ਹੋਵੇਗੀ। ਹੁਣ ਜੇ ਕੋਈ ਕਰਪਸ਼ਨ ਕਰਦਾ ਤਾਂ ਉਹਨੂੰ ਭ੍ਰਿਸ਼ਟ ਨਹੀਂ ਆਖੋਗੇ ਤਾਂ ਹੋਰ ਕੀ ਕਹੋਗੇ, ਬੇਬੁਨਿਆਦ ਨਹੀਂ ਆਖੋਗੇ ਕਿ ਤੁਹਾਡੀ ਇਸ ਕਾਰਵਾਈ ਤੋਂ ਅਸੀਂ ਸ਼ਰਮਿੰਦਾ ਹਾਂ, ਸ਼ਰਮਿੰਦਾ 'ਤੇ ਵੀ ਪਾਬੰਦੀ ਲਗਾਓ। ਕਾਂਗਰਸ ਦੇ ਨਾਲ ਨਾਲ ਸ਼ਿਵ ਸੈਨਾ ਦੇ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਵੀ ਤੰਜ ਕੀਤਾ ਕਿ ਕਰੀਏ ਤਾਂ ਕੀ ਕਰੀਏ, ਬੋਲੀਏ ਤਾਂ ਕੀ ਬੋਲੀਏ, ਸਿਰਫ ਵਾਹ ਮੋਦੀ ਜੀ ਵਾਹ। ਇਹ ਪਾਪੂਲਰ ਮੀਮ ਹੁਣ ਸੱਚਾਈ ਬਣ ਰਿਹਾ। ਬਹੁਜਨ ਸਮਾਜ ਪਾਰਟੀ ਦੇ ਮੈਂਬਰ ਦਾਨਿਸ਼ ਅਲੀ ਨੇ ਇਸ ਸਬੰਧੀ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਕਿ ਸੰਸਦ ਦੇ ਨਵੇਂ ਨਿਯਮਾਂ ਮੁਤਾਬਕ ਅੰਦੋਲਨ ਜੀ ਵੀ ਸੰਸਦੀ ਭਾਸ਼ਾ ਹੈ ਪਰ ਜੁਮਲਾ ਜੀ ਵੀ ਗੈਰ ਸੰਸਦੀ ਹੈ, ਕਿ ਤੁਸੀਂ ਸੰਸਦ ਦੇ ਵਿੱਚ ਅੰਦੋਲਨ ਜੀ ਵੀ ਕਹਿ ਸਕਦੇ ਹੋ ਪਰ ਜੁਮਲਾ ਜੀ ਵੀ ਨਹੀਂ ਕਹਿ ਸਕਦੇ, ਕਿਉਂਕਿ ਅੰਦੋਲਨ ਜੀ ਵੀ ਲਫਜ਼ ਪ੍ਰਧਾਨ ਮੰਤਰੀ ਨੇ ਘੜਿਆ ਸੀ
ते मैं उसे दिन उसका जवाब जुमला जीवी के तौर पर किया। सो ये इंदिरा ने जिहड़ी एमरजेंसी लाई सी उस एमरजेंसी नूं हुण इस तरह संसदी भाषा दे मामलों च लिया के पेश कर लगे ने। सुरेंद्र भाई जी स्वागत, सत श्री अकाल। सत श्री अकाल, मेहरबानी जी। मैनू लगदी आ हुण मीडिया नूं भी गाइडलाइन आउणगीआं, संसद नूं तां आ गईआं कि इह वी हुण मोदी साहब की आ आलोचना करनी आ ते आ नहीं करनी। जिवें अदालत दा आपां तां खैर बड़ा वरतदे नहीं, पता ही है अदालतां च वी की हुंदा है। आ निर्मल कांड किहनूं भुल्लिआ, जज इत्थे कट्टे मंगदे रहे ने, जज इत्थे लोक सभा दे मैंबर बणदे रहे ने, ते जज इत्थे पार्टियां दे MLA बण लई तरसदे ने, बांदरां दे कहे ते फैसला करदे ने। ते इस दौरान हुण मीडिया ते भी एक भाषा लागू हो जाणी है कि जिस किसी ने लफ्ज़ बोलिया, वैसे तां हुण जिवें कतल तुसी लिखदे हो तां तुहाडा जिहड़ा प्रमोट नहीं हुंदा, उह कक्का विच क्रॉस का निशान पा दिता जाता पॉजिटिव का जां जमां का, तत्ता लला कतल गैप पा के लिख दिओ, है ना, बलात्कार लिखण लगे बिच गैप पा दिओ, नहीं तो कंप्यूटर चक लैंदा वो तुहाडा ब्लॉक कर दिंदा बहुत सारे लफ्ज़, क्योंकि हुण जिवें आपां बोलदे हां वो नाल दी नाल तुसी वेखो हिंदी च अंग्रेजी चो ट्रांसलेशन आई जांदी है। बहुत सारे लफ्ज़ जिवें अतवाद आ, वायलेंस आ, अगजनी है, वो चीज़ां ने जिहड़ियां वो जदों तुसी बोलदे हो ते तुहाडे यूट्यूब जिहड़ा हैगा उसनूं फिर होर पद्धर ते लै जांदा है। बंदा बोले तां की बोले, भ्रिष्टाचार वध रिहा देश दे विच, ते भ्रिष्टाचार नूं जे भ्रिष्टाचारी नहीं बोलेगा तां बोले की बोले। जिहड़े जुमले छड्डदे ने जुमलेबाजी, उहनूं फिर जुमला जीवी क्यों ना किहा जावे। जे तुसी अंदोलन जीवी प्रधानमंत्री साहब कह सकदे हो ते फिर लोक तुहाडे जुमलिआं नूं जुमला जीवी क्यों ना कहण। ये इंदिरा दे वारस नहीं ते होर की ने। इंदिरा ने एलानी एमरजेंसी लाई सी ते ये उही साम दाम दंड भेद टेढ़े तरीके नाल लाउंदे ने। पर इन्हां नूं पुछे कि तुहाडे जिहड़े लानती लाणे ने हरामजादे आख्या सी दूसरिआं नूं अपने आप नूं छड्ड के, वह हरामजादे कौन हुंदे ने जी? इस हिसाब नाल तां मैं जिक्र करांगा कि जदों हुण तां नियोग ब्याह बंद ने, जदों परशुराम ने खत्री भाईचारे का 18 वारी शायद वध कीता, वह खत्री भाईचारा पूरा खत्म कर दिता, तो फिर खत्रियों का खात्मा हो गया। तो फिर कुछ पंडतां ने नियोग विआह दे राहीं, जाने इलीगल नजायज विआह दे राहीं खत्रियों दी औरतां दे नाल संबंध बनाए, तो फिर खत्रियों के वंश अगों चले। जिहड़ा अपने प्यो का वारस ना होवे वह हरामजादा हुंदा है। आए हिसाब नाल तां फिर किन्ने लोग की ने, ये धर्म च आउंदा कोई मैं नहीं कहिंदा। जे इस तरह की व्याख्या करन लगो तो बड़ा कुछ बैन होएगा। किस पासे नूं जा रहा ये भारत, ये विश्व गुरु विश्व गुरु नहीं है ते होर की है जी? सुरेंद्र तुसीं गल पार्लीमेंट दी छोई नाल ही तुसीं जुडिशरी दी छोई ते जुडिशरी से शुरू करके पार्लीमेंट ते पहुंचता। पटियाला ते फतेहगढ़ साहब च इक CGM बहुत मशहूर होया सीगा बेचारा, पर जब सीट ते सिलेक्शन हो गई सी ओदी ते बनना तो उन्हें सैशन जज सी, पर CGM हुंदिआं ही ओनू नौकरी तो डिसमिस करना पिया सी। ओदा कारण सी ना तां उस कोर्ट दे विच संबंधर थाने दे नाल दा कोई भी मुलाजम जिहड़ा नैब कोर्ट दे तौर ते नहीं सी आउंदा, कहिंदा जी बहुत दुखी करदा, ओ तूड़ी दी ट्राली मंगदा, उहने मझ रखी होई आ सरकारी कोठी दे विच, ते ना ही कोई जिहड़ा IO सीगा ओह उत्थे गवाही ते आउंदा सीगा। ओ कहिंदा सी कि बदली हो लैण दो, जिन्नी देर लटका सकदे लटका लो, जे मैं चला गया ते मैनू एक तूड़ी ट्राली दी देनी पैणी आ। ते संघ बहुत करदा, गवाही उहने लैणी नहीं ते मैनू बिठा के शाम नूं तोड़ देना, अगली तरीक पा देनी, कहना उस तों पहला तूड़ी दी ट्राली लै के आ फिर तेरा खेड़ा छड्डांगा। अखीर CGM तक ही पहुंचा, CGM तक पहुंचदा पहुंचदा अखीर सरकार नूं ओह जिहड़ा सीगा नौकरी तो डिसमिस करना पै गया सी। हालत सी साडे समाज दी। दूसरी गल जदों कि इह सी कि सरकारी कोठी दे विच मज रखी ही नहीं सी जा सकदी, पर गल इह सी कि चाहे ओह पटियाला सी चाहे फतेहगढ़ साहब सी, जिथे जांदा सी
ਤੇ ਮੱਝ ਵੀ ਵਿਚਾਰੇ ਪੁਲਿਸ ਵਾਲਿਆਂ ਨੂੰ ਉਹਦੀ ਛੱਡ ਕੇ ਆਉਣੀ ਪੈਂਦੀ ਸੀ। ਸੋ ਇਹ ਦੁਨੀਆਦਾਰੀ ਆ, ਦੁਨੀਆਦਾਰੀ ਦੇ ਰੰਗ ਬੜੇ ਅਜੀਬ ਆ, ਤੇ ਜਿਹੜਾ ਵੀ ਆਉਂਦਾ ਉਹ ਆਪੋ ਆਪਣੇ ਰੰਗ ਦਿਖਾ ਕੇ ਜਿਹੜਾ ਉਹ ਜਾਂਦਾ। ਰਹਿ ਗਈ ਹੁਣ ਪਾਰਲੀਮੈਂਟ ਦੀ ਗੱਲ, ਆਪਾਂ ਨੂੰ ਪਤਾ ਵੀ ਪਾਰਲੀਮੈਂਟ ਚ ਤੇ ਅਸੈਂਬਲੀਆਂ ਚ ਕੀ ਕੁਛ ਹੁੰਦਾ। ਕਈ ਵਾਰੀ ਅਸੀਂ ਮਰਿਆਦਾ ਜਿਹੜੀ ਉਹਨੂੰ ਅਲੰਘ ਕੇ ਕਿਤੇ ਦਾ ਕਿਤੇ ਪਹੁੰਚ ਜਾਂਦੇ ਆ। ਹੁਣ ਜੇ ਸੱਤਾਧਾਰੀ ਧਿਰ ਕਟਾ ਨਾ ਕਰੇ ਤਾਂ ਫਿਰ ਵਿਰੋਧੀ ਧਿਰ ਤੋਂ ਵੀ ਉਮੀਦ ਕੀਤੀ ਜਾ ਸਕਦੀ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਪਾਰਲੀਮੈਂਟ ਤੇ ਅਸੈਂਬਲੀਆਂ ਬਣੀਆਂ ਕਾਹਦੇ ਲਈ? ਸਿਰਫ ਇਸ ਕਰਕੇ ਕਿ ਸੱਤਾਧਾਰੀ ਧਿਰ ਆਪਣੀ ਗੱਲ ਰੱਖੇ ਤੇ ਵਿਰੋਧੀ ਧਿਰ ਆਪਣੀ ਰੱਖੇ ਕਿ ਤੁਸੀਂ ਆਹ ਕੁਛ ਕਹਿੰਦੇ ਸੀ, ਇਹ ਕੁਛ ਨਹੀਂ ਹੋਇਆ, ਜ਼ਮੀਨੀ ਹਕੀਕਤ ਆ, ਗਲਤ ਇੱਥੋਂ ਤੱਕ। ਪਰ ਉਹ ਗੱਲ ਜਿਹੜੀ ਆ ਮੇਨ ਮੁੱਦੇ ਨੂੰ ਛੱਡ ਦਿੱਤਾ ਜਾਂਦਾ। ਜੇ ਮੇਨ ਮੁੱਦਿਆਂ ਦੀ ਗੱਲ ਕੀਤੀ ਕਰਨੀ ਹੋਵੇ ਤਾਂ ਹਫ਼ਤੇ ਇੱਕ ਦਾ ਸੈਸ਼ਨ ਬਹੁਤ ਹੁੰਦਾ, ਪਰ ਪ੍ਰੋਬਲਮ ਕੀ ਆ ਕਿ ਮੇਨ ਮੁੱਦੇ ਤੇ ਤਾਂ ਗੱਲ ਹੀ ਨਹੀਂ ਆਉਣੀ। ਹਰ ਗੱਲ ਨੂੰ ਪਟਕਾਉਣਾ ਤੇ ਪਟਕਾ ਕੇ ਕਿਸੇ ਦਾ ਕਿਸੇ ਟਿਕਾਣੇ ਤੇ ਲੈ ਜਾਣਾ। ਹੁਣ ਜਿਹੜੀ ਵੀ ਵਿਰੋਧੀ ਧਿਰ ਆਉਂਦੀ ਆ ਉਹ ਹਮੇਸ਼ਾ ਕਹਿੰਦੀ ਆ ਕਿ ਸਾਨੂੰ ਬਣਦਾ ਸਥਾਨ ਤੇ ਬਣਦਾ ਸਮਾਂ ਨਹੀਂ ਦਿੱਤਾ ਜਾਂਦਾ, ਤੇ ਸੱਤਾਧਾਰੀ ਧਿਰ ਮਨਮਰਜ਼ੀ ਕਰਦੀ ਆ। ਲੇਕਿਨ ਉਹੀ ਵਿਰੋਧੀ ਧਿਰ ਜਦੋਂ ਸੱਤਾ ਚ ਆ ਜਾਂਦੀ ਆ ਫਿਰ ਉੱਥੇ ਉਹ ਆਪਣੀਆਂ ਮਨਮਰਜ਼ੀਆਂ ਕਰਦੀ। ਇੱਕ ਬੰਨੇ ਫਰਮਾਨ ਜਾਰੀ ਹੁੰਦਾ ਤੇ ਦੂਜੇ ਬੰਨੇ ਸਪੀਕਰ ਲੋਕ ਸਭਾ ਸਾਹਮਣੇ ਆ ਜਾਂਦੇ ਆ। ਉਹ ਕਹਿੰਦੇ ਨਹੀਂ ਏਦਾਂ ਦੀ ਤਾਂ ਕੋਈ ਗੱਲ ਹੀ ਨੀ, ਪਾਬੰਦੀ ਕੋਈ ਨੀ ਲਾਈ। ਪਰ ਮਰਿਆਦਾ ਜ਼ਰੂਰੀ ਆ ਕਿ ਕਿਸੇ ਨੂੰ ਵੀ ਅਸਭਿਅਕ ਸ਼ਬਦ ਜਿਹੜੇ ਆ ਉਹ ਬੋਲਣ ਦੀ ਇਜਾਜ਼ਤ ਨਹੀਂ ਹੋਏ। ਤੇ ਅੰਦੋਲਨ ਜੀਵੀ ਜਿਹੜਾ ਸੀ ਉਹ ਸਭਿਅਕ ਸੀ, ਜਿਹੜੀਆਂ ਪੰਜਾਬ ਵਿਧਾਨ ਸਭਾ ਚ ਵਿਕਰਮ ਮਜੀਠੀਆ ਤੇ ਰਾਣਾ ਗੁਰਜੀਤ ਨੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਸੀ, ਕਿਹਾ ਤੇਰੀਆਂ ਮੁੱਛਾਂ ਪੱਟ ਦੂ, ਉਹ ਕੀ ਸੀਗਾ? ਤੇ ਜਿਹੜੀਆਂ ਮੁੱਛਾਂ ਪੱਟਣ ਤੋਂ ਗਾਂਹ ਗੱਲ ਕਹੀ ਸੀ ਉਹ ਸੁਣ ਸਕਦਾ ਸੀ ਕੋਈ ਵਿਧਾਨ ਸਭਾ ਚ? ਸੋ ਇਸ ਕਰਕੇ ਕਿ ਜਿਹੜੀ ਸੱਤਾਧਾਰੀ ਧਿਰ ਆ ਉਹ ਕਹਿੰਦੀ ਆ ਕਿ ਸਾਡੇ ਕੋਲ ਹੀ ਸੱਤਾ ਤੇ ਅਸੀਂ ਹੀ ਰੱਬ ਹੋ ਗਏ, ਬਾਕੀ ਕੋਈ ਹੈ ਹੀ ਨੀ। ਤੇ ਜਦੋਂ ਵਿਰੋਧੀ ਧਿਰ ਚ ਆਉਂਦੇ ਨੇ ਫਿਰ ਚੀਕਾਂ ਚ ਗਿਆੜਾਂ ਜਿਹੜੀਆਂ ਉਹ ਪੈਂਦੀਆਂ ਨੇ। ਦਿਨੋ ਦਿਨ ਪਾਰਲੀਮੈਂਟ ਦਾ ਤੇ ਅਸੈਂਬਲੀਆਂ ਦਾ, ਖਾਸ ਕਰ ਪਾਰਲੀਮੈਂਟ ਅਸੈਂਬਲੀਆਂ ਛੱਡਾਂ, ਸਿਆਸਤ ਦਾ ਮਿਆਰ ਜਿਹੜਾ ਬਹੁਤ ਨੀਚੇ ਗਿਰਦਾ ਤੁਰਿਆ ਜਾ ਰਿਹਾ। ਖੁਦਾ ਨਾ ਖਾਸਤਾ ਮੌਜੂਦਾ ਜਿਹੜੀਆਂ ਸਰਕਾਰਾਂ ਜੇ ਇਹਨਾਂ ਚ ਤਬਦੀਲੀ ਹੋ ਜਾਵੇ ਤੇ ਜਿਹੜੇ ਗਾਹ ਆਉਣਗੇ ਭਾਵੇਂ ਉਹਨਾਂ ਪਹਿਲਾਂ ਸੱਤਾ ਹੰਡਾਈ ਹੋਵੇ ਉਹ ਇਹਨਾਂ ਦੇ ਵੀ ਕਿਉਂ ਆਉਣਗੇ? ਉਹ ਇਹਨਾਂ ਤੋਂ ਵੀ ਵੱਧ ਕੇ ਆਪਣੇ ਹਿਸਾਬ ਨਾਲ ਚਲਾਉਣੀ ਚਾਹੁੰਦੇ। ਇਹ ਸਮੱਸਿਆ ਖੜੀ ਹੋ, ਪਾਰਲੀਮੈਂਟ ਚ ਬਹਿਸ ਹੋਵੇ, ਕੌਨਫੀਡੈਂਸ਼ਲ ਵੋਟ ਹਾਸਲ ਕਰਨਾ ਨਾ, ਉਹ ਤੇ ਕੀ ਆ? ਸਿੱਧਾ ਕਹਿ ਦੋ ਕਿ ਅਸੀਂ ਇਹਦਾ ਸਮਰਥਨ ਕਰਦੇ ਹਾਂ ਜਾਂ ਅਸੀਂ ਇਹਦੇ ਵਿਰੋਧ ਚ ਖੜੇ, ਅਸੀਂ ਵਿਰੋਧ ਚ ਵੋਟ ਪਾਉਣੀ, ਗੱਲ ਖਤਮ। ਤੁਸੀਂ ਪਿਛਲੀਆਂ 10 ਪੀੜੀਆਂ ਉਹਦੇ ਕੱਪੜੇ ਉਤਾਰ ਕੇ ਰੱਖ ਦਿੰਦੇ ਤੇ ਜਦੋਂ ਵਿਧਾਨ ਸਭਾ ਜਾਂ ਪਾਰਲੀਮੈਂਟ ਤੋਂ ਬਾਹਰ ਨਿਕਲਦੇ ਹੋ ਤੇ ਫਿਰ ਤੁਸੀਂ ਰੰਗ ਰਲੀਆਂ ਸਾਰੇ ਇਕੱਠੇ ਮਨਾਉਂਦੇ ਹੋ, ਤੇ ਫਿਰ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਰੋਕੂਗਾ? ਅਦਾਲਤਾਂ ਮਾੜਾ ਬੋਟਾ ਬੋਲਦੀਆਂ ਨੇ ਤੇ ਅਦਾਲਤਾਂ ਬੋਲ ਕੇ ਖਬਰ ਲੱਗ ਜਾਂਦੀ ਹੈ। ਅੱਬਲ ਤਾਂ ਅਲਬੱਤਾ ਆਪਣੇ ਅੱਬਲ ਕਹਿੰਦੇ ਨੇ, ਅਲਬੱਤਾ ਤਾਂ ਖਬਰ ਹੀ ਨਹੀਂ ਲੱਗਦੀ ਕਿ ਜਿਵੇਂ ਹੁਣ UAPA ਦਾ ਮਾਮਲਾ ਸੀ, ਇੱਕ ਦੋਸ਼ੀ ਸੀ, ਉਸਨੂੰ ਝਾਰਖੰਡ ਹਾਈ ਕੋਰਟ ਚੋਂ ਜ਼ਮਾਨਤ ਮਿਲੀ ਸੀ, ਉਸਦੇ ਖਿਲਾਫ਼ ਸੁਪਰੀਮ ਕੋਰਟ ਪਹੁੰਚ ਗਈ NIA, ਜਿਨ੍ਹਾਂ ਦੇ ਹੁਣ ਦਿਨਕਰ ਗੁਪਤਾ ਸਾਹਿਬ ਚੀਫ ਬਣ ਗਏ ਨੇ, ਕਿ ਇਹਨੂੰ ਜ਼ਮਾਨਤ ਨਹੀਂ ਮਿਲ ਸਕਦੀ, ਇਹ ਮਾਓਵਾਦੀ ਹੈ, ਹਾਈ ਕੋਰਟ ਝਾਰਖੰਡ ਨੇ ਜ਼ਮਾਨਤ ਦਿੱਤੀ ਉਹ ਗਲਤ ਹੈ ਤੇ ਇਹਨੂੰ ਅੰਦਰ ਕਰੋ, ਇਹ ਕਰਦਾ, ਇਹ ਜਿਹੜਾ ਮਾਓਵਾਦੀਆਂ ਨਾਲ ਜੁੜਿਆ ਹੋਇਆ, ਇਹ ਫੰਡ ਇਕੱਠੇ ਕਰਦਾ, ਤਾਂ ਫਿਰ ਸੋਲੀਸਿਟਰ ਜਨਰਲ SV ਰਾਜੂ ਹੁਣੀ ਪਹੁੰਚ ਗਏ ਤੇ ਚੀਫ ਜਸਟਿਸ ਇੰਡੀਆ NV ਰਮੰਨਾ ਤੇ ਜਸਟਿਸ ਕ੍ਰਿਸ਼ਨਾ ਮੁਰਾਰੀ ਤੇ ਜਸਟਿਸ ਹੇਮਾ ਕੋਹਲੀ ਦੇ ਬੈਂਚ ਕੋਲ ਸੁਣਵਾਈ ਸੀ। ਕਹਿੰਦੇ ਤੁਹਾਨੂੰ ਤਾਂ NIA ਵਾਲੇ ਉਹ ਹੁਣ ਜੇ ਕੋਈ ਅਖਬਾਰ ਵੀ ਪੜ੍ਹਦਾ ਨਾ ਉਹਦੇ ਤੋਂ ਵੀ ਤਕਲੀਫ ਹੈ। ਸੁਪਰੀਮ ਕੋਰਟ ਦੇਸ਼ ਦੀ ਉੱਚ ਪਾਵਰਫੁਲ ਏਜੰਸੀ NIA ਨੂੰ, ਜਿਹੜੀ ਕਿ ਅੱਤਵਾਦ ਵਿਰੋਧੀ ਦਸਤਿਆਂ ਦੇ ਵਿੱਚੋਂ ਸਭ ਤੋਂ ਚੀਫ ਹੈ, ਉਹਦੀ ਇਸ ਗੱਲ ਤੋਂ ਕਲਾਸ ਲਾਈ ਤੇ ਇਹ ਵੀ ਆਖਿਆ, ਜਵਾਨੀ ਟਿੱਪਣੀ ਕੀਤੀ ਕਿ NIA ਵਾਲਿਓ ਹੁਣ ਤਾਂ ਜੇ ਕੋਈ ਅਖਬਾਰ ਵੀ ਪੜ੍ਹਦਾ ਨਾ
ਤੁਸੀਂ ਉਹਦੇ ਤੇ ਵੀ ਪਾਬੰਦੀ ਲਾਉਣਾ ਚਾਹੁੰਦੇ ਹੋ, ਏਦੋਂ ਸ਼ਰਮਨਾਕ ਟਿੱਪਣੀ ਹੋਰ ਕੀ ਹੋ ਸਕਦੀ ਹੈ? ਮੀਡੀਆ ਕਰੇ ਤਾਂ ਕਹਿਣਗੇ ਜੀ ਇਹ ਕਾਂਗਰਸ ਦਾ, ਇਹ ਬਾਗੀ ਹੈ, ਇਹ ਖਾਲਿਸਤਾਨੀ ਹੈ, ਇਹ ਪਾਕਿਸਤਾਨੀ ਹੈ, ਇਹ ਹਿੰਦੂਤਵ ਦਾ ਵੈਰੀ ਹੈ। ਹੁਣ ਜਸਟਿਸ ਐਨ ਵੀ ਰਮੰਨਾ ਭਾਰਤ ਦੇ ਚੀਫ ਜਸਟਿਸ ਨੇ, ਕ੍ਰਿਸ਼ਨਾ ਮੁਰਾਰੀ ਕੋਈ ਪਾਕਿਸਤਾਨ ਦੇ ਨਹੀਂ ਹੈਗੇ, ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਨੇ, ਜਸਟਿਸ ਹੇਮਾ ਕੋਹਲੀ ਨੇ, ਤਿੰਨ ਜੱਜਾਂ ਦੇ ਬੈਂਚ ਨੇ ਇਹ ਗੱਲ ਆਖੀ ਜਦੋਂ ਝਾਰਖੰਡ ਹਾਈ ਕੋਰਟ ਤੋਂ ਇੱਕ ਜ਼ਮਾਨਤ ਮਿਲੀ ਹੋਈ ਵਿਅਕਤੀ ਜਿਹਦੇ ਸਬੰਧ ਮਾਓਵਾਦੀਆਂ ਨਾਲ ਜੋੜੇ ਜਾ ਰਹੇ ਨੇ, ਉਸ ਮਾਮਲੇ ਚ ਕਹਿਣਾ ਪਿਆ ਚੀਫ ਜਸਟਿਸ ਨੂੰ ਕਿ ਹੁਣ ਤਾਂ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ, ਜਿਸ ਪਾਸੇ ਨੂੰ ਤੁਸੀਂ ਜਾ ਰਹੇ ਹੋ, ਅਜਿਹਾ ਲੱਗਦਾ ਕਿ ਹੁਣ ਤੁਹਾਨੂੰ ਅਗਰ ਕੋਈ ਵਿਅਕਤੀ ਅਖਬਾਰ ਵੀ ਪੜ੍ਹਦਾ ਨਾ ਤੁਹਾਨੂੰ ਉਸ ਤੋਂ ਵੀ ਤਕਲੀਫ ਹੈ। ਇਦੋਂ ਲਾਹਨਤ ਵੱਡੀ ਕੀ ਪਾਈ ਜਾ ਸਕਦੀ ਹੈ ਦੇਸ਼ ਦੇ ਸਿਸਟਮ ਨੂੰ? ਦੱਸੋ ਕਿ ਤੁਹਾਨੂੰ ਲੋਕਾਂ ਦੇ ਅਖਬਾਰ ਪੜ੍ਹਨ ਤੋਂ ਵੀ ਤਕਲੀਫ ਹੈ? ਇਦੋਂ ਸ਼ਰਮਨਾਕ ਟਿੱਪਣੀ ਹੋਰ ਕੀ ਹੋ ਸਕਦੀ ਹੈ ਇਹਨਾਂ ਦੇ ਵਾਸਤੇ? ਹੁਣ ਇਹ ਕਹਿੰਦੇ ਸ਼ਰਮਨਾਕ ਲਫ਼ਜ਼ ਹੀ ਨਾ ਵਰਤੋ। ਇਸੇ ਕਰਕੇ ਅਲਾਮਾ ਇਕਬਾਲ ਨੇ, ਜਿਨ੍ਹਾਂ ਨੇ ਦੇਸ਼ ਦਾ ਤਰਾਨਾ ਅਸੀਂ ਗਾਉਂਦੇ ਹਾਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਉਹਨੇ ਇਹ ਗਾਇਆ ਸੀ। ਹਿੰਦੂ ਮੂਲ ਦਾ ਸੀ, ਉਹਨਾਂ ਦੇ ਪੁਰਖੇ ਕੌਲ ਸੀ, ਪੰਡਿਤ ਸੀ, ਮੁਸਲਮਾਨ ਬਣ ਗਏ, ਅਤੇ ਅਲਾਮਾ ਇਕਬਾਲ, ਡਾਕਟਰ ਮੁਹੰਮਦ ਇਕਬਾਲ, ਅਤੇ ਫਿਰ ਉਹਨਾਂ ਨੂੰ ਉਸ ਤਰਾਨੇ ਤੋਂ ਬਾਅਦ ਇਹ ਵੀ ਲਿਖਣਾ ਪਿਆ ਸੀ ਕਿ ਸਦੀਆਂ ਗੁਜ਼ਰ ਗਈ ਹੈ ਰੰਜੋ ਗਮ ਸਹਿਤੇ ਹੋਏ, ਅਬ ਤੋ ਸ਼ਰਮ ਸੀ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੋਏ। ਹੁਣ ਚੀਫ ਜਸਟਿਸ ਆਫ ਇੰਡੀਆ ਅਤੇ ਉਹਨਾਂ ਦੇ ਸਾਥੀ ਇਹ ਟਿੱਪਣੀ ਕਰ ਰਹੇ ਨੇ NIA ਨੂੰ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ, ਜਿਹੜੀ UP ਦਾ ਮੁਕੱਦਮਾ ਲੈ ਕੇ, UAPA ਦਾ ਮੁਕੱਦਮਾ ਲੈ ਕੇ ਪਹੁੰਚ ਗਈ, ਬੰਦੇ ਨੂੰ ਹਾਈ ਕੋਰਟ ਚੋਂ ਜ਼ਮਾਨਤ ਹੋ ਗਈ। ਇਹ ਕਹਿੰਦੇ ਨਹੀਂ, ਇਹਨੂੰ ਅੰਦਰ ਕਰੋ ਦੁਬਾਰਾ, ਜ਼ਮਾਨਤ ਇਹਦੀ ਰੱਦ ਕਰੋ। ਕਹਿੰਦੇ ਤੁਹਾਨੂੰ ਤਾਂ ਭਾਈ ਹੁਣ ਕਿਸੇ ਵਿਅਕਤੀ ਦੇ ਅਖਬਾਰ ਪੜ੍ਹਨ ਤੋਂ ਵੀ ਤਕਲੀਫ ਹੈ, ਇਦੋਂ ਵੱਡੀ ਲਾਹਨਤ ਕੀ ਹੋ ਸਕਦੀ ਹੈ ਸਿਸਟਮ ਤੇ? ਜੀ ਸੁਰ, ਲਾਹਨਤ ਤਾਂ ਲਾਹਨਤ ਹੀ ਆ ਤੇ ਸਿਸਟਮ ਸਿਸਟਮ ਆ। ਹੁਣ ਗੱਲ ਸੀ ਵੀ ਲਾਹਨਤ ਕਹਿਣ ਦੀ ਜ਼ਰੂਰਤ ਹੀ ਨਾ ਪੈਂਦੀ, ਸਿਸਟਮ ਸਿਸਟਮ ਬਣ ਕੇ ਚੱਲੀ ਜਾਂਦਾ ਤੇ ਸਿਸਟਮ ਨੂੰ ਚਲਾਉਣ ਵਾਲੇ ਸਿਸਟਮ ਰਹਿਣ ਦਿੰਦੇ। ਹੁਣ ਜਦੋਂ ਸਿਸਟਮ ਸਿਸਟਮ ਬਣ ਕੇ ਚੱਲ ਨਹੀਂ ਸਕਿਆ ਤੇ ਸਿਸਟਮ ਨੂੰ ਸਿਸਟਮ ਰਹਿਣ ਨਹੀਂ ਦਿੱਤਾ ਤੇ ਫਿਰ ਲਾਹਨਤ ਤੋਂ ਇਲਾਵਾ ਹੋਰ ਕੁਛ ਬਚਦਾ ਹੀ ਨਹੀਂ ਹੈ। ਜੇ ਬਚਦਾ ਹੋਵੇ ਤੇ ਬੰਦਾ ਉਹ ਚੂਜ਼ ਕਰ ਲਵੇ। ਹੁਣ ਹਾਲਾਤ ਮੈਂ ਪਹਿਲਾਂ ਕਹਿ ਕੇ ਹਟਿਆ, ਦਿਨੋਂ ਦਿਨ ਜਿਹੜੇ ਆ ਉਹ ਸਿਆਸੀ ਤੌਰ ਤੇ ਨਿਗਰਦੇ ਗਏ। ਜਦੋਂ ਚੋਣਾਂ ਹੁੰਦੀਆਂ ਨੇ ਉਸ ਵੇਲੇ ਕਿਹੜਾ ਕੁਫਰ ਤੋਲਿਆ ਜਾਂਦਾ ਸਟੇਜਾਂ ਤੋਂ ਸੁਣਨ ਵਾਲਾ? ਗੱਲ ਮੁੱਕਦੀ ਸਿਰਫ ਇੰਨੀ ਹੁੰਦੀ ਆ ਕਿ ਜਿਹੜੀ ਸੱਤਾਧਾਰੀ ਧਿਰ ਸੀ ਉਹ ਕਵੇ ਕਿ ਅਸੀਂ ਤੁਹਾਡੇ ਨਾਲ ਵਾਅਦੇ ਕਰਕੇ ਗਏ ਸੀ, ਅਸੀਂ ਆਹ ਪੂਰੇ ਕਰ ਸਕੇ ਆ, ਬਾਕੀ ਅਸੀਂ ਨਹੀਂ ਕਰ ਸਕੇ। ਜੇ ਤੁਹਾਨੂੰ ਚੰਗਾ ਲੱਗਦਾ ਤੇ ਸਾਨੂੰ ਚੋਣ ਦਿਓ ਤਾਂ ਗੱਲ ਖਤਮ ਹੋ ਜਾਏ। ਵਿਰੋਧੀ ਧਿਰ ਆ ਉਹ ਕਵੇ ਕਿ ਆਹ ਸੱਤਾਧਾਰੀ ਧਿਰ ਨੇ ਵਾਅਦੇ ਕੀਤੇ ਸੀ ਉਹਨਾਂ ਨਹੀਂ ਪੂਰੇ ਕੀਤੇ, ਅਸੀਂ ਜਿਹੜੇ ਰਹਿੰਦੇ ਹੋ ਅਸੀਂ ਪੂਰੇ ਕਰ ਦਿਆਂਗੇ, ਜਿੱਥੇ ਅਸੀਂ ਚੰਗੇ ਲੱਗਦੇ ਸਾਨੂੰ ਚੋਣ ਦਿਓ, ਗੱਲ ਖਤਮ ਹੋ ਜਾਏ। ਪਰ ਇੱਥੋਂ ਤੱਕ ਤਾਂ ਰੋਕ ਹੀ ਨਹੀਂ ਰਹੇ, ਕਿਉਂਕਿ ਚਾਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪਾਵਰ ਕਿੰਨੀ ਕੁ ਅਸੀਂ ਲੱਖ ਕਹਿ ਦਈਏ, ਕਿੰਨੀਆਂ ਵੱਧ ਤੋਂ ਵੱਧ ਕਿਸੇ ਤੇ ਇੱਕ ਦੋ ਜਾਂ ਤਿੰਨ ਦਿਨ ਦਾ ਚੋਣ ਪ੍ਰਚਾਰ ਦੀ ਪਾਬੰਦੀ ਲੱਗ ਜਾਂਦੀ, 3 ਦਿਨ ਚੋਣ ਪ੍ਰਚਾਰ ਨਹੀਂ, ਅਗਲੇ ਜਾ ਕੇ ਮੰਦਿਰ ਚ ਬਹਿ ਕੇ ਉਥੋਂ ਲਾਈਵ ਕਰ ਦਿੰਦੇ ਆ, ਕਹਿੰਦੇ ਜੀ ਭਗਤੀ ਕਰ ਰਹੇ ਆ, ਉਹ ਕੀ ਆ ਉਹ ਪ੍ਰਚਾਰ ਨੀ, ਉਹ ਕੀ ਹੋ ਰਿਹਾ? ਯਾਨੀ ਕਿ ਜਾਂ ਤਾਂ ਬੰਦੇ ਨੂੰ ਬਿਲਕੁਲ ਬਲੈਕ ਆਊਟ ਕਰ ਦਿਓ, ਬੰਦਾ ਕਿਸੇ ਮੀਡੀਆ ਦੇ ਸਾਹਮਣੇ ਆ ਹੀ ਨਹੀਂ ਸਕੂਗਾ, ਜਿਹੜਾ ਵੀ ਮੀਡੀਆ ਉਹਦੀ ਨਿਊਜ਼ ਲਾਊਗਾ ਉਹਦੇ ਤੇ ਐਕਸ਼ਨ ਹੋਏਗਾ। ਪਰ ਹੁਣ ਗੱਲ ਇਹ ਆ ਕਿ ਜਿੰਨੇ ਪਰਚੇ ਚੋਣਾਂ ਦੇ ਦੌਰਾਨ ਦਰਜ ਹੁੰਦੇ ਨੇ, ਚੋਣਾਂ ਖਤਮ ਹੁੰਦੇ ਸਾਰ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਜਾਂਦੇ ਨੇ, ਕਿਸੇ ਤੇ ਕੋਈ ਕਾਰਵਾਈ ਨਹੀਂ, ਚਾਹੇ ਕੋਈ ਬਿਊਰੋਕਰੇਟਸ ਹੋਵੇ ਚਾਹੇ ਕੋਈ ਪੋਲੀਟੀਸ਼ੀਅਨ ਹੋਵੇ, ਸਾਰਾ ਮਸਲਾ ਸ਼ਾਂਤ ਹੋ ਜਾਂਦਾ। ਤੇ ਇਸ ਤੋਂ ਗਾਂਹ ਵੱਧ ਕੇ ਜਿੱਥੋਂ ਤੱਕ ਪਾਰਲੀਮੈਂਟ ਦਾ ਤੇ ਅਸੈਂਬਲੀਆਂ ਦਾ ਸਵਾਲ ਸੀ, ਮੈਂ ਹਮੇਸ਼ਾ ਕਹਿਣਾ ਕਿ ਜੇ ਕਿਸੇ ਨੇ ਬਹੁਮਤ ਸਾਬਤ ਕਰਨਾ ਤੇ ਉਹ ਵੱਧ ਤੋਂ ਵੱਧ 15-20 ਮਿੰਟ ਦਾ ਕੰਮ ਹੋ ਸਕਦਾ, ਇਸ ਤੋਂ ਵੱਧ ਨਹੀਂ। ਸਿਰਫ ਇੰਨਾ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦਾ ਨੁਮਾਇੰਦਾ ਜਿਹੜਾ ਉਹ ਗੱਲ ਰੱਖੇ ਕਿ ਅਸੀਂ ਬਹੁਮਤ ਸਾਬਤ ਕਰਨਾ ਆ
ਤੇ ਵਿਰੋਧੀ ਧਿਰ ਕਹਿ ਦੇਵੇ ਕਿ ਅਸੀਂ ਇਹਦੇ ਵਿਰੋਧ ਚ ਖੜਨਾ ਜਾਂ ਫੇਵਰ ਚ ਖੜਨਾ ਤੇ ਗੱਲ ਖਤਮ, ਉੱਥੇ ਵੋਟਿੰਗ ਹੋ ਜਾਏ। ਘੰਟਿਆਂ ਵੱਧੀ ਜਿਹੜਾ ਲੋਕਾਂ ਦੇ ਟੈਕਸ ਦਾ ਪੈਸਾ ਉਹਦੀਆਂ ਖਿੱਲੀਆਂ ਉਡਾਈਆਂ ਜਾਂਦੀਆਂ ਨੇ, ਕਿਹੜਾ ਕਿਹੜਾ ਕੁਫਰ ਤੋਲਿਆ ਜਾਂਦਾ, ਕੀ ਕੁਛ ਉੱਥੇ ਭਕਾਈ ਮਾਰੀ ਜਾਂਦੀ, ਪਰ ਉਸ ਭਕਾਈ ਨੂੰ ਕੋਈ ਦੇਖਣ ਲਈ ਸੁਣ ਲਈ ਤੇ ਉਹਦੇ ਉੱਤੇ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ, ਕਿਉਂਕਿ ਕਿਸੇ ਕੋਲ ਪਾਵਰ ਹੀ ਨਹੀਂ। ਹੋਰ ਜਿਹਨਾਂ ਕੋਲੇ ਪਾਵਰ ਆ ਉਹ ਖੁਦ ਇਹ ਰੰਗ ਰਲੀਆਂ ਮਨਾਉਂਦੇ ਆ। ਕਦੀ ਕਿਸੇ ਨੇ ਸੋਚਿਆ ਸੀ ਕਿ ਪਾਰਲੀਮੈਂਟ ਦਾ ਜਾਂ ਅਸੈਂਬਲੀ ਦਾ ਮਿਆਰ ਇੰਨਾ ਗਿਰੂਗਾ? ਮੈਨੂੰ ਉਹ ਦਿਨ ਯਾਦ ਆ ਜਦੋਂ ਐਚ ਡੀ ਦੇਵਗੌੜਾ ਦੀ ਸਰਕਾਰ ਸੀ ਤਾਂ ਉਦੋਂ ਲਾਈਵ ਹੋਣਾ ਸ਼ੁਰੂ ਹੋਇਆ ਪਾਰਲੀਮੈਂਟ, ਤਾਂ ਅਖੀਰ ਇੱਕ ਮੈਂਬਰ ਪਾਰਲੀਮੈਂਟ ਨੂੰ ਖੜੇ ਹੋ ਕੇ ਕਹਿਣਾ ਪੈ ਗਿਆ, ਉਹ ਕੁਛ ਤਾਂ ਸ਼ਰਮ ਕਰ ਲੋ, ਜਿਹੜੇ ਲੋਕਾਂ ਨੇ ਆਪਾਂ ਨੂੰ ਚੁਣ ਕੇ ਭੇਜਿਆ ਉਹ ਆਪਣੀਆਂ ਕਰਤੂਤਾਂ ਦੇਖ ਰਹੇ ਨੇ, ਥੋੜਾ ਬਹੁਤਾ ਤਾਂ ਬੰਦੇ ਦੇ ਪੁੱਤਾਂ ਵਾਲਾ ਕੰਮ ਕਰ ਲੋ। ਇਹ ਕੁਛ ਵੀ ਪਾਰਲੀਮੈਂਟ ਚ ਬੋਲਣਾ ਪੈ ਗਿਆ, ਪਰ ਸੁਧਾਰ ਨਹੀਂ ਹੋਇਆ। ਦਿਨੋ ਦਿਨ ਗਿਰਾਵਟ ਆਈ ਆ। ਲਾਈਵ ਜ਼ਰੂਰ ਹੋਇਆ, ਪਰ ਲਾਈਵ ਵੀ ਇਸ ਤਰੀਕੇ ਨਾਲ ਹੋਇਆ ਕਿ ਸੱਤਾਧਾਰੀ ਧਿਰ ਨੂੰ ਪੋਲਿਸ਼ ਕਰਨਾ ਤੇ ਵਿਰੋਧੀ ਧਿਰ ਜਿਹੜੀ ਆ ਉਹਦੀ ਰਗੜਾਈ ਕਰਨੀ ਆ, ਤੇ ਫਿਰ ਕਿੱਥੇ ਸੁਧਾਰ ਹੋਊਗਾ? ਅੱਜ ਤੁਸੀਂ ਅੱਗੇ ਦੀ ਅੱਗੇ ਦੇਖੀ ਜਾਇਓ, ਇੱਕ ਪੰਜਾਬੀ ਦੀ ਕਹਾਵਤ ਆ ਕਿ ਮੱਛੀ ਜਿਹੜੀ ਉਹ ਪੱਥਰ ਚੱਟ ਕੇ ਮੁੜਦੀ ਆ। ਇਹਦੇ ਚ ਹੋਰ ਜਿਹੜੀ ਉਹ ਗਿਰਾਵਟ ਆਉਣੀ ਆਉਣ ਵਾਲੇ ਸਮੇਂ ਚ, ਜਦੋਂ ਇਹਨਾਂ ਨੂੰ ਐਂਡ ਤੇ ਚਲ ਗਿਆ ਜਿਹੜਾ ਕੁਛ ਪਾਰਲੀਮੈਂਟ ਚ ਉਹ ਬੋਲਿਆ ਜਾਣਾ ਜਿਹੜਾ ਲੋਕ ਸੁਣ ਨਹੀਂ ਸਕਦੇ ਹੋਏ, ਲੋਕਾਂ ਨੇ ਸਵਿਚ ਆਫ ਕਰ ਦੇਣੇ ਵੀ ਦਫੇ ਕਰੋ ਇਹਨਾਂ ਨੂੰ ਸੁਣਨਾ ਹੀ ਨਹੀਂ, ਤਾਂ ਫੇਰ ਇਹ ਸੁਧਾਰ ਵੱਲ ਨੂੰ ਦੁਬਾਰਾ ਤੋਂ ਤੁਰੂਗੀ ਗੱਲ। ਅਜੇ ਇਹਨਾਂ ਨੇ ਪੀਕ ਤੇ ਜਾਣਾ, ਜਾ ਕੇ ਹੀ ਵਾਪਸੀ ਆਉਣੀ, ਉਸ ਤੋਂ ਪਹਿਲਾਂ ਲੋਕਾਂ ਨੇ ਸੁਣਨੋਂ ਨੀ ਹਟਣਾ। ਬਾਈ ਜੀ, ਲੋਕ ਸੁਰਿੰਦਰਵੀਰ ਤੋਂ ਵੱਧ ਗਾਲਾਂ ਕੱਢਦੇ ਨੇ, ਮਤਲਬ ਓਵਰਆਲ ਉਹ ਮਾਰ ਕਾਟ, ਉਹ ਪੇਸ਼ੈਂਸ ਲੈਵਲ ਦਾ ਖਤਮ ਹੋਣਾ ਜਾਂ ਬੇਸ਼ਰਮਗੀ ਮਾਦੇ ਦਾ ਵਧਣਾ, ਇਹ ਸਾਰਾ ਕੁਛ ਹੋਏਗਾ। ਹੁਣ ਸੋਸ਼ਲ ਸਾਈਡ ਤੇ ਤੁਸੀਂ ਵੇਖ ਲਓ ਕੋਈ ਹਾਲ ਥੋੜੀ ਹੈ। ਜੇ ਹੁਣ ਕੋਈ ਔਰਤ ਸਿਆਸਤ ਦੇ ਵਿੱਚ ਆ ਗਈ ਤੇ ਕੀ ਉਹਦਾ ਕਰੈਕਟਰ ਅਸੈਸੀਨੇਸ਼ਨ ਦੀ ਕੋਈ ਹੱਦ ਥੋੜੀ ਹੈ? ਹੁਣ ਭਗਵੰਤ ਮਾਨ ਨੇ ਵਿਆਹ ਕਰਾਇਆ ਤੇ ਡਾਕਟਰ ਗੁਰਪ੍ਰੀਤ ਕੌਰ ਦਾ ਕੀ ਦੋਸ਼ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਲੋਕਾਂ ਵੱਲੋਂ, ਬਹੁਤਿਆਂ ਵੱਲੋਂ, ਹੈ ਨਾ? ਉਸ ਤੋਂ ਪਹਿਲਾਂ ਬੀਬੀ ਬਰਜਿੰਦਰ ਕੌਰ ਨੇ ਜਾਂ ਉਹਨਾਂ ਨੇ ਕਰਾਇਆ ਸੀ, ਉਸ ਤੋਂ ਪਹਿਲਾਂ ਬੀਬੀ ਜਗੀਰ ਕੌਰ, ਇੱਕ ਪਾਸੇ ਉਹਨੂੰ ਕੁੜੀ ਮਾਰ ਕਹਿੰਦੇ ਸੀ, ਇੱਕ ਪਾਸੇ ਉਸੇ ਧੀ ਦੀਆਂ ਗਾਲਾਂ ਕੱਢਦੇ ਸੀ, ਤੇ ਕੱਢਣ ਵਾਲੇ ਵੀ ਅੰਮ੍ਰਿਤਧਾਰੀ ਸਿੰਘ ਸੀਗੇ ਜਦੋਂ ਅਮਰੀਕਾ ਜਾਂ ਕੈਨੇਡਾ ਦੀ ਵੀਡੀਓ ਹੈ। ਤੇ ਉਹ ਮਤਲਬ ਇਹ ਠੀਕ ਹੈ ਕਿ ਹੁਣ ਕੋਈ ਕਹਿੰਦਾ ਜੀ ਗੁਰਦਾਸ ਨੇ ਉਹ ਗੀਤ ਗਾਤਾ ਸੀ, ਇਹ ਲੋਕ ਤੱਥ ਨੇ। ਲੋਕ ਤੱਥ ਬਣਾਏ ਕਿਹਨੇ ਨੇ? ਔਰਤ ਨੂੰ ਤੁਸੀਂ ਵੇਖੋ ਕਿ ਸੁਥਰਾ ਜਿਹੜਾ ਸੀਗਾ, ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀ ਵੀ, ਸੁਥਰਾ ਨੇ ਵੀ ਭੰਡਿਆ। ਤੁਲਸੀ ਰਮਾਇਣ ਚ ਵੀ ਆਉਂਦਾ ਢੋਰ ਗਵਾਰ ਸ਼ੂਦਰ ਪਸ਼ੂ ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ। ਕਈ ਧਰਮ ਵਿਸ਼ੇਸ਼ ਦੇ ਵਿੱਚ ਔਰਤ ਨੂੰ ਬਹੁਤ ਭੰਡਿਆ ਗਿਆ, ਤੇ ਜੇ ਉਦੋਂ ਭੰਡਿਆ ਗਿਆ ਤਾਂ ਤੁਸੀਂ ਹੁਣ ਵੀ ਭੰਡਣ ਦਾ ਠੇਕਾ ਲਿਆ? ਹੁਣ ਬੰਦਾ ਵਿਗੜ ਕੇ ਬਣੇ ਵਜ਼ੀਰ ਮੀਆਂ, ਔਰਤ ਵਿਗੜ ਕੇ ਬਣੇ ਪੰਚਾਇਤ ਮੈਂਬਰ, ਬੰਦਾ ਵਿਗੜ ਕੇ ਬਣੇ ਵਜ਼ੀਰ ਮੀਆਂ। ਜੇ ਕਿਸੇ ਰੇਸਿਜ਼ਮ ਦੇ ਧਾਰਨੀ ਨੇ ਇਹ ਗੱਲ ਲਿਖ ਦਿੱਤੀ, ਕਿਸੇ ਨਾਰੀ ਵਿਰੋਧੀ ਬੰਦੇ ਨੇ ਇਹ ਗੱਲ ਲਿਖ ਦਿੱਤੀ, ਤਾਂ ਇਹ ਕੋਈ ਲੋਕ ਗੀਤ ਦਾ ਹਿੱਸਾ ਹੈ, ਪੁਰਾਣਾ ਚੱਲਿਆ ਆਉਂਦਾ, ਪਤਾ ਨਹੀਂ ਕਿਹਨੇ ਲਿਖਿਆ, ਤਾਂ ਇਹਦਾ ਮਤਲਬ ਇਹ ਥੋੜ੍ਹਾ ਤੁਸੀਂ ਉਸਨੂੰ ਕੋਟ ਕਰੀ ਜਾਣਾ। ਉਹ ਤਾਂ ਗੁਰੂ ਨਾਨਕ ਸਾਹਿਬ ਨੇ ਜੋ ਆਖਿਆ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਪਰ ਸਾਡੇ ਦਰਬਾਰ ਸਾਹਿਬ 'ਚ ਹੀ ਲਾਗੂ ਨਹੀਂ ਹੁੰਦਾ। ਹਿੰਦੂ ਧਰਮ ਦਾ ਉਹਨੂੰ ਕੀ ਪਿੱਟ ਦਿਓ ਕਿ ਸਬਰੀਮਾਲਾ 'ਚ ਔਰਤ ਨਹੀਂ ਜਾ ਸਕਦੀ ਜਿਹਨੂੰ ਮੈਨ ਸਜਾਉਂਦੇ ਆ, ਸੁਪਰੀਮ ਕੋਰਟ ਦੇ ਹੁਕਮ ਵੀ ਆ ਗਏ। ਪਰ ਐਡਵਾਂਸ ਧਰਮ ਜਿੱਥੇ ਬੇਸ ਇੱਥੇ ਕਿਹੜਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਤੇ ਦਰਬਾਰ ਸਾਹਿਬ ਦੇ ਵਿੱਚ ਉਹ ਲਾਗੂ ਨਹੀਂ ਕਰ ਸਕਦੇ। ਤੁਸੀਂ ਗੱਲ ਕਰਕੇ ਵੇਖੋ ਤੇ ਆ ਸਾਧ ਲਾਣਾ ਟਕਸਾਲਾਂ ਵਾਲੇ ਜਾਂ ਹੋਰ ਕਿਵੇਂ ਕੱਪੜੇ ਪਾੜਦੇ ਆ ਤੁਹਾਡੇ, ਕਿ ਔਰਤ ਉੱਥੇ ਸੇਵਾ ਨਹੀਂ ਕਰ ਸਕਦੀ? ਘਰਾਂ 'ਚ ਭਾਵੇਂ ਸਾਰਾ ਦਿਨ ਪੋਚੇ ਲਾਈ ਜਾਵੇ ਤੇ ਉੱਥੇ ਸੇਵਾ ਨਹੀਂ ਕਰ ਸਕਦੀ, ਉੱਥੇ ਕੀਰਤਨ ਨਹੀਂ ਕਰ ਸਕਦੀ, ਦੱਸੋ? ਸੋ ਇਸ ਕਰਕੇ ਇਹ ਜਿਹੜੀਆਂ ਪਾਬੰਦੀਆਂ ਲਾਈਆਂ ਨੇ ਨਾ ਔਰਤ ਜਾਤ ਵਿਸ਼ੇਸ਼ ਤੇ, ਉਹ ਸਾਰਾ ਕਿੱਸਿਆਂ 'ਚ ਆਉਂਦਾ ਹੈ। ਸਾਰੇ ਕਿੱਸੇ ਨੇ, ਉਹ ਔਰਤ ਪਹਿਲਾਂ ਆਉਂਦੀ ਹੈ ਹੀਰ ਰਾਂਝਾ ਸੱਸੀ ਪੰਨੂ, ਜਿੱਥੇ ਸਾਹਿਬਾਂ ਨੇ ਸੋਚਿਆ ਕਿ ਨਾ ਭਰਾ ਮਰੇ ਤੇ ਨਾ ਯਾਰ ਮਰੇ, ਪਤੀ ਮਰੇ ਉਹਦਾ, ਉਹਨੇ ਕਾਨੀਆਂ ਤੋੜ ਦਿੱਤੀਆਂ ਤੇ ਇਕੱਲੀ ਸਾਹਿਬਾਂ ਬੁਰੀ ਬਣਾਤੀ, ਮਰਦ ਹਜ਼ਾਰਾਂ ਨੇ। ਉਸ ਦੌਰਾਨ ਉਸ ਕਿੱਸੇ 'ਚ ਸਾਹਿਬਾਂ ਪਿੱਛੇ ਕਰ ਦਿੱਤੀ ਤੇ ਮਿਰਜ਼ਾ ਸਾਹਿਬਾਂ ਕਿੱਸਾ ਬਣ ਗਿਆ।
ਇਹ ਹੁਣ ਚੰਦ ਬੰਦਿਆਂ ਦੀ ਜੇ ਮਾਨਸਿਕਤਾ ਹੈਗੀ ਹੈ ਨਾ, ਜਿਹੜੇ ਇਸ ਤਰ੍ਹਾਂ ਦੇ ਲੋਕ ਸੀਗੇ ਉਹਨੂੰ ਲੈ ਕੇ ਤੁਸੀਂ ਅੱਜ ਦੇ ਸਮਾਜ ਚ ਵੀ ਜੇ ਗੱਲਾਂ ਕਰਦੇ ਹੋ, ਔਰ ਤੁਹਾਡੀ ਮਾਂ ਭੈਣ ਹੈ, ਕੰਜਕ ਦੇ ਰੂਪ ਚ ਪੂਜਿਆ ਜਾਂਦਾ ਧਰਮ ਦੇ ਵਿੱਚ ਤੇ ਸਤਿਕਾਰ ਹੈ, ਮਤਲਬ ਅੰਗਰੇਜ਼ ਸੁਸਾਇਟੀ ਨਹੀਂ ਬਚੀ। ਗੋਰਿਆਂ ਨੂੰ ਵੋਟ ਦਾ ਰਾਈਟ ਕਿਹਨੇ ਦਵਾਇਆ? ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਨੇ, ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਨੇ। ਆ ਮੈਂ ਤਾਂ ਬੈਨਰ ਦਾ ਆਪਣੇ ਦੇ ਪਿੱਛੇ ਰੇਡੀਓ ਦੇ ਫੋਟੋ ਲਾਈ ਹੋਈ ਹੈ, ਪਰ ਕੀ ਅਸੀਂ ਉਹ ਸਤਿਕਾਰ ਦੇ ਸਕੇ ਹਾਂ? ਅਸੀਂ ਸਿਰਫ ਮਹਾਰਾਜਾ ਦਲੀਪ ਸਿੰਘ ਨੂੰ ਸਤਿਕਾਰ ਦਿੰਦੇ ਹਾਂ। ਬਲੈਕ ਪ੍ਰਿੰਸ ਫਿਲਮ ਬਣ ਗਈ, ਪਰ ਇਨਸਾਨੀਅਤ ਦੇ ਪੱਖੋਂ ਜਾਂ ਔਰਤ ਜਾਤ ਦੇ ਵਾਸਤੇ ਜੋ ਲੜਾਈ ਸੈਫਰਾਜੈਂਟ ਮੂਵਮੈਂਟ ਦੇ ਰੂਪ ਦੇ ਵਿੱਚ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਨੇ ਲੜੀ, ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਨੇ, ਦਲੀਪ ਸਿੰਘ ਦੀ ਬੇਟੀ ਨੇ, ਉਹ ਦੁਨੀਆਂ ਦਾ ਇਤਿਹਾਸ ਹੈ ਕਿ ਜਿਹੜੇ ਮੁਲਕ ਦੇ ਵਿੱਚ ਕੁਆਰੀ ਮਾਂ ਰੱਬ ਦੀ ਮਾਂ ਆ, ਮਰੀਅਮ ਰੱਬ ਦਾ ਪੁੱਤਰ ਪੈਦਾ ਕਰਦੀ ਹੈ ਜਿਸ ਧਰਮ ਦੇ ਵਿੱਚ, ਉਸ ਧਰਮ ਦੀ ਔਰਤਾਂ ਨੂੰ ਵੀ ਵੋਟ ਦਾ ਰਾਈਟ ਨਹੀਂ ਸੀ। ਪਰ ਸਾਡੇ ਆਪਣੇ ਨਹੀਂ ਰਿਕੋਗਨਾਈਜ਼ ਕਰਦੇ। ਕਿੰਨੇ ਕੁ ਲੋਕ ਜਾਣਦੇ ਹੋਣੇ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਬਾਰੇ? ਮਹਾਰਾਜਾ ਦਲੀਪ ਸਿੰਘ ਨੂੰ ਜ਼ਰੂਰ ਲੈ ਕੇ ਵੈਣ ਪਾਏ ਗਏ ਬਲੈਕ ਪ੍ਰਿੰਸ, ਹਾਲਾਂਕਿ ਉਹਦਾ ਨਿੱਜੀ ਕਿਰਦਾਰ ਕਿੰਨਾ ਵਿਵਾਦਤ ਵੀ ਰਿਹਾ। ਇੱਕ ਸੋਹਣਾ ਜਿਹਾ ਪੋਸਟਰ ਦਿਖਾ ਦਿੰਦੇ ਆ, ਪਰ ਜਿਹੜੀਆਂ ਉਹਦੀਆਂ ਅਸਲੀਆਂ ਫੋਟੋਆਂ ਨੇ ਵੇਖੋ, ਉਹ ਕਿੱਡਾ ਸ਼ਰਾਬ ਦਾ ਉਹ ਸੀ, ਕਿੱਡਾ ਉਹ ਪੇਟੂ ਸੀ। ਬਸ ਸਾਡਾ ਸ਼ਹਿਜ਼ਾਦਾ, ਉਹ ਫਿਲਮ ਆਈ ਤੇ ਫਿਲਮ ਦੇ ਨਾਂ ਤੇ ਦੁਕਾਨਦਾਰੀ ਵਾਲੇ ਨੇ ਪੈਸਾ ਕਮਾ ਲਿਆ, ਸਤਿੰਦਰ ਸਰਤਾਜ ਬਲੈਕ ਪ੍ਰਿੰਸ ਬਣਾ ਦਿੱਤਾ, ਦੈਟਸ ਆਲ। ਗੱਲ ਇਹ ਕਿ ਮੋਸ਼ਨ ਕੈਸ਼ ਕਰਦੇ ਨੇ, ਉਸ ਨਾਲ ਉਹ ਫਿਲਮ ਬਣਾਓ, ਦਲੀਪ ਸਿੰਘ ਤੇ ਵੀ ਬਣਾਓ, ਪਰ ਉਸ ਤੋਂ ਪਹਿਲਾਂ ਤਾਂ ਸੋਫੀਆ ਦਲੀਪ ਸਿੰਘ ਤੇ ਫਿਲਮ ਬਣਨੀ ਚਾਹੀਦੀ ਸੀ ਨਾ। ਨਹੀਂ, ਨਹੀਂ ਕੋਈ ਕਰੇਗਾ। ਸੋ ਇਸ ਕਰਕੇ ਬਾਂਦਰ ਜਾਤ ਹੋਈ ਜਾਂਦੀ ਹੈ ਜੀ। ਆਹ ਮੌਂਕੀ ਪੌਕਸ ਦਾ ਵੀ ਪਹਿਲਾਂ ਕਿਸ ਭਾਰਤ 'ਚ ਆ ਗਿਆ? ਕੇਰਲਾ 'ਚ, ਹੈ ਨਾ। ਸੋ ਬਾਂਦਰਾਂ ਦੀਆਂ ਬਿਮਾਰੀਆਂ ਵਧੀ ਜਾਂਦੀਆਂ ਨੇ, ਬਾਂਦਰਾਂ ਦੇ ਕਹਿ ਤੇ ਅਦਾਲਤਾਂ ਦੇ ਫੈਸਲੇ ਹੁੰਦੇ ਨੇ। ਖੈਰ, ਵਿੱਚੇ ਹੁਣ ਓਮ ਬਿਰਲਾ ਕਹੀ ਜਾਂਦੇ ਨੇ ਕਿ ਕਿਸੇ ਸ਼ਬਦ 'ਤੇ ਪਾਬੰਦੀ ਨਹੀਂ ਲਾਈ, ਪਰ ਮੈਂਬਰ ਮਰਿਆਦਾ ਕਾਇਮ ਰੱਖਣ। ਡਬਲ ਡਬਲ ਸਟੈਂਡਰਡ ਹੋਈ ਜਾਂਦਾ, ਕੀ ਕਰੋਗੇ ਤੁਸੀਂ ਕਿਸੇ ਨੂੰ, ਹੈ ਨਾ। ਤੇ ਉਧਰ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਦੀ ਗੱਲ ਕੀਤੀ ਹੈ ਪਿਛਲੇ ਕਈ ਦਿਨਾਂ ਤੋਂ, ਜਿਵੇਂ ਸਰਕਾਰ ਦਾ ਕਈ ਮਾਮਲਿਆਂ 'ਚ ਖਿੱਲੀ ਉੱਡ ਰਹੀ ਹੈ, ਰਾਘਵ ਚੱਡਾ ਜੀ, ਫਲਾਂ ਜੀ, ਧਮਕਾਂ ਜੀ। ਉਸ ਸਿਲਸਿਲੇ 'ਚ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਛੁਡਾਉਣ ਦੀ ਭੱਲ ਬਣਾਉਣ ਵਾਲੇ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਮਾਲਵੇ 'ਚ ਵਿਚਰ ਰਹੇ ਨੇ, ਨਕਲੀ ਬੀਜਾਂ ਦੇ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਸ ਸਬੰਧੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਕਿਸਾਨੀ ਕਰਜ਼ਾ ਦੀ ਮੁਆਫ਼ੀ ਦੇ ਲਈ ਪੈਕੇਜ ਮੰਗਿਆ ਗਿਆ। ਬੰਗਲੌਰ ਦੇ ਵਿੱਚ ਸ਼ੁਰੂ ਹੋਈ ਸੂਬਾਈ ਕਾਨਫਰੰਸ ਦੇ ਵਿੱਚ ਖੇਤੀ ਮੰਤਰੀਆਂ ਦੀ ਇਹ ਜਿਹੜੀ ਕਾਨਫਰੰਸ ਸੀ, ਉਸ ਦੇ ਵਿੱਚ ਪੰਜਾਬ ਦੀ ਤਰਜਮਾਨੀ ਧਾਲੀਵਾਲ ਹੋਰਾਂ ਨੇ ਕੀਤੀ ਕਿ ਸਾਨੂੰ, ਅਸੀਂ ਭਾਰਤ ਦਾ ਢਿੱਡ ਭਰਿਆ, ਹੁਣ ਸਾਡੇ 'ਤੇ ਸੰਕਟ ਹੈ, ਸਾਡੇ ਕਰਜ਼ੇ ਮਾਫ਼ ਕਰੋ, ਪੈਕੇਜ ਦਿਓ। ਇਸ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਉਹ ਵੀ ਉੱਥੇ ਮੌਜੂਦ ਸੀ। ਉਹਨਾਂ ਨੇ ਉਦਘਾਟਨੀ ਇਜਲਾਸ ਦੇ ਦੌਰਾਨ ਖੇਤੀ ਸੁਧਾਰਾਂ ਦੀ ਗੱਲ ਕੀਤੀ। ਕੇਂਦਰ ਸਰਕਾਰ ਡਿਜੀਟਲ ਖੇਤੀ ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਕਿਸਾਨਾਂ ਨੂੰ, ਕਹਿੰਦੇ, ਮੰਡੀ 'ਚ ਨਾ ਜਾਣਾ ਪਵੇ ਅਤੇ ਕਿਸਾਨਾਂ ਦੀ ਵਿਚੋਲਿਆਂ 'ਤੇ ਟੇਕ ਘਟਾਈ ਜਾਵੇ, ਕਿਸਾਨ ਆਪਣੀ ਫਸਲ ਸਿੱਧੀ ਵੇਚੇ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਨੇ, ਕਹਿੰਦੇ, ਖੇਤੀ ਸੈਕਟਰ 'ਚ ਸੁਧਾਰਾਂ 'ਚ ਬੜੀ ਤੇਜ਼ੀ ਨਾਲ ਕੰਮ ਕੀਤਾ, ਯਾਨੀ ਕਿ ਕਿਸਾਨਾਂ ਅਤੇ ਵਪਾਰੀ ਦੇ ਦਰਮਿਆਨ, ਕਹਿੰਦੇ, ਵਿਚੋਲਿਆਂ ਨੂੰ ਕੱਢਾਂਗੇ। ਹੁਣ ਮੈਨੂੰ ਐਂ ਦੱਸੋ ਵੀ ਕਿਹੜਾ ਕਿਸਾਨ ਹੈ ਜਿਹੜਾ ਫਾਰਮ ਤੋਂ ਫੂਡ ਤੁਹਾਡੀ ਪਲੇਟ ਤੱਕ ਸਿੱਧਾ ਆਏਗਾ? ਅੰਬਾਨੀ ਅੰਡਾਨੀ ਵਿਚੋਲੇ ਨਹੀਂ ਹੈ, ਉਹ ਵਿਚੋਲੇ ਨਹੀਂ ਇਹਨਾਂ ਨੂੰ ਦੱਸਦੇ। ਜਾਣੀ ਹੇਠਲੇ ਪੱਧਰ 'ਤੇ ਸਰਕਾਰੀ ਖਰੀਦ, ਪ੍ਰਾਈਵੇਟ ਖਰੀਦ ਬੰਦ ਕਰਕੇ ਇਹ ਕਿਹੜਾ ਕਿਸਾਨਾਂ ਦੇ ਵਿਚੋਲੇ ਕੱਢ ਰਹੇ ਨੇ? ਸ਼ਾਹੂਕਾਰ ਵੱਡੇ ਪਾ ਰਹੇ ਨੇ ਛੋਟਿਆਂ ਨੂੰ ਖਤਮ ਕਰਕੇ, ਮੰਡੀ ਸਿਸਟਮ ਖਤਮ ਕਰਕੇ। ਜਾਣੀ ਇਸ ਖੇਤੀ ਕਾਨਫਰੰਸ ਦੇ ਦੌਰਾਨ ਨਰਿੰਦਰ ਤੋਮਰ ਨੇ ਉਹੀ ਗੱਲ ਫੇਰ ਤੋਰ ਦਿੱਤੀ ਖੇਤੀ ਕਾਨੂੰਨਾਂ ਦੀ, ਜੇ ਇਹਨੂੰ ਇਸ ਭਾਸ਼ਾ 'ਚ ਸਮਝੀਏ, ਕਿ ਮੋਦੀ ਸਾਹਿਬ ਦੇ ਸੁਧਾਰ ਬਹੁਤ ਡਿਜੀਟਲ ਨੇ, ਸਰਕਾਰ ਉਸ ਪਾਸੇ ਤੇਜ਼ੀ ਨਾਲ ਕੰਮ ਕਰ ਰਹੀ ਹੈ, ਅਤੇ ਜਿਹੜੀਆਂ ਮੰਗਾਂ ਮਨਵਾਉਣ ਦੇ ਭੰਗੜੇ ਪਾਉਂਦੇ ਰਾਜੇਵਾਲ ਐਂਡ ਕੰਪਨੀ ਆਈ ਸੀ, ਉਹਨਾਂ ਦਾ ਤਾਂ ਜ਼ਿਕਰ ਕਿਤੇ ਨਹੀਂ। ਅਤੇ ਨਰਿੰਦਰ ਤੋਮਰ ਦੀ ਕੱਲ੍ਹ ਦੀ ਭਾਸ਼ਾ ਤੋਂ ਸਪਸ਼ਟ ਹੈ ਕਿ ਖੇਤੀ ਕਾਨੂੰਨ ਮੁੜ ਟੇਢੇ ਤਰੀਕੇ ਨਾਲ ਲਾਗੂ ਹੋਈ ਜਾ ਰਹੇ ਨੇ। ਜੀ ਸੁਰਿੰਦਰ, ਗੱਲ ਆ ਗਈ ਤੋਮਰ ਦੀ ਤੇ ਧਾਲੀਵਾਲ ਦੀ, ਇੱਕ ਸੂਬੇ ਦਾ ਖੇਤੀਬਾੜੀ ਮੰਤਰੀ ਤੇ ਦੂਜਾ
ਕੇਂਦਰ ਸਰਕਾਰ ਦਾ। ਹੁਣ ਗੱਲ ਹੁਣ ਕਰਜ਼ੇ ਮਾਫੀ ਤੇ ਆ ਗਈ ਆ। ਕਰਜ਼ੇ ਕੌਣ ਮਾਫ ਕਰੂਗਾ? ਭਗਵੰਤ ਮਾਨ ਤਾਂ ਕਹਿੰਦਾ ਸੀ ਮੈਂ ਜਿਹੜੀ ਗੱਲ ਕਰਦਾ ਮੈਂ ਉਹਦਾ ਪਹਿਲਾਂ ਇੰਤਜ਼ਾਮ ਕਰਕੇ ਤੁਰਦਾ। 47,000 ਕਰੋੜ ਤਾਂ ਉਹਨੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ। ਕਹਿੰਦਾ ਮੈਂ ਪਹਿਲਾਂ ਪੂਰਾ ਅਨੈਲਿਸਿਸ ਕਰਦਾ ਫੇਰ ਤੁਰਦਾ ਫੇਰ ਮੈਂ ਜਾ ਕੇ ਐਲਾਨ ਕਰਦਾ ਪੈਸਾ ਕਿੱਥੋਂ ਆਊ ਤੇ ਕਿੱਥੇ ਜਾਊਗਾ। ਤੇ ਪੈਸਾ ਤਾਂ ਮਾੜੀ ਹਾਲਤ ਆ। ਅੱਜ 15 ਤਰੀਕ ਹੋ ਗਈ ਆ, ਹਾੜ੍ਹ ਦਾ ਮਹੀਨਾ ਜਾ ਰਿਹਾ ਤੇ ਸਾਉਣ ਦਾ ਆਉਣ ਵਾਲਾ, ਤੇ ਹਾਲਾਤ ਸਾਡੀ ਇਹ ਹੋ ਗਈ ਆ ਕਿ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਤਨਖਾਹ ਨਹੀਂ ਇਸ ਮਹੀਨੇ ਦੀ ਮਿਲੀ। ਹਾਂ, 19 ਨੂੰ ਰੋਡਵੇਜ਼ ਦਾ ਚੱਕਾ ਜਾਮ ਹੈ। ਪਹਿਲਾਂ ਚਲੋ ਉਹਨਾਂ ਨੂੰ ਤਾਂ ਕਹਿਤਾ, ਉਹ ਸਾਰੇ ਕੰਟਰੈਕਟ ਤੇ ਰੱਖੇ ਹੋਏ ਨੇ, ਉਹ ਤਾਂ ਠੇਕੇਦਾਰ ਨੇ ਦੇਣੀ ਆ, ਤੇ ਠੇਕੇਦਾਰ ਨੂੰ ਅਜੇ ਸਰਕਾਰ ਨੇ ਦਿੱਤੇ ਨੀ। ਪਹੁੰਚਦੇ ਟਾਈਮ ਲੱਗ ਜੂ, ਜਿਨ੍ਹਾਂ ਦੇ ਖਾਤਿਆਂ ਚ ਸਿੱਧੀ ਪੈਂਦੀ ਉਹਨਾਂ ਦਾ ਕੀ ਕਸੂਰ ਆ? ਪਿਛਲੀਆਂ ਸਰਕਾਰਾਂ 3-3 ਮਹੀਨੇ ਨੀ ਸੀ ਦਿੰਦੀਆਂ, ਤੋਏ ਤੋਏ ਤੋਂ ਉਹਨਾਂ ਦੀ ਬੜੀ ਹੁੰਦੀ ਸੀ, ਬੜੇ ਧਰਨੇ ਲਾਏ ਜਾਂਦੇ ਸੀ। ਗੱਲ ਆ ਕਿ ਹੁਣ ਵਾਲੀਆਂ ਕੀ ਕਰ ਰਹੀਆਂ, ਹੁਣ ਵਾਲਿਆਂ ਨੇ ਕਿਉਂ ਨਹੀਂ ਦਿੱਤੀ? ਰਹਿ ਗਈ ਗੱਲ ਕਰਜ਼ੇ ਮਾਫੀ ਦੀ, ਕਰਜ਼ਾ ਮਾਫ ਹੋਣਾ ਚਾਹੀਦਾ, ਪਰ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਕਿ ਅਸੀਂ ਸਾਰਾ ਇੰਤਜ਼ਾਮ ਕਰ ਲਿਆ ਹੋਇਆ, ਉਹ ਇੰਤਜ਼ਾਮ ਕਿੱਥੇ ਆ? ਤੁਸੀਂ ਤੇ ਜਿਹੜਾ 1500 ਰੁਪਿਆ ਝੋਨੇ ਦੀ ਸਿੱਧੀ ਬਿਜਾਈ ਵਾਲਾ ਦੇਣਾ ਸੀ, ਉਹ ਵੀ ਕੇਂਦਰ ਸਰਕਾਰ ਤੋਂ ਮੰਗਣ ਚਲੇ ਗਏ। ਜਿਹੜੀ ਤੁਸੀਂ ਮੂੰਗੀ ਦੀ ਗੱਲ ਕੀਤੀ ਸੀ, ਉਹ ਮੂੰਗੀ ਦੀ ਜਿਹੜੀ ਕਿਰਕਰੀ ਹੋਈ ਆ, ਤੇ ਜਿੱਦਾਂ ਤੁਸੀਂ ਵਿਧਾਨ ਸਭਾ ਚ ਕਿਹਾ ਸੀ ਕਿ ਅਸੀਂ ਸਾਰੀ ਖਰੀਦਣ ਦੀ ਕਹਿੰਦੇ ਗੱਲ ਹੀ ਨੀ ਕੀਤੀ, ਤਾਂ ਫਿਰ 4500 ਤੋਂ ਲੈ ਕੇ 7200 ਤੱਕ ਦੀ ਉਹ ਵਿਕੀ ਆ ਮੂੰਗੀ, ਰੇਟ ਸਾਰਿਆਂ ਦੇ ਸਾਹਮਣੇ ਆ। ਫਿਰ ਤੁਸੀਂ ਉਹਨਾਂ ਚ ਮੁਆਵਜ਼ਾ ਦੇਣ ਦੀ ਗੱਲ ਕੀਤੀ ਆ, ਤੇ ਮੁਆਵਜ਼ਾ ਦੇਣਾ ਕਿੱਥੋਂ? ਉਹਦੇ ਵੀ ਪੈਸੇ ਕੇਂਦਰ ਸਰਕਾਰ ਤੋਂ ਮੰਗਣ ਲੱਗ ਗਏ, ਤੇ ਮੁਆਵਜ਼ਾ ਕਿੱਥੋਂ ਦਿੱਤਾ ਜਾਊਗਾ? ਇਸ ਕਰਕੇ ਆ, ਚਾਹੇ ਉਹ ਕੇਂਦਰ ਹੋਵੇ ਚਾਹੇ ਸਟੇਟ ਹੋਵੇ, ਹਰ ਵਿਅਕਤੀ ਸੱਤਾ ਨਾਲ ਬੱਝਿਆ ਹੋਇਆ ਤੇ ਸੱਤਾ ਤੋਂ ਬਾਹਰ ਰਹਿਣਾ ਇਹਨਾਂ ਲੋਕਾਂ ਲਈ ਔਖਾ। ਉਹ ਸੋਚਦਾ ਕਿਹੜਾ ਵਕਤ ਆ, ਸੱਤਾ ਦੇ ਨਜ਼ਦੀਕ ਪਹੁੰਚਾ, ਸੱਤਾ ਦੇ ਕਾਬਜ ਹੋਵਾਂ, ਅਗਲੀਆਂ ਪੀੜੀਆਂ ਜਿਹੜੀਆਂ ਉਹ ਮੇਰੀਆਂ ਧੋਤੀਆਂ ਜਾਣ। ਇਸ ਤੋਂ ਇਲਾਵਾ ਕਿਸੇ ਦਾ ਕੋਈ ਮਨੋਰਥ ਨਹੀਂ ਹੈ। ਲੋਕ ਪੈਣ ਠੱਠੇ ਖੂਹ ਚ, ਭਾਵੇਂ ਉਹ ਕਿਸੇ ਵੀ ਤਬਕੇ ਨਾਲ ਸੰਬੰਧਿਤ ਕਿਉਂ ਨਾ ਹੋਣ, ਉਹਨਾਂ ਦੇ ਹੱਥ ਪੱਲੇ ਨਾ ਕੁਛ ਲੱਗਿਆ ਤੇ ਨਾ ਕੁਛ ਲੱਗਣਾ। ਉਹਨਾਂ 5 ਸਾਲੀ 2.5 ਸਾਲੀ ਕਿਤੇ ਪਾਰਲੀਮੈਂਟ ਦੇ ਨਾਲ ਅਸੈਂਬਲੀ ਆ ਜਾਂਦੀ ਆ, ਤੇ ਬਹੁਤੀ ਜਗ੍ਹਾ ਅੱਗੇ ਪਿੱਛੇ ਹੀ ਆਉਂਦੀਆਂ, ਤੇ ਸਾਰਾ 5 ਸਾਲ ਜਿਹੜੇ ਆ ਉਹ ਚੋਣਾਂ ਚ ਹੀ ਲੰਘ ਜਾਂਦੇ। ਕੋਈ ਸਮਾਂ ਹੁੰਦਾ ਸੀ ਚੋਣ ਹੋ ਗਈ, 5 ਸਾਲ ਦੇਖਣ ਦੀ ਲੋੜ ਨਹੀਂ ਸੀ ਹੁੰਦੀ, ਦੁਬਾਰਾ ਆਏਗੀ ਤੇ ਚੋਣ ਹੋਏਗੀ ਦੇਖੀ ਜਾਏ। ਇਹ ਤੇ ਚੋਣਾਂ ਚ ਨਿਕਲ ਜਾਂਦਾ, ਚੋਣਾਂ ਆਉਂਦੀਆਂ ਨੇ, ਲੋਕ ਇਹਨਾਂ ਦੇ ਲਾਰੇ ਤੇ ਵਾਅਦਿਆਂ ਚ ਆ ਕੇ ਇੱਕ ਨੂੰ ਛੱਡਦੇ ਦੂਜਾ, ਦੂਜੇ ਨੂੰ ਛੱਡਦੇ ਤੀਜਾ, ਤੀਜੇ ਨੂੰ ਛੱਡਦੇ ਚੌਥੇ ਵੱਲ ਜਾਂਦੇ ਆ, ਪਰ ਪੱਲੇ ਪੱਲੇ ਲੋਕਾਂ ਦੇ ਕੱਖ ਵੀ ਨਹੀਂ ਪੈਂਦਾ। ਰਹਿ ਗਈ ਗੱਲ ਐਜੀਟੇਸ਼ਨਾਂ ਦੀ, ਐਜੀਟੇਸ਼ਨਾਂ ਪਹਿਲਾਂ ਵੀ ਹੋਈਆਂ ਤੇ ਅੱਗੇ ਵੀ ਹੁੰਦੀਆਂ ਰਹਿਣੀਆਂ ਨੇ, ਪਰ ਕੋਈ ਕੋਈ ਐਜੀਟੇਸ਼ਨ ਆ ਜਿਹੜੀ ਵਰਲਡ ਲੈਵਲ ਤੱਕ ਜਿਹਦੀ ਗੂੰਜ ਪੈਂਦੀ ਆ, ਇਸ ਕਿਸਾਨੀ ਅੰਦੋਲਨ ਦੀ ਪਈ ਸੀ। ਪਰ ਜੇ ਕਹਿ ਦਈਏ ਓਡਾ ਅੰਦੋਲਨ ਤੇ ਉਸ ਲੈਵਲ ਦੀ ਗੂੰਜ, ਪਲਦੀਆਂ ਸੜਕਾਂ ਦੀਵਾਰਾਂ ਤੋਂ ਬਲੌਕ ਹੋ ਜਾਣਗੀਆਂ, ਉਹ ਨਹੀਂ ਹੋਣੀਆਂ। ਉਹ ਵੀ ਤਕਰੀਬਨ 3 ਹੋਈਆਂ ਸੀ, ਟਿਕਰੀ ਤੇ ਸਿੰਘੂ ਦੋਨੋਂ ਪੰਜਾਬ ਤੇ ਹਰਿਆਣੇ ਵਾਲਿਆਂ ਕੀਤੇ ਸੀ, ਇੱਕ ਗਾਜ਼ੀਆਬਾਦ ਵਾਲਾ ਉੱਤਰ ਪ੍ਰਦੇਸ਼ ਵਾਲਾ ਕੀਤਾ ਸੀ, ਬਾਕੀ ਦੇ ਤਾਂ ਹੋਏ ਹੀ ਨਹੀਂ। ਬਾਕੀ 3 ਜਿਹੜੇ ਸੀਗੇ, 4 ਉਹ ਤਾਂ ਖਾਲੀ ਸੀਗੇ। ਜਿਹੜਾ ਜੋਗਿੰਦਰ ਯਾਦਵ ਸੀ ਉਹਦੇ ਵਾਲਾ ਜਿਹੜਾ ਸੀ ਉਹ ਰਾਜਸਥਾਨ ਚ ਬੈਠੇ ਸੀ, ਉਹਨਾਂ ਨੂੰ ਤਾਂ ਹਰਿਆਣੇ ਚ ਐਂਟਰ ਨਹੀਂ ਸੀ ਹੋਣ ਦਿੱਤਾ ਕਿ ਉਹ ਦਿੱਲੀ ਬਾਰਡਰ ਤੱਕ ਪਹੁੰਚ ਜਾਣ। ਇੱਕ ਵਾਰ ਥੋੜਾ ਜਿਹਾ ਹੱਲਾ ਗੁੱਲਾ ਕਰਕੇ ਇਹਨਾਂ ਨੇ ਲਿਆਂਦੇ ਸੀ ਲੱਖੇ ਸਧਾਣੇ, ਉਹਨਾਂ ਲੇਕਿਨ ਉੱਥੇ ਆ ਕੇ ਵੀ ਕਲੇਸ਼ ਖੜਾ ਹੋ ਗਿਆ, ਤਾਂ ਉਹਨਾਂ ਨੂੰ ਫਿਰ ਵਾਪਸੀ ਕਰਨੀ ਪੈ ਗਈ ਸੀ। ਮੇਰਾ ਪਾਟੇਕਰ ਬੈਠੀ ਸੀ ਪਲਵਲ ਵਾਲੇ ਤੇ, ਉੱਥੇ ਵੀ ਐਂਟਰੀ ਨਹੀਂ ਹੋ ਸਕੀ ਹਰਿਆਣੇ ਚ, ਉਹਨਾਂ ਨੂੰ ਪਿੱਛੇ ਯੂਪੀ ਵਾਲੇ ਤੇ ਬੈਠਣਾ ਪੈ ਗਿਆ ਸੀ। ਰਹਿ ਗਈ ਸੀ ਗੱਲ ਨੋਡਾ ਵਾਲੇ ਦੀ, ਉਹ ਵੀ ਖਾਲੀ ਪਿਆ ਸੀ। ਜਿਹੜੇ ਉੱਥੇ ਬੈਠੇ ਸੀ ਉਹ ਸਰਕਾਰੀ ਹੋ ਗਏ, ਉਹ ਟਿੰਡ ਫੌੜੀ ਚੱਕ ਕੇ ਆਪਣੀ ਭੱਜ ਗਏ।
ਭਾਨੂ ਪ੍ਰਤਾਪ ਹੋਣੀ ਹੁਣ ਇਸ ਕਰਕੇ ਆ ਅਸੀਂ ਦਮ ਗਜੇ ਜਿੰਨੇ ਮਰਜ਼ੀ ਮਾਰ ਲਈਏ ਜੋ ਕੁਛ ਮਰਜ਼ੀ ਕਰ ਲਈਏ ਜਦੋਂ ਅਸੀਂ ਇੱਕ ਵਾਰੀ ਕੜੀ ਘੋਲ ਦਿੰਨੇ ਆ ਲੋਕਾਂ ਦਾ ਸਾਡੇ ਤੋਂ ਵਿਸ਼ਵਾਸ ਉੱਠ ਜਾਂਦਾ ਉੱਠਿਆ ਹੋਇਆ ਵਿਸ਼ਵਾਸ ਹੁਣ ਜੋ ਮਰਜ਼ੀ ਕਹੀ ਜਾਣ ਹੁਣ ਕੇਂਦਰ ਨੂੰ ਜਲਦੀ ਕੀਤੇ ਕੋਈ ਨੱਥ ਪਾਉਣ ਵਾਲਾ ਨਹੀਂ ਉੱਠਣਾ ਇਸ ਕਰਕੇ ਕਾਨੂੰਨ ਤਾਂ ਆਉਣੇ ਆ ਅੱਜ ਆ ਜਾਣ ਕੱਲ ਆ ਜਾਣ ਪਰਸੋਂ ਆ ਜਾਣ ਕਾਨੂੰਨ ਤਾਂ ਦੁਬਾਰਾ ਇਹ ਲਾਗੂ ਹੋਣੇ ਹੋਣੇ ਆ ਤੁਹਾਡਾ ਮੰਡੀ ਸਿਸਟਮ ਖਤਮ ਹੋਣਾ ਆੜਤੀਆ ਸਿਸਟਮ ਵਿੱਚੋਂ ਜਾਂਦਾ ਰਹੇਗਾ ਅੰਬਾਨੀਆਂ ਅਡਾਨੀਆਂ ਦੇ ਸਿੱਧੀਆਂ ਲੈਣਾ ਲੱਗਣਗੀਆਂ ਇਸ ਵਾਰ ਕਣਕ ਦੀਆਂ ਲੱਗੀਆਂ ਕਿ ਨਹੀਂ ਲੱਗੀਆਂ ਲੋਕ ਟਰਾਲੀਆਂ ਸਿੱਧੀਆਂ ਲੈ ਕੇ ਗਏ ਨੇ ਨਾ ਭਾਵੇਂ ਲਾਲਚ ਚ ਲੈ ਕੇ ਗਏ ਨੇ ਲਾਲਚ ਚ ਇੱਕ ਵਾਰੀ ਚਲ ਗਈਆਂ ਮੁੜ ਕੇ ਜਦੋਂ ਲਾਲਚ ਲੱਗ ਗਿਆ ਜੇ ਬੰਦਾ ਇੱਕ ਵਾਰੀ ਠੇਕੇ ਤੋਂ ਫ੍ਰੀ ਚ ਵੀ ਮਿਲ ਗਈ ਚੱਕ ਲਿਆ ਤਾਂ ਮੁੜ ਕੇ ਰੋਜ਼ ਦੀ ਆਦਤ ਪੈ ਜਾਣੀ ਤੇ ਫੇਰ ਤਾਂ ਜੇਬ ਚ ਖਰਚਣੇ ਪੈਣੇ ਨੀ ਇਸ ਕਰਕੇ ਜਿਹੜਾ ਸਿੱਧਾ ਸਿਸਟਮ ਚੱਲ ਪਿਆ ਇਹ ਸਿਸਟਮ ਨੇ ਬਹੁਤ ਵੱਡਾ ਕਬਾੜਾ ਕਰ ਦੇਣਾ ਤੇ ਹੌਲੀ ਹੌਲੀ ਸਾਰਾ ਕੁਛ ਪ੍ਰਾਈਵੇਟ ਚੱਲ ਜਾਣਾ ਫਿਰ ਜਿੱਦਾਂ ਜਿੱਥੇ ਜਿੱਥੇ MSP ਨਹੀਂ ਲਾਗੂ ਜਿੱਥੇ ਸਰਕਾਰੀ ਖਰੀਦ ਨਹੀਂ ਗੀ ਉੱਥੇ ਫਿਰ MSP ਤੋਂ ਟੁੱਟ ਕੇ ਕਿਸ ਤਰ੍ਹਾਂ ਫਸਲਾਂ ਸੁੱਟੀਆਂ ਜਾਂਦੀਆਂ ਨੇ ਉਹ ਫਿਰ ਸਾਰਾ ਕੁਛ ਸੁੱਟਣ ਦੀ ਨੌਬਤ ਜਿਹੜੀ ਆ ਉਹ ਪੰਜਾਬ ਦੇ ਤੇ ਹਰਿਆਣੇ ਦੇ ਤੇ ਕੁਛ ਉੱਤਰ ਪ੍ਰਦੇਸ਼ ਦਾ ਏਰੀਆ ਤੇ ਬਾਕੀ ਰਹਿੰਦਾ ਖੁੰਦਾ ਮੱਧ ਪ੍ਰਦੇਸ਼ ਵਾਲਾ ਇਹਨਾਂ ਦੇ ਕੋਟਿਆਂ ਚ ਵੀ ਪੈ ਜਾਣੀ ਇਹ ਤਾਂ ਭਾਲਦੇ ਸੀ ਪੂਰੇ ਇੰਡੀਆ ਚ ਉਹਨਾਂ ਦੇ ਜਿੱਥੇ ਚੱਲ ਰਹੀ ਆ ਉੱਥੇ ਵੀ ਨਹੀਂ ਰਹਿਣ ਦੇ ਜੀ ਆਪਾਂ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਡ ਸਰਵਿਸ ਨੇ ਸੈਟ ਇਲਾਕੇ ਦੇ ਲੋਕ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਉਕਤਾਏ ਹੋ ਦਿਨੇ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ ਡਰਾਈਵਿੰਗ ਦੀ ਜੋਬ ਚਾਹੀਦੀ ਹੈ ਪ੍ਰਤੀ ਘੰਟੇ ਦੇ ਹਿਸਾਬ ਨਾਲ ਅੱਛੇ ਵੇਜਸ ਦਿੰਦੇ ਨੇ ਸੋ ਡਿਸਪੈਚ ਪੰਜਾਬੀ ਅੰਗਰੇਜ਼ੀ ਸੋ ਡਰਾਈਵਰ ਤੇ ਓਨਰ ਆਪਰੇਟਰ ਵੀ ਸੰਪਰਕ ਕਰਨ ਵਾਸ਼ਿੰਗਟਨ ਫੀਡ ਸਰਵਿਸ ਤੋਂ ਜਗਦੇਵ ਸਿੰਘ ਸੰਧੂ ਦਾ ਨੰਬਰ 253-266-6924 2532-666-924 ਗੈਰੀ ਧਾਲੀਵਾਲ ਦਾ ਨੰਬਰ 206-354-4060 ਸਾਨੂੰ ਸਪੋਰਟ ਕੀਤਾ ਬਲਵੀਰ ਸਿੰਘ ਸੁਪਾਨਪੁਰ ਪਰਿਵਾਰ ਨੇ ਅਮਰੀਕਾ ਦੇ ਵਿਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿਚ ਹੈ ਆਰਲਿੰਗਟਨ ਫਿਊਲ ਸਟਾਪ 1801 ਪਾਇਨਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਇਹਨਾਂ ਟਰੱਕਾਂ ਦਾ ਸਮਾਨ ਸਵਾਰੀ ਖਰੀਦ ਸਕਦੇ ਹੋ ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਚ ਲੋਸਟੇਲ ਟਰੈਵਲ ਸੈਂਟਰ 1414 ਅਲੋਮਾ ਸਟਰੀਟ ਲੋਸਟੇਲ ਐਗਜ਼ਿਟ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਇੱਥੇ ਲਿਕਰ ਸ਼ਾਪ ਹੈ ਫ੍ਰੀ ਨਹੀਂ ਹੈ ਸਦ ਉਪਯੋਗ ਕਰੋ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਹੈ ਭਰਾ ਸਹਾਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425-232-84-13 4252-328-413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ ਸਾਨੂੰ ਸਪੋਰਟ ਕੀਤਾ ਸੁਖੀ ਘੁੰਮਣ ਹੋਰਾਂ ਨੇ ਬੇਕਰਸ ਫੀਲਡ ਇਲਾਕੇ ਚ ਵੇਚ ਰਹੇ ਤੋਂ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਛਕੋ ਛਕਾਓ ਟਰੱਕ ਤੋਂ ਆਓ ਡੀਜ਼ਲ ਪਵਾਓ ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਆਇਆ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ ਅਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸ ਫੀਲਡ ਕੈਲੀਫੋਰਨੀਆ ਜਿਪ ਕੋਡ 93307 ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ ਜਿਨ੍ਹਾਂ ਦਾ ਨੰਬਰ 6663045700 ਤੇ ਜੈਕ ਘੁੰਮਣ ਹੋਰਾਂ ਦਾ ਨੰਬਰ 6668858858 6618858858 ਨੰਬਰ ਹੈ ਜੈਕ ਘੁੰਮਣ ਹੋਰਾਂ ਦਾ ਸੁਰਿੰਦਰ ਬਾਈ ਜੀ ਕਨਿਸ਼ਕ ਜਹਾਜ਼ ਕਾਂਡ ਬੜਾ ਚਰਚਿਤ ਸੀ ਜਿਸ ਦੇ ਵਿੱਚ ਸਿੱਖ ਸਮਾਜ ਨੂੰ ਕਾਫੀ ਦੋਸ਼ ਵੀ ਝੱਲਣੇ ਪਏ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਸਿੱਖ ਨੇਤਾ ਰਪਦਮਨ ਸਿੰਘ ਮਲਿਕ ਦੀ ਬਹੁਤ ਨੇੜਿਓਂ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਗੋਲੀ ਕਿਉਂ ਮਾਰੀ ਗਈ ਅਜੇ ਪਤਾ ਨਹੀਂ ਚੱਲ ਸਕਿਆ ਬਾਈਕ ਸਵਾਰਾਂ ਨੇ ਉਹਨਾਂ ਤੇ ਹਮਲਾ ਕੀਤਾ ਜੋ ਕਾਰ ਦੇ ਵਿੱਚ ਆਏ ਸੀ ਤੇ ਸਬੂਤ ਮਿਟਾਉਣ ਵਾਸਤੇ ਕਾਰ ਵੀ ਸਾੜ ਦਿੱਤੀ ਗਈ ਬਹੁਤ ਨੇੜਿਓਂ ਗੋਲੀਆਂ ਮਾਰੀਆਂ ਗਈਆਂ ਮੌਕੇ ਤੇ ਹੀ ਮਲਿਕ ਦੀ ਮੌਤ ਹੋ ਗਈ ਹੈ ਹਸਪਤਾਲ ਲਿਜਾਣ ਦਾ ਵੀ ਸਮਾਂ ਉਹਨਾਂ ਨੂੰ ਨਹੀਂ ਮਿਲਿਆ 1985 ਦੇ ਵਿੱਚ ਏਅਰ ਇੰਡੀਆ ਫਲਾਈਟ ਕਨਿਸ਼ਕ ਦੇ ਵਿੱਚ ਜਦੋਂ ਹੀਥਰੋ ਹਵਾਈ ਅੱਡੇ ਤੋਂ ਇਹ ਬਿਲਕੁਲ 45 ਮਿੰਟ ਦੀ ਦੂਰੀ ਤੇ ਸੀ ਤਾਂ ਧਮਾਕਾ ਹੋਇਆ ਸੀ ਤੇ 1985 ਦੇ ਇਸ ਕੇਸ ਦੇ ਵਿੱਚ
तकरीबन 2005 ਦੇ ਵਿੱਚ ਉਹਨਾਂ ਨੂੰ 2005 ਦੇ ਵਿੱਚ ਬਰੀ ਕੀਤਾ ਗਿਆ ਸੀਗਾ। 20 ਸਾਲ ਲੰਮੀ ਜਾਂਚ ਤੋਂ ਬਾਅਦ ਉਹ ਆਪਣਾ ਵਪਾਰ ਕਰਦੇ ਸਨ ਤੇ 10 ਸਾਲ ਤੱਕ ਉਹ ਇੰਡੀਅਨ ਬਲੈਕ ਲਿਸਟ ਦੇ ਵਿੱਚ ਸ਼ਾਮਲ ਸੀ। ਪਿੱਛੇ ਜੇ ਉਹਨਾਂ ਨੇ ਮੋਦੀ ਸਾਹਿਬ ਦੀ ਬੜੀ ਤਾਰੀਫ ਕੀਤੀ। ਮਲਿਕ ਨੂੰ 2020 ਦੇ ਵਿੱਚ ਸਿੰਗਲ ਐਂਟਰੀ ਵੀਜ਼ਾ ਮਿਲਿਆ ਤੇ 2022 ਦੇ ਵਿੱਚ ਮਲਟੀਪਲ ਵੀਜ਼ਾ ਦਿੱਤਾ ਗਿਆ। ਇਸ ਤੋਂ ਬਾਅਦ ਉਹ ਇੰਡੀਆ ਆਏ, ਆਂਧਰਾ ਪ੍ਰਦੇਸ਼, ਦਿੱਲੀ, ਪੰਜਾਬ, ਮਹਾਰਾਸ਼ਟਰ ਦਾ ਦੌਰਾ ਕੀਤਾ। ਕਨਿਸ਼ ਕਾਂਡ ਦੇ ਵਿੱਚ 331 ਲੋਕਾਂ ਦੀ ਜਾਨ ਗਈ ਸੀ। 22 ਜੁਲਾਈ 1985 ਨੂੰ ਇਹ ਹਾਦਸਾ ਵਾਪਰਿਆ ਸੀ। ਬਹੁਤ ਸਾਰੇ ਭਾਰਤੀਆਂ ਦੇ, ਪੰਜਾਬੀਆਂ ਦੇ ਘਰ ਉਜੜੇ ਸੀ। ਬੜੀ ਲੰਮੀ ਜਾਂਚ ਹੋਈ, ਨਿਕਲਿਆ ਕੁਛ ਨਹੀਂ। 20 ਸਾਲ ਬਾਅਦ ਰਬਦਮਨ ਸਿੰਘ ਮਲਿਕ ਬਾਇਜ਼ਤ ਬਰੀ ਹੋਏ। ਏਜੰਸੀਆਂ ਦੇ ਕਾਰੇ ਸੀ, ਵਿੱਚ ਕੁਛ ਆਪਣੇ ਲੋਕ ਸੀ। ਆਇਰਿਸ਼ ਏਅਰ ਸਪੇਸ ਵਿਸਫੋਟ ਹੋਇਆ ਸੀ ਤੇ 22 ਸਟਾਫ ਮੈਂਬਰਾਂ ਸਮੇਤ 331 ਯਾਤਰੀਆਂ ਦੀ ਮੌਤ ਹੋਈ ਸੀ। ਭਾਰਤੀ ਮੂਲ ਦੇ ਕੈਨੇਡੀਅਨ ਲੋਕ ਬਹੁਤ ਸੀ, ਘਰਾਂ ਦੇ ਘਰ ਉਜੜੇ, ਅਜੇ ਵੀ ਜ਼ਖਮ ਬਾਕੀ ਨੇ। ਹੀਥਰੋ ਏਅਰਪੋਰਟ ਤੋਂ ਸਿਰਫ 45 ਮਿੰਟ ਦੀ ਦੂਰੀ ਤੇ ਸੀ ਇਹ ਜਦੋਂ ਬਲਾਸਟ ਹੋਇਆ। ਇਸ ਮਾਮਲੇ ਦੇ ਵਿੱਚ ਕੈਬ ਡਰਾਈਵਰ ਤੋਂ 1972 'ਚ ਇਹਨੇ ਆਪਣਾ ਕੰਮ ਸ਼ੁਰੂ ਕੀਤਾ ਸੀ, ਇੱਕ ਟੈਕਸੀ ਡਰਾਈਵਰ ਦੇ ਤੌਰ ਤੇ। ਫਿਰ ਸਫਲ ਬਿਜ਼ਨਸਮੈਨ ਬਣੇ, ਖਾਲਸਾ ਕ੍ਰੈਡਿਟ ਯੂਨੀਅਨ ਦੇ ਪ੍ਰਧਾਨ ਵੀ ਰਹੇ, ਜਿਨ੍ਹਾਂ ਦੀ $110 million ਦੀ ਟਰਨਓਵਰ ਸੀ। ਸਤਨਾਮ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਬਣੇ, ਖਾਲਸਾ ਸਕੂਲ ਚਲਾਉਂਦੇ ਆ। ਕੈਨੇਡਾ ਦੇ ਵਿੱਚ ਭਾਸ਼ਾ, ਇਤਿਹਾਸ, ਹੋਰ ਮਾਮਲਿਆਂ 'ਚ ਬੜੀ ਚਰਚਿਤ ਸ਼ਖਸੀਅਤ ਸਨ ਤੇ ਆਖਿਰ ਰਬਦਮਨ ਸਿੰਘ ਮਲਿਕ ਹੋਰਾਂ ਦਾ ਸਾਰਾ ਕੰਮ ਕੱਲ ਰੁਕ ਗਿਆ ਉਹਨਾਂ ਦੇ ਕਤਲ ਤੋਂ ਬਾਅਦ। ਖਾਲਿਸਤਾਨ ਦੀ ਗੱਲ, ਸਿੱਖ ਸੈਂਟੀਮੈਂਟਸ ਦੀ ਗੱਲ ਫਿਰ ਚੱਲ ਰਹੀ ਹੈ। ਇਸ ਤਰ੍ਹਾਂ ਦੀ ਘਟਨਾ ਘਟਣਾ ਇਹ ਇੱਕ ਗਿਣੀ ਮਿੱਥੀ ਸਾਜਿਸ਼ ਦੀ ਬੂਹ ਹੈ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹ ਗੱਲਾਂ ਉਭਰ ਰਹੀਆਂ ਨੇ। ਖਾਲਿਸਤਾਨ ਦੀ ਗੱਲ ਉਭਰਨਾ ਹਿੰਦੁਸਤਾਨ ਨੂੰ ਰਾਸ ਆਉਂਦਾ, ਬੀਜੇਪੀ ਨੂੰ ਰਾਸ ਆਉਂਦਾ। ਕੁਛ ਮਤਭੇਦ ਉਭਰਨਗੇ, ਕੁਛ ਇਹਦੇ ਹੱਕ 'ਚ ਨੇ, ਕੁਛ ਇਹਦੇ ਵਿਰੋਧ 'ਚ ਨੇ। ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਾਂ ਇਸ ਤਰ੍ਹਾਂ ਦੇ ਵਿਵਾਦਾਂ ਨਾਲ ਜੁੜੇ ਵਿਅਕਤੀ, ਕੋਈ MP ਬਣ ਰਹੇ ਨੇ ਮਾਨਸਾ ਵਾਂਗੂ ਖਾਲਿਸਤਾਨ ਦੀ ਗੱਲ ਕਰਨ ਵਾਲੇ ਤੇ ਕੋਈ ਖਾਲਿਸਤਾਨ ਦੀ ਲੜਾਈ ਲੜਨ ਵਾਲੇ, ਉਹਨਾਂ ਦੇ ਕਤਲ ਹੋ ਰਹੇ ਨੇ। ਬੰਦੀ ਸਿੰਘਾਂ ਦਾ ਮਸਲਾ ਉੱਠ ਰਿਹਾ। ਇਸ ਮਾਮਲੇ ਨੂੰ ਲੈ ਕੇ ਇਹ ਜਿਹੜੀ ਖਾਲਿਸਤਾਨ ਦੀ ਸਿਆਸਤ ਹੈ ਉਹ ਹੋਰ ਸੁਲਗੇਗੀ। ਖਾਲਿਸਤਾਨ ਦਾ ਮਸਲਾ, ਸਿੱਖ ਮਸਲਾ ਇੱਕ ਵਾਰੀ ਫਿਰ ਅੰਤਰਰਾਸ਼ਟਰੀ ਖਬਰਾਂ ਬਣਿਆ ਰਬਦਮਨ ਸਿੰਘ ਮਲਿਕ ਦੇ ਮਰਡਰ ਤੋਂ ਬਾਅਦ। ਕੀ ਵੇਖਦੇ ਹੋ ਇਸ ਸਾਰੇ ਘਟਨਾਕ੍ਰਮ ਨੂੰ? ਪੰਜਾਬ ਲਈ ਸ਼ੁਭ ਨਹੀਂ ਹੈ ਜੋ ਕੁਛ ਹੋ ਰਿਹਾ ਜੀ। ਪਰਮਿੰਦਰ, ਗੱਲ ਇਹ ਆ ਕਿ 1984 ਤੱਕ ਵਿਦੇਸ਼ਾਂ ਤੇ ਬੈਠੇ ਜਿਹੜੇ ਪੰਜਾਬੀ ਸੀ ਤੇ ਖਾਸ ਕਰ ਸਿੱਖ ਸੀ, ਉਹ ਦੋ ਵਿਚਾਰਧਾਰਾ ਨਾਲ ਜੁੜੇ ਰਹੇ। ਇੱਕ ਬੰਨੇ ਪੰਥਕ ਵਿਚਾਰਧਾਰਾ, ਇੱਕ ਬੰਨੇ ਕਾਂਗਰਸ ਦੇ ਨਾਲ। ਇਸ ਤੋਂ ਬਹੁਤਾ ਜ਼ਿਆਦਾ ਕੋਈ ਆਰਾਮ ਗੌਲਾ ਕਿਤੇ ਵੀ ਨਹੀਂ ਸੀਗਾ। ਉਸ ਤੋਂ ਬਾਅਦ ਤੀਸਰੀ ਧਿਰ ਉਭਰਨੀ ਸ਼ੁਰੂ ਹੋ ਗਈ ਤੇ ਤੀਸਰੀ ਤੋਂ ਬਾਅਦ ਹਾਲਾਤ ਕੀ ਬਣਿਆ ਕਿ ਜਿੰਨੀਆਂ ਪੰਜਾਬ ਚ ਖਾੜਕੂ ਜਥੇਬੰਦੀਆਂ ਸੀ ਉਸ ਤੋਂ ਵੱਧ ਜਥੇਬੰਦੀਆਂ ਉੱਥੇ ਪੈਦਾ ਹੋ ਗਈਆਂ। ਇੱਕ ਬੰਨੇ ਅਕਾਲੀ ਕਾਂਗਰਸੀ ਸੀ, ਬੀਜੇਪੀ ਵੀ ਆ ਗਈ, ਉਹਦੇ ਵੀ ਹੋ ਗਏ, ਹੁਣ ਤਾਂ ਆਮ ਆਦਮੀ ਪਾਰਟੀ ਦੇ ਵੀ ਹੋ ਗਏ ਤੇ ਬਾਕੀ ਜਿਹੜੀਆਂ ਖਾੜਕੂ ਧਿਰਾਂ ਸੀ ਉਹਨਾਂ ਦੇ ਓਨੇ ਇੱਥੋਂ ਨਾਲੋਂ ਜ਼ਿਆਦਾ ਗਰੁੱਪ ਉੱਥੇ ਬਣ ਗਏ। ਹੁਣ ਗੱਲ ਇੱਥੇ ਨਹੀਂ ਰੁਕੀ, ਗੱਲ ਇਸ ਤੋਂ ਵੀ ਬਹੁਤ ਅੱਗੇ ਟੱਪ ਗਈ। ਜਦੋਂ ਤੋਂ ਸਟੱਡੀ ਵੀਜ਼ੇ ਤੇ ਸਟੂਡੈਂਟ ਜਾਣੇ ਸ਼ੁਰੂ ਹੋ ਗਏ, ਉਹਦੇ 'ਚ ਬਾਕੀ ਵਿਚਾਰਧਾਰਾ ਜਿੱਦਾਂ ਆਪਾਂ ਕਿਸਾਨੀ ਅੰਦੋਲਨ 'ਚ ਦੇਖਿਆ, ਜਿਹੜੇ ਕਾਮਰੇਡ ਧਿਰਾਂ ਦੇ ਨਾਲ ਸੰਬੰਧਿਤ ਸੀ ਜਾਂ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਉੱਧਰ ਚਲ ਗਏ, ਉਹ ਵੀ ਇੱਕ ਗਰੁੱਪ ਉੱਥੇ ਪੈਦਾ। ਯਾਨੀ ਕਿ ਇੰਡੀਆ ਦੇ ਵਿੱਚ ਪੋਲੀਟੀਕਲ ਪਾਰਟੀਆਂ ਜਾਂ ਕਹਿ ਲਓ ਪੰਜਾਬ 'ਚ ਘੱਟ ਆ, ਉੱਥੇ ਜਾ ਰਹੀਆਂ ਨੇ। ਨਾ ਉਹ ਤਿੰਨਾਂ 'ਚ ਗਿਣੇ ਜਾਣ, ਨਾ 13 'ਚ। ਸਿਰਫ ਇਹ ਆ ਕਿ ਜਿਹੜੀ ਖਾਨਾ ਜੰਗੀ ਤੇ ਜਿਹੜਾ ਇੱਕ ਦੂਜੇ ਨੂੰ ਖਾਣ ਨੂੰ ਪੈਣਾ, ਉਹ ਸਾਰਾ ਕੁਛ ਇੱਥੋਂ ਨਾਲੋਂ ਜ਼ਿਆਦਾ ਉੱਥੇ ਹੋਇਆ ਪਿਆ। ਇੱਥੇ ਇੱਕ ਜਥੇਬੰਦੀ ਦਾ ਇੱਕ ਮੋਢੀ ਆ, ਉੱਥੇ 50 ਨੇ ਤੇ 50 ਦੇ 50 ਇੱਕ ਬੰਦੇ ਨਾਲ ਸੰਬੰਧਿਤ ਨੇ, ਲੇਕਿਨ 50ਵਾਂ ਦੀ ਉਹਨਾਂ ਦੀ ਇੱਕ ਜਿਹੜਾ ਇੱਕ ਸੁਣ ਨਹੀਂ ਹੈ। ਇਸ ਕਰਕੇ ਜਿਹੜਾ ਕੁਛ ਵਾਪਰ ਰਿਹਾ ਉਹ ਵਾਪਰਨਾ ਹੀ ਆ, ਕਿਉਂਕਿ ਸਿਆਸਤ ਜਿਹੜੀ ਆ ਉਹ ਇੰਨੀ ਕੋ ਡੂੰਘੀ ਹੋ ਗਈ ਆ। ਘਰਾਂ ਤੋਂ ਦੂਰ ਗਏ, ਮਜਬੂਰੀਆਂ ਦੇ ਮਾਰੇ ਗਏ, ਲੇਕਿਨ ਫੇਰ ਵੀ
ਕਿਤੇ ਨਾ ਕਿਤੇ ਆਪਣੇ ਆਪ ਤੱਕ ਸੀਮਿਤ ਨਹੀਂ ਹੈ। ਗੱਲ ਸੀ ਚਲੋ ਠੀਕ ਹੈ, ਇੱਥੇ ਮਜਬੂਰੀਆਂ ਸੀ, ਕੋਈ ਆਰਥਿਕ ਤੰਗੀ ਕਰਕੇ ਚਲਾ ਗਿਆ, ਕੋਈ ਸਰਕਾਰ ਦੇ ਧੱਕਿਆਂ ਕਰਕੇ ਚਲਾ ਗਿਆ, ਕਿਸੇ ਦੀ ਵੈਸੇ ਸ਼ੌਂਕ ਉੱਠਿਆ ਕਿ ਚਲੋ ਕੋਈ ਗੱਲ ਨੀ ਅਗਲੀ ਪੀੜ੍ਹੀ ਨੂੰ ਸੈੱਟ ਕਰਨਾ, ਉੱਧਰ ਚਲ ਜਾਈਏ, ਇੱਥੇ ਕੱਖ ਨੀ ਬਣਨਾ। ਕਈ ਕਈ ਕਾਰਨ ਹੋਏ, ਉਹਨਾਂ ਕਾਰਨਾਂ ਕਰਕੇ ਸਾਰੇ ਨਿਕਲੇ, ਭਾਵੇਂ ਕਿਸੇ ਕਾਰਨ ਕਰਕੇ ਨਿਕਲੇ। ਪਰ ਗੱਲ ਤੇ ਹੈ ਕਿ ਉੱਥੇ ਜਾ ਕੇ ਤਾਂ ਆਪਣੇ ਕੰਮ ਤੱਕ ਸੀਮਿਤ ਹੋ ਜਾਣਾ ਚਾਹੀਦਾ ਸੀ, ਵੱਧ ਕਿਸਮਤੀ ਕੰਮ ਤੱਕ ਸੀਮਿਤ ਨਹੀਂ ਹੋਏ। ਜੇ ਸਾਡੇ ਡਰੱਗ ਦੀ ਗੱਲ ਤਾਂ ਡਰੱਗ ਦੀ ਉੱਥੇ ਵੀ ਆ, ਜੇ ਇੱਥੇ ਇੱਕ ਦੂਜੇ ਨਾਲ ਠੱਗੀ ਮਾਰਨ ਦੀ ਆ ਤੇ ਉੱਥੇ ਇਹਦੇ ਤੋਂ ਵੱਡੀ ਠੱਗੀ ਮਾਰਨ ਦੀ ਆ। ਘਰ ਤਾਂ ਕੋਈ ਨੀ ਛੱਡਿਆ, ਇੱਥੇ ਗੋਲਕ ਦੀ ਲੜਾਈ ਸੀ, ਗੋਲਕ ਦੀ ਲੜਾਈ ਉੱਥੇ ਵੀ ਬੜੀ ਵੱਡੀ ਆ। ਇੱਥੇ ਅਸੀਂ ਕਹਿੰਦੇ ਸੀ ਪੁਲਿਸ ਵਰਦੀ ਪਾ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਕਿਉਂ ਆਈ, ਤੇ ਉੱਥੇ ਤਾਂ ਪੁਲਿਸ ਸਮੇਤ ਜੁੱਤੀਆਂ ਜਾਂਦੀ ਆ ਅੰਦਰ, ਉਹਦੇ ਤੇ ਕਦੀ ਕਿੰਤੂ ਪਰੰਤੂ ਨਹੀਂ ਆਇਆ। ਕਦੋਂ ਜਾਂਦੀ ਆ? ਜਦੋਂ ਤੁਸੀਂ ਡਾਂਗੋ ਡਾਂਗੀ ਹੋਏ, ਜਦੋਂ ਤੁਸੀਂ ਇੱਕ ਦੂਜੇ ਦੇ ਸਿਰ ਪਾੜ ਦਿੱਤੇ, ਜਦੋਂ ਤੁਸੀਂ ਉੱਥੇ ਲਾਸ਼ਾਂ ਉਚਾਰਤੀਆਂ, ਤੇ ਫਿਰ ਪੁਲਿਸ ਤਾਂ ਕਈ ਵਾਰੀ ਬਾਏ ਏਅਰ ਵੀ ਉਤਰਨੀ ਪੈ ਗਈ, ਉਹਨਾਂ ਦੀ ਮਜਬੂਰੀ ਹੋ ਗਈ, ਥੱਲੇ ਮੌਕੇ ਤੇ ਨਹੀਂ ਸੀ ਕੰਟਰੋਲ ਕੀਤਾ ਜਾ ਸਕਦਾ। ਉਹ ਹਾਲਾਤ ਕਿਹਨੇ ਪੈਦਾ ਕੀਤੇ? ਅਸੀਂ ਖੁਦ ਕੀਤੇ ਨਾ। ਸੋ ਇਸ ਕਰਕੇ ਆ, ਕੁਛ ਧਿਰਾਂ ਜਿਹੜੀਆਂ ਨੇ ਉਹ ਸਮੇਂ ਦੇ ਨਾਲ ਸੋਚਦੀਆਂ ਨੇ ਕਿ ਚਲੋ ਠੀਕ ਆ, ਹੁਣ ਇੱਥੇ ਲੱਗਦਾ ਕਿ ਇਹ ਜਦੋਂ ਸੋਲਵ ਹੋਊਗਾ ਉਦੋਂ ਪਤਾ ਲੱਗੂਗਾ ਕੀ ਹੋਇਆ ਜਾਂ ਕੀ ਨਹੀਂ। ਪਰ ਇੱਕ ਗੱਲ ਤਾਂ ਸਪਸ਼ਟ ਆ ਕਿ ਰਿਪੁਦਮਨ ਸਿੰਘ ਮਲਿਕ ਜਿਸ ਤਰ੍ਹਾਂ ਭਾਰਤ ਸਰਕਾਰ ਦੇ ਨੇੜੇ ਆਇਆ, ਜਿਸ ਤਰ੍ਹਾਂ ਉਹਨੂੰ ਵੀਜ਼ਾ ਮਿਲਿਆ ਲੰਬੇ ਸਮੇਂ ਦੇ ਬਾਅਦ ਇੰਡੀਆ ਆ ਕੇ ਗਿਆ, ਉਹ ਬਹੁਤੀਆਂ ਧਿਰਾਂ ਨੂੰ ਚੁੱਭਦਾ ਸੀ, ਉਹਦਾ ਕਰਕੇ ਸਾਰਾ ਕੁਛ ਵਰਤ ਗਿਆ। ਬਾਕੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਈਏ, ਅਸਲ ਦੇ ਵਿੱਚ ਜਦੋਂ ਕੇਸ ਦੀ ਜਾਂਚ ਹੋਏਗੀ ਤਾਂ ਉਹਦੇ ਚ ਬਹੁਤ ਕੁਛ ਜਿਹੜਾ ਉਹ ਕਲੀਅਰ ਜਿਹੜਾ ਉਹ ਹੋ ਜਾਵੇਗਾ। ਲੰਮੇ ਸਮੇਂ ਪਹਿਲਾਂ ਜਿਹੜੇ ਬੂਟੇ ਲਾਏ ਨੇ ਫਲ ਦੇਣੇ ਸ਼ੁਰੂ ਹੋ ਗਏ ਨੇ, ਹੈ ਤੇ ਫਿਰ ਜਿਹੜੇ ਫਲ ਦੇ ਚੁੱਕੇ ਨੇ ਜਿਹਨਾਂ ਨੂੰ ਹੁਣ ਪਤਾ ਹੈ ਕਿ ਪਤਾ ਲੱਗ ਜੂ ਕਿ ਬੂਟੇ ਨੇ ਕਿਹਨੂੰ ਫਲ ਦਿੱਤਾ, ਤੇ ਉਹ ਬੂਟੇ ਜੜੋਂ ਪੱਟੇ ਜਾ ਰਹੇ ਨੇ। ਇੱਧਰ ਭਗਵੰਤ ਮਾਨ ਫਿਰ ਨਹੀਂ ਹਟਦੇ ਐਡਾਂ ਦੇ ਨੂੰ, ਅੱਜ ਫਿਰ ਐਡ ਤਾਂ ਦਿੱਤੀ ਹੈ ਪਰ ਅੰਦਰਲੇ ਪੇਜਾਂ ਤੇ ਦਿੱਤੀ ਹੈ ਫੌਜਾ ਸਿੰਘ ਸਰਾਰੀ, ਕਹਿੰਦੇ SHO ਮਿਨਿਸਟਰ ਬਣ ਗਿਆ ਤੇ ਜਿਹੜਾ IPS ਸੀ ਉਹ MLA ਦਾ MLA ਰਹਿ ਗਿਆ। ਫੋਟੋਆਂ ਤੁਸੀਂ ਵੀ ਪਾਤੀਆਂ। ਫੌਜਾ ਸਿੰਘ ਸਰਾਰੀ ਕਹਿੰਦੇ ਬਾਗਵਾਨੀ ਦੇ ਬੂਟੇ ਲਾਉਣੇ ਆ, ਭਗਵੰਤ ਮਾਨ ਫਿਰ ਹੱਥ ਬੰਨ ਕੇ ਖੜੇ ਨੇ ਅਖਬਾਰਾਂ ਚ, ਕਾਹਨੂੰ ਟਲਦਾ, ਦੱਬਦਾ ਕਿੱਥੇ ਹੈ? ਕਹਿੰਦਾ ਅਸੀਂ ਐਡ ਲਾਊ, ਹਟਾਓ ਜਿਹੜੇ ਹਟਾਉਂਦਾ, ਕੋਈ ਨੀ। ਇਸ ਦੌਰਾਨ ਇਹ ਜਿਹੜੇ ਫਲ ਬੂਟੇ ਲਾਉਣ ਦੀ ਅੱਜ ਤੋਂ ਸ਼ੁਰੂਆਤ ਕਰ ਰਹੇ ਨੇ, ਅਜੇ ਤਾਂ ਭਾਈ ਹਾੜ ਆ, ਇੱਕ ਦਿਨ ਤਾਂ ਖੜ ਜਾਓ, ਸੌਣ ਤਾਂ ਚੜ੍ਹ ਲੈਣ ਦਿਓ, 31 ਹਾੜ ਆ ਅੱਜ, ਤੇ ਅਜੇ ਹੀ ਐਡ ਲਾਤੀ। ਕਹਿੰਦੇ ਫਲਦਾਰ ਬੂਟਿਆਂ ਦਾ ਆਗਾਜ਼ 15 ਤਰੀਕ ਤੋਂ, ਕਿ ਦਿਨ ਚੰਗਾ 16 ਤੋਂ ਕਰ ਲੈਂਦੇ, ਇੱਕ ਦਿਨ ਤਾਂ ਐਡ ਛੱਡ ਦਿੰਦੇ, ਪਰ ਨਹੀਂ ਛੱਡੀ, ਹੈਨਾ, ਭਾਵੇਂ ਅੰਦਰਲੇ ਪੇਜ ਤੇ ਲੈ ਗਏ, ਕਹਿੰਦੇ ਫਲ ਖਾਓ ਸਿਹਤ ਬਣਾਓ, ਪਰ ਫਲ ਕਿਹੜੇ ਭੜੂਏ ਨੇ ਖਾਣੇ ਆ, ਗੁੜ ਵਾਲਾ ਪਾਣੀ ਚਾਹੀਦਾ ਪੀਣ ਨੂੰ। ਤੇ ਇਸ ਦੌਰਾਨ ਜਿਹੜਾ ਪੰਜਾਬ ਚ ਸਥਿਤੀ ਬਣ ਰਹੀ ਹੈ, ਮੈਨੂੰ ਅਜੇ ਸਪਸ਼ਟ ਨਹੀਂ ਹੈ। ਵੈਸੇ ਚਰਚਾ ਇਹ ਵੀ ਸੀ ਕਿ ਖਾਲਿਸਤਾਨ ਲਫ਼ਜ਼ ਤੇ ਵੀ ਇਹਨਾਂ ਲਫ਼ਜ਼ਾਂ ਚ ਪਾਬੰਦੀ ਲੱਗੀ ਹੈ ਜਿਹੜੇ ਸੰਸਦ ਦੇ ਵਿੱਚ ਨੇ, ਅਜੇ ਅਸਪਸ਼ਟ ਹਾਂ ਮੈਂ। ਕੁਛ ਪੋਰਟਲ ਤੇ ਖਬਰ ਆਈ ਸੀ ਕਿ ਖਾਲਿਸਤਾਨ ਲਫ਼ਜ਼ ਵੀ ਬੈਨ ਹੋਇਆ, ਹੈਨਾ, ਪਰ ਪੰਜਾਬ ਦੀਆਂ ਬਹੁਤੀਆਂ ਅਖਬਾਰਾਂ ਨੇ ਉਹ ਚੀਜ਼ ਨਹੀਂ ਕਵਰ ਕੀਤੀ, ਕੋਈ ਅਥੈਂਟਿਸਿਟੀ ਨਹੀਂ ਇਸ ਮਾਮਲੇ 'ਚ ਹੋਈ ਕਿ ਖਾਲਿਸਤਾਨ ਲਫ਼ਜ਼ ਵੀ ਬੈਨ ਹੋਇਆ ਸੰਸਦ 'ਚ ਜਾਂ ਨਹੀਂ, ਤੇ ਕਿਸੇ ਜ਼ਿੰਮੇਵਾਰ ਅਖਬਾਰ ਦੀ ਕੋਈ ਬਹੁਤੀ ਸਟੇਟਮੈਂਟ ਨਹੀਂ ਹੈ, ਪਰ ਜਿਹੜੇ ਖਾਲਿਸਤਾਨ ਦੇ ਨਾਅਰੇ ਨੇ ਉਹ ਸ਼ਰੇਆਮ ਲੱਗੀ ਜਾ ਰਹੇ ਨੇ। ਇਸ ਦੌਰਾਨ ਕੱਲ੍ਹ ਪਰਸੋਂ ਵੀ ਮਖੂ 'ਚ ਰੌਲਾ ਪਿਆ ਕਿ ਡੇਰਾ ਸਿਰਸਾ ਦੇ ਕੁਛ ਲੋਕ, ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਿਛਲੇ ਸੰਡੇ ਨੂੰ ਵੀ, ਬੜਾ ਰੌਲਾ ਰੱਪਾ ਸੀ ਆ ਪਟਿਆਲੇ ਵੀ ਜਾਂ ਹੋਰ ਨਾਮ ਚਰਚਾਵਾਂ ਹੋ ਰਹੀਆਂ ਨੇ ਕਿ ਜਿਹੜੇ ਪ੍ਰੇਮੀ ਬਰੀ ਹੋ ਗਏ ਨੇ, 3 ਸਾਲ ਦੀ ਸਜ਼ਾ ਹੋਈ ਸੀ ਬੇਅਦਬੀ ਦੇ ਕੇਸ ਦੇ ਵਿੱਚ, ਕਿਉਂਕਿ ਉਹ 3 ਸਾਲ ਤੋਂ ਘੱਟ ਵਾਲੇ ਜਿਹੜੇ ਨੇ ਉਹ ਬਰੀ ਹੋਣੇ ਹੀ ਹੁੰਦੇ ਨੇ, ਦੇਸ਼ ਦੇ ਵਿੱਚ ਕਾਨੂੰਨ ਹੈ, ਤੇ ਉਹ ਕੋਈ ਸਮਾਗਮ ਉਹਨਾਂ ਦੇ ਹੋ ਰਹੇ ਨੇ ਉਹਦੇ 'ਚ ਅਖੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ। ਮਖੂ 'ਚ ਕਾਫੀ ਰੌਲਾ ਰੱਪਾ ਪਿਆ ਤੇ ਸਿੱਖ ਸਮਾਜ ਦੀ ਤਰਫੋਂ ਇਹ ਕਿਹਾ ਗਿਆ ਕਿ ਉਧਰੋਂ ਪਹਿਲਾਂ ਰੋੜਾ ਆਇਆ ਫਿਰ ਅਸੀਂ ਕਾਰਾਂ ਭੰਨੀਆਂ ਨੇ, ਤੇ ਕਾਫੀ ਤਕਰਾਰ ਹੋਇਆ। ਹਾਲਾਂਕਿ ਮੌਕੇ ਤੇ ਜਿਹੜੇ ਕੁਛ ਚੈਨਲ ਅੱਗ ਲਾਊ ਲਾਣਾ ਜਿਨ੍ਹਾਂ ਦੀ ਸੋਹਣੀ ਬੱਟਤ ਇਸ ਮਾਮਲੇ 'ਚ ਹੋਈ ਜਾ ਰਹੀ ਹੈ, ਉਹ ਪੂਰਾ ਭੜਕਾ ਰਹੇ ਨੇ, ਜਿਵੇਂ ਕਾਲੀ ਦੇਵੀ ਮੰਦਰ ਮਾਮਲਾ ਹੋਇਆ ਸੀ।
ਤੇ ਉਹ ਇੱਕੋ ਹੀ ਹੱਲ ਖਾਲਿਸਤਾਨ ਖਾਲਿਸਤਾਨ ਦੇ ਨਾਅਰੇ ਇਹ ਕੁਛ ਲੱਗ ਰਿਹਾ ਕਿ ਜੇ ਪੰਜਾਬ ਨੂੰ ਬਚਾ ਸਕਦਾ ਸਿਮਰਜੀਤ ਮਾਨ ਹੀ ਬਚਾ ਸਕਦਾ ਭਗਵੰਤ ਸਰਕਾਰ ਤੋਂ ਕੋਈ ਆਸ ਨਹੀਂ ਗੇਂਦ ਇਸ ਪਾਸੇ ਨੂੰ ਵੀ ਰੋੜੀ ਜਾ ਰਹੀ ਹੈ ਤੇ ਇਹ ਜਿਹੜਾ ਡੇਰਾ ਬਨਾਮ ਸਿੱਖਾਂ ਦਾ ਵਿਵਾਦ ਫਿਰ ਵਧਣ ਲੱਗਿਆ ਕੀ ਵੇਖਦੇ ਹੋ ਕੀ ਕਿਸੇ ਜਿਵੇਂ ਪਿਛਲੀ ਸਰਕਾਰ ਨੇ ਨਾਮ ਚਰਚਾਵਾਂ ਤੇ ਪਾਬੰਦੀ ਲਾਈ ਸੀ ਤੇ ਹੁਣ ਵੀ ਉਹ ਮੰਗ ਕੀਤੀ ਜਾ ਰਹੀ ਹੈ ਕਿ ਨਾਮ ਚਰਚਾਵਾਂ ਤੇ ਪਾਬੰਦੀ ਲੱਗੇ ਤੇ ਕੀ ਵੇਖਦੇ ਹੋ ਜਿਹੜਾ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੇ ਦਰਮਿਆਨ ਵਿਵਾਦ ਵਧਣ ਲੱਗਿਆ ਤੇ ਪਿੱਛੇ ਇਹਦੇ ਰਾਜਨੀਤਿਕ ਮਾਇਲੇਜ ਹੈ ਕਿਉਂਕਿ ਬੇਅਦਬੀ ਦੀ ਖੇਡ ਖੇਡ ਕੇ ਸਰਕਾਰਾਂ ਬਣਦੀਆਂ ਨੇ ਤੇ ਟੁੱਟਦੀਆਂ ਨੇ ਤੇ ਬੇਅਦਬੀ ਦੀ ਖੇਡ ਹੁਣ ਫਿਰ ਨਵੇਂ ਸਿਰੇ ਤੋਂ ਸ਼ੁਰੂ ਹੋਣ ਲੱਗੀ ਹੈ ਉਹ ਡੇਰੇ ਦੇ ਨਾਂ ਤੇ ਹੋਣ ਲੱਗੀ ਹੈ ਕੁਛ ਸਿੱਖ ਤਰ੍ਹਾਂ ਇਹਦੇ ਚ ਆਪਣੀ ਖੱਟੀ ਵੀ ਖੱਟਣੀ ਚਾਹੁੰਦੀਆਂ ਨੇ ਜੀ ਸੁਰਿੰਦਰ ਦੇਖੋ ਸਿੱਖ ਤੇ ਰਹੋਵੇ ਚਾਹੇ ਡੇਰੇ ਵਾਲੇ ਹੋਣ ਖੱਟੀ ਤਾਂ ਸਾਰੇ ਹੀ ਖੱਟ ਰਹੇ ਨੇ ਉਹ ਵੱਖਰੀ ਗੱਲ ਖੱਟੀ ਜਾਵੇ ਜਾਂ ਨਾ ਜਾਵੇ ਉਹ ਬਾਅਦ ਦੀ ਗੱਲ ਜਿਹੜਾ ਵਿਵਾਦ ਆ ਇਹ ਕੰਟੀਨਿਊ ਚੱਲਣਾ ਪਹਿਲਾਂ ਨਿਰੰਕਾਰੀਆਂ ਨਾਲ ਚੱਲਿਆ ਸੀ ਫਿਰ ਉਹਦੇ ਬਾਅਦ ਨੂਰ ਮਹਿਲ ਵਾਲੇ ਨਾਲ ਚੱਲਿਆ ਬਿਆਸ ਵਾਲਿਆਂ ਨਾਲ ਵੀ ਚੱਲਿਆ ਕਿਸੇ ਦਿਨ ਨੂੰ ਡੇਰੇਦਾਰਾਂ ਨਾਲ ਵੀ ਚੱਲਣਾ ਵਾ ਜਿਹੜੇ ਸਿੱਖ ਡੇਰੇਦਾਰ ਉਹਨਾਂ ਨਾਲ ਵੀ ਚੱਲਣਾ ਵਾ ਤੇ ਚੱਲਦਾ ਰਹਿਣਾ ਸਮੱਸਿਆ ਕਿੱਥੇ ਖੜੀ ਆ ਹਰ ਵਿਅਕਤੀ ਜਿਹੜਾ ਉਹ ਆਪਣੀ ਜਿਹੜੀ ਮਰਿਆਦਾ ਦੀ ਲਾਈਨ ਆ ਉਹਨੂੰ ਲੰਘ ਰਿਹਾ ਜੇ ਉਹਨੂੰ ਨਾ ਲੰਘੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਆਪਣੇ ਘਰ ਕੀ ਕਰਦਾ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਸਮੱਸਿਆ ਕਦੋਂ ਖੜੀ ਹੁੰਦੀ ਹੈ ਜਦੋਂ ਕੋਈ ਵਿਅਕਤੀ ਆਪਣੀ ਘਰ ਦੀ ਜਿਹੜੀ ਲਾਈਨ ਖਿੱਚੀ ਹੋਈ ਹੈ ਜਦੋਂ ਉਹਨੂੰ ਬਾਉਂਡਰੀ ਲਾਈਨ ਨੂੰ ਕਰੋਸ ਕਰਦਾ ਹੈ ਗੁਆਂਢੀ ਕਹਿੰਦੇ ਆਪਣੇ ਘਰ ਜੋ ਕਰਨਾ ਕਰੋ ਜਦੋਂ ਤੁਸੀਂ ਕੰਧ ਟੱਪ ਕੇ ਸਾਡੇ ਵੱਲ ਆਉਂਗੇ ਫਿਰ ਅਸੀਂ ਤਾਂ ਆਪਣਾ ਜੋ ਸਾਡਾ ਮਨ ਆਊਗਾ ਉਹ ਅਸੀਂ ਕਰਾਂਗੇ ਹੁਣ ਜੇ ਡੇਰੇਦਾਰ ਨਾਲ ਕੋਈ ਰੌਲਾ ਨਹੀਂ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਮੁਤਾਬਕ ਜਿਹੜੀ ਉਹਨਾਂ ਵਾਲੀ ਪੋਸ਼ਾਕ ਸੀ ਉਹ ਨਾ ਪਾਉਂਦਾ ਉਹ ਪਹਿਰਾਵਾ ਨਾ ਬਣਾਉਂਦਾ ਤੇ ਉਹੀ ਅੰਮ੍ਰਿਤ ਦੀ ਤਰ੍ਹਾਂ ਜਿਹੜਾ ਸੀ ਉਹ ਜਾਮ ਹਿੰਸਾ ਨਾ ਤਿਆਰ ਕਰਦਾ ਨਾ ਫੈਲਾਉਂਦਾ ਤਾਂ ਸ਼ਾਇਦ ਇੱਥੋਂ ਤੱਕ ਨੌਬਤ ਨਾ ਆਉਂਦੀ ਸ਼ਾਇਦ 2015 ਦੀ ਬੇਅਦਬੀ ਬਣਾ ਹੁੰਦੀ ਜਿਹੜਾ ਕੁਛ ਹੋਇਆ ਉਹ ਨਾ ਹੁੰਦਾ ਪਰ ਗੱਲ ਇਹ ਆ ਕਿ ਜਿਹੜਾ ਪੋਲੀਟੀਕਲ ਸਿਸਟਮ ਸੀ ਉਹਨੇ ਸਾਰਾ ਤਾਣਾ ਬਾਣਾ ਲਿਜਾ ਕੇ ਕੁਛ ਕਰਾਤਾ ਤੇ ਜਿਹੜਾ ਅੱਜ ਤੱਕ ਚੱਲਿਆ ਆਉਂਦਾ ਇਹੀ ਕੁਛ 1978 ਚ ਵੀ ਹੋਇਆ ਸੀ ਚਾਹੀਦਾ ਤਾਂ ਉਸ ਵੇਲੇ ਸੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਸੀ ਜਿਹੜੀਆਂ ਸਪੋਰਟ ਕਰਦੀਆਂ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਕਹਿੰਦੇ ਪੰਜ ਪਿਆਰੇ ਸੀ ਉਹ ਪੰਜ ਪਿਆਰੇ ਨੇ ਤੁਸੀਂ ਸੱਤ ਸਤਾਰਿਆਂ ਵਾਲੀ ਗੱਲ ਨਾ ਚੱਕੋ ਹਟ ਜਾਓ ਸੁਰਿੰਦਰ ਇੱਕ ਗੱਲ ਐਜ਼ ਏ ਜਰਨਲਿਸਟ ਜੇ ਆਪਾਂ ਆਪਣਾ ਧਰਮ ਵਿਸ਼ੇਸ਼ ਨੂੰ ਲਾਂਭੇ ਕਰਕੇ ਸੋਚੀਏ ਤਾਂ ਐਜ਼ ਏ ਜਰਨਲਿਸਟ ਤੁਸੀਂ ਕੀ ਸੋਚਦੇ ਹੋ ਕਿ ਇਹਨਾਂ ਚੀਜ਼ਾਂ ਦਾ ਕੀ ਕੋਈ ਕਾਪੀ ਰਾਈਟ ਨਹੀਂ ਹੈ ਕੋਈ ਪੰਜ ਪਿਆਰੇ ਪ੍ਰਵਾਨਿਤ ਨੇ ਮੇਰੀ ਗੱਲ ਕਈਆਂ ਨੂੰ ਬੁਰੀ ਲੱਗਣੀ ਪਰ ਫਿਰ ਵੀ ਮਨੁੱਖਤਾ ਦੇ ਆਧਾਰ ਤੇ ਸੋਚਣ ਦੀ ਜ਼ਰੂਰਤ ਹੈ ਕਿ ਕਾਨੂੰਨ ਦੇ ਮੁਤਾਬਕ ਜਿਸ ਮੁਲਕ ਚ ਅਸੀਂ ਰਹਿੰਦੇ ਹਾਂ ਕਿ ਉਸ ਮੁਤਾਬਕ ਕਿਸੇ ਨੂੰ 5 ਜਾਂ 11 ਬੰਦੇ ਇਸ ਤਰ੍ਹਾਂ ਜੁੜ ਕੇ ਕੋਈ ਮਿੱਠਾ ਪਾਣੀ ਜਾਂ ਜਾਮੇ ਹਿੰਸਾ ਪਿਆਉਣ ਤੋਂ ਰੋਕ ਸਕਦਾ ਤੇ ਗੁਰੂ ਸਾਹਿਬ ਨੇ ਜਿਹੜਾ ਉਹ ਪ੍ਰਾਵਧਾਨ ਲਿਆਂਦਾ ਸੀ ਇਹ ਠੀਕ ਹੈ ਕਿ ਸਿੱਖਾਂ ਦੇ ਸੈਂਟੀਮੈਂਟਸ ਜੁੜੇ ਨੇ ਪਰ ਜਿਸ ਮੁਲਕ ਚ ਅਸੀਂ ਰਹਿੰਦੇ ਹਾਂ ਕਿ ਉੱਥੇ ਉਸ ਕਾਨੂੰਨ ਦੇ ਮੁਤਾਬਕ ਕੀ ਕਾਨੂੰਨ ਇਹ ਚੀਜ਼ ਨੂੰ ਰੋਕਿਆ ਜਾ ਸਕਦਾ ਕਿ ਤੁਸੀਂ ਇਸ ਤਰ੍ਹਾਂ ਕੜਾਹਾ ਭਰ ਕੇ 7 ਬੰਦੇ ਚੁਣ ਕੇ ਆਪਣਾ ਜੋ ਵੀ ਉਹਦਾ ਨਾਂ ਰੱਖਿਆ ਜਾਂ ਮੈਨਸਾ ਰੱਖਿਆ ਜਾਂ ਉਹ ਚੀਜ਼ ਰੱਖਿਆ ਉਹ ਕਰਨ ਤੋਂ ਰੋਕ ਸਕਦੇ ਹੋ ਕਾਨੂੰਨ ਜਾਂ ਜਿਹੜੀ ਡਰੈਸ ਹੈ ਉਸ ਤਰ੍ਹਾਂ ਦੀ ਡਰੈਸ ਪਾਉਣ ਤੋਂ ਰੋਕ ਸਕਦੇ ਹੋ ਕਿਉਂਕਿ ਜੇ ਕਿਸੇ ਚੀਜ਼ ਦਾ ਕਾਪੀਰਾਈਟ ਵੀ ਹੈ ਕਾਨੂੰਨ ਦੇ ਵਿੱਚ ਕਾਪੀਰਾਈਟ ਐਕਟ ਆਉਂਦਾ ਹਾਲਾਤ ਤਾਂ ਇਹ ਨੇ ਕਿ ਦਰਬਾਰ ਸਾਹਿਬ ਦਾ ਹੂ ਬਹੂ ਮਾਡਲ ਦੁਰਗਿਆਣਾ ਮੰਦਰ ਬਣਾ ਦਿੱਤਾ ਪਹਿਲਾਂ ਦੁਰਗਿਆਣਾ ਮੰਦਰ ਵਾਲਿਆਂ ਨੇ ਬਣਾਇਆ ਤੇ ਫਿਰ ਸਿੱਖਾਂ ਨੇ ਮਸਤੂਆਂ ਨੇ ਬਣਾਇਆ ਉਹਦੇ ਤੇ ਪਾਬੰਦੀ ਲੱਗੀ ਕਿਉਂਕਿ ਉਹ ਸਿੱਖਾਂ ਦੇ ਗੁਰੂ ਘਰ ਦੇ ਵਿੱਚ ਸੀ ਪਰ ਉਹ ਪਾਬੰਦੀ ਅਜੇ ਤੱਕ ਵੀ ਨਹੀਂ ਲੱਗੀ ਤੇ ਉੱਥੇ ਜਿੱਥੇ ਬਣਿਆ ਉੱਥੇ ਹੀ ਸੁਖਦੇਵ ਸਿੰਘ ਢੀਂਡਸਾ ਜਾਂ ਇਹਨਾਂ ਦੇ ਅਸਰ ਰਸੂਖ ਉਸ ਮਸਤੂਆਣਾ ਡੇਰੇ ਦੇ ਵਿੱਚ ਹੈ ਪਰ ਕੀ ਜੇ ਤੁਸੀਂ ਇੱਦਾਂ ਕਰਦੇ ਹੋ ਤੁਸੀਂ ਦਰਬਾਰ ਸਾਹਿਬ ਦਾ ਹੂ ਬਹੂ ਮਾਡਲ ਬਣਾਉਂਦੇ ਹੋ ਜਿਹਦੇ ਤੇ ਅਕਾਲ ਤਖ਼ਤ ਨੇ ਪਾਬੰਦੀ ਵੀ ਲਾਈ ਉਹਨੂੰ ਮਾਲਵੇ ਦਾ ਹਰਿਮੰਦਰ ਬਣਾ ਲਿਆ
ਤੇ ਕੱਲ ਨੂੰ ਕੋਈ ਦੂਸਰਾ ਦਿੱਲੀ ਦੇ ਵਿੱਚ ਬਣ ਲੱਗਿਆ ਸੀ ਇਸ ਤਰ੍ਹਾਂ ਦਾ ਇੱਕ ਪਾਰਕ ਦੇ ਵਿੱਚ, ਉਹਨੂੰ ਤੁਸੀਂ ਤੁੜਵਾ ਦਿੱਤਾ। ਜਦੋਂ ਸਿੱਖ ਆਪ ਇੱਦਾਂ ਕਰਦੇ ਨੇ, ਦਰਬਾਰ ਸਾਹਿਬ ਦਾ ਹੂ ਬਹੂ ਮਾਡਲ ਜਿਹੜਾ ਦੁਨੀਆਂ ਦੇ ਵਿੱਚ ਇੱਕ ਕਾਪੀ ਰਾਈਟ ਹੈ, ਉਹਦਾ ਮਾਡਲ ਮਸਤੂਆਣੇ ਨੇ ਬਣਾਇਆ। ਉਸ ਤੋਂ ਪਹਿਲਾਂ ਦੁਰਗਿਆਣਾ ਪੰਡਿਤ ਮਦਨ ਮੋਹਨ ਮੌਲਵੀ ਨੇ ਬਣਾਇਆ, ਉਹਦੇ ਕਨੈਕਸ਼ਨ ਇੱਥੇ ਮਸਤੂਆਣੇ ਵੀ ਸੀ। ਉਸ ਵਕਤ ਕਈ ਲੱਖ ਰੁਪਈਆ ਲੈ ਗਿਆ ਸੀ ਮਸਤੂਆਣਾ ਵਾਲੇ ਸੰਤ ਧਾਤਰ ਸੰਘੂਰਾਂ ਤੋਂ। ਉਸ ਤੋਂ ਬਾਅਦ ਸਿੱਖਾਂ ਨੇ ਵੀ ਉਹ ਮਾਲਵੇ ਦਾ ਹਰਿਮੰਦਰ ਬਣਾਉਣਾ ਸ਼ੁਰੂ ਕਰ ਦਿੱਤਾ। ਇਨਵੋਲਵਮੈਂਟ ਸੁਖਦੇਵ ਸਿੰਘ ਢੀਂਡਸਾ ਜਾਂ ਸਾਰੇ ਲੋਕ ਉਸ ਇਲਾਕੇ ਦੇ ਪੰਥਕ ਮੈਂਬਰ ਵੀ ਨੇ ਜਿਹੜੇ ਮਸਤੂਆਣਾ ਟਰੱਸਟ ਨਾਲ ਵੀ ਜੁੜੇ ਨੇ। ਕੀ ਕਾਨੂੰਨ ਮੁਤਾਬਕ ਜਾਮੇ ਇੰਸਾ ਰੂਪੀ ਇਹ ਮਿੱਠਾ ਪਾਣੀ ਸ਼ਰਬਤ ਜਾਂ ਜੋ ਵੀ, ਜਾਂ ਪੰਜ ਦੀ ਜਗ੍ਹਾ ਸੱਤ ਜਾਂ ਗਿਆਰਾਂ ਜਾਂ ਤੇਰਾਂ ਜਾਂ ਵੀਹ ਜਾਂ ਇੱਕੀ ਬੰਦੇ ਚੁਣ ਕੇ ਕਾਨੂੰਨ ਦੇ ਮੁਤਾਬਕ ਇਹ ਤੁਸੀਂ ਰੋਕ ਸਕਦੇ ਹੋ? ਜਿੱਥੋਂ ਤੱਕ ਕਲਗੀ ਲਾਉਣ ਦਾ ਸਵਾਲ ਹੈ, ਵਿਆਹਾਂ 'ਚ ਬਹੁਤ ਬੰਦੇ ਕਲਗੀ ਲਾਉਂਦੇ ਵੀ ਹੈ, ਅਤੇ ਜਿਹੜੀਆਂ ਸੁਰੱਖਿਆ ਸੈਨਾਵਾਂ ਨੇ ਕਲਗੀ ਉਹ ਵੀ ਲਾਉਂਦੇ ਆ। ਕਲਗੀ ਤਾਂ ਮਾਫ਼ ਕਰਨਾ, ਕਈਆਂ ਨੇ ਘੋੜੇ 'ਤੇ ਵੀ ਲਾਈ ਹੁੰਦੀ ਹੈ। ਕੀ ਇਹ, ਹਾਲਾਂਕਿ ਕਲਗੀਆਂ ਵਾਲਾ ਜਦੋਂ ਜ਼ਿਕਰ ਕਰਦੇ ਹਾਂ ਤਾਂ ਦੱਸਣ ਦੀ ਲੋੜ ਨਹੀਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਕਰ ਰਹੇ ਹਾਂ, ਕੀ ਕਾਨੂੰਨ ਮੁਤਾਬਕ ਕੋਈ ਸੂਬਾ ਜਾਂ ਸਟੇਟ ਇਹ ਚੀਜ਼ਾਂ ਰੋਕ ਸਕਦੀ ਹੈ? ਜੀ ਪਹਿਲੀ ਗੱਲ, ਮੈਂ 1978 ਤੇ ਜਾਵਾਂ, ਉਹਦਾ ਰੌਲਾ ਕੀ ਸੀਗਾ? ਉਹਨਾਂ ਪ੍ਰਚਾਰ ਕੀਤਾ ਸੀ, ਕਹਿੰਦੇ ਸੀ ਵੀ ਗੁਰੂ ਗ੍ਰੰਥ ਸਾਹਿਬ ਕਿਤਾਬ ਆ, ਇਹ ਗੁਰੂ ਨਹੀਂ ਹੈ। ਤੇ ਗੋਡੇ ਥੱਲੇ ਲੈ ਕੇ ਬਹਿ ਜਾਂਦਾ ਸੀ ਗਿਆਨੀ, ਜਿਹੜਾ ਗਿਆਨੀ ਨੇ ਉਹ ਨਿਰੰਕਾਰੀ ਗੁਰਬਚਨ ਸਿੰਘ, ਠੀਕ ਹੈ, ਉਹ ਲੈ ਜਾਂਦਾ ਸੀ ਗੋਡੇ ਥੱਲੇ ਲੈ ਕੇ ਬਹਿ ਜਾਂਦਾ, ਕਹਿੰਦਾ ਜੇ ਤੁਹਾਡੇ ਗੁਰੂ ਚ ਕੁਝ ਪਾਵਰ ਹੈਗੀ ਆ, ਸ਼ਕਤੀ ਹੈਗੀ ਆ, ਉਹਨੂੰ ਕਹਿੰਦਾ ਮੇਰਾ ਵਿਗਾੜ ਲਵੇ, ਕੀ ਵਿਗਾੜਨਾ। ਅਪਮਾਨ ਹੈ ਕਿਸੇ ਧਰਮ ਦੇ ਗ੍ਰੰਥ ਦੇ ਤੁਸੀਂ, ਮੈਂ ਕਰ ਲੈਂਦਾ, ਮੈਨੂੰ ਐਕਸਪਲੇਨ ਕਰ ਲੈਂਦਾ ਕੀ ਸੀ। ਅਗਲੀ ਗੱਲ ਕੀ ਸੀ, ਉਹਨਾਂ ਨੇ ਸ਼ਰਿਆਂ ਮਿਲਾਨ ਕੀਤਾ ਸੀ, ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਥਾਪੇ ਸੀ, ਅਸੀਂ ਸੱਤ ਸਤਾਰੇ ਥਾਪ ਦਿੱਤੇ ਆ, ਸਾਡੇ ਦੋ ਵੱਧ ਆ ਉਹਨਾਂ ਤੋਂ, ਅਸੀਂ ਨਵਾਂ ਧਰਮ ਪੈਦਾ ਕਰ ਦਿੱਤਾ। ਇੱਕ ਬਜ਼ੁਰਗ 80 ਸਾਲ ਦਾ ਜਾਂ 90 ਦਾ, ਉਹ ਜੰਮ ਦੇ ਬੱਚੇ ਦੇ ਪੈਰੀ ਹੱਥ ਲਾਉਂਦਾ ਸੀ, ਤੇ ਜੰਮ ਦਾ ਬੱਚਾ ਬਜ਼ੁਰਗ ਦੇ ਪੈਰੀ ਹੱਥ ਲਾਉਂਦਾ ਜੀ, ਕਹਿੰਦੇ ਅਸੀਂ ਸਾਰਿਆਂ ਨੂੰ ਬਰਾਬਰਤਾ ਦੇ ਦਿੱਤੀ ਆ ਜਿੱਥੋਂ ਕਲੇਸ਼ ਖੜਾ ਹੋਇਆ ਸੀ। ਹੁਣ ਆ ਜਾਈਏ ਮੌਜੂਦਾ ਤੇ, ਜਿਹੜਾ 2007 ਚ ਵਾਪਰਿਆ ਸੀਗਾ, ਇਹਦਾ ਕਾਰਨ ਕੀ ਸੀਗਾ? ਕਾਰਨ ਤਾਂ ਸਭ ਤੋਂ ਵੱਡਾ ਇਹ ਸੀ ਕਿ ਦੇਖੋ, ਕਾਨੂੰਨੀ ਤੌਰ ਤੇ ਕੋਈ ਨਜ਼ਰੀਆ ਹੋਵੇ ਨਾ ਹੋਵੇ, ਲੇਕਿਨ ਪੋਲੀਟੀਕਲ ਸਿਸਟਮ ਨੇ ਸਾਰਾ ਕੁਛ ਉਲਝਾ ਦਿੱਤਾ। ਹੁਣ ਕੋਈ ਵੀ ਜਿਹੜਾ ਆਪਾਂ, ਚਾਹੇ ਉਹ ਸਿੱਖ ਆ ਚਾਹੇ ਉਹ ਹਿੰਦੂ ਆ, ਹਿੰਦੂ ਤੇ ਦਵਾਲ ਕਟਾਏ ਹੋਏ, ਮਹਮਦਨ ਉਹ ਆਪਣੇ ਭੇਸ ਚ ਰਹਿੰਦਾ, ਜਿਹੜਾ ਪਤਿਤ ਸਿੱਖ ਆ, ਜਿਹੜਾ ਜਿਹਨੇ ਕੇਸ ਕਟਾਏ ਹੋਏ ਆ, ਜੇ ਉਹ ਵੀ ਗਾਤਰੇ ਸਮੇਤ ਸ੍ਰੀ ਸਾਹਿਬ ਉੱਪਰ ਦੀ ਪਾਏਗਾ ਤਾਂ ਫਿਰ ਰੌਲਾ ਤਾਂ ਪਏਗਾ ਨਾ, ਵੀ ਇਹਨੇ ਕਿਉਂ ਪਾਈ ਹੈ? ਕਿਉਂਕਿ ਕਿਸੇ ਦਾ ਧਾਰਮਿਕ ਅਕੀਦੇ ਦੇ ਵਿੱਚ ਤੁਸੀਂ ਜਾ ਕੇ ਇੰਟਰਫੇਅਰ ਕਰੋਗੇ ਤੇ ਰੌਲਾ ਪਏਗਾ ਪਏਗਾ। ਇਹ ਬਹੁਤ ਵਾਰ ਹੋਇਆ ਵੀ, ਕਈ ਫਿਲਮਾਂ ਚ ਆਇਆ, ਉੱਥੇ ਵੀ ਰੌਲਾ ਪਿਆ ਕਿ ਕਿਉਂ ਪਾਇਆ ਗਿਆ। ਇਸ ਕਰਕੇ ਜਿਹੜਾ ਉਹਨਾਂ ਨੇ ਜਾਮੇ ਹਿੰਸਾ ਸੀਗਾ, ਉਹਨੂੰ ਜਰਾ ਕੁ ਸਟੱਡੀ ਕਰ ਲੋ ਕਿ ਉੱਥੇ ਕੀ ਸੀਗਾ। ਰੌਲਾ ਸਿਰਫ ਕੱਲੇ ਕੜਾਹਾ ਭਰ ਕੇ ਉਹ ਸ਼ਰਬਤ ਬਣਾਉਣ ਦਾ ਨਹੀਂ ਸੀ, ਸਭ ਤੋਂ ਵੱਡਾ ਰੌਲਾ ਤਾਂ ਇਹ ਸੀ ਕਿ ਜਿਹੜਾ ਜਾਮੇ ਹਿੰਸਾ ਪਲਾ ਰਿਹਾ ਸੀ ਉਹ ਗੁਰੂ ਗੋਬਿੰਦ ਸਿੰਘ ਦੀ ਤਰਜ ਤੇ ਸੀ, ਉਹਦਾ ਰੌਲਾ ਪੈ ਗਿਆ। ਉਹਨੂੰ ਨਹੀਂ ਸੀ ਚਾਹੀਦਾ, ਉਹ ਆਪਦਾ ਜੋ ਮਰਜ਼ੀ ਕਰਦਾ ਨਾ ਕਰਦਾ। ਹੁਣ ਕਿਸੇ ਦੇ ਧਰਮ ਜੇ ਤੁਸੀਂ ਇੰਟਰਫੇਅਰ ਕਰੋਗੇ, ਪਹਿਲਾਂ ਵੀ ਪਤਾ ਸੀ, ਕੱਲਾ ਉਹ ਨੀ, ਉਸ ਤੋਂ ਪਹਿਲਾਂ ਵੀ ਪਤਾ ਸੀ, ਸਿੱਖ ਪ੍ਰਚਾਰਕ ਜਿਹੜੇ ਸੀ ਕਈ ਵਾਰ ਉਹ ਵੀ ਆਪਣੀ ਮਰਿਆਦਾ ਲੰਘਦੇ ਨੇ, ਇਹਦੇ ਚ ਕੋਈ ਦੋ ਰਹਿ। ਨੂਰ ਮਹਿਲ ਵਾਲੇ ਨਾਲ ਵੀ ਝਗੜੇ ਦਾ ਇਹੀ ਕਾਰਨ ਸੀ, ਇਹ ਜਦੋਂ ਆਪਣੀ ਮਰਿਆਦਾ ਲੰਘਦੇ ਨੇ ਤੇ ਉਹੀ ਕੁਛ ਇੱਥੇ ਹੋਇਆ ਸੀ, ਜਦੋਂ ਮਰਿਆਦਾ ਲੰਘਦੇ ਸੀ ਤੇ ਫਿਰ ਰੌਲਾ ਤਾਂ ਪਏਗਾ ਹੀ ਪਏਗਾ। ਜੇ ਤੁਸੀਂ ਬਾਕੀ ਠੀਕ ਆ, ਤੂੰ ਫਿਲਮਾਂ ਬਣਾ ਲਈਆਂ, ਤੂੰ ਸਬਜ਼ੀਆਂ ਉਗਾ ਲਈਆਂ, ਫਾਰਮ ਹਾਊਸ ਵੱਡੇ ਵੱਡੇ ਬਣਾ ਲਏ, ਜੋ ਮਰਜ਼ੀ ਬਣਾਈ ਜਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਜਦੋਂ ਤੁਹਾਨੂੰ ਪਤਾ ਹੈ ਕਿ ਇਸ ਚੀਜ਼ ਤੇ ਵਿਵਾਦ ਖੜਾ ਹੋਏਗਾ ਕਾਨੂੰਨੀ ਤੌਰ ਤੇ, ਭਾਵੇਂ ਉਹ ਰੋਕਿਆ ਜਾ ਸਕਦਾ ਹੋਵੇ ਭਾਵੇਂ ਨਾ ਰੋਕਿਆ ਜਾ ਸਕਦਾ ਹੋਵੇ, ਤਾਂ ਫਿਰ ਵਿਵਾਦ ਤਾਂ ਖੜਾ ਹੋਣਾ ਹੀ ਹੈ। ਕਾਹਦੇ ਵਾਸਤੇ ਇਹੋ ਜਿਹੀ ਘਟਨਾ ਜਿਹੜੀ ਸੀ ਉਹਨੂੰ ਵਾਪਰਨ ਦਾ ਮੌਕਾ ਦਿੱਤਾ ਗਿਆ? ਜੇ ਥੋੜਾ ਜਿਹਾ ਸੁਧਾਰ ਕਰ ਲਿਆ ਜਾਂਦਾ ਤਾਂ ਆਪੇ ਨਾ ਇਹ ਕੁਛ ਵਾਪਰਦਾ, ਤੇ ਜਿੱਥੋਂ ਤੱਕ ਅੱਜ ਹਾਲਾਤ ਪਹੁੰਚੀ ਨਾ ਪਹੁੰਚਦੇ।
ਹੁਣ ਅਸੀਂ ਇਹ ਨੀ ਕਹਿ ਸਕਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜੇ ਪੋਸ਼ਾਕ ਸੀ ਤੇ ਉਹੀ ਕੋਈ ਹੋਰ ਪਾਉਂਦਾ। ਗੱਲ ਤਾਂ ਮੈਂ ਉਦਾਹਰਨਾਂ ਇਸ ਕਰਕੇ ਦਿੱਤੀਆਂ ਕਿ ਜੇ ਬਾਕੀ ਵੀ ਕੋਈ ਕਸ਼ ਕਰੂਗਾ ਜਿਹੜੀ ਸਿੱਖ ਧਰਮ ਦੀ ਮਰਿਆਦਾ ਹੈ ਉਸ ਦੇ ਬਾਹਰ ਜਾ ਕੇ ਕੋਈ ਉਹੀ ਮਰਿਆਦਾ ਜਿਹੜੀ ਆ ਕੇਸਾ ਧਾਰੀ ਨਾ ਹੋ ਕੇ ਅਮਰਧਾਰੀ ਹੋਏ ਤੋਂ ਬਗੈਰ ਜੇ ਗਾਤਰਾ ਗੱਲ ਪਾਏਗਾ ਤੇ ਉਹਦਾ ਵਾਦ ਖੜਾ ਹੋਏਗਾ ਜੀ। ਜਿਹੜਾ ਦੇਖੋ ਇਹ ਇੱਕ ਐਥਿਕਸ ਜਾਂ ਨੈਤਿਕਤਾ ਵਾਲਾ ਪੱਖ ਹੈ ਕਿ ਯਾਰ ਉਹਦੀ ਕਾਪੀ ਕਰਦੇ ਹਾਂ ਆਪਾਂ ਕਿਸੇ ਚੀਜ਼ ਦੀ ਉਹ ਗਲਤ ਹੈ ਹਨਾ। ਤੇ ਦੂਸਰਾ ਜਿਹੜੀ ਮੀਡੀਆ ਦੀ ਜ਼ਿੰਮੇਵਾਰੀ ਹੈ, ਹੁਣ ਵੀ ਜਿਹੜਾ ਬਹੁਤ ਸਾਰਾ ਯੂਟਿਊਬ ਚੈਨਲ ਮੀਡੀਆ ਇਹ ਬੜਾ ਲੋਕਾਂ ਨੂੰ ਭੜਕਾ ਰਿਹਾ, ਇਹ ਮੀਡੀਆ ਨਹੀਂ ਇਹ ਬੁਲਾਰੇ ਨੇ ਅੱਗ ਲਾਉ ਲਾਉਣਾ, ਆ ਕਈ ਬਾਣੀਆਂ ਬੂਣੀਆਂ ਵਾਲੇ ਘੁੰਮਦੇ ਨੇ ਤੇ ਅਜਿਹੇ ਮਾਮਲਿਆਂ 'ਚ ਪੂਰੀ ਅੱਗ ਉਗਲਦੇ ਨੇ। ਉਹ ਆਪਣੇ ਚੈਨਲਾਂ ਤੇ ਸ਼ਰੇਆਮ ਗਾਲਾਂ ਕਢਾਉਂਦੇ ਨੇ ਦੂਸਰਿਆਂ ਨੂੰ, ਕੱਲ ਦੇ ਵੀ ਚੈਨਲ ਤੇ ਜਿਹੜਾ ਰੌਲਾ ਪੈ ਰਿਹਾ ਕਿਤੇ ਮਾੜੀ ਜਿਹੀ ਬੀਪ ਲਾ ਦਿੰਦੇ ਨੇ ਕਿਤੇ ਨਹੀਂ ਲਾਉਂਦੇ, ਇਧਰਲੇ ਪਾਸਿਓਂ ਗਾਲਾਂ ਕੱਢੀਆਂ ਜਾਂਦੀਆਂ ਨੇ, ਉਧਰਲੇ ਪਾਸੇ ਦੇ ਦੇਖਦੇ ਨੇ। ਜਦੋਂ ਉਧਰਲੇ ਪਾਸੇ ਦੇ ਦੇਖਦੇ ਨੇ, ਕੱਲ ਵੀ ਜਿਵੇਂ ਮਖੂ 'ਚ ਰੌਲਾ ਪਿਆ, ਉਹ ਕਹਿੰਦੇ ਵੀ ਉਧਰੋਂ ਮਤਲਬ ਰੋੜਾ ਆਇਆ, ਉਹ ਰੋੜਾ ਕਿਤੇ ਦਿਸ ਨਹੀਂ ਰਿਹਾ। ਇੱਦਾਂ ਹੀ ਸ਼੍ਰੀ ਕਾਲੀ ਦੇਵੀ ਮੰਦਿਰ 'ਤੇ ਹੋਇਆ ਸੀ, ਸਿਰ ਫਿਰੇ ਉੱਧਰ ਵੀ ਨੇ, ਸਿਰ ਫਿਰੇ ਇੱਧਰ ਵੀ ਨੇ, ਸੰਜੀਦਗੀ ਨਹੀਂ ਹੈ। ਦੂਸਰਾ ਭੀੜ ਹੈ ਆਪ ਮੁਹਾਰੀ ਹੁੰਦੀ ਹੈ, ਇਸ ਸਿਲਸਿਲੇ ਵਿੱਚ ਪੁਲਿਸ ਵਿੱਚ ਵਿਚਾਲੇ ਹੈ, ਲਾਅ ਐਂਡ ਆਰਡਰ, ਕਿਉਂਕਿ ਅਗਲਿਆਂ ਨੇ ਕਾਨੂੰਨਾਂ ਮਾਨਤਾ ਲਈ ਹੈ ਫੰਕਸ਼ਨ ਕਰਨ ਲਈ, ਤੁਸੀਂ ਨਹੀਂ ਰੋਕ ਸਕਦੇ। ਜੇ ਉਹ ਕਾਨੂੰਨਾਂ ਬਰੀ ਹੋਏ ਨੇ, ਕਾਨੂੰਨ ਦੇ ਮੁਤਾਬਕ ਬਰੀ ਹੋਏ ਨੇ, ਅਗਲੀ ਅਦਾਲਤ ਚੈਲੰਜ ਕੀਤਾ ਜਾ ਸਕਦਾ ਹੈ। ਕਾਨੂੰਨ ਦੇ ਮੁਤਾਬਕ ਭਾਈ ਰਣਜੀਤ ਸਿੰਘ ਵੀ ਬਰੀ ਹੋਏ ਸੀ ਗੁਰਬਚਨੇ ਦੇ ਕਤਲ ਚੋਂ, ਤੇ ਉਹਨਾਂ ਨੂੰ ਪੰਥ ਨੇ ਜਥੇਦਾਰ ਬਣਾਇਆ। ਉਹ ਹੁਣ ਵੀ ਸਟੇਜਾਂ ਤੋਂ ਕਹਿੰਦੇ ਨੇ, ਹੁਣ ਵੀ ਸਟੇਜਾਂ ਤੋਂ ਸ਼ਰੇਆਮ ਗਾਲਾਂ ਉਹਨਾਂ ਨੂੰ ਕੱਢੀਆਂ ਜਾਂਦੀਆਂ ਨੇ, ਹਾਲਾਂਕਿ ਉਹਨਾਂ ਦੀ ਤਰਫੋਂ ਕੱਢੀਆਂ ਹੋਈਆਂ ਗਾਲਾਂ ਕੋਈ ਬਹੁਤੀਆਂ ਵਾਇਰਲ ਨਹੀਂ ਹੁੰਦੀਆਂ। ਡੇਰਾ ਸਿਰਸਾ ਨੂੰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਰੋਜ਼ ਮੀਡੀਆ ਜਾਂ ਉਹਦੇ ਵਿੱਚ ਕੱਢੀਆਂ ਜਾਂਦੀਆਂ ਨੇ, ਪਰ ਉਹਨਾਂ ਵੱਲੋਂ ਕੋਈ ਬਹੁਤੀਆਂ ਵਿਵਾਦਤ ਜੇ ਕਿਤੇ ਬਹੁਤ ਘੱਟ ਆਉਂਦੀਆਂ ਨੇ, ਪਰ ਉਸ ਦੌਰਾਨ ਕਿਤੇ ਨਾ ਕਿਤੇ ਤਿਲਮਿਲਾਉਂਦੀ ਤਾਂ ਅੰਦਰੋਂ ਧਿਰ ਉਹ ਵੀ ਹੈ, ਉਹਨਾਂ ਦਾ ਆਪਣਾ ਇਸ਼ਟ ਹੈ, ਉਹਨਾਂ ਦੇ ਆਪਣੇ ਅਕੀਦੇ ਨੇ। ਇਸ ਸੰਸਥੇ ਵਿੱਚ ਤੁਸੀਂ ਵੇਖੋ ਕਿ ਸਿੱਖਾਂ 'ਚ ਵੀ ਮਤਭੇਦ ਨੇ, ਇੱਕ ਪਾਸੇ ਟਕਸਾਲੀ ਨੇ, ਅਪਗ੍ਰੇਡ ਨੇ, ਢੱਡਰੀਆਂ ਵਾਲੇ ਨੇ, ਇਹਨਾਂ 'ਚ ਮਤਭੇਦ ਚੱਲ ਰਹੇ ਨੇ। ਹੁਣ ਮੀਡੀਆ ਦੀ ਜ਼ਿੰਮੇਵਾਰੀ ਮੈਨੂੰ ਚੇਤੇ ਹੈ, 2007 'ਚ ਮੈਂ ਉਦੋਂ PBC TV ਦੇ ਸ਼ੋਅ ਕਰਦਾ ਹੁੰਦਾ ਸੀ ਸਵੇਰੇ ਸਵੇਰੇ ਖਬਰ 'ਤੇ ਨਜ਼ਰ, ਅਤੇ ਉਦੋਂ 13 ਮਈ ਸੀ ਜਿਸ ਦਿਨ ਇਹ ਜਾਮੇ ਇੰਸਾ ਦਾ ਅਜੀਤ ਅਖਬਾਰ ਦੇ ਪਿਛਲੇ ਪੰਨੇ 'ਤੇ ਗੁਲਾਬੀ ਪੋਸ਼ਾਕ ਪਾ ਕੇ ਪੋਸਟਰ ਲੱਗਿਆ ਹੋਇਆ ਸੀ ਬੈਕ 'ਤੇ ਅਜੀਤ ਦੀ, 'ਤੇ ਹਾਲਾਂਕਿ ਪੰਥਕ ਕਿਹਾ ਜਾਂਦਾ ਅਖਬਾਰ ਹੈ, ਪੰਜਾਬ ਦੀ ਆਵਾਜ਼ ਕਿਹਾ ਜਾਂਦਾ। ਉਦੋਂ ਅਸੀਂ ਸਟੱਡੀ ਕੀਤਾ ਕਿ ਉਦੋਂ ਦੇਸ਼ ਸੇਵਕ ਵਧੀਆ ਚੱਲਦਾ ਸੀ, ਗੁਰਨਾਮ ਅਕੀਦਾ, ਬਲਤੇਜ ਪਨੂਰੀ, ਆਪਣਾ ਹਰਜਿੰਦਰ ਵਾਲੀਆ, ਇਹ ਮੇਰੇ ਸ਼ੋਅ 'ਚ ਆਉਂਦੇ ਹੁੰਦੇ ਸੀ, ਅੱਧੇ ਪੌਣੇ ਘੰਟੇ ਦਾ ਸ਼ੋਅ ਹੁੰਦਾ ਸੀ, ਬਾਅਦ ਦੇ ਵਿੱਚ ਉਹ ਪੈਨੀ ਯੋਗਰਾਜ ਦਾ ਜਿਹੜਾ ਚੱਲਦਾ ਜਸ ਪੰਜਾਬੀ ਉਹਦੇ 'ਤੇ ਵੀ ਚੱਲਦਾ ਸੀ। ਉਦੋਂ ਅਸੀਂ ਸ਼ੋਅ ਕੀਤਾ ਸੀਗਾ ਵੀ ਯਾਰ ਇਹ ਫੋਟੋ ਮੈਨੂੰ ਪਤਾ, ਮੈਂ ਲਾਈ ਸੀ ਉਸ ਵਕਤ ਵੀ ਯਾਰ ਇਹ ਕੁਛ ਹੋ ਰਿਹਾ। ਉਦੋਂ ਅਸੀਂ ਪਤਾ ਕੀਤਾ, ਦੇਸ਼ ਸੇਵਕ 'ਚ ਅਕੀਦਾ ਕੰਮ ਕਰਦਾ ਸੀ, ਹੋਰ ਬਹੁਤ ਸਾਰੇ ਅਖਬਾਰਾਂ ਸੀ, ਟ੍ਰਿਬਿਊਨ ਕੀ, ਈਵਨ ਭੁੱਖੇ ਮਰਦੇ ਅਖਬਾਰਾਂ ਨੇ ਜਿਹੜੇ ਹੈਂਡ ਟੂ ਮਾਊਥ ਸੀ, ਉਹਨਾਂ ਨੇ ਵੀ ਇਹ ਐਡ ਨਹੀਂ ਲਾਈ। ਹਾਲਾਂਕਿ ਡੇਰਾ ਪ੍ਰੇਮੀਆਂ ਨੇ ਸਭ ਨੂੰ ਅਪਰੋਚ ਕੀਤਾ ਸਲਾਬਤ ਪਰ, ਜਦੋਂ ਇਹਨਾਂ ਨੇ ਮਨਾਇਆ ਸੀ ਤਾਂ ਉਸ ਫੰਕਸ਼ਨ ਤੋਂ ਕਈ ਦਿਨ ਬਾਅਦ, 13 ਮਈ ਸੀ ਮੇਰਾ ਖਿਆਲ ਜਦੋਂ ਇਹ ਖਬਰ ਛਪੀ ਸੀ, ਮੈਨੂੰ ਯਾਦ ਹੈ 13 ਮਈ 2007। ਉਦੋਂ ਅਜੀਤ ਅਖਬਾਰ ਨੇ ਲਾਈ ਸੀ, ਜਿਹੜਾ ਰੱਜਿਆ ਪੁੱਜਿਆ ਇੱਕ ਜ਼ਿੰਮੇਵਾਰ ਪੰਥਕ ਕਹਾਉਂਦਾ ਅਖਬਾਰ ਹੈ। ਉਸ ਤੋਂ ਬਾਅਦ ਇਹ ਗੱਲ ਭੜਕੀ, ਕਿਉਂਕਿ ਜਦੋਂ ਅਜੀਤ 'ਚ ਫੋਟੋ ਛਪੀ, ਉਹਦਾ ਪਹਿਰਾਵਾ, ਉਹਦੀ ਲੁੱਕ, ਦਸ਼ਮੇਸ਼ ਪਿਤਾ ਦੀ ਲੁੱਕ ਦੀ ਤਰ੍ਹਾਂ ਉਹਨਾਂ ਦੇ ਵਾਂਗੂ ਜਾਪੀ। ਉਸ ਤੋਂ ਬਾਅਦ ਉਹ ਜਾਮੇ ਇੰਸਾ ਦਾ ਪ੍ਰੋਸੈਸ ਆਇਆ, ਫਿਰ ਉਹਨਾਂ ਦੀਆਂ ਸਿੱਖਿਆਵਾਂ ਕਿ ਜਾਮੇ ਇੰਸਾ ਇੰਪਲਾਇਆ ਗਿਆ, ਉਸ ਤੋਂ ਬਾਅਦ ਇਹ ਚਿੰਗਿਆੜੀ ਭੜਕੀ। ਉਸ ਤੋਂ ਬਾਅਦ ਫਿਰ ਬਠਿੰਡਾ ਹੀ ਰੌਲਾ ਪਿਆ, ਹੋਰ ਥਾਂ ਰੌਲਾ ਪਿਆ, ਅਤੇ ਵੱਧਦਾ ਵੱਧਦਾ ਵਿਵਾਦ ਕਿੱਥੇ ਤੱਕ ਪਹੁੰਚਿਆ। ਹੁਣ ਕਾਨੂੰਨ ਮੁਤਾਬਕ ਜੇ ਉਹ ਬੰਦੇ ਬਰੀ ਹੋ ਗਏ ਨੇ ਅਤੇ ਉਹਨਾਂ ਨੂੰ ਤੁਸੀਂ ਇਦੋਂ ਵੱਧ ਆਪਣੇ ਤੌਰ 'ਤੇ ਤਾਂ ਉਹ ਪਟਵਾਰੀ ਦੀ ਤਰ੍ਹਾਂ ਕਤਲ ਕਰ ਦਿਉ, ਉਹ ਗੱਲ ਵੱਖਰੀ ਹੈ, ਅਤੇ ਪਰ ਕਾਨੂੰਨ ਮੁਤਾਬਕ ਜਿਹੜੀ ਬਣਦੀ ਸਜ਼ਾ ਉਹਨਾਂ ਨੂੰ 3-3 ਸਾਲ ਦੀ ਪਹਿਲੀ ਵਾਰੀ ਹੋਈ ਹੈ, ਉਹ ਬਰੀ ਵੀ ਹੋਣਗੇ। ਅਤੇ ਉਸ ਧਿਰ ਨੂੰ ਵੀ ਚਾਹੀਦਾ ਕਿ ਜੋ ਬਰੀ ਹੋਏ ਨੇ, ਕਿਤੇ ਉਹਨਾਂ ਦੀ ਕੋਈ ਵੀਡੀਓ ਆਈ ਹੈ ਜਿੱਥੇ ਉਹਨਾਂ ਨੂੰ ਡੇਰਿਆਂ 'ਚ ਸਨਮਾਨਿਤ ਕੀਤਾ ਜਾਂਦਾ ਹੋਵੇ। ਇਹ ਕਿਆ ਸਰਾਈਆਂ ਨੇ ਜਾਂ ਇਹ ਦੋਸ਼ ਨੇ ਸਿੱਖ ਧਿਰਾਂ ਦੇ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ, ਪਰ ਮੇਰੀ ਨਜ਼ਰ 'ਚ ਤਾਂ ਹੈ ਨਹੀਂ। ਹੋ ਸਕਦਾ ਕਿਤੇ ਸਨਮਾਨਿਤ ਵੀ ਕੀਤਾ ਹੋਵੇ, ਜਿਸ ਨੂੰ ਲੈ ਕੇ ਸਿੱਖ ਸਮਾਜ ਤੈਸ਼ ਦੇ ਵਿੱਚ ਹੈ, ਉਹਨਾਂ ਧਿਰਾਂ ਨੂੰ ਵੀ ਚਾਹੀਦਾ ਕਿ ਉਸ ਤੋਂ ਗੁਰੇਜ਼ ਕਰਨ। ਪਰ ਇਸ ਸੱਭਿਅਕ ਸਮਾਜ ਦੇ ਵਿੱਚ, ਕਾਨੂੰਨ ਦੇ ਵਿੱਚ, ਕਿਉਂਕਿ ਹੁਣ ਡੇਰੇਦਾਰ ਫਸਿਆ ਹੋਇਆ, BJP ਵੀ ਇਕਸਾਉਂਦੀ ਹੈ ਕਿ ਪੰਜਾਬ ਦੇ ਵਿੱਚ ਇਹ ਮਸਲਾ ਉਭਰੇ,
ਇਸੇ ਕਰਕੇ ਸੰਗਰੂਰ ਇਲੈਕਸ਼ਨ ਚ ਰੋਲ ਨਿਭਿਆ ਤੇ ਭਗਵੰਤ ਮਾਨ ਕਹਿੰਦਾ ਕਾਨੂੰਨ ਬਰੀ ਆਇਆ ਪੈਰੋਲ ਤੇ ਆਇਆ ਜੀ, ਅਸੀਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਾਂਗੇ ਰਾਮ ਰਹੀਮ ਬਾਰੇ, ਤੇ ਹੁਣ ਉਹ ਫੇਰ ਪੈਰੋਲ ਦਰ ਪੈਰੋਲ ਉਹਦੀ ਹੋ ਰਹੀ ਹੈ, ਹਾਲਾਂਕਿ ਜਿਹੜੇ 30-30 ਸਾਲ ਤੋਂ ਬੰਦ ਸਿੰਘ ਨੇ ਉਹਨਾਂ ਦੀ ਪੈਰੋਲ ਨਹੀਂ ਹੋ ਰਹੀ। ਇਸ ਮਾਮਲੇ ਨੂੰ ਲੈ ਕੇ ਇਹ ਕਿਤੇ ਨਾ ਕਿਤੇ ਸੈਂਟਰ ਦੀ ਵੀ ਚਾਲ ਹੈ ਕਿ ਇਸ ਨੂੰ ਲੈ ਕੇ ਫਿਰ ਪੰਜਾਬ ਦੇ ਵਿੱਚ ਤਾਣਾ ਬਾਣਾ ਖਿਲਰੇ, ਲੋਕ ਭਗਵੰਤ ਮਾਨ ਸਰਕਾਰ ਤੋਂ ਖਫਾ ਹੋਣ। ਇਹ ਜਿਹੜਾ ਨਿੱਤ ਦਿਨ ਕਲੇਸ਼ ਹੋ ਰਿਹਾ ਇਹ ਭਗਵੰਤ ਸਰਕਾਰ ਦੇ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਤੇ ਇਹ ਪੰਜਾਬ ਦੇ ਲਈ ਵੀ ਸ਼ੁਭ ਨਹੀਂ। ਪਹਿਲਾਂ ਵੀ ਜਦੋਂ ਇਹ ਬੈਨ ਹੋਇਆ ਪੰਜਾਬ ਬੰਦ ਹੁੰਦਾ ਰਿਹਾ, ਪੰਜਾਬ ਇੱਕ ਦੂਸਰੇ ਦੇ ਖੂਨ ਦਾ ਪਿਆਸਾ ਹੋਇਆ ਤੇ ਖੱਟਿਆ, ਉਦੋਂ ਵੀ ਕੁਛ ਨਹੀਂ। ਹੁਣ ਚੰਦ ਮੀਡੀਆ ਵਾਲੇ ਤੇ ਚੰਦ ਅੱਗ ਲਾਉ ਲਾਣਾ ਤੇ ਚੰਦ ਅਖੌਤੀ ਸ਼ਹੀਦ ਹੋਣ ਵਾਲੇ ਲੋਕ ਜਿਹੜੇ ਕਹਿੰਦੇ ਸਾਨੂੰ ਸ਼ਹੀਦੀ ਦਾ ਮੌਕਾ ਦਿਓ, ਉਹ ਇਸ ਬਲਦੀ ਨੂੰ ਲਾਂਬੂ ਲਾ ਰਹੇ ਨੇ। ਕੀ ਮਹਿਸੂਸ ਕਰਦੇ ਹੋ ਕਿ ਇਹ ਗੇਂਦ ਵੀ ਖਾਲਿਸਤਾਨ ਦੇ ਨਾਂ ਨਾਲ ਇੱਧਰ ਨੂੰ ਵੀ ਰੇੜੀ ਜਾਏਗੀ? ਕਿਉਂਕਿ ਇਹ ਗੱਲਾਂ ਜਿਹੜੀਆਂ ਨੇ ਉਭਰ ਰਹੀਆਂ ਨੇ ਕਿ ਇੱਕੋ ਹੀ ਹੱਲ ਖਾਲਿਸਤਾਨ, ਇੱਕੋ ਹੀ ਹੱਲ ਸਿਮਰਜੀਤ ਮਾਨ ਦੀ ਸਰਕਾਰ। ਕੀ ਇਹ ਚੀਜ਼ਾਂ ਚੱਲ ਪਾਉਣਗੀਆਂ ਜਾਂ ਸਿਰਫ ਮੌਜੂਦਾ ਸਰਕਾਰ ਦਾ ਸੂਫੜਾ ਸਾਫ਼ ਕਰਨ ਲਈ ਇਹ ਕੁਛ ਹੋ ਰਿਹਾ? ਤੁਸੀਂ ਇੱਥੇ ਛੱਡੋ, ਤੁਸੀਂ ਵੇਖੋ ਕਿ ਰਿਚਮੰਡ ਹਿੱਲ ਗੁਰਦੁਆਰਾ ਰਿਚਮੰਡ ਹਿੱਲ ਪਾਰਕ ਹੈ, ਮੰਦਰ ਹੈ ਕੈਨੇਡਾ ਦੇ ਵਿੱਚ, ਤੇ ਉੱਥੇ ਵੀ ਖਾਲਿਸਤਾਨ ਦੇ ਨਾਰੇ ਲਿਖੇ ਗਏ, ਜਿਹੜੀ ਕਰਮਚੰਦ ਮੋਹਨਦਾਸ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ ਗਈ। ਰਿਚਮੰਡ ਹਿੱਲ ਅੰਟਾਰੀਓ ਕੈਨੇਡਾ ਦੇ ਵਿੱਚ ਵਿਸ਼ਨੂੰ ਮੰਦਰ ਦੇ ਵਿੱਚ ਮਹਾਤਮਾ ਗਾਂਧੀ ਦੀ ਇੱਕ ਮੂਰਤੀ ਲੱਗੀ ਹੋਈ ਸੀ, ਸਟੈਚੂ ਲੱਗਿਆ ਹੋਇਆ ਸੀ, ਉਸ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਉੱਥੇ ਖਾਲਿਸਤਾਨ ਦੇ ਨਾਰੇ ਲਿਖੇ ਗਏ ਤੇ ਇਤਰਾਜ਼ਯੋਗ ਨਾਰੇ ਲਿਖੇ ਗਏ। ਕੈਨੇਡੀਅਨ ਹਾਈ ਕਮਿਸ਼ਨ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਹ ਚੀਜ਼ਾਂ ਜੋ ਵਾਪਰ ਰਹੀਆਂ ਨੇ ਉਹੀ ਕਿ ਪੰਜਾਬ ਨੂੰ ਅਰਾਜਕਤਾ ਵੱਲ ਲਿਆਓ, ਪੰਜਾਬ ਜਿਹੜਾ ਲੜਾਈ ਲੜ ਰਿਹਾ ਹਕੂਕ ਦੀ, ਕਿਸਾਨ ਅੰਦੋਲਨ ਦੀ, ਕਿ ਉਹ ਚੀਜ਼ ਹਰਗਜ਼ ਨਾ ਵਾਪਰੇ, ਕਿਉਂਕਿ ਪੰਜਾਬ ਪਹਿਲਾਂ ਵੀ ਹਕੂਕ ਦੀ ਲੜਾਈ ਲੜਦਾ ਸੀ ਜਦੋਂ ਕਪੂਰੀ ਮੋਰਚਾ ਲੱਗਿਆ, ਪਾਣੀਆਂ ਦਾ ਮੋਰਚਾ, ਪਰ ਪਾਣੀਆਂ ਦਾ ਮੋਰਚਾ ਅਕਾਲੀ ਦਲ ਨੇ ਧਰਮ ਯੁੱਧ ਬਣਾ ਲਿਆ। ਕਾਮਰੇਡ ਧਿਰਾਂ ਵੀ ਇਹਨਾਂ ਦੇ ਨਾਲ ਸੀ, ਕਾਮਰੇਡ ਧਿਰਾਂ ਦੇ ਨਾਲ ਇਹਨਾਂ ਦਾ ਜੋ ਵੈਰ ਹੈ ਉਹ ਸਭ ਨੂੰ ਪਤਾ। ਮੋਰਚਾ ਇਕੱਠਾ ਲੱਗਿਆ, ਹਕੂਕ ਦੀ ਲੜਾਈ ਸੀ ਜਿਵੇਂ ਦਿੱਲੀ ਮੋਰਚਾ ਲੱਗਿਆ, ਪਰ ਇਹ ਫਿਰ ਉਹ ਧਰਮ ਦੀ ਲੜਾਈ, ਜਦੋਂ ਅਕਾਲੀ ਸਿਆਸਤ ਚੋਂ ਬਾਹਰ ਹੁੰਦੇ ਨੇ ਫਿਰ ਧਰਮ ਚੇਤੇ ਆ ਜਾਂਦਾ, ਸਿਆਸਤ ਚ ਆ ਜਾਂਦੇ ਨੇ ਸਭ ਧਰਮ ਕਰਮ ਭੁੱਲ ਜਾਂਦਾ, ਭਾਵੇਂ ਕੋਈ ਵੀ ਧਿਰ ਹੈ। ਇਸ ਦੌਰਾਨ ਹੁਣ ਵੀ ਉਹੀ ਕੁਛ ਹੋ ਰਿਹਾ, ਇਹ ਮੋਰਚਾ ਚੱਕ ਕੇ ਧਰਮ ਯੁੱਧ ਲਿਆਂਦਾ, ਫਿਰ ਨਹੀਂ ਚੱਲਿਆ ਤੇ ਫਿਰ ਸੰਤ, ਕਿਉਂਕਿ ਗਰਮ ਖਿਆਲੀ ਤਕਰੀਰਾਂ ਸੀ, ਲੋਕਾਂ ਨੂੰ ਅਕਹਿਲ ਕਰਦੇ ਸੀ ਤੇ ਕਮਾਂਡ ਸਾਰੀ ਸੰਤਾਂ ਨੂੰ ਸੰਭਾਲ ਦਿੱਤੀ, ਫਿਰ ਸੰਤਾਂ ਦੀ ਵੀ ਸ਼ਹਾਦਤ ਕਰਾ ਦਿੱਤੀ ਤੇ ਫਿਰ ਰਾਜਭਾਗ ਬੜਾ ਸੋਹਣਾ ਹੰਢਾਇਆ ਅਕਾਲੀ ਦਲ ਨੇ। ਸੰਤ ਵੀ ਭੁੱਲ ਗਏ, ਸੰਤਾਂ ਦੀਆਂ ਫੋਟੋਆਂ ਲਾਉਣੀਆਂ ਵੀ ਭੁੱਲ ਗਏ ਤੇ ਸੰਤਾਂ ਨਾਲ ਜੁੜੇ ਹੋਏ ਧਿਰਾਂ ਸੀ ਜਿਹੜੀਆਂ ਉਹ ਜੇਲ੍ਹਾਂ 'ਚ ਸੁੱਟੀਆਂ ਗਈਆਂ, ਦਲਜੀਤ ਸਿੰਘ ਬਿੱਟੂ ਵਰਗੇ ਲੋਕਾਂ ਦੇ ਕੁਟਾਪੇ ਕੀਤੇ ਗਏ, ਦਸਤਾਰਾਂ ਲਾਹੀਆਂ ਗਈਆਂ, ਉਹ ਧਿਰਾਂ ਜਿਹੜੀਆਂ ਇਸ ਸੰਘਰਸ਼ ਲਈ ਲੜੀਆਂ ਮਰੀਆਂ ਜੇਲ੍ਹਾਂ 'ਚ ਰੋਲ ਦਿੱਤੀਆਂ ਗਈਆਂ ਤੇ ਰਾਜਭਾਗ ਸੁੱਖ ਨਾਲ ਸੋਹਣਾ ਹੰਢਾਇਆ ਅਕਾਲੀ ਦਲ ਨੇ। ਇਸ ਦੇ ਵਿੱਚੋਂ ਜਿਹੜੇ ਖਾਲਿਸਤਾਨੀ ਇਹਨਾਂ ਦੇ ਨਾਲ ਆ ਗਏ ਤੇ ਉਹਨਾਂ ਨੇ ਵਧੀਆ ਚੰਮਦੀਆਂ ਚਲਾਈਆਂ ਨੇ, ਆਮ ਲੋਕਾਂ ਦੇ ਪੱਲੇ ਕੀ ਪਿਆ? ਇਹੀ ਕੁਛ ਹੁਣ ਕੀਤਾ ਜਾ ਰਿਹਾ ਕਿ ਸਿਰ ਕਦੇ ਵਰਤਣੇ ਨਹੀਂ, ਸਿਰਫ ਵਾਰਨਾ ਹੀ ਆ। ਹੁਣ ਬੀਜੇਪੀ ਵਰਾਉਣ ਲੱਗੀ ਹੈ, ਪਹਿਲਾਂ ਕਾਂਗਰਸ ਵਰਾਉਂਦੀ ਸੀ, ਪਰ ਮੈਂ ਤਾਂ ਇਹ ਗੱਲ ਸਪਸ਼ਟ ਕਹਿਣਾ, ਪਤਾ ਨਹੀਂ ਕਿਉਂ ਨਹੀਂ ਲੋਕ ਸੋਚਦੇ ਕਿ ਇਹ ਜਿਹੜਾ ਸਾਰਾ ਘਟਨਾ ਕ੍ਰਮ ਸਿੱਖ ਬਨਾਮ ਕਾਂਗਰਸ ਦਾ ਹੋਇਆ, ਬਲੂ ਸਟਾਰ ਹੋਇਆ, ਧਰਮਯੁੱਧ ਮੋਰਚਾ ਹੋਇਆ, 84 ਕਤਲੇਆਮ ਹੋਇਆ, ਇਹਦਾ ਫਾਇਦਾ ਕਿਹਨੂੰ ਹੋਇਆ? ਬੀਜੇਪੀ ਨੂੰ, ਇੰਦਰਾ ਵੀ ਮਾਰੀ ਗਈ ਤੇ ਸਿੱਖਾਂ ਦਾ ਵੀ ਕਤਲੇਆਮ ਹੋਇਆ, ਕਾਂਗਰਸ ਦਾ ਸੂਫੜਾ ਸਾਫ, ਕਾਂਗਰਸ ਮੁਕਤ ਭਾਰਤ, ਹਿੰਦੂ ਰਾਸ਼ਟਰ, ਸੁਬਰਮਨੀ ਸਵਾਮੀ ਵਰਗਾ ਇੱਕ ਬੰਦਾ ਆਉਂਦਾ ਤੇ ਸਿੱਖ ਚੌੜੇ ਹੋ ਜਾਂਦੇ ਆ ਕਿ ਦੇਖੋ ਸੰਤਾਂ ਨੂੰ ਕਲੀਨ ਚਿੱਟ ਦੇ ਰਿਹਾ। ਕੀ ਉਹ ਚੀਫ ਜਸਟਿਸ ਆਫ ਇੰਡੀਆ? ਤੇ ਹੁਣ ਉਹਦੀ ਜਗ੍ਹਾ ਸਤਪਾਲ ਮਲਿਕ ਆ ਗਿਆ, ਚੌਥੇ ਦਿਨ ਸਿੱਖਾਂ ਨੂੰ ਉਕਸਾ ਦਿੰਦਾ ਕਿ ਇਹ ਤਾਂ ਬਦਲਾ ਲੈ ਲੈਂਦੇ ਨੇ, ਸਿੱਖ ਚੌੜੇ ਹੋ ਕੇ ਕੋਈ ਨਾ ਕੋਈ ਕੰਮ ਕਰ ਲੈਂਦੇ ਨੇ ਤੇ ਫਿਰ ਜੇਲ੍ਹਾਂ 'ਚ ਰੁਲੀ ਜਾਂਦੇ ਨੇ, ਪੁੜੇ ਕੁਟਾਈ ਜਾਂਦੇ ਨੇ। ਹੁਣ ਸਤਪਾਲ ਮਲਿਕ ਆ ਗਿਆ ਤੇ ਪਹਿਲਾਂ ਸੁਬਰਮਨੀਅਮ ਸਵਾਮੀ ਸੀ, ਹੁਣ SYL 'ਚ ਸਾਨੂੰ ਸਤਪਾਲ ਮਲਿਕ ਬਹੁਤ ਸੱਚਾ ਲੱਗਦਾ। ਸਿੱਖ ਕਦੋਂ ਸਮਝਣਗੇ ਜੀ ਸੁਰਿੰਦਰ? ਪਹਿਲੀ ਗੱਲ, ਭਾਈ ਰਣਜੀਤ ਸਿੰਘ ਦੀ ਨਿਰੰਕਾਰੀ ਗੁਰਬਚਨ ਸਿੰਘ ਦੇ ਕੇਸ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ, ਤਕਰੀਬਨ ਉਹਨਾਂ ਨੇ 14 ਸਾਲ ਤੋਂ ਵੱਧ ਸਜ਼ਾ ਕੱਟੀ ਹੈ ਉਹਦੇ ਵਿੱਚ, ਤੇ ਫਿਰ ਉਹਨਾਂ ਨੂੰ ਪਰੋਲ ਦੇ ਉੱਪਰ ਰਿਹਾਈ ਉਹਨਾਂ ਦੀ ਹੋਈ ਸੀ, ਤੇ ਕਿਉਂਕਿ ਉਹਨਾਂ ਨੂੰ ਜਿਸ ਵੇਲੇ ਇਹ ਇੱਕ ਮੈਂ SGPC ਕੋਲੇ ਦੇਖਿਆ, ਅਕਾਲੀ ਦਲ ਦੀ ਲੀਡਰਸ਼ਿਪ ਕੋਲੇ ਦੇਖਿਆ,
ਤੇ ਜਦੋਂ ਇਹਨਾਂ ਦੇ ਬਿਲਕੁਲ ਗੇਮ ਹੱਥੋਂ ਨਿਕਲਦੀ ਆ ਉਦੋਂ ਕਿਸੇ ਨਾ ਕਿਸੇ ਜੇਲ੍ਹ ਚ ਬੈਠੇ ਨੂੰ ਜਿਹੜਾ ਉਹ ਜਥੇਦਾਰ ਥਾਪ ਦਿੰਦੇ ਆ। ਇਹ ਕੁਛ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਵਿਗੜੀ ਤਾਂ ਉਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਥਾਪ ਤਾਂ ਅਖੀਰ ਫਿਰ ਆ ਕੇ ਉਹਨਾਂ ਨੇ ਉਹਦੀ ਰਿਹਾਈ ਕਰਵਾ ਲਈ। ਰਿਹਾਈ ਕਰਾ ਕੇ ਉਹਨਾਂ ਨੂੰ ਪੱਕੇ ਤੌਰ ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਜਿਹੜਾ ਸੀਗਾ ਉਹ ਲਾ ਦਿੱਤਾ ਗਿਆ। ਉਹ ਰਹਿ ਗਈ ਗੱਲ ਇਸ ਪੂਰੇ ਸਿਸਟਮ ਦੀ, ਦੇਖੋ ਇੱਥੇ ਚੱਲ ਕੀ ਰਿਹਾ ਅੱਜ ਤੱਕ। ਮੇਰੇ ਡਿਸਟਰਬੈਂਸ ਆ ਰਹੀ ਹੈ। ਨਿਊ ਜਰਸੀ ਤੋਂ ਗੁਰਦੀਪ ਹੋਰਾਂ ਦਾ ਸਵਾਲ ਸੀਗਾ, ਹੁੰਦਲ ਸਾਹਿਬ ਦਾ ਮੈਂ ਹੀ ਪੁੱਛ ਲੈਣਾ। ਕਹਿੰਦੇ ਕਾਮਰੇਡਾਂ ਦਾ ਪੰਜਾਬ ਪ੍ਰਤੀ ਕੀ ਸਟੈਂਡ ਹੈ, ਕੀ ਇਹਨਾਂ ਨੇ ਕਲੀਅਰ ਕਦੇ ਕਰਨਾ ਕਾਮਰੇਡਾਂ ਨੇ ਕਿ ਅਸੀਂ ਇੰਡੀਆ ਨਾਲ ਰਹਿਣਾ ਜਾਂ ਅਸੀਂ ਕੀ ਕਰਨਾ ਕਾਮਰੇਡਾਂ ਪ੍ਰਤੀ, ਕਾਮਰੇਡਾਂ ਦਾ ਇੰਡੀਆ ਪ੍ਰਤੀ ਸਟੈਂਡ? ਇਹ ਚਲੋ ਵਿੱਚ ਕਿਤੇ ਪਾ ਲਿਓ, ਤੁਹਾਨੂੰ ਡਿਸਟਰਬੈਂਸ ਹੁੰਦੀ ਸੀ, ਹੁਣ ਤੁਸੀਂ ਰੁਕਿਓ, ਮੈਂ ਪੁੱਛ ਹੀ ਲੈਣਾ ਕਿਤੇ ਵਿੱਚ ਕਰ ਲਿਓ ਇਹਦੇ ਬਾਰੇ ਵੀ। ਜੀ ਹਾਂ, ਇਹਦੇ ਤੇ ਬਾਅਦ ਚ ਆਉਣਾ, ਪਹਿਲਾਂ ਬਾਕੀ ਕਰ ਲਵਾਂ, ਬਾਅਦ ਚ ਆਉਣਾ ਇਹਦੇ ਚ ਵੀ ਆਉਣਾ। ਹੁਣ ਜਿੱਥੋਂ ਤੱਕ ਤਿੰਨ ਡੇਰਾ ਪ੍ਰੇਮੀ ਨੇ ਜਿਨ੍ਹਾਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ ਆ, ਅਜੇ ਤੱਕ ਮੇਰੇ ਸਾਹਮਣੇ ਕੋਈ ਅਜਿਹੀ ਗੱਲ ਨਹੀਂ ਆਈ ਕਿ ਉਹਨਾਂ ਨੂੰ ਕਿਸੇ ਡੇਰੇ ਚ ਸਨਮਾਨਿਤ ਜਿਹੜਾ ਉਹ ਕੀਤਾ ਗਿਆ ਹੋਵੇ, ਇਹੋ ਜੀ ਮੇਰੇ ਸਾਹਮਣੇ ਨਹੀਂ ਆਈ ਆ। ਹਾਂ, ਜਦੋਂ ਕਿਤੇ ਬਰੀ ਹੋ ਗਿਆ ਉਦੋਂ ਸਨਮਾਨਿਤ ਜ਼ਰੂਰ ਕੀਤੇ ਜਾਣਗੇ, ਉਹ ਵੱਖਰੀ ਗੱਲ ਹੈ। ਅਜੇ ਤਾਂ ਬਾਹਰ ਨਹੀਂ ਆਏ ਵੈਸੇ, ਉਹ ਦੋ ਬੰਦੇ ਬਰੀ ਹੋਏ ਨੇ, ਹੋ ਸਕਦਾ ਉਹਨਾਂ ਨੂੰ ਕਰ ਰਹੇ ਹੋਣ। ਹਾਂ, ਹੋ ਸਕਦਾ ਜਿਹੜੇ ਬਰੀ ਹੋਏ ਹੁਣ ਉਹਨਾਂ ਨੂੰ ਕਰ ਰਹੇ ਹੁਣ, ਹੋ ਸਕਦਾ। ਜਿਹੜੇ ਤਿੰਨ ਨੇ ਵੈਸੇ ਤਾਂ ਉਹ ਵੀ ਇੱਕ ਤਾਂ ਮਾਨ ਹੈ, ਜੱਟਾਂ ਚੋ ਹੀ ਨੇ, ਸਿੰਘਾਂ ਵਾਲੇ ਨਾਂ ਨੇ ਉਹਨਾਂ ਦੇ, ਬਾਕੀ ਤਾਂ ਪਤਾ ਨੀ, ਇੱਕ ਦੇ ਨਾਂ ਨਾਲ ਮਾਨ ਲੱਗਦਾ, ਪਤਾ ਨੀ ਕੌਣ ਆ। ਤੇ ਉਹਨਾਂ ਦੀ ਤਾਂ ਅਜੇ ਜ਼ਮਾਨਤ ਨਹੀਂ ਹੋਈ ਨਾ, ਵੈਸੇ ਤਿੰਨ ਸਾਲ ਦੀ ਸਜ਼ਾ ਤਾਂ ਹੋ ਜਾਂਦੀ ਹੈ, ਉਹ ਆਈ ਥਿੰਕ ਬਾਹਰ ਨਹੀਂ ਆਏ, ਜਾਂ ਫਿਰ ਉਹ ਪ੍ਰਾਈਵੇਸੀ ਰੱਖੀ ਜਾ ਰਹੀ ਹੈ ਸਿਕਿਉਰਿਟੀ ਦੇ ਪੱਖੋਂ, ਇਹ ਵੀ ਕਾਰਨ ਹੋ ਸਕਦਾ। ਦੋ ਬੰਦੇ ਬਰੀ ਹੋਏ ਨੇ ਉਸ ਕੇਸ ਚ? ਨਹੀਂ ਨਹੀਂ, ਉਹ ਬਾਹਰ ਹੀ ਨੇ, ਉਹ ਅੰਦਰ ਨਹੀਂ ਗਏ, ਉਹ ਬੰਦੇ ਬਾਹਰ ਨੇ, ਕਿਉਂਕਿ ਤਿੰਨ ਸਾਲ ਤੱਕ ਦੀ ਸਜ਼ਾ ਵਾਲਾ ਬੰਦਾ ਜੇਲ੍ਹ ਚ ਨਹੀਂ ਰੱਖਿਆ ਜਾ ਸਕਦਾ। ਸਜ਼ਾ ਸੁਣਾਉਣ ਦੇ ਵਕਤ ਵੀ ਉਹ ਜ਼ਮਾਨਤ ਤੇ ਸੀ ਮੇਰੇ ਖਿਆਲ। ਹਾਂ, ਉਹ ਜ਼ਮਾਨਤਾਂ ਤੇ ਸੀ, ਉਹਨਾਂ ਨੂੰ ਮੌਕੇ ਦੇ ਉੱਤੇ ਜ਼ਮਾਨਤ ਜਿਹੜੀ ਮਿਲ ਜਾਂਦੀ, ਇੱਕ ਮਹੀਨੇ ਦਾ ਸਮਾਂ ਹੁੰਦਾ, ਇੱਕ ਮਹੀਨੇ ਤੱਕ ਤੁਸੀਂ ਅਪਰ ਕੋਰਟ ਤੋਂ ਜਾ ਕੇ ਪੱਕੇ ਤੌਰ ਤੇ ਜ਼ਮਾਨਤ ਲੈਣੀ ਹੁੰਦੀ ਤੇ ਉੱਥੇ ਅਪੀਲ ਪਾਉਣੀ ਹੁੰਦੀ ਆ ਉਹ ਸਜ਼ਾ ਦੇ ਅਗੇਂਸਟ। ਇਸ ਕਰਕੇ ਉਹਨਾਂ ਨੂੰ ਜ਼ਮਾਨਤ ਲੈਣ ਦੀ ਜ਼ਰੂਰਤ ਨਹੀਂ, ਉਹ ਮੌਕੇ ਤੇ ਦੇ ਦਿੱਤੀ ਜਾਂਦੀ, ਉਹਨੂੰ ਫੈਸਲਾ ਸੁਣਾ ਦਿੱਤਾ ਜਾਂਦਾ ਕਿ ਤਿੰਨ ਸਾਲ ਦੀ ਸਜ਼ਾ ਕੀਤੀ ਗਈ ਆ। ਪਰ ਕਿਉਂਕਿ ਕਾਨੂੰਨ ਮੁਤਾਬਕ ਇਹਦੇ ਚ ਇੰਨੀ ਕੁ ਸਹੂਲਤ ਹੈਗੀ ਆ ਕਿ ਤਿੰਨ ਸਾਲ ਤੱਕ ਇਹਨੂੰ ਜੇਲ੍ਹ ਨਹੀਂ ਭੇਜਿਆ ਜਾਏਗਾ। ਸੋ ਅਜੇ ਤੱਕ ਮੇਰੇ ਸਾਹਮਣੇ ਜਿਹੀ ਗੱਲ ਨਹੀਂ ਆਈ। ਰਹਿ ਗਈ ਗੱਲ ਦੋਵਾਂ ਧਿਰਾਂ ਚ ਵਿਵਾਦ ਆ, ਇਹ ਚ ਕੋਈ ਦੋ ਰਹਿ ਨਹੀਂ। ਜਦੋਂ ਵਿਵਾਦ ਹੋਵੇ ਫਿਰ ਇਹੀ ਕੁਛ ਹੁੰਦਾ, ਜੇ ਵਿਵਾਦ ਨਾ ਹੁੰਦਾ ਤਾਂ ਪਹਿਲਾਂ ਕਿਹੜਾ ਡੇਰਾ ਪ੍ਰੇਮੀਆਂ ਨਾਲ ਕੋਈ ਰੌਲਾ ਰੱਪਾ ਸੀ। 1998 ਦੀ ਚੋਣ ਪਟਿਆਲਾ ਪਾਰਲੀਮੈਂਟ, ਜੇਕਰ ਅਕਾਲੀ ਦਲ ਨੂੰ ਡੇਰੇ ਵਾਲੇ ਨਾ ਭੁਗਤਦੇ ਤਾਂ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਪਾਰਲੀਮੈਂਟ 1998 ਤੇ 34-35 ਹਜ਼ਾਰ ਨਾਲ ਨਹੀਂ ਸੀ ਹਾਰਦਾ। ਉਹਦੇ ਹਾਰਨ ਦਾ ਕਾਰਨ ਹੀ ਇਹ ਬਣਿਆ ਸੀ ਕਿ ਉਹਨੂੰ ਜਾ ਕੇ ਵੱਡੀ ਸੈੱਟ ਬੈਕ ਜਿਹੜੀ ਸੀ, ਲਹਿਰਾ ਗਾਗਾ ਸੁਨਾਮ ਤੇ ਸ਼ਤਰਾਣਾ, ਤਿੰਨ ਹਲਕਿਆਂ ਤੋਂ ਲੱਗ ਗਈ ਜਿੱਥੇ ਡੇਰਾ ਪ੍ਰੇਮੀ ਵਨ ਸਾਈਡਡ ਅਕਾਲੀ ਦਲ ਦੀ ਫੇਵਰ ਚ ਭੁਗਤ ਗਏ ਸੀ, ਤੇ ਕੈਪਟਨ ਅਮਰਿੰਦਰ ਸਿੰਘ ਉੱਥੇ ਮਾਰ ਖਾ ਗਿਆ। ਨਹੀਂ ਤਾਂ ਤੁਸੀਂ ਬਨੂੜ ਤੋਂ ਚੱਲ ਪਾਓ ਸਨੌਰ ਤੇ ਘਨੌਰ, ਜਿਹੜਾ ਉਦੋਂ ਸਨੌਰ ਡਕਾਲਾ ਹੁੰਦਾ ਸੀ ਤੇ ਘਨੌਰ, ਦੋਨਾਂ ਦੇ ਵਿੱਚ ਅਜਿਹਾ ਸੀ ਕਿ ਇੱਕ ਹਲਕੇ ਚ 438 ਨਾਲ ਅਕਾਲੀ ਦਲ ਨੇ ਲੀਡ ਕੀਤੀ, ਇੱਕ ਚ 438 ਵੋਟਾਂ ਨਾਲ ਕਾਂਗਰਸ ਨੇ ਲੀਡ ਕੀਤੀ, ਤੇ ਨੈਕ ਟੂ ਨੈਕ ਫਾਈਟ ਰਹੀ ਸੀ ਦੋਨਾਂ ਅਸੈਂਬਲੀ ਹਲਕਿਆਂ ਚ। ਸਮਾਣਾ ਵੀ ਕਾਂਗਰਸ ਮੋਹਰੇ ਗਈ, ਪਟਿਆਲਾ ਸ਼ਹਿਰ ਵੀ ਗਈ, ਰਾਜਪੁਰਾ ਵੀ ਗਈ। ਇਹ ਜਿਹੜੀ ਲੀਡ ਸੀ, ਇਹਨਾਂ ਦੀ ਲੀਡ ਨੂੰ ਜਾ ਕੇ ਕਵਰੀ ਅਕਾਲੀ ਦਲ ਨੇ, ਏਡੀ ਵੱਡੀ ਲੀਡ ਸੀ ਕਿ ਜਿੱਥੋਂ ਕੈਪਟਨ ਅਮਰਿੰਦਰ ਸਿੰਘ ਬੜੇ ਆਰਾਮ ਨਾਲ ਸੀਟ ਕੱਢਦਾ ਸੀ, ਪਰ ਜਿਹੜੀ ਅਕਾਲੀ ਦਲ ਨੂੰ ਲੀਡ, ਤਿੰਨ ਹਲਕੇ ਖਾਸ ਕਰ ਸੁਨਾਮ ਤੇ ਸ਼ਤਰਾਣੇ ਤੋਂ ਬਹੁਤ ਵੱਡੀ ਲੀਡ ਸੀ ਅਕਾਲੀ ਦਲ ਕੋਲ, ਉਹ ਲੀਡ ਨੇ ਇਹਨਾਂ ਨੂੰ ਬਚਾ ਤਾ ਤੇ ਅਕਾਲੀ ਦਲ 34-35 ਹਜ਼ਾਰ ਨਾਲ ਕੈਪਟਨ ਅਮਰਿੰਦਰ ਸਿੰਘ ਵਾਇੰਡ ਅਪ ਕਰੋ। ਇਹ ਸਬਜੈਕਟ ਬਹੁਤ ਵੱਡਾ ਵੀ ਇਹ ਜਿਹੜਾ ਹਾਲ ਹੀ ਆ, ਦੇਖੋ ਜੇ ਕੋਈ ਵੀ ਬੰਦਾ ਭਾਵੇਂ ਭਾਈ ਰਣਜੀਤ ਸਿੰਘ ਆ ਤੇ ਭਾਵੇਂ ਡੇਰਾ ਪ੍ਰੇਮੀ ਨੇ, ਜੇ ਇਹ ਕਾਨੂੰਨ ਬਰੀ ਹੋ ਗਏ ਤਾਂ ਫਿਰ ਜਾਂ ਤਾਂ ਅਦਾਲਤ ਦਾ ਫੈਸਲਾ ਮੰਨੋ, ਜੇ ਤੁਸੀਂ ਆਪਣੇ ਤੌਰ ਤੇ ਫੈਸਲਾ ਸੁਣਾਉਣਾ ਜਿਹਨੂੰ ਸੋਧਾ ਕਿਹਾ ਜਾਂਦਾ ਕਰਨਾ, ਉਹ ਕਰੋ, ਹੈਨਾ, ਹੈ ਤਾਂ ਗੈਰ ਕਾਨੂੰਨੀ ਨੇ ਉਹ ਚੀਜ਼ਾਂ। ਪਰ ਜਦੋਂ ਬੰਦਾ ਅਦਾਲਤ ਦੇ ਵਿੱਚੋਂ ਬਰੀ ਹੋ ਕੇ ਆ ਗਿਆ, ਹਰੇਕ ਸੈਗਮੈਂਟ, ਭਾਵੇਂ ਉਹ ਸਿੱਖਾਂ ਦਾ ਤੇ ਭਾਵੇਂ ਉਹ ਮੁਸਲਮਾਨਾਂ ਦਾ ਤੇ ਭਾਵੇਂ ਉਹ ਹਿੰਦੂਆਂ ਦਾ, ਆਹ ਹੁਣ ਸਾਧਵੀ ਪ੍ਰਗਿਆ ਸਿੰਘ ਹੈ, ਕਿੱਡੇ ਕੇਸ ਚੋਂ ਬਰੀ ਹੋਈ ਹੈ ਤੇ ਅਗਲੇ ਐਮ ਪੀ ਬਣਾ ਦਿੱਤੀ,
ਇਸੇ ਤਰ੍ਹਾਂ ਸਿੱਖਾਂ ਚ ਭਾਈ ਰਣਜੀਤ ਸਿੰਘ ਹੈ ਜਾਂ ਹੋਰ ਵਿਵਾਦਤ ਬੰਦੇ ਨੇ ਬਾਇਜ਼ਤ ਬਰੀ ਹੋ ਜਾਂਦੇ ਨੇ, ਸਤਿਕਾਰਤ ਨੇ ਉਹਨਾਂ ਦੀ ਕੌਮ ਦੇ। ਇਸੇ ਤਰ੍ਹਾਂ ਜੇ ਡੇਰਾ ਪ੍ਰੇਮੀਆਂ ਦੇ ਬੰਦੇ ਨੇ ਕਾਨੂੰਨਾਂ ਨੂੰ ਬਰੀ ਹੋਏ ਨੇ ਤੇ ਫਿਰ ਰੋਕਣਾ ਤਾਂ ਜਾਇਜ਼ ਨਹੀਂ ਹੈ ਨਾ। ਜੇ ਇੱਕ ਮੁਲਕ ਦੇ ਸੰਵਿਧਾਨ ਨੂੰ ਮੰਨਦੇ ਹੋ, ਜੇ ਤੁਹਾਡੇ ਬਰੀ ਹੋ ਗਏ ਕਿਸੇ ਕਤਲ ਚੋਂ, ਸਿੱਖਾਂ ਦੇ ਕਿੰਨੇ ਬੰਦੇ ਕਤਲ ਚੋਂ ਬਰੀ ਹੋ ਗਏ ਨੇ, ਮਿਨਿਸਟਰ ਤੱਕ ਬਣੇ ਹੋਏ ਨੇ, ਵਿਰਸਾ ਸਿੰਘ ਬਲਡੋਆ ਜਾਂ ਹੋਰ ਲੋਕ, ਈਵਨ ਕਾਂਗਰਸ ਦੇ ਵਿੱਚ ਹਰਮਿੰਦਰ ਪੱਟੀ ਆਏ ਨੇ, ਈਵਨ ਤੁਹਾਡੇ ਤੇ ਕੇਸ ਸੀ। ਹਜ਼ਾਰਾਂ ਲੱਖਾਂ ਬੰਦੇ ਨੇ ਜਿਹੜੇ ਕੇਸਾਂ ਚੋਂ ਬਰੀ ਹੋ ਗਏ ਨੇ, ਉਹ ਇਲੈਕਸ਼ਨ ਲੜਦੇ ਨੇ, ਆਪਣੀ ਸਮਾਜ ਚ ਆਪਣੀ ਵਧੀਆ ਲਾਈਫ ਜਿਉਂਦੇ ਨੇ। ਰਵਦਮਨ ਸਿੰਘ ਮਲਿਕ ਨੇ ਜਿਨ੍ਹਾਂ ਦੀ ਮੌਤ ਹੋਈ ਹੈ, ਉਹ ਬਰੀ ਹੋਏ ਨੇ ਐਡੇ ਵੱਡੇ ਕੇਸ ਚੋਂ, 350 ਲੋਕਾਂ ਦੀ ਮੌਤ ਚੋਂ ਉਹ ਇੱਕ ਬਰੀ ਰਹਿੰਦੇ ਨੇ। ਗੱਲ ਇਹ ਹੈ ਕਿ ਸਿੱਖ ਵੀ ਬਹੁਤ ਸਾਰੇ ਮਾਮਲਿਆਂ ਚ ਬਹੁਤ ਹੱਦ ਤੋਂ ਜ਼ਿਆਦਾ ਹਾਈਪਰ ਹੁੰਦੇ ਨੇ। ਮਤਲਬ ਅਸੀਂ ਕਰੀਏ ਤਾਂ ਸਭ ਕੁਛ ਠੀਕ ਹੈ, ਪਰ ਤੁਸੀਂ ਨਹੀਂ ਕਰ ਸਕਦੇ। ਇਹ ਵੀ ਕਾਰਨ ਹੈ। ਜਦੋਂ ਅਦਾਲਤ ਚੋਂ ਬਰੀ ਹੋ ਗਿਆ, ਅਗਲਾ 5 ਕਰੇ 50 ਕਰੇ, ਸਾਨੂੰ ਕੀ ਰਾਈਟ ਹੈ ਜੀ ਸੁਰਿੰਦਰ? ਦੂਸਰਾ ਕਿ ਇਸ ਮੁਲਕ ਦੇ ਵਿੱਚ ਇਸ ਤਰ੍ਹਾਂ ਦੀਆਂ ਨਾਮ ਚਰਚਾਵਾਂ, ਕਿਉਂਕਿ ਗੁਰੂ ਸਾਹਿਬ ਨੇ ਵੀ ਦੂਸਰੇ ਦੇ ਧਰਮਾਂ ਦਾ ਸਤਿਕਾਰ ਕੀਤਾ, ਭਾਵੇਂ ਉਹ ਕੂੜ ਹੀ ਹੈ, ਆਪਣੇ ਤੌਰ ਤੇ ਤੁਸੀਂ ਆਲੋਚਨਾ ਕਰਦੇ ਹੋ। ਹੁਣ ਮਾਫ ਕਰਨਾ, ਜੇ ਦੂਸਰੇ ਧਰਮਾਂ ਚ ਆਲੋਚਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦੂਸਰਿਆਂ ਦੇ ਧਰਮਾਂ ਦੀ ਵੀ ਕਿੰਨੀ ਆਲੋਚਨਾ ਹੈ? ਛੋਡੇ ਐਨ ਕਰੇ ਪਖੰਡ, ਨਾ ਸੁਹਾਗਣ ਨਾ ਰੰਡ, ਹੋਰ ਬੜੀਆਂ ਚੀਜ਼ਾਂ ਨੇ। ਹਿੰਦੂ ਅੰਨਾ ਤੁਰਕ ਕਾਣਾ, ਦੋਨਾਂ ਤੋਂ ਗਿਆਨੀ ਸਿਆਣਾ। ਗਿਆਨੀ ਸਿੱਖ ਨਹੀਂ ਹੈ, ਉਹ ਗਿਆਨੀ ਜਿਹਨੂੰ ਗਿਆਨ ਹੈ, ਪਰ ਅਸੀਂ ਗਿਆਨੀ ਸਿੱਖ ਨੂੰ ਲਾ ਲੈਂਦੇ ਹਾਂ ਕਿ ਅਸੀਂ ਸਿੱਖ ਸਿਆਣੇ ਹਾਂ। ਸੋ ਇੱਦਾਂ ਦਾ ਪਰਸਪਰ ਸਹਿਣਸ਼ੀਲਤਾ, ਟੋਲਰੈਂਸ ਸਾਨੂੰ ਅਡੋਪਟ ਕਰਨੀ ਹੋਏਗੀ। ਹਿੰਦੂਆਂ 'ਚ ਆਉਂਦਾ ਢੋਰ ਗਵਾਰ, ਸ਼ੂਦਰ, ਪਸ਼ੂ, ਨਾਰੀ, ਇਹ ਸਭ ਤਾੜਨ ਕੇ ਅਧਿਕਾਰੀ, ਉਹ ਆਲੋਚਨਾ ਹੁੰਦੀ ਹੈ, ਪਰ ਅਸੀਂ ਉਹਨਾਂ ਦੀਆਂ ਕਿਤਾਬਾਂ ਨਹੀਂ ਪੜ੍ਹ ਸਕਦੇ ਜਾ ਕੇ। ਕੱਲ੍ਹ ਨੂੰ ਸਿੱਖ ਸੈਂਟੀਮੈਂਟ 'ਚ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਮੂਰਤੀ ਪੂਜਾ ਪਖੰਡ ਹੈ, ਪਰ ਕਈ ਲੋਕ ਮੂਰਤੀ ਪੂਜਾ ਕਰਦੇ ਨੇ। ਕੱਲ ਨੂੰ ਉਹ ਕਹਿਣਗੇ ਕਿ ਤੁਹਾਡਾ ਜਿਹੜਾ ਇਹ ਇਸ ਦੀ ਆਹ ਚੀਜ਼ ਪਖੰਡ ਹੈ, ਅਤੇ ਫਿਰ ਅਸੀਂ ਕੀ ਬਰਦਾਸ਼ਤ ਕਰ ਲਾਂਗੇ? ਇੱਕ ਸੱਭਿਅਕ ਸਮਾਜ ਦੇ ਵਿੱਚ ਜੇ ਅਸੀਂ ਰਹਿਣਾ ਤਾਂ ਸਹਿਣਸ਼ੀਲਤਾ ਅਡੋਪਟ ਕਰਨੀ ਹੋਏਗੀ, ਨਹੀਂ ਤਾਂ ਸਿਆਸਤਦਾਨਾਂ ਨੇ ਇੱਦਾਂ ਲੜਾਉਣਾ ਅਤੇ ਮਰਾਉਣਾ ਜੀ ਸੁਰਿੰਦਰ। ਦੇਖੋ ਗੱਲ ਇਹ ਹੈ ਕਿ ਅਕਾਲੀ ਦਲ SGPC ਤੇ ਕਮਾਂਡ ਕਰਦਾ ਤੇ SGPC ਅੱਗੇ ਜਥੇਦਾਰ ਸਭਾ ਨੂੰ ਨਿਯੁਕਤ ਕਰਦੀ ਹੈ। ਕਿਤੇ ਅਕਾਲੀ ਦਲ ਨੂੰ ਆਪਣੇ ਅੰਦਰ ਝਾਤੀ ਮਾਰ ਕੇ ਸੋਚਣਾ ਪਵੇਗਾ, ਜਿਹੜਾ ਅੱਜ ਤੱਕ ਉਹਨਾਂ ਨੇ ਸੋਚਿਆ ਹੀ ਨਹੀਂ ਸੋ ਪਿਛਲੇ 100 ਸਾਲਾਂ ਚ। ਜੇ ਰਾਧਾ ਸਵਾਮੀ ਨੇ ਇਸੇ ਡੇਰਾ ਮੁਖੀ ਨੂੰ ਬਰੀ ਕਰਨ ਦੇ ਇਸ਼ਤਿਹਾਰ ਲਾਉਂਦੇ ਨੇ ਤੇ ਫਿਰ ਤੁਸੀਂ ਕੀ ਕਹੋਗੇ? ਮੈਂ ਉੱਥੇ ਆਉਣ ਲੱਗਾ ਨਾ। ਮੈਂ ਜੇ ਇੱਥੇ ਰਾਧਾ ਸਵਾਮੀਆਂ ਦੇ ਡੇਰਾ ਇੰਨਾ ਪ੍ਰਫੁੱਲਤ ਹੋਇਆ ਤੇ ਕਿਹਦੀਆਂ ਕਮੀਆਂ ਕਰਕੇ ਹੋਇਆ? ਜੇ ਨੂਰ ਮਹਿਲ ਵਾਲੇ ਦਾ ਡੇਰਾ ਇੰਨਾ ਪ੍ਰਫੁੱਲਤ ਹੋਇਆ ਤੇ ਕਿਹਦੀਆਂ ਕਮੀਆਂ ਕਰਕੇ ਹੋਇਆ? ਜੇ ਨਿਰੰਕਾਰੀਆਂ ਦੇ ਥਾਂ ਥਾਂ ਭਵਨ ਬਣੇ ਕਿਹਦੀਆਂ ਗਲਤੀਆਂ ਕਰਕੇ ਬਣੇ? ਤੇ ਜੇ ਸਰਸੇ ਵਾਲੇ ਦਾ ਡੇਰੇ ਇੰਨੇ ਪ੍ਰਫੁੱਲਤ ਹੋਏ ਤੇ ਕਿਹਦੀਆਂ ਗਲਤੀਆਂ ਕਰਕੇ ਹੋਏ? ਸੋਚਣਾ ਤਾਂ ਪਏਗਾ। ਜਿਹੜਾ ਮਾਝੇ ਹੁਣ ਉਹਨਾਂ ਨੂੰ ਛੱਡੋ, ਟੂ ਬੀ ਵੈਰੀ ਫਰੈਂਕ, ਹੁਣ ਆਪਾਂ ਪਰਸਨਲ ਆ ਜਾਈਏ, ਕਿੰਨੇ ਲੋਕ ਨੇ ਜਿਹੜੇ ਹੁਣ ਮਾਫ ਕਰਨਾ SCBC ਭਾਈਚਾਰੇ ਚੋਂ ਨੇ? ਤੁਸੀਂ ਅਕਾਲੀ ਦਲ ਉਹਨਾਂ ਨੂੰ ਛੱਡੋ, ਹੁਣ ਉਹਨਾਂ ਦੇ ਹਿੱਸੇ 23% ਜ਼ਮੀਨ ਆਉਂਦੀ ਹੈ ਪੰਚਾਇਤਾਂ ਦੀ, ਤਾਂ ਕਿੰਨੇ ਕੁ ਜੱਟ ਜਾਂ ਉੱਚੀਆਂ ਜਾਤਾਂ ਵਾਲੇ ਨੇ ਜਿਹੜੇ ਉਹਨਾਂ ਦੀ ਜ਼ਮੀਨ ਉਹਨਾਂ ਨੂੰ ਦੇਣ ਨੂੰ ਤਿਆਰ ਨੇ? ਆਪਾਂ SCPC ਜਾਂ ਅਕਾਲੀਆਂ ਨੂੰ ਤਾਂ ਕਹਿੰਦੇ ਹਾਂ, ਕਿੰਨੇ ਪਿੰਡਾਂ 'ਚ ਸੰਘਰਸ਼ ਹੋਇਆ, ਮਤੋਈ, ਬਲਦ ਕਲਾਂ, ਨਮੋਲ, ਅਤੇ ਇੱਕ ਬੀਬੀ ਦੀ ਮੌਤ ਵੀ ਹੋਈ SC ਭਾਈਚਾਰੇ ਦੀ। ਈਵਨ ਸਾਡੀ ਮਾਨਸਿਕਤਾ 'ਚੋਂ ਐਂਟੀ ਦਲਿਤ ਫੰਡਾ ਨਹੀਂ ਨਿਕਲਦਾ, ਉਹ ਫਲਾਣਾ ਇਹ ਹੈ, ਉਹ ਧਮਕਾਣਾ ਇਹ ਹੈ। ਪਿੰਡਾਂ ਦੇ ਗੁਰੂ ਘਰਾਂ 'ਚ SC ਭਾਈਚਾਰੇ 'ਚੋਂ ਕਿੰਨੇ ਕੁ ਪ੍ਰਧਾਨ ਪਿੰਡ ਵਾਲੇ ਲਾਉਂਦੇ ਆ? ਉੱਚੀ ਜਾਤ ਵਾਲੇ ਪ੍ਰਧਾਨ ਬਣਦਾ। ਇਹ ਠੀਕ ਹੈ ਕਿ ਚਲੋ ਲੰਗਰ 'ਚ ਲੋਕ ਜਿਹੜਾ ਰਹਿਤ ਮਰਿਆਦਾ ਵਾਲਾ ਉਹਨੂੰ ਉਹ ਦਿੰਦੇ ਆ, ਅਤੇ ਦਰਬਾਰ ਸਾਹਿਬ 'ਚ ਕਿਸੇ ਸਮੇਂ ਪ੍ਰਸ਼ਾਦ ਤੱਕ ਨਹੀਂ ਸੀ ਚੜ੍ਹਦਾ। ਅਤੇ ਫਿਰ ਜਿਹੜਾ ਝੱਬਰ ਸਾਹਿਬ, ਹੁਣ ਕਈ ਕਹਿੰਦੇ ਆ ਜੀ ਵੀ ਮਤਲਬ ਕਾਮਰੇਡ ਹੈ ਜੀ ਫਲਾਂ ਜੀ, ਉਹ ਝੱਬਰ ਸਾਹਿਬ ਕਹਿੰਦੇ ਮੈਂ ਬੈਠਾ, ਚੜਾਓ ਪ੍ਰਸ਼ਾਦ। ਸੋ ਮਾਨਸਿਕਤਾ ਸਾਡੀ 'ਚੋਂ ਵੀ ਉਹ ਐਂਟੀ ਦਲਿਤ ਫੰਡਾ, ਐਂਟੀ SCBC ਫੰਡਾ ਨਹੀਂ ਨਿਕਲਦਾ ਆਫ ਦੀ ਰਿਕਾਰਡ ਬਹੁਤ ਲੋਕਾਂ ਦੇ ਮਨਾਂ 'ਚੋਂ। ਅਸੀਂ SCPC ਜਾਂ ਉਹਨਾਂ 'ਤੇ ਕਹਿ ਦਿੰਦੇ ਹਾਂ। ਸੋ ਇਹ ਜਿਹੜਾ ਮਾਮਲਾ ਕਿ ਸਾਡੇ ਮਨਾਂ 'ਚੋਂ ਵੀ ਉਹ ਨਹੀਂ ਨਿਕਲਦਾ, ਅਤੇ ਫਿਰ ਅਗਲੇ ਡੇਰੇ ਨਹੀਂ ਜਾਣਗੇ ਤਾਂ ਹੋਰ ਕੀ ਹੈ? ਉਹੀ ਗੱਲ ਹੈ ਨਾ ਹਿੰਦੂਆਂ ਵਾਲੀ
कि भगवान के पैरों तो बने ने, तुसी जफा पा के भी रखना चाहते हो। जे वह मसीही या मुसलमान बन गए फिर तुहानू तकलीफ हुंदी है कि गुलामी भी करवानी है ते सेवा भी हनुमान दे भगत दे रूप च श्री राम दे भगतां दी करवानी है। इसे तरह हुण दूर दराडे आदिवासी पिंडां च श्री हनुमान बहुत प्रगट हुंदे ने, हनुमान जी दे मंदर ज्यादा बन रहे ने। इन्हां ने श्री राम जी का आसरा लै लिया ते केजरीवाल ने हनुमान जी का लै लिया। पर जे तुहाडे च कमियां ने, तुहाडे च चौथे पौड़े वालिया दे जिथे सुखबीर भी जांदा ते कैप्टन भी जांदा डेरा रूमी, उत्थे बराबर बिठा के लंगर खवा दो ना उन्हां नूं। उत्थे कोई मर्यादा नहीं, नानक सरिये ने होर ने उत्थे ला दो निशान साहब, ला के दिखाओ। उत्थे फिर मतभेद भाई जी पैदा होणगे, असीं जफा भी मारना चाहुंदे आ ते उन्हां नूं आजाद भी नहीं होण दिंदे। जदों उह डेरियां दी शरण लैंदे ने फिर सानूं तकलीफ हुंदी है, साडी मानसिकता चों इह चीज़ां नहीं निकलदियां ना जी। मैं सारा कुछ अजे मैं सिख डेरिया वाल तां आया नहीं, मैं तां इन्हां वाल ही सी ਵੀ ਇਹ ਸਾਰਾ ਕੁਝ ਪ੍ਰਫੁੱਲਤ ਕਿਉਂ ਹੋਇਆ, ਗਲਤੀਆਂ ਕਿਹਦੀਆਂ ਸੀ। ਹੁਣ ਮਾਝੇ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੀ ਧਰਤੀ ਤੇ ਲੱਖਾਂ ਮਸੀਹੀ ਭਾਈਚਾਰੇ ਦੇ ਲੋਕਾਂ ਦਾ ਇਕੱਠ ਹੋਇਆ, ਉਹ ਕਿਹਦੀਆਂ ਗਲਤੀਆਂ ਕਰਕੇ, ਜਿਹੜੇ ਮਸੀਹੀ ਭਾਈਚਾਰੇ ਨੂੰ ਹਰ ਪਿੰਡ ਚ ਜਗ੍ਹਾ ਦਿੱਤੀ ਗਈ ਆ, ਅਕਾਲੀ ਦਲ ਦੇ ਰਾਜ ਚ ਦਿੱਤੀ ਗਈ, ਲੋਕ ਤਰ੍ਹਾਂ ਤਰ੍ਹਾਂ ਮਾਝੇ ਚ ਕਰਦੇ ਆ। ਉਹ ਕਹਿੰਦੇ ਕਿ ਜਾਣ ਬੁੱਝ ਕੇ ਕਹਿੰਦੇ ਸਾਰੇ ਗੁਰਦੁਆਰਾ ਸਾਹਿਬ ਆਉਂਦੇ ਸੀ, ਕੋਈ ਰੌਲਾ ਨਹੀਂ ਸੀ, ਕੋਈ ਰੱਪਾ ਨਹੀਂ ਸੀ, ਇਹ ਸਿਰਫ ਵੋਟਾਂ ਦੇ ਲਈ ਇੱਥੋਂ ਦੇ ਲੀਡਰਾਂ ਨੇ ਇਹਨਾਂ ਨੂੰ ਜਗ੍ਹਾ ਦੇਤੀ, ਨਾਲ ਪੈਸੇ ਦੇਤੇ ਕਿ ਆਹ ਆਪਣਾ ਇੱਥੇ ਤੁਸੀਂ ਨਾਮ ਘਰ ਬਣਾ ਲਓ। ਤੇ ਕਹਿੰਦੇ ਇਹ ਸਾਰਾ ਟੈਂਟਾਂ ਇਹਨਾਂ ਨੇ ਖੜਾ ਕੀਤਾ। ਹੁਣ ਗਲਤੀਆਂ ਕਿਹਦੀਆਂ ਨੇ, ਗਲਤੀਆਂ ਮੈਂ ਕਿਉਂ ਪਹਿਲਾਂ ਗਿਣਿਆ, ਅਕਾਲੀ ਦਲ SGPC ਨੂੰ ਕੰਟਰੋਲ ਕਰਦਾ ਤੇ SGPC ਜਥੇਦਾਰ ਸਭਾ ਨੂੰ ਨਿਯੁਕਤ ਕਰਦੀ ਆ, ਤੇ ਗਲਤੀਆਂ ਫਿਰ ਅਕਾਲੀ ਦਲ ਦੀਆਂ ਗਿਣੀਆਂ ਜਾਣਗੀਆਂ ਨਾ। ਹੁਣ ਉਹਨਾਂ ਨੂੰ ਧਰਮ ਯਾਦ ਆ ਗਿਆ, ਪਹਿਲਾਂ ਧਰਮ ਯਾਦ ਨਹੀਂ ਆਇਆ। ਤੇ ਜਿਹੜੇ ਬਾਕੀ ਦੇ ਧਰਮ ਤੁਸੀਂ ਆਬਾਦ ਕੀਤੇ ਨੇ ਤੇ ਉਹ ਫਿਰ ਕੱਲ ਨੂੰ ਜਦੋਂ ਰੌਲਾ ਪਏਗਾ ਤੇ ਫਿਰ ਚੀਕੋਗੇ। ਵੋਟਾਂ ਦੇ ਲਈ ਤੁਸੀਂ ਨੂਰ ਮਹਿਲ ਵੀ ਚਲ ਜਾਓਗੇ, ਵੋਟਾਂ ਲਈ ਤੁਸੀਂ ਭਨਿਆਰੇ ਵਾਲੇ ਦੇ ਵੀ ਚਲ ਜਾਓਗੇ, ਤੇ ਵੋਟਾਂ ਲਈ ਤੁਸੀਂ ਬਿਆਸ ਵਾਲੇ ਦੇ ਵੀ ਚਲ ਜਾਓਗੇ, ਵੋਟਾਂ ਦੇ ਲਈ ਤੁਸੀਂ ਸਰਸੇ ਵਾਲੇ ਦੇ ਵੀ ਚਲ ਜਾਓਗੇ। ਸਰਸੇ ਵਾਲੇ ਨੂੰ ਪਹਿਲਾਂ ਹੁਕਮਨਾਮਾ ਜਾਰੀ ਕਰਨਾ, ਕੋਈ ਵੀ ਸਿੱਖ ਉਹਦੇ ਨਾਲ ਰਾਬਤਾ ਨਹੀਂ ਰੱਖੂਗਾ। 2015 ਚ ਉਹਨੂੰ ਮਾਫੀ ਦੇਣੀ, ਫਿਰ ਮਾਫੀ ਵਾਪਸ ਲੈਣੀ, ਤੇ 2017 ਦੇ ਵਿੱਚ ਘੱਟੋ ਘੱਟ 42 ਉਮੀਦਵਾਰ ਅਕਾਲੀ ਦਲ ਦੇ ਜਾ ਕੇ ਉੱਥੇ ਲਾਈਨ ਲਾ ਕੇ ਖੜੇ ਸੀ ਕਿ ਵੋਟਾਂ ਜੀ ਸਾਨੂੰ ਪਵਾ ਦਿਓ। ਮਤਲਬ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਵੀ ਜਦੋਂ ਤੁਹਾਡਾ ਜਿਹੜੇ ਧਰਮਾਂ ਦਾ ਇਤਿਹਾਸ ਸੁਰਿੰਦਰ ਵੀਰ, ਆਪਾਂ ਮੌਜੂਦਾ ਇਹ ਤਾਂ ਕਿਉਂਕਿ ਪੋਲੀਟੀਕਲ ਲੋਕ ਨੇ, ਜੇ ਮਨੁੱਖਤਾ ਦਾ ਇਤਿਹਾਸ ਮੇਰੇ ਕੋਲ ਬੜੀ ਪੁਰਾਣੀ ਕਿਤਾਬ ਪਈ ਹੈ 500-600 ਪੰਨਿਆਂ ਦੀ, ਮੈਂ ਕਈ ਵਾਰੀ ਸਟੱਡੀ ਕੀਤਾ ਸੰਸਾਰ ਦੇ ਪ੍ਰਮੁੱਖ ਧਰਮ, ਕਿ ਜਦੋਂ ਕਿਸੇ ਵੀ ਧਰਮ ਚ ਬੁਰਾਈ ਆਉਂਦੀ ਹੈ ਤੇ ਨਵਾਂ ਧਰਮ ਜਾਂ ਕੋਈ ਸੈਗਮੈਂਟ ਪੈਦਾ ਹੁੰਦਾ। ਸਿੱਖਾਂ ਚ ਵੀ ਸਿੰਘ ਸਭਾ ਲਹਿਰ ਆਈ ਤੇ ਮੌਜੂਦਾ ਸਮੇਂ ਚ ਅਪਗ੍ਰੇਡ ਮਿਸ਼ਨਰੀ ਸਹਿਜਧਾਰੀਏ ਸਿੰਘ ਸਭਾ ਤੋਂ ਬਾਅਦ ਬੜੇ ਸੈਗਮੈਂਟ ਇੱਦਾਂ ਦੇ ਆਏ, ਹੁਣ ਵੀ ਆਏ ਨੇ, ਅਪਗ੍ਰੇਡ ਆ ਗਏ, ਕੋਈ ਕੁਛ ਆ ਗਿਆ, ਕੋਈ ਕੁਛ ਆ ਗਿਆ। ਜਦੋਂ ਧਰਮਾਂ ਚ ਬਾਗੀ ਹੁੰਦੇ ਨੇ, ਈਵਨ ਹਿੰਦੂ ਧਰਮ ਚ ਵੀ ਜਿਹੜਾ ਭਗਤੀ ਸੁਧਾਰ ਲਹਿਰਾਂ ਸ਼ੁਰੂ ਹੋਈਆਂ, ਆਰੀਆ ਸਮਾਜ ਆਇਆ ਜਿਹੜਾ ਕਹਿੰਦਾ ਸੀ ਮੂਰਤੀ ਮੇਰਾ ਕੀ ਕਰ ਲੂਗੀ, ਜੇ ਮੂਰਤੀ ਕਹਿੰਦੀ ਚੂਹੇ ਨੂੰ ਨਹੀਂ ਹਟਾ ਸਕਦੀ ਤੇ ਮੂਰਤੀ ਸਾਡਾ ਕੀ ਭਲਾ ਕਰ ਦੂ। ਆਰੀਆ ਸਮਾਜ ਅੱਜ ਵੀ ਉਹਨਾਂ ਨੇ ਗੱਲ ਲਾਏ ਹੋਏ ਨੇ ਕਿ ਹਿੰਦੂਆਂ ਨੇ ਜਾਂ ਉਹਨਾਂ ਨੇ ਇੱਕ ਤਰੀਕੇ ਦੇ ਨਾਲ, ਹਾਲਾਂਕਿ ਆਰੀਆ ਸਮਾਜ ਜਿਹੜਾ ਸੀ ਬੜੇ ਵਿਚਾਰ ਧਾਰਕ ਤੌਰ ਤੇ ਉਹ ਚੀਜ਼ਾਂ ਚੱਲਦੀਆਂ ਸੀ, ਪਰ ਜੇ ਸੁਰਿੰਦਰ ਜੀ ਦੀ ਕੋਲ ਘੱਟ ਗਈ, ਸਾਨੂੰ ਕੰਪੈਰੇਟਿਵ ਸਟੱਡੀ ਸੋਚਣੀ ਹੋਏਗੀ। ਅਸੀਂ ਆਪਣੀ ਚੀਜ਼ ਤੇ, ਹੁਣ ਮੈਂ ਆ, ਮੇਰੇ ਰੇਡੀਓ ਚ ਕਮੀਆਂ ਪੇਸ਼ੀਆਂ ਨੇ, ਤਾਂ ਮੈਂ ਇਹ ਰੋਣਾ ਕਿਉਂ ਰੋਵਾਂ ਕਿ ਮੇਰੇ ਹੀ ਚੱਲੇ, ਜਾਂ ਤਾਂ ਮੈਂ ਆਪਣੇ ਆਪ ਨੂੰ ਇੰਪਰੂਵ ਕਰਾਂ, ਸਮੇਂ ਦਾ ਹਾਣੀ ਹੋਵਾਂ, ਮੇਰੀਆਂ ਕਮੀਆਂ ਖਾਮੀਆਂ ਦੂਰ ਕਰਾਂ, ਤੇ ਮੈਂ ਰੋਣਾ ਨਾ ਰੋਵਾਂ ਕਿ ਮੇਰਾ ਰੇਡੀਓ ਨਹੀਂ ਚੱਲਦਾ, ਫਲਾਣੇ ਦਾ ਕਿਉਂ ਚੱਲਦਾ। ਇਹ ਮੇਰੀ ਕਮਜ਼ੋਰੀ ਵੀ ਹੋ ਸਕਦੀ ਹੈ, ਹੋ ਸਕਦਾ ਮੈਂ ਸਮੇਂ ਦੇ ਨਾਲ ਦਾ ਨਾ ਹੋਵਾਂ, ਜਾਂ ਮੈਨੂੰ ਪਸੰਦ ਕਰਨ ਵਾਲੇ ਜਾਂ ਮੇਰੀ ਆਡੀਅੰਸ ਥੋੜ੍ਹੀ ਹੈ, ਮੇਰੀ ਵਿਚਾਰਧਾਰਾ ਥੋੜ੍ਹੀ ਹੈ, ਮੇਰੇ 'ਚ ਕਮੀਆਂ ਨੇ। ਦੂਸਰਾ ਕਿ ਜਦੋਂ ਧਰਮਾਂ 'ਚ ਬੁਰਾਈਆਂ ਆਈਆਂ ਨੇ, ਦੇਖੋ ਹਿੰਦੂ ਧਰਮ ਦਾ ਤੁਸੀਂ ਸਟੱਡੀ ਕਰੋ, ਖਾਸ ਕਰਕੇ ਇਹ ਜਿਹੜਾ ਸਾਰੀ ਗੇਮ ਜੇ ਤੁਸੀਂ ਸਮਝਣੀ ਹੈ ਨਾ, ਡਿਸਕਵਰੀ ਆਫ ਇੰਡੀਆ, ਮੇਰਾ ਨਹਿਰੂ ਕੋਈ ਖਾਸ ਨਹੀਂ ਹੈਗਾ ਨਾ ਮੈਂ ਫੈਨ ਹਾਂ, ਉਹਦੇ 'ਚ ਬਹੁਤ ਸਾਰੀ ਪੁਰਾਤਨ ਇਨਫੋਰਮੇਸ਼ਨ ਹੈ। ਸਮਾਂ ਕੱਢ ਕੇ ਕਦੇ ਉਹ ਸੀਰੀਅਲ ਵੇਖੋ ਕਿ ਉਹਨਾਂ 'ਚੋਂ ਨਿਕਲਦਾ ਕੀ ਹੈ। ਜਦੋਂ ਇੰਦਰ ਦੇਵਤਾ
ਬਦਨਾਮ ਹੋ ਗਿਆ, ਯੱਗ ਮਹਿੰਗੇ ਪੈ ਗਏ, ਧਰਮਾਂ ਦੇ ਨਾਂ ਤੇ ਲੁੱਟ ਵਧੀ ਤੇ ਫਿਰ ਨਵੇਂ ਦੇਵਤਾ ਆਜ਼ਾਦ ਕੀਤੇ ਗਏ। ਆਰੀਅਨ ਜੋ ਆਏ, ਇੰਦਰ ਦੇਵਤਾ, ਸਾਰਾ ਰਾਜਭਾਗ, ਕਿਵੇਂ ਸਾਰਾ ਕੁਛ, ਉਹ ਕਹਾਣੀ ਸਮਝਣ ਦੀ ਜ਼ਰੂਰਤ ਹੈ ਕਿ ਇਹ ਲੋਕ ਕੌਣ ਸੀ। ਇਹ ਦੇਵਤੇ ਨਹੀਂ ਸੀ, ਸ਼ਕਤੀਸ਼ਾਲੀ ਲੋਕ ਸੀਗੇ ਉਹਨਾਂ ਸਮਿਆਂ ਦੇ ਰਾਜੇ ਮਹਾਰਾਜੇ ਸੀ। ਇਸੇ ਤਰ੍ਹਾਂ ਸ਼੍ਰੀ ਰਾਮ ਆਏ, ਫਿਰ ਕ੍ਰਿਸ਼ਨ ਜੀ ਆਏ। ਇੰਦਰ ਦੇਵਤਾ ਦੇ ਜਦੋਂ ਯੱਗ ਮਹਿੰਗੇ ਪਏ ਤਾਂ ਫਿਰ ਕ੍ਰਿਸ਼ਨ ਜੀ ਆਏ। ਉਹ ਕਹਿੰਦੇ ਗੋਵਰਧਨ ਪੂਜਾ ਕਰੋ, ਗਾਂ ਨੂੰ ਪੂਜੋ ਜਿਹੜੀ ਫਾਇਦੇਮੰਦ ਹੈ, ਗੋਹੇ ਨੂੰ ਪੂਜੋ ਜਿਹੜਾ ਫਾਇਦੇਮੰਦ ਹੈ, ਇੰਦਰ ਨੂੰ ਪੂਜ ਕੇ ਕੀ ਕਰਨਾ ਤੁਸੀਂ। ਰਿਫੋਰਮਸ ਆਏ। ਇਸੇ ਤਰ੍ਹਾਂ ਹਿੰਦੂ ਧਰਮ ਤੋਂ ਬਾਅਦ ਫਿਰ ਜਦੋਂ 'ਚ ਬੁਰਾਈਆਂ ਆਈਆਂ, ਬੋਧੀ ਆਏ। ਫਿਰ ਬੋਧੀਆਂ ਨੂੰ ਕਿਵੇਂ ਨਿਕਲਿਆ ਗਿਆ, ਹਾਲਾਂਕਿ ਬੋਧੀ ਪੂਰੀ ਦੁਨੀਆਂ 'ਚ ਨੇ ਪਰ ਇੰਡੀਆ 'ਚ ਬੋਧੀ ਹੈ ਨਹੀਂ। ਜਿਹਨੇ ਹਿੰਦੂ ਧਰਮ ਦੀਆਂ ਬੁਰਾਈਆਂ, ਬ੍ਰਾਹਮਣਵਾਦ ਦੀਆਂ ਬੁਰਾਈਆਂ ਦੇ ਕਾਰਨ ਉਹਨਾਂ ਦਾ ਝੱਗਾ ਚੌੜ ਕੀਤਾ, ਅਤੇ ਹੌਲੀ ਹੌਲੀ ਫਿਰ ਬ੍ਰਾਹਮਣ ਬੋਧੀ ਬਣ ਗਏ, ਅਤੇ ਉਹਨਾਂ ਨੇ ਫਿਰ ਮੁਗਲ ਲਿਆਂਦੇ ਉਕਸਾ ਕੇ ਬੋਧੀਆਂ ਦੇ ਖਾਤਮੇ ਕਰਵਾਏ। ਉਸ ਤੋਂ ਬਾਅਦ ਫਿਰ ਪੰਜਾਬ ਦੀ ਧਰਤੀ 'ਤੇ ਪੀਰ ਫਕੀਰਾਂ ਦੀ ਧਰਤੀਆਂ ਨੇ ਇਹ। ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਖੌਤੀ ਮਹਿੰਗੇ ਧਰਮ ਦਾ, ਪਖੰਡ ਦਾ ਵਿਰੋਧ ਕੀਤਾ ਕਿ ਇਹ ਜਨੂ ਜੀ ਕਾ ਹੈ ਤਾਂ ਪਾਂਡੇ ਘੱਤ ਲਾਇਆ ਕਾ ਪਾਸ ਸੰਤੋਖ ਸੂਤ। ਉਹ ਰਿਫੋਰਮਸ ਦੇ ਵਿੱਚੋਂ ਧਰਮ ਦਾ ਗੁਰੂ ਸਾਹਿਬ ਨੂੰ ਬਹੁਤ ਵਿਰੋਧ ਝੱਲਣਾ ਪਿਆ। ਉਹਨਾਂ ਨੇ ਸਿੱਧ ਗੋਸ਼ਟਾਂ ਕੀਤੀਆਂ, ਉੱਥੇ ਜਾ ਕੇ ਡਿਬੇਟ ਕੀਤੀ, ਤਰਕ ਕੀਤਾ ਉਹਨਾਂ ਨਾਲ। ਧਰਮ ਦੀਆਂ ਚੰਗਿਆਈਆਂ ਸੀ, ਉਹ ਧਰਮ ਸਕਸੈਸ ਹੋਇਆ। ਹਾਲਾਂਕਿ ਤੁਸੀਂ ਵੇਖੋ, ਭਾਵੇਂ ਉਹ ਸ਼ੇਖ ਪੱਤਾ ਹੈ ਜਾਂ ਮੁਜੱਦਦ ਅਲਸਾਨੀ ਹੈ, ਜਿਹੜੇ ਕੱਟੜ ਮੌਲਵੀ ਸੀਗੇ, ਉਹਨਾਂ ਨੇ ਕਿਵੇਂ ਪੰਚਮ ਪਾਤਸ਼ਾਹੀ ਨਾਲ ਵੈਰ ਕੀਤੇ। ਪਹਾੜੀ ਰਾਜਿਆਂ ਨਾਲ 14 ਲੜਾਈਆਂ 'ਚੋਂ 11 ਲੜਾਈਆਂ ਪਹਾੜੀ ਹਿੰਦੂ ਰਾਜਿਆਂ ਨਾਲ ਲੜੀਆਂ, ਕਿਉਂਕਿ ਉਹਨਾਂ 'ਚ ਉਹ ਕੱਟੜਵਾਦ ਸੀ ਕਿ ਇਹ ਦਲਿਤ ਹਿੰਦੂ ਬਰਾਬਰ ਕਿਵੇਂ ਬੈਠਦੇ ਆ ਸਾਡੇ ਲੰਗਰ 'ਚ। ਕਹਿੰਦੇ ਲੰਗਰ 'ਚ ਇਹਨਾਂ ਨੂੰ ਉਠਾ ਦਿਓ, ਇਹਨਾਂ ਦੀ ਅੱਡ ਪੰਗਤ ਲਓ, ਅਸੀਂ ਸਿੱਖ ਬਣ ਜਾਂਗੇ। ਰਿਫੋਰਮਸ ਤਾਂ ਆਉਣਗੇ, ਰਿਫੋਰਮਸ ਕਰਨ ਵਾਲਿਆਂ ਨੂੰ ਵੀ ਇਹ ਚੀਜ਼ਾਂ ਝੱਲਣੀਆਂ ਹੋਣਗੀਆਂ, ਪਰ ਅਸੀਂ ਕਬਜ਼ਾਧਾਰੀ। ਹੁਣ ਸਪੋਜ਼ ਕਰੋ, ਜੇ ਉਹਨਾਂ ਸਮਿਆਂ ਦੇ ਵਿੱਚ ਹਿੰਦੂ ਨੇ ਜਾਂ ਮੁਗਲ ਨੇ, ਉਹਨਾਂ ਸਮਿਆਂ 'ਚ ਉਹਨਾਂ ਨੇ ਵੀ ਸਿੱਖ ਰਿਫੋਰਮ ਜਾਂ ਸਿੱਖ ਗੁਰੂ ਸਾਹਿਬਾਨ ਜੋ ਆਏ, ਉਹਨਾਂ ਦੇ ਸੁਧਾਰਾਂ ਦਾ ਜੋ ਲੋਕ ਹਤੈਸ਼ੀ ਹੋ ਕੇ, ਗੁਰੂ ਸਾਹਿਬਾਨ ਨੇ ਸਿੱਖਾਂ ਨੇ ਕੁਰਬਾਨੀਆਂ ਝੱਲੀਆਂ, ਪਰ ਸਮਾਜ ਦਾ ਸੁਧਾਰ ਕੀਤਾ, ਇੱਕ ਪਿਓਰ ਕੌਮ, ਇੱਕ ਬਾਹੂਬਲੀ ਕੌਮ ਪੈਦਾ ਕੀਤੀ। ਇਸੇ ਕਰਕੇ ਅਸੀਂ ਬਾਕੀ ਭਾਰਤ ਨਾਲੋਂ ਤਰੱਕੀ ਯਾਫਤਾ ਹਾਂ। ਸਾਡੇ ਬਲੋੜੇ ਖਰਚੇ, ਸਾਡਾ ਰਹਿਣ ਸਹਿਣ ਬਦਲਿਆ, ਪਖੰਡ ਤੋਂ ਸਾਨੂੰ ਦੂਰ ਕੀਤਾ। ਇਹ ਰਿਫੋਰਮਸ ਸਦੀਵੀ ਆਏ ਨੇ ਅਤੇ ਆਉਂਦੇ ਰਹਿਣਗੇ। ਧਰਮਾਂ 'ਚ ਬਦਲਾਅ ਆਏਗਾ ਅਤੇ ਆਉਂਦਾ ਰਹੇਗਾ, ਪਰ ਜੇ ਪੁਰਾਣਾ ਧਰਮ ਕਹੇ ਮੈਂ ਨਹੀਂ ਇਹ ਕਰਨ ਦੇਣਾ, ਤੇ ਫਿਰ ਉਹ ਸਕਸੈਸ ਨਹੀਂ ਹੋਏਗਾ, ਉੱਥੇ ਵਿਵਾਦ ਵਧਣਗੇ। ਜੀ ਸੁਰਿੰਦਰ, ਦੇਖੋ ਜਿਹੜਾ ਪੁਰਾਣਾ ਧਰਮ ਆ, ਉਸ ਧਰਮ ਤੋਂ ਅਲੱਗ ਹਮੇਸ਼ਾ ਹੁੰਦਾ। ਜੇ ਉਹ ਪੁਰਾਣੇ ਧਰਮ ਦੀ ਰੀਸ ਕਰੇਗਾ ਤੇ ਫਿਰ ਵਿਵਾਦ ਵਧੇਗਾ। ਹੁਣ ਸਿੱਖ ਧਰਮ ਸੀ, ਉਹਨੇ ਹਿੰਦੂ ਧਰਮ ਚੋਂ ਪੈਦਾ ਹੋਇਆ, ਉਹਨੇ ਆਪਣੀ ਬੁਨਿਆਦ ਰੱਖੀ, ਲੇਕਿਨ ਹਿੰਦੂ ਧਰਮ ਦੀਆਂ ਕੁਰੀਤੀਆਂ ਸਾਰੀਆਂ ਜਿਹੜੀਆਂ ਸੀ ਉਹਨੂੰ ਤਿਆਗ ਦਿੱਤਾ। ਕਿਸੇ ਨੂੰ ਕੋਈ ਵਿਵਾਦ ਨੀ, ਕੋਈ ਕੁਛ ਨੀ ਆ। ਜੇ ਕੋਈ ਨਵਾਂ ਧਰਮ ਪੈਦਾ ਹੁੰਦਾ ਤੇ ਕਿਸੇ ਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ, ਨਾ ਕਰਨਾ ਚਾਹੀਦਾ, ਬਸ਼ਰਤ ਕੇ ਫਿਰ ਸਿੱਖ ਧਰਮ ਵਾਲੀਆਂ ਜਿਹੜੀਆਂ ਰੋਹ ਰੀਤਾਂ ਉਹ ਨੀ ਉਹਨੂੰ ਅਪਣਾਉਣੀਆਂ ਚਾਹੀਦੀਆਂ, ਆਪਣੀਆਂ ਜਿਹੜੀਆਂ ਮਰਜ਼ੀ ਅਪਣਾ ਲਵੇ। ਜੇ ਉਹ ਅਪਣਾਊਗਾ ਤੇ ਫਿਰ ਵਿਵਾਦ ਖੜਾ ਹੋਏਗਾ, ਤੇ ਪੋਲੀਟੀਸ਼ੀਅਨ ਇਹੀ ਕੁਝ ਚਾਹੁੰਦੇ ਆ ਕਿ ਵਿਵਾਦ ਖੜਾ ਹੋਵੇ ਤਾਂ ਉਹਨਾਂ ਦੀਆਂ ਰੋਟੀਆਂ ਸੇਕੀਆਂ ਜਾਣ। ਮੈਂ ਸ਼ੁਰੂਆਤ ਕਿਉਂ ਕੀਤੀ ਸੀ, ਇਥੋਂ ਕੀਤੀ ਸੀ ਕਿ ਜਿਹੜੇ ਇਹ ਡੇਰੇ ਬਣੇ ਨੇ, ਬਣਨ ਦਾ ਰੀਜ਼ਨ ਕਿਉਂ, ਗਲਤੀਆਂ ਕਿਹਦੀਆਂ ਨੇ, ਗਲਤੀਆਂ ਨੂੰ ਘੱਟੋ ਘੱਟ ਵਾਚ ਲੈਣਾ ਚਾਹੀਦਾ। ਕੱਲੀ ਸੱਤਾ ਦਾ ਸੁੱਖ ਨਹੀਂ ਭੋਗਣਾ ਚਾਹੀਦਾ, ਮੰਜੇ ਦੇ ਥੱਲੇ ਵੀ ਨਿਗਾਹ ਮਾਰ ਲੈਣੀ ਚਾਹੀਦੀ ਕਿ ਥੱਲੇ ਕੀ ਵਾਪਰ ਰਿਹਾ ਵਾ। ਜੇ ਨਿਗਾਹ ਨਹੀਂ ਮਾਰੋਗੇ ਤੇ ਫਿਰ ਅੱਜ ਵੀ ਜਾਓਗੇ ਤੇ ਕੱਲ ਵੀ ਜਾਓਗੇ। ਅਕਾਲੀ ਦਲ ਜਿਸ ਕੰਗਾਰ ਤੇ ਪਹੁੰਚ ਗਿਆ, ਜਿਸ ਹਾਲਾਤ ਤੇ ਅੱਜ ਖੜਾ, ਉਹਦਾ ਕਾਰਨ ਵੀ ਇਹੀ ਆ, ਰਹਿੰਦੇ ਸਮੇਂ ਠੋਸ ਫੈਸਲੇ ਨਹੀਂ ਲਏ, ਨਾ ਸਰਕਾਰੀ ਤੌਰ ਤੇ ਲਏ, ਨਾ ਧਾਰਮਿਕ ਤੌਰ ਤੇ ਲਏ ਗਏ, ਸਭ ਕੁਛ ਰਲ ਗੱਢ ਕੀਤਾ ਗਿਆ। ਫੈਸਲੇ ਤਾਂ ਲਏ ਸੁਰਿੰਦਰ ਵੀਰ, ਦੂਜੇ ਛਾਤਰ ਜ਼ਿਆਦਾ ਸੀ, ਦੂਜੇ ਤੋਂ ਵੱਧ ਛਾਤਰ ਤਾਂ ਚਲਾਕੀ ਕਰਕੇ ਬੇਅਦਬੀ ਦਾ ਇਸ਼ੂ ਖੇਡ ਗਏ, ਹੈ ਨਾ। ਬੇਅਦਬੀਆਂ ਕਰਵਾਈਆਂ ਕੀ ਨੇ, ਬਲਾਸਟ ਕਰਵਾਏ ਕੀ ਨੇ, ਦੂਸਰੇ ਵੱਡੀ ਗੇਮ ਲਾ ਕੇ, ਪ੍ਰੋਬਲਮ ਇਸ ਗੱਲ ਦੀ ਹੈ, ਨਾਲੇ ਸਦਾ ਰਾਜਭਾਗ ਰਹਿਣਾ ਕਿਹਦਾ, ਹੈ ਨਾ। ਗੱਲ ਨੂੰ ਤੁਹਾਡੇ ਸਾਹਮਣੇ ਹੀ ਹੈ, ਜੋ ਸੀਨ ਦਿਸਦਾ
ਬੀਜੇਪੀ ਅਕਾਲੀ ਦਲ ਅਲਾਇੰਸ ਹੋ ਜਾਂਦਾ 50-50 ਸੀਟਾਂ ਅੱਜ ਕਰ ਲੈਂਦੇ ਆ, ਲੈ ਮੈਂ ਦਾਅਵੇ ਨਾਲ ਕਹਿੰਦਾ ਰੋਕ ਕੇ ਦਿਖਾ ਦੋ ਕੋਈ, ਬੀਜੇਪੀ ਦੇ ਅਕਾਲੀਆਂ ਨੂੰ ਰੋਕ ਦੂ ਕੋਈ, ਕੇਡਰ ਅੱਜ ਵੀ ਉਹਨਾਂ ਕੋਲ। ਉਹਦਾ ਗੱਲ ਇਹ ਆ ਕਿ ਬਾਦਲ ਕਹਿੰਦਾ ਮੈਂ 23 ਤੋਂ ਵੱਧ ਦੇਣੀਆਂ ਨੇ, ਉਹ ਕਹਿੰਦੇ ਛੋਟੇ ਭਾਈ ਬਣੋ, ਲੱਤ ਥੱਲੇ ਲੰਘਣਾ ਹੀ ਪੈਣਾ, ਬਾਦਲ ਸਾਹਿਬ ਅੱਜ ਲੰਘ ਲੈਣ ਕੱਲੂ ਲੰਘ ਲੈਣ, ਆ 24 ਚ ਵੇਖ ਲਓ ਜਾਂ 27 ਚ ਵੇਖ ਲਓ ਬਦਲ ਕੀ ਹੈ। ਜੇ ਭਗਵੰਤ ਮਾਨ ਨਾ ਸੁਧਰ ਕੇ ਚੱਲਿਆ ਤੇ ਉਹੀ ਬੀਜੇਪੀ ਅਕਾਲੀ ਦਲ ਅਲਾਇੰਸ ਹੋਊਗੀ ਗੌਰਮੈਂਟ। ਜੇ ਭਗਵੰਤ ਸੁਧਰ ਗਿਆ ਤਾਂ ਠੀਕ ਹੈ, ਨਹੀਂ ਤਾਂ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, 24 ਤੋਂ ਵੱਧ ਜੇ ਟੱਪ ਜੇ ਜਿਵੇਂ ਕਰ ਰਹੇ ਆ, ਕਿਉਂਕਿ ਉਹ ਬੇਅਦਬੀਆਂ ਸ਼ੁਰੂ ਹੋ ਗਈਆਂ, ਉਹ ਡੇਰਾ ਸਿੱਖ ਵਿਵਾਦ ਸ਼ੁਰੂ ਹੋ ਗਿਆ, ਉਹੀ ਅਰਾਜਕਤਾ ਸ਼ੁਰੂ ਹੋ ਗਈ, ਹੱਲਾ ਗੋਲਾ ਸ਼ੁਰੂ ਹੋ ਗਿਆ। ਬੀਜੇਪੀ ਵੱਡੀ ਬਾਬਰ ਹੈ, NIA ਉਹਨਾਂ ਕੋਲ ਹੈ, CBI ਉਹਨਾਂ ਕੋਲ ਹੈ, ਸੈਂਟਰਲ ਫੋਰਸ ਉਹਨਾਂ ਕੋਲ ਹੈ। ਇੱਕ ਮੂਸੇ ਦੇ ਕਤਲ ਤੋਂ ਬਾਅਦ ਪਾਪੂਲਰਿਟੀ ਗਈ ਸਰਕਾਰ ਦੀ, ਹਰਾ ਕੇ ਉਹ ਮਾਰਿਆ ਸੰਗਰੂਰ ਚ, ਕਿੱਥੇ ਗਿਆ ਝਾੜੂ? ਮਿੰਟ ਤਿੰਨ ਨਹੀਂ ਲੱਗਣੇ ਖਿਲਾਰਨ ਨੂੰ, ਉਹ ਤਾਂ ਅਗਲੇ ਅਜੇ ਮੰਨਦੇ ਨਹੀਂ ਕਿ 50% ਨਹੀਂ ਅਸੀਂ ਦੇਣਾ, ਉਹ ਮੰਨ ਗਏ ਤੇ ਮੰਨਣਾ ਹੀ ਪੈਣਾ, ਬੱਸਾਂ ਚਲਾਉਣੀਆਂ, ਔਰਬਿਟ ਚਲਾਉਣੀ ਹੈ, ਬਾਦਲ ਕਿਉਂ ਨਹੀਂ ਮੰਨੂ? ਮਜੀਠਾ ਤਾਂ ਹੀ ਬਾਹਰ ਆਊਗਾ ਜੇ ਸਮਝੌਤਾ ਹੋਊਗਾ। ਜੀ ਸੁਰਿੰਦਰ, ਮੈਂ ਸਹਿਮਤ ਹਾਂ ਇਹਨਾਂ ਸਾਰੀਆਂ ਗੱਲਾਂ ਨਾਲ। ਗੱਲ ਇਹ ਹੈ ਸਭ ਤੋਂ ਵੱਡੀ ਕਿ ਜਿਹੜੀ ਧਾਰਮਿਕ ਲੜਾਈ ਆ ਉਹ ਰਾਜਸੀ ਲੜਾਈ ਨਾਲੋਂ ਜ਼ਿਆਦਾ ਖਤਰਨਾਕ ਆ, ਔਰ ਰਾਜਸੀ ਪਿੜ ਦੇ ਵਿੱਚ ਸਿਆਸਤ ਨਾਲੋਂ ਜ਼ਿਆਦਾ ਸਿਆਸਤ ਧਰਮ ਦੇ ਅੰਦਰ ਹੋ ਰਹੀ ਆ। ਜੇ ਧਰਮ ਨੂੰ ਧਰਮ ਰਹਿਣ ਦਿੱਤਾ ਜਾਂਦਾ ਤੇ ਸਿਆਸਤ ਸਿਆਸਤ ਹੁੰਦੀ ਤੇ ਸ਼ਾਇਦ ਇੰਨੀ ਲੜਾਈ ਨਾ ਹੁੰਦੀ। ਸਿਆਸੀ ਪਿੜ ਦੀ ਲੜਾਈ ਤਾਂ ਜਾਇਜ਼ ਮੰਨੀ ਜਾ ਸਕਦੀ ਆ, ਪਰ ਧਰਮ ਦੇ ਅੰਦਰ ਜਾ ਕੇ ਜਿਹੜੀ ਸਿਆਸਤ ਤੁਸੀਂ ਉਹਨੇ ਜਿਹੜੀ ਉੱਥੇ ਸਿਆਸਤ ਖੇਡੀ, ਉੱਥੇ ਧਰਮ ਦੀ ਆੜ ਚ ਜਿਹੜੀ ਸਿਆਸਤ ਖੇਡੀ ਗਈ ਉਹਨੇ ਬਹੁਤਾ ਸਭ ਤੋਂ ਵੱਧ ਜੇ ਨੁਕਸਾਨ ਹੋਇਆ ਤੇ ਉਹ ਸਿੱਖ ਧਰਮ ਦਾ ਹੋਇਆ, ਬਾਕੀਆਂ ਨੂੰ ਬਹੁਤਾ ਫਰਕ ਨਹੀਂ ਪੈਂਦਾ। ਖੈਰ ਬਾਕੀ ਆਪਾਂ ਬਾਕੀ ਖਬਰਾਂ ਵੱਲ ਨੂੰ ਵੀ ਉਹਨਾਂ ਨੂੰ ਕੰਪਲੀਟ ਕਰ ਲਿਓ ਸੁਰਿੰਦਰ ਵੀਰ। ਤੇ ਇੱਕ ਸਵਾਲ ਪੈਂਡਿੰਗ ਸੀ ਬਾਈ ਹੁੰਦਲ ਸਾਹਿਬ ਹੋਰਾਂ ਦਾ ਕਿ ਕਾਮਰੇਡਾਂ ਦਾ ਕੀ ਕੰਟਰੀਬਿਊਸ਼ਨ ਹੈ? ਸਬਜੈਕਟ ਤਾਂ ਇਹ ਵੀ ਬਹੁਤ ਵੱਡਾ, ਚਲੋ ਸੰਖੇਪ ਚ ਜਿੰਨਾ ਕੁ ਵੀ ਹੋ ਸਕਦਾ ਹੈ, ਤੇ ਉਹ ਤੁਸੀਂ ਇਹਦੇ ਤੇ ਅਪਡੇਟ ਦੇ ਦਿਓ। ਸਾਨੂੰ ਸਪੋਰਟ ਕੀਤਾ ਹੈ ਗੋਲਡਨ ਕੀ ਐਕਸਪ੍ਰੈਸ LLC ਪੈਨਸਲਵੇਨੀਆ ਵਾਲਿਆਂ ਨੇ, ਜਿਨ੍ਹਾਂ ਨੂੰ ਆਨਰਬਰੇਟਰਾਂ ਦੀ ਜ਼ਰੂਰਤ ਹੈ, ਜਿਨ੍ਹਾਂ ਕੋਲ ਆਪਣੇ ਰੀਫਰ ਹੋਣ ਕਿਉਂਕਿ ਇਹਨਾਂ ਕੋਲ ਰੀਫਰ ਦੇ ਲੋੜ ਨੇ। ਜੌਨਸਟੋਨ ਸੋਰੀ ਲਰੀਡੋ ਟੈਕਸਸ ਤੋਂ, ਜੌਨਸਟੋਨ ਪੈਨਸਲਵੇਨੀਆ ਦੇ ਤੇ ਲਰੀਡੋ ਟੈਕਸਸ ਤੋਂ ਲੁਵੀਨੀਆ ਮਿਸ਼ੀਗਨ ਦੇ ਤੇ ਕੰਪਨੀ ਦੇ ਲੋੜ ਨੇ। ਜੇ ਤੁਸੀਂ ਸਾਈਨ ਅਪ ਕਰਦੇ ਹੋ ਤੇ ਫਿਰ ਤੁਹਾਡੇ ਲੋੜ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਤੇ ਸ਼ਿਪਰ ਟੂ ਸ਼ਿਪਰ ਟਰਾਂਸਪੋਰਟ ਲੋੜ ਨੇ ਤੇ 33-54 ਡਿਗਰੀ ਤਾਪਮਾਨ ਹੁੰਦਾ ਰੀਫਰ ਦਾ ਤੇ ਫਰੋਜ਼ਨ ਲੋਡ ਬਹੁਤ ਘੱਟ ਨੇ, ਇਸ ਕਰਕੇ ਰੀਫਰ ਦੀ ਡੀਜ਼ਲ ਦੀ ਖਪਤ ਘੱਟਦੀ ਹੈ ਤੇ ਤੁਹਾਡੀ ਰੀਫਰ ਲੈਣ ਚ ਵੀ ਇਮਦਾਦ ਕਰਦੇ ਨੇ ਤੇ 10% ਆਪਣਾ ਕਮਿਸ਼ਨ ਚਾਰਜ ਕਰਦੇ ਨੇ ਤੇ ਵਧੀਆ ਕਿਰਾਏ ਭਾੜੇ ਨੇ। ਪ੍ਰਗਟ ਸਿੰਘ ਬੈਦਵਾਨ MD ਨੇ, ਉਹਨਾਂ ਦਾ ਆਫਿਸ ਨੰਬਰ 484-320-6600, 484-320-6700, ਸੈੱਲ ਫੋਨ 302-563-0080, ਸੈੱਲ ਫੋਨ 302-563-0080, ਆਫਿਸ ਨੰਬਰ 484-320-6700, ਵੈਬਸਾਈਟ goldenkeyaccess.com ਤੇ ਈਮੇਲ goldenkeyaccess@gmail.com। ਇਸੇ ਪਰਿਵਾਰ ਚੋਂ ਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ, ਟੈਕਸਸ ਡੈਲਸ ਦੇ ਵਿੱਚ ਰੀਅਲ ਸਟੇਟ ਕਾਰੋਬਾਰ ਕਰਦੇ ਨੇ। ਜੋ ਵੀਰ ਕ੍ਰੋਸ ਕੰਟਰੀ ਟਰੈਕਿੰਗ ਬਿਜ਼ਨਸ ਦੇ ਵਿੱਚ ਨੇ, ਉਹਨਾਂ ਲਈ ਡੈਲਸ ਸੈਂਟਰਲ ਅਫੋਰਡੇਬਲ ਏਰੀਆ ਟੈਕਸਸ ਦੇ ਵਿੱਚ $3-5 ਲੱਖ ਦਾ ਵਧੀਆ ਘਰ ਮਿਲ ਸਕਦਾ ਤੇ ਇਹ ਤੁਹਾਡੇ ਲੋਨ ਦਾ ਇੰਤਜ਼ਾਮਾਤ ਵੀ ਕਰਦੇ ਨੇ। ਇਸ ਇਲਾਕੇ 'ਚ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਬੱਚਿਆਂ ਲਈ ਵਧੀਆ ਰਿਹਾਇਸ਼ ਸਾਬਤ ਹੋ ਸਕਦੀ ਹੈ ਤੇ ਇਨਕਮ ਟੈਕਸ ਫਰੀ ਸਟੇਟ ਹੈ ਟੈਕਸਸ। ਸੋ ਘਰੇਲੂ ਤੇ ਵਪਾਰਕ ਜਾਇਦਾਦ ਖਰੀਦਣ ਵੇਚਣ ਬਾਰੇ ਕੋਈ ਮਸ਼ਵਰਾ ਲੈਣਾ ਤੇ ਕਾਲ ਕਰੋ ਜਸਪ੍ਰੀਤ ਸਿੰਘ ਮਾਵੀ ਦਾ ਮੋਬਾਈਲ ਨੰਬਰ 972-363-3700, 972-363-3700। ਇਸੇ ਤਰ੍ਹਾਂ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਹੈ, ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਹੈ, ਵਾਸ਼ਿੰਗਟਨ ਦੇ ਵਿੱਚ ਹੈ, ਆਰਲਿੰਗਟਨ ਫਿਊਲ ਸਟਾਪ 1801 ਪਾਨਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮਾਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚ ਲੋਸਟੇਲ ਟਰੈਵਲ ਸੈਂਟਰ, 1414 ਅਲੋਮਾ ਸਟਰੀਟ, ਲੋਸਟੇਲ, ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ।
ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ? ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425-232-84-13 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸਾਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਲਡ ਸਰਵਿਸ ਨੇ। ਸਿਆਟ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤੇ ਆਵਰਲੀ ਬਹੁਤ ਅੱਛੇ ਵੇਜ਼ ਪੇ ਕੀਤੇ ਜਾਂਦੇ ਨੇ। ਸੋ ਡਰਾਈਵਿੰਗ ਦੀ ਜੋਬ ਦੇ ਵਾਸਤੇ ਤੇ ਸਿਆਟ ਇਲਾਕੇ ਦੇ ਲੋਕਲ ਲੋਡ ਵਾਸਤੇ ਕਾਲ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਤੋਂ। ਜਗਦੇਵ ਸਿੰਘ ਸੰਧੂ ਦਾ ਨੰਬਰ 253-266-6924 253-266-6924 ਗੈਰੀ ਧਾਲੀਵਾਲ ਦਾ ਨੰਬਰ 206-354-4060 206-354-4060 ਨੰਬਰ ਗੈਰੀ ਧਾਲੀਵਾਲ ਦਾ। ਸਿਆਟਲ ਦੇ ਲੋਡ ਅਤੇ ਡਰਾਈਵਿੰਗ ਦੀ ਜੋਬ ਦੇ ਵਾਸਤੇ ਵਾਸ਼ਿੰਗਟਨ ਫੀਲਡ ਸਰਵਿਸ। ਸੁਰਿੰਦਰ ਜੀ, ਕਾਮਰੇਡ ਧਿਰਾਂ ਦਾ ਭਾਰਤ ਤੇ ਪੰਜਾਬ ਦੇ ਵਿਚ ਕਿੰਨਾ ਕੁ ਰੋਲ ਹੈ? ਕੀ ਇਹ ਭਾਰਤ ਨਾਲ ਹੀ ਰਹਿਣਾ ਚਾਹੁੰਦੇ ਨੇ? ਵੈਸੇ ਤਾਂ ਹਰਕ੍ਰਿਸ਼ਨ ਸੁਰਜੀਤ ਸਿੰਘ ਹੋਰਾਂ ਨੇ ਮੰਗ ਕੀਤੀ ਸੀ, ਹਰਕ੍ਰਿਸ਼ਨ ਸੁਰਜੀਤ ਨੇ ਖਾਲਿਸਤਾਨ ਦੀ, ਤੇ ਸਿੱਖ ਤਾਂ ਬਾਅਦ ਚ ਦਾਅਵੇਦਾਰ ਹੋ ਗਏ ਨੇ ਜੀ। ਦੇਖੋ, ਪਹਿਲੀ ਗੱਲ ਤੇ ਆ ਕਿ ਜਿੱਦਾਂ ਸਿੱਖਾਂ ਦੀਆਂ ਨਾ, ਮੈਂ ਪਹਿਲਾਂ ਕਿਹਾ ਕਿ ਪਹਿਲਾਂ ਤਾਂ ਚਲੋ ਨੁਮਾਇੰਦਾ ਜਮਾਤ ਗਿਣੀ ਜਾਂਦੀ ਸੀ ਇੱਕੋ ਹੀ, ਬਾਅਦ ਦੇ ਵਿਚ ਖਾੜਕੂ ਧਿਰਾਂ ਦੇ, ਫਿਰ ਖਾੜਕੂ ਧਿਰਾਂ ਦੇ ਵਿਚ ਇੱਕ ਦੇ ਬਾਅਦ ਦੂਜੀ, ਦੂਜੇ ਬਾਅਦ ਤੀਜੀ, ਤੀਜੇ ਦੇ ਬਾਅਦ ਚੌਥੀ, 50 ਕੁ ਧਿਰਾਂ ਇਕੱਠੀਆਂ ਹੋ ਗਈਆਂ। ਫਿਰ ਉਧਰ ਡੇਰੇਦਾਰ ਹੋ ਗਏ, ਸਾਰੇ ਕਹਿੰਦੇ ਅਸੀਂ ਵੀ ਸਿੱਖ ਹਾਂ। ਹੁਣ ਇਸ ਤੋਂ ਅੱਗੇ ਆ ਜਾਈਏ, ਕਾਮਰੇਡਾਂ ਚ ਕੀ ਸੀ? CPI ਤੇ CPM ਦੋ ਹੀ ਹੁੰਦੀਆਂ ਸੀ, ਇੱਕ ਖੱਬੇ ਪੱਖੀ ਇੱਕ ਸੱਜੇ ਪੱਖੀ, ਇੱਕ ਰੂਸ ਤੋਂ ਇੱਕ ਚਾਈਨਾ ਤੋਂ ਆਪਦੀ ਅਗਵਾਈ ਲੈਂਦੇ ਸੀ, ਉੱਥੇ ਜੋ ਕੁਛ ਹੁੰਦਾ ਸੀ ਉਹੀ ਫਰਮਾਨ ਇੱਥੇ ਸੁਣਾ ਦਿੰਦੇ। ਇਸ ਤੋਂ ਗਾਂਹ ਦੀ ਇਹਨਾਂ ਦੀ ਸੋਚ ਨਹੀਂ ਸੀ, ਠੀਕ ਹੈ, ਸੁਧਾਰਾਂ ਦੀ ਗੱਲ ਕਰਦੇ ਸੀ, ਹੋਰ ਕੋਈ ਕੀਤੀ ਨੀ। ਉਸ ਤੋਂ ਬਾਅਦ ਇਹਨਾਂ ਦੀਆਂ ਵੀ ਧੜੇਬੰਦੀਆਂ ਇੰਨੀਆਂ ਕੁ ਹੋ ਗਈਆਂ, ਇੰਨੀਆਂ ਕੁ ਵਿਚਾਰਧਾਰਾ ਹੋ ਗਈਆਂ, CPI ਲਿਬਰੇਸ਼ਨ ਹੋ ਗਈ, CPI ML ਹੋ ਗਈ, ਤੇ ਉਹਦੇ ਵਿਚ ਮਾਓਵਾਦੀ ਆ ਗਏ, ਤੇ ਉਹਦੇ ਚ ਲੈਲਨ ਵਾਦੀ ਆ ਗਏ, ਪਤਾ ਨੀ ਕੀ ਕੀ ਕੁਛ ਹੋ ਗਿਆ, ਮਤਲਬ ਕੋਈ ਨਕਸਲੀ ਹੋ ਗਿਆ, ਪਤਾ ਹੀ ਨੀ ਕੀ ਕੀ ਕੁਛ ਹੋਇਆ। ਜਿਹੜੀਆਂ ਨਕਸਲੀਆਂ ਵਾਲੀਆਂ ਮੂਵਮੈਂਟਾਂ ਚੱਲ ਰਹੀਆਂ ਭਾਰਤ ਦੀਆਂ ਅਲੱਗ ਅਲੱਗ ਸਟੇਟਾਂ ਚ, ਉਹ ਵੀ ਤਕਰੀਬਨ ਇਹਨਾਂ ਦੀ ਵਿਚਾਰਧਾਰਾ ਨਾਲ ਸੰਬੰਧਿਤ ਨੇ। ਹੁਣ ਗੱਲ ਇਹ ਸੀ ਕਿ ਪੰਜਾਬ ਜਿਹੜਾ ਸੀਗਾ ਬੇਸਿਕਲੀ ਸਿੱਖ ਡੋਮੀਨੇਟਡ ਸਟੇਟ ਸੀ, ਭਾਵੇਂ ਤੋਂ ਰਿਹਾ ਜਾਂ ਨਹੀਂ ਰਿਹਾ, ਸਿੱਖ ਵੀ ਸਮੇਂ ਸਮੇਂ ਦੇ ਨਾਲ ਅਦਲਾ ਬਦਲੀ ਕਰਦੇ ਰਹੇ। ਉੱਥੇ ਕਾਮਰੇਡਾਂ ਦਾ ਬਹੁਤਾ ਬੋਲਬਾਲਾ ਨਹੀਂ ਸੀ ਚੱਲਣਾ, ਇਸੇ ਕਰਕੇ ਹੌਲੀ ਹੌਲੀ ਹਾਸ਼ੀਏ ਤੇ ਚਲੇ ਗਏ। ਦੂਜੀ ਗੱਲ, ਇਹਨਾਂ ਤੇ ਇੱਕੋ ਇਲਜ਼ਾਮ ਲੱਗਿਆ, ਉਹ ਲੱਗਿਆ ਕਿ ਇਹ ਇੱਕ ਚਾਈਨਾ ਤੋਂ ਅਗਵਾਈ ਲੈ ਕੇ ਆ ਜਾਂਦਾ ਤੇ ਇੱਕ ਰਸ਼ੀਆ ਤੋਂ ਲੈਂਦਾ, ਇਸ ਕਰਕੇ ਸਾਡਾ ਇਹਨਾਂ ਨਾਲ ਬਹੁਤਾ ਜ਼ਿਆਦਾ ਲਗਾਉ ਨਹੀਂ ਹੈ। ਕਦੀ ਰੂਸ ਦੀ, ਅਮਰੀਕਾ ਦੀ ਵੀ ਗੱਲ ਚੱਲਦੀ ਸੀਗੀ, ਇਸ ਕਰਕੇ ਅਲੱਗ ਅਲੱਗ ਵਿਚਾਰਧਾਰਾ ਸੀ, ਉਹ ਵਿਚਾਰਧਾਰਾ ਨੂੰ ਪੰਜਾਬ ਜਿਹੜਾ ਸੀ ਉਹਨੇ ਅਡੋਪਟ ਨਹੀਂ ਕੀਤਾ, ਜਿਹਦਾ ਕਰਕੇ ਮਾਰ ਖਾ ਗਏ। ਤੇ ਹੁਣ ਅਸਲ ਚ ਉਹਨਾਂ ਨੇ ਕੰਟਰੀਬਿਊਸ਼ਨ ਪੁੱਛਿਆ ਕਿ ਇਹਨਾਂ ਦਾ ਇੰਡੀਆ ਲਈ ਜਾਂ ਪੰਜਾਬ ਲਈ ਯੋਗਦਾਨ ਕੀ ਹੈ। ਯੋਗਦਾਨ ਤਾਂ ਦੇਖੋ, ਜਿਹੜੀ ਪ੍ਰਜਾ ਮੰਡਲ ਲਹਿਰ ਸੀਗੀ ਉਹਨੂੰ ਤਾਂ ਆਪਾਂ ਕਾਮਰੇਡਾਂ ਨਾਲ ਨਹੀਂ ਜੋੜ ਸਕਦੇ, ਜਿਹੜੀ ਮਜ਼ਾਰਾ ਲਹਿਰ ਸੀ ਉਹਨੂੰ ਆਪਾਂ ਜੋੜ ਸਕਦੇ ਹਾਂ। ਉਦੋਂ ਮਜ਼ਾਰਾ 16, ਮੈਂ ਤੇ ਮਜ਼ਾਰਾ ਲਹਿਰ ਤੇ ਇੱਕ ਬਣਾਇਆ ਹੋਇਆ 40 ਮਿੰਟ ਦਾ ਪ੍ਰੋਗਰਾਮ ਯੂਟਿਊਬ ਤੇ, ਸ਼ਾਇਦ ਪਤਾ ਨਹੀਂ, 16.5 ਲੱਖ ਹੈਕਟਰ ਜ਼ਮੀਨ ਮਜ਼ਾਰਿਆਂ ਨੇ ਖਾਲੀ ਕਰਾਈ ਸੀ। ਜੇ ਯਾਦਵਿੰਦਰ ਸਿੰਘ ਦੀ ਪੈਪਸੂ ਟੁੱਟਿਆ ਤਾਂ ਉਹ ਵੀ ਮਜ਼ਾਰਿਆਂ ਕਾਰਨ ਟੁੱਟਿਆ। 750 ਪਿੰਡਾਂ ਚ 4 ਗੁਰਦੁਆਰੇ ਸੀ। ਇਹ ਜਿਹੜੀ ਸਿੱਖ ਸਟੇਟ ਕਹਿੰਦੀ ਹੈ ਨਾ ਪਟਿਆਲਾ ਸਟੇਟ, ਇਹ ਗੁਰਦੁਆਰੇ ਤੱਕ ਵੀ ਨਹੀਂ ਸੀ ਬਣਨ ਦਿੰਦੀ। ਈਵਨ ਜਿਹੜਾ ਚੌਥਾ ਤਖ਼ਤ, ਪੰਜਵਾਂ ਤਖ਼ਤ ਕਹਿੰਦੇ ਆ ਨਾ ਤਲਵੰਡੀ ਸਾਬੋ, ਇਹ ਵੀ ਨਹੀਂ ਸੀ ਬਣਨ ਦੇ ਰਹੇ। ਈਵਨ ਸਰਦਾਰ ਕਪੂਰ ਸਿੰਘ ਮਹਾਰਾਜਾ ਭੁਪਿੰਦਰ ਸਿੰਘ ਨਾਲ ਮੀਟਿੰਗਾਂ ਕਰਦੇ ਨੇ 1930 ਦੇ ਵਿੱਚ, ਉਦੋਂ ਕਾਂਗਰਸ ਦੇ ਮੈਂਬਰ ਸੀਗੇ ਮਹਾਰਾਜ ਆਪਣਾ ਸਰਦਾਰ ਕਪੂਰ ਸਿੰਘ, ਸੱਚੀ ਸਾਖੀ 'ਚ ਲਿਖਦੇ ਨੇ। 1930 ਦੇ ਇਜਲਾਸ ਦੇ ਦੌਰਾਨ ਉਹ ਵੀ ਵਰਕਰ ਸੀਗੇ ਕਾਂਗਰਸ ਦੇ, ਸੇਵਾਦਾਰ ਸੀ ਉੱਥੇ 1930 ਦੇ ਇਜਲਾਸ ਦੇ ਵਿੱਚ, ਤੇ ਮਹਾਰਾਜਾ ਭੁਪਿੰਦਰ ਸਿੰਘ ਨਾਲ ਉਹਨਾਂ ਦੀਆਂ ਬੜੀਆਂ ਮੁਲਾਕਾਤਾਂ ਨੇ, ਉਹ ਜ਼ਿਕਰ ਵੀ ਕਰਦੇ ਨੇ। ਤੇ ਉਹ ਵੀ ਕਿਤੇ ਨਾ ਕਿਤੇ ਚਾਰਾਂ ਹੀ ਵਰਨਾਂ ਦੀ ਗੱਲ ਕਰਦੇ ਸੀ, ਚਾਰ ਦਰਵਾਜ਼ਿਆਂ ਦੀ ਗੱਲ ਕਰਦੇ ਸੀ। ਪੰਜਵਾਂ ਤਖ਼ਤ ਜਿਹੜਾ ਤਲਵੰਡੀ ਸਾਬੋ ਬਣਿਆ ਉਹਨਾਂ ਦੇ ਹੱਕ ਚ ਸਰਦਾਰ ਕਪੂਰ ਸਿੰਘ ਵੀ ਨਹੀਂ ਸੀ, ਜਿਹੜੇ ਸਿੱਖਾਂ ਦੇ ਰੋਸ਼ਨ ਦਿਮਾਗ ਆਗੂ ਨੇ, ਸੰਤ ਭਿੰਡਰਾਂ ਵਾਲਿਆਂ ਦੀ ਵੀ ਖੱਬੀ ਬਾਂਹ ਸੀ, ਉਹ ਵੀ ਤਲਵੰਡੀ ਸਾਬੋ ਤਖ਼ਤ ਦੇ ਹੱਕ ਚ ਨਹੀਂ ਸੀਗੇ ਸ਼ੁਰੂਆਤ ਤੋਂ ਲੈ ਕੇ, ਕਿਉਂਕਿ ਇਹ ਤਖ਼ਤ ਪਟਿਆਲਾ ਸਟੇਟ ਚ ਬਣ ਰਿਹਾ ਸੀ।
ਜਿਹੜਾ ਪਟਿਆਲਾ ਰਿਆਸਤ ਨੂੰ ਲੱਗਦਾ ਸੀ ਕਿ ਸਾਡੇ ਲਈ ਇਹ ਮਹਿੰਗਾ ਹੋ ਸਕਦਾ, ਜਾਣੀ ਇਹਨਾਂ 750 ਪਿੰਡਾਂ ਚ ਗੁਰਦੁਆਰੇ ਬਣਾਉਣ ਚ ਵੀ ਦਿੱਕਤ ਸੀ, 4 ਗੁਰਦੁਆਰੇ ਸੀ 750 ਪਿੰਡਾਂ ਚ। ਸੋ ਇਹ ਮਜਾਰਾ ਲਹਿਰ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਆ, ਤੇਜਾ ਸਿੰਘ ਸੁਤੰਤਰ ਜਾਂ ਹੋਰ। ਬਾਕੀ ਅਸਲ ਦੇ ਵਿੱਚ ਤੁਸੀਂ ਵੇਖੋ, ਇੰਡੀਆ ਚ ਪੰਜਾਬ ਦੀ ਮੂਵਮੈਂਟ ਚ ਦੋ ਸ਼ਿੰਦੇ ਪੁੱਤ ਪੈਦਾ ਹੋਏ, ਪਹਿਲਾਂ ਹੋਏ ਨਕਸਲੀ ਜਾਂ ਕਾਮਰੇਡ, ਜਿਹੜੀ ਕਾਮਰੇਡ ਲਹਿਰ ਚੱਲੀ ਉਹਨਾਂ ਦੀ ਕੋਈ ਵੱਖਰੀ ਵਿਚਾਰਧਾਰਾ ਨਹੀਂ ਸੀ, ਜਿਹੜੀ ਮੁਜ਼ਾਰਿਆਂ ਦੀ ਲੁੱਟ ਸੀ ਜਾਂ ਜੋ ਕੁਛ ਗੁੰਡਾ ਕਰਦੀਆਂ ਸੀ ਜੈਲਦਾਰਾਂ ਜਗੀਰਦਾਰਾਂ ਦੀਆਂ, ਉਹਨਾਂ ਦੇ ਖਿਲਾਫ ਉਹ ਲੜੇ। ਸਾਡੇ ਪਿੰਡੋਂ ਸੀ ਬਾਈ ਗੁਰਮੀਤ ਸਿੰਘ ਹੋਰੀ, ਹੁਣ ਵੀ ਕਿਸਾਨ ਯੂਨੀਅਨ ਚ ਨੇ, ਉਹ ਵੀ ਕਈ ਕੇਸਾਂ ਚ ਇਸ ਤਰ੍ਹਾਂ ਫਸੇ, ਉਹਨਾਂ ਦੇ ਵੀ ਨਹੁੰ ਖਿੱਚੇ ਗਏ। ਉਦੋਂ ਵੀ ਕਾਮਰੇਡ ਭੱਠਿਆਂ ਚ ਸੜੇ ਤੇ ਸਰਕਾਰ ਪੰਥਕ ਸੀ ਬਾਦਲ ਸਾਹਿਬ ਦੀ, ਆ CI ਸੈਂਟਰ ਚ ਜਿਨ੍ਹਾਂ ਚ ਤੁਹਾਡੀ ਸਾਡੀ ਪੀੜ੍ਹੀ ਸੜੀ ਹੈ, ਇਹ ਬਣਾਏ ਬਾਦਲ ਸਾਹਿਬ ਨੇ ਸੀ ਉਦੋਂ ਕਾਮਰੇਡਾਂ ਨੂੰ ਕਾਬੂ ਕਰਨ ਲਈ। ਬਾਬੇ ਬੂਝੇ ਜਿਹਾ ਬੋਹੜ ਜਿਹਾ ਵੱਢਿਆ ਤੇ ਨੰਨੀ ਛਾਂ ਦੇ ਰੁੱਖ ਵੰਡਦੇ। ਇਸ ਦੌਰਾਨ ਜਿਹੜੀ ਮਤਭੇਦ ਸੀ ਅਸਲ ਚ ਸਿੱਖਾਂ ਤੇ ਕਾਮਰੇਡਾਂ ਚ, ਉਹ ਉਦੋਂ ਹੀ ਪੈ ਗਏ ਜਦੋਂ ਭਾਈ ਰਣਧੀਰ ਸਿੰਘ ਤੇ ਭਗਤ ਸਿੰਘ ਦਾ ਸੈਗਮੈਂਟ ਸੀ। ਭਾਈ ਰਣਧੀਰ ਸਿੰਘ ਹੋਰੀ ਜਾਂ ਸਰਦਾਰ ਕਪੂਰ ਸਿੰਘ ਹੋਰੀ ਇੱਕ ਵੱਖਰੀ ਵਿਚਾਰਧਾਰਾ ਰੱਖਦੇ ਸੀ, ਕੱਟੜ ਸਿੱਖ ਵਿਚਾਰਧਾਰਾ, ਕਰਾਮਾਤੀ ਵਿਚਾਰਧਾਰਾ, ਇਹ ਤਰਕ ਦੀ ਵਿਚਾਰਧਾਰਾ ਤੇ ਚੱਲਦੇ ਸੀ। ਉਹ ਤਰਕ ਭਾਵੇਂ ਆਰੀਆ ਸਮਾਜੀਆਂ ਦਾ ਸੀ, ਇਸੇ ਕਰਕੇ ਇਹਨਾਂ ਦਾ ਪਰਿਵਾਰ ਆਰੀਆ ਸਮਾਜੀ ਵੀ ਸੀ, ਕਿਉਂਕਿ ਪਹਿਲਾਂ ਜਿਹੜੇ ਆਮ ਸਿੱਖ ਸੀਗੇ ਉਹ ਸਾਰੇ ਧਰਮਾਂ ਨੂੰ ਹੀ ਤਕਰੀਬਨ ਪੂਜੀ ਜਾਂਦੇ ਸੀਗੇ। ਈਵਨ ਆਨੰਦ ਕਾਰਜ ਕਦੋਂ ਬਹੁਤ ਲੇਟ ਹੋਣੇ ਸ਼ੁਰੂ ਕੀਤੇ ਨੇ, ਰੰਗਕਾਰੀਆਂ ਨੇ ਸ਼ੁਰੂ ਕੀਤੇ ਸੀ, ਆ ਹਰਦੇਵ ਸਿੰਘ ਗੁਰਬਚਨੇ ਹੋਰਾਂ ਨੇ ਦੂਜੇ ਰੰਗਕਾਰੀ ਰਾਵਲ ਪਿੰਡੀ ਵਾਲੇ, ਪਹਿਲਾਂ ਆਮ ਫੇਰੇ ਹੁੰਦੇ ਸੀ, ਆਨੰਦ ਕਾਰਜ ਰੰਗਕਾਰੀਆਂ ਨੇ ਸ਼ੁਰੂ ਕੀਤੇ ਜਿਹੜੇ ਚੰਡੀਗੜ੍ਹ ਬੈਠੇ ਨੇ ਅਸਲੀ ਰੰਗਕਾਰੀਏ। ਹੁਣ ਤਾਂ ਉਹਨਾਂ ਦਾ ਵੀ ਬਾਬਾ ਇੱਦਾਂ ਦਾ ਹੀ ਹੈ, ਉਹ ਹਾਸ਼ੀ ਤੇ ਚਲੇ ਗਏ, ਹਾਈਜੈਕ ਕਰ ਗਏ ਗੁਰਬਚਨ ਸਿੰਘ ਹੋਰੀ, ਪਹਿਲਾਂ ਆਮ ਫੇਰੇ ਹੀ ਹੁੰਦੇ ਸੀ ਸਿੱਖਾਂ ਚ ਵੀ। ਸੋ ਇਸ ਕਰਕੇ ਸਰਦਾਰ ਕਪੂਰ ਸਿੰਘ ਆਪਣੀ ਸੱਚੀ ਸਾਖੀ ਨੂੰ ਤਾਂ ਸਾਰੇ ਚੱਕ ਲੈਂਦੇ ਆ, ਉਹਨਾਂ ਦੀ ਕਿਤਾਬ ਹੈ ਪੁੰਦਰੀਕ, ਕਦੇ ਉਹ ਵੀ ਪੜ੍ਹ ਲਿਓ, ਜਿਹੜੇ ਜਿਹਨਾਂ ਨੂੰ ਕਾਮਰੇਡ ਦੁਨੀਆਂ ਤੋਂ ਸਭ ਤੋਂ ਭੈੜੇ ਲੱਗਦੇ ਨੇ ਉਹ ਕਿਤਾਬ ਪੜ੍ਹ ਲਿਓ, ਸਿੱਖਾਂ ਦੇ ਸਭ ਤੋਂ ਰੌਸ਼ਨ ਦਿਮਾਗ ਗਰਮ ਖਿਆਲੀ ਆਗੂ ਦੀ ਕਿਤਾਬ ਹੈ। ਉਹਦੇ ਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਵਿਚਾਰਧਾਰਾ 5 ਸਦੀਆਂ ਪਹਿਲਾਂ ਲਿਆਂਦੀ, ਜਦੋਂ ਕਿਤਾਬ ਲਿਖੀ ਉਦੋਂ 5 ਸਦੀਆਂ ਹੋਈਆਂ ਸੀ ਗੁਰੂ ਸਾਹਿਬ ਨੂੰ, ਉਸੇ ਵਿਚਾਰਧਾਰਾ ਨੂੰ ਮਾਰਕਸ ਤੇ ਪਰੂਧੋਨ ਨੇ ਅੱਗੇ ਵਧਾਇਆ। ਪਰੂਧੋਨ ਫਰਾਂਸ ਦਾ ਸਮਾਜ ਸੁਧਾਰਕ ਸੀ ਤੇ ਮਾਰਕਸ ਤਾਂ ਮਾਰਕਸ ਹੀ ਪਤਾ ਹੀ ਸੀ। ਜੇ ਸਰਦਾਰ ਕਪੂਰ ਇਹ ਗੱਲ ਲਿਖਦਾ ਤੇ ਫਿਰ ਸਿੱਖ ਉਸ ਨੂੰ ਮੰਨਣ ਨੂੰ ਤਿਆਰ ਨਹੀਂ। ਹੋਇਆ ਕਿ ਸਿੱਖਾਂ ਦੇ ਕੱਟੜਵਾਦ ਦੀ ਕਾਮਰੇਡ ਆਲੋਚਨਾ ਕਰਦੇ ਨੇ, ਧਰਮ ਮੰਨਣਾ ਨਾ ਮੰਨਣਾ ਉਹਨਾਂ ਦੀ ਆਜ਼ਾਦੀ ਹੈ। ਪਹਿਲੇ ਜਿਹੜੇ ਕਾਮਰੇਡ ਸੀ ਉਹ ਭਾਵੇਂ ਤੇਜਾ ਸਿੰਘ ਸੁਤੰਤਰ ਹੈ ਜਾਂ ਹੋਰ ਹੈ, ਉਹ ਬੜੇ ਲਿਬਰਲ ਲੋਕ ਸੀਗੇ, ਪਰ ਉਦੋਂ ਬਾਅਦ ਚ ਕਾਮਰੇਡ ਵੀ ਜਾਲੀ ਹੋ ਗਏ ਤੇ ਸਿੱਖ ਵੀ ਜਾਲੀ ਹੋ ਗਏ। ਉਹ ਜਿਹੜਾ ਵਿਵਾਦ ਹੈ ਉਦੋਂ ਚੱਲ ਪਿਆ ਕਿ ਭਗਤ ਸਿੰਘ ਹੋਰਾਂ ਨੇ ਇੱਕ ਅੰਮ੍ਰਿਤਧਾਰੀ ਨੂੰ ਗੋਲੀ ਮਾਰੀ ਹੈ, ਉਹ ਸੀਗਾ ਆਪਣਾ ਜਿਹਨੂੰ ਸੁਖਦਿਆਲ ਸਿੰਘ ਦਾ ਦਾਦਾ ਬਣਾਤਾ ਸੀ ਇਹਨਾਂ ਨੇ, ਇੰਦਰ ਸਿੰਘ ਘੱਗਾ ਵਰਗਿਆਂ ਨੇ, ਉਹ ਸੀ ਆਪਣਾ ਜਿਹਨੂੰ ਗੋਲੀ ਮਾਰੀ ਸੀ ਚੰਨਣ ਸਿੰਘ ਸਿਪਾਹੀ, ਕਿ ਉਹ ਤੜਫ ਤੜਫ ਕੇ ਮਰ ਗਿਆ। ਪਰ ਕਪੂਰ ਸਿੰਘ ਹੋਸਟਲ ਦੀ ਛੱਤ ਤੇ ਬੈਠ ਕੇ ਦੇਖਦੇ ਰਹੇ ਉਹਨੂੰ ਤੜਫਦੇ ਨੂੰ, ਸਿੱਖ ਹੋ ਕੇ ਅੰਮ੍ਰਿਤਧਾਰੀ ਹੋ ਕੇ ਉਹਨਾਂ ਨੇ ਉਹਦੀ ਚੱਕ ਕੇ ਮੱਲਮ ਪੱਟੀ ਵੀ ਨਹੀਂ ਕਰਾਈ, ਇਹ ਸਿੱਖੀ ਸੀ। ਫਿਰ ਜੇ ਭਗਤ ਸਿੰਘ ਹੋਰੀ ਐਡੇ ਹੀ ਬੁਰੇ ਸੀ ਤਾਂ ਸਰਦਾਰ ਕਪੂਰ ਸਿੰਘ ਆਪਣੇ ਜਿਉਂਦੇ ਜੀ ਜਦੋਂ ਸੰਤਾਂ ਦਾ ਦਬਦਬਾ ਸੀ ਭਿੰਡਰਾਂ ਵਾਲਿਆਂ ਦਾ, ਸਾਰੇ ਖੁਲਾਸੇ ਕਰ ਜਾਂਦੇ ਕਾਮਰੇਡਾਂ ਬਾਰੇ, ਪਰ ਉਹਨਾਂ ਨੇ ਲਿਖਿਆ ਕਿ ਭਗਤ ਸਿੰਘ ਵੀ ਆਖਰੀ ਸਮੇਂ ਤੱਕ ਦਲੇਰ ਰਿਹਾ। ਉਹ ਜਿਹੜੇ ਮਤਭੇਦ ਉਦੋਂ ਕਈ ਟੌਟ ਕਾਂਗਰਸੀਏ ਟੌਟ ਕਾਮਰੇਡ ਪੱਤਰਕਾਰ ਟੌਟ ਕਾਮਰੇਡ, ਕਿਉਂਕਿ ਉਹ ਕੱਟੜਵਾਦ ਕਿਸੇ ਵੀ ਕਿਸਮ ਦਾ, ਅੱਜ ਵੀ ਜਿਹੜੀਆਂ ਕਾਮਰੇਡ ਧਿਰਾਂ ਨੇ, ਜੋਤੀ ਬਾਸੂ ਦੇ ਰਾਜ ਚ ਦੰਗੇ ਹੋਏ, 84 ਚ ਕਤਲੇਆਮ ਹੋਇਆ, ਨਹੀਂ ਹੋਣ ਦਿੱਤਾ ਉਹਨਾਂ ਨੇ। ਮਮਤਾ ਬੈਨਰਜੀ ਨੇ ਭਾਵੇਂ ਕਾਮਰੇਡਾਂ ਦਾ ਕਿਲਾ ਤੋੜਿਆ, ਪਰ ਇਹ ਵੀ ਕਾਮਰੇਡ ਨੇ। ਇਹਨਾਂ ਦਾ ਰਾਜ ਦੇ ਵਿੱਚ RSS ਦੇ ਖਿਲਾਫ ਜੇ ਇਹ ਲੜਦੇ ਨੇ, ਇਦੋਂ ਵੱਧ ਕੌਣ ਲੜਦਾ ਹੈ? ਡਾਕਟਰ ਗਾਂਧੀ ਕਾਮਰੇਡ ਨੇ, ਸਿੱਖਾਂ ਦਾ ਆਨੰਦ ਮੈਰਿਜ ਐਕਟ ਜਿਹਨੂੰ ਗੋਦੀ ਚੱਕੀ ਫਿਰਦੇ ਆ, ਸਿੱਖ ਕੇ ਆਨੰਦ ਮੈਰਿਜ ਐਕਟ ਲਾਗੂ ਕਰਾ ਲਿਆ ਸੀ, ਇਹ ਕਰ ਲਿਆ, ਬਥੇਰਾ ਮਨਜਿੰਦਰ ਸਿੰਘ ਸਿਰਸਾ ਰੌਲਾ ਪਾਉਂਦਾ। ਉਹ ਆਨੰਦ ਮੈਰਿਜ ਐਕਟ 'ਚ ਹੈ ਕੁਛ ਨਹੀਂ, ਤੁਸੀਂ ਅਜੇ ਵੀ ਹਿੰਦੂਆਂ ਦੇ ਅਧੀਨ ਰਜਿਸਟਰਡ ਹੁੰਦੇ ਹੋ, ਹਿੰਦੂ ਪੀਨਲ ਕੋਡ ਦੇ, ਤੁਸੀਂ ਤਾਂ ਵਕੀਲ ਹੋ, ਵੱਧ ਦੱਸ ਸਕਦੇ ਹੋ। ਪਰ ਉਹ ਸਿੱਖ ਮੈਰਿਜ ਐਕਟ ਕਿਹਨੇ ਮੰਗਿਆ? ਡਾਕਟਰ ਗਾਂਧੀ ਨੇ, ਅਤੇ ਇਹ ਜਥੇਦਾਰ ਸਾਹਿਬ ਜਾਂ ਇਹਨਾਂ ਦੇ ਮੈਂਬਰ ਪਾਰਲੀਮੈਂਟ, ਸਿੱਖ ਇੱਕ ਵੀ ਨਹੀਂ ਬੋਲਿਆ। ਸੋ ਬੜਾ ਵੱਡਾ ਕੰਟਰੀਬਿਊਸ਼ਨ ਆ, ਪਰ ਜਾਲੀ ਸਿੱਖੜਿਆਂ ਨੇ ਅਤੇ ਜਾਲੀ ਕਾਮਰੇਡਾਂ ਨੇ, ਇਹਨਾਂ ਨੇ ਦੋਨਾਂ ਨੇ ਇੱਕ ਦੂਸਰੇ ਦਾ ਬੇੜਾ ਗਰਕ ਕੀਤਾ। ਦੂਜੇ ਸ਼ਿੰਦੇ ਪੁੱਤਾਂ ਦੀ ਲਹਿਰ ਪੰਜਾਬ ਦੇ ਵਿੱਚ ਸਿੱਖ ਲਹਿਰ ਵੀ ਆਈ,
ਉਹਦੇ ਚ ਵੀ ਕਈ ਜਾਲੀ ਬੰਦੇ ਬੜੇ ਜਿਹੜੇ ਅੱਜ ਕਰੋੜਾਂ ਅਰਬਾਂ ਦੇ ਮਾਲਕ ਬਣੇ ਬੈਠੇ ਨੇ। ਸੋ ਪੰਜਾਬ ਦੇ ਹਕੂਕ ਦੀ ਲੜਾਈ ਪਹਿਲਾਂ ਕਾਮਰੇਡਾਂ ਨੇ ਲੜੀ, ਫਿਰ ਸਿੱਖਾਂ ਨੇ ਲੜੀ, ਪਰ ਇਹਨਾਂ ਚ ਦੋਨਾਂ ਚ ਜਾਲੀ ਲਾਣਾ ਜਿਹੜਾ ਅੱਜ ਵੀ ਇਹ ਵਿਵਾਦ ਪਾ ਕੇ ਆਪਣੀਆਂ ਰੋਟੀਆਂ ਸੇਕਦਾ। ਜੀ ਸੁਰਿੰਦਰ ਕਰੋ ਕੰਪਲੀਟ ਤੁਸੀਂ ਵੀ। ਦੇਖੋ ਗੱਲ ਇਹ ਹੈ ਕਿ ਮੈਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਜਿਹੜੀ ਮਜਾਰਾ ਲਹਿਰ ਸੀ ਉਹਦੇ ਕਰਤਾ ਧਰਤਾ ਇਹ ਸੀਗੇ, ਪ੍ਰਜਾ ਮੰਡਲ ਜਿਹੜੀ ਲਹਿਰ ਸੀ ਉਹ ਪੰਜਾਬ ਦੇ ਆਵਾਮ ਦੀ ਲਹਿਰ ਸੀਗੀ। ਜਿੱਥੋਂ ਤੱਕ ਦੋ ਮੂਵਮੈਂਟਾਂ ਦਾ ਸਵਾਲ ਆ, ਸਿੱਖ ਮੂਵਮੈਂਟ ਦਾ ਤੇ ਉਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਦਾ, ਦੋਨਾਂ ਦੀ ਪ੍ਰਾਪਤੀ 0% ਆ ਸਵਾਏ ਪੰਜਾਬੀਆਂ ਦਾ ਸਿੱਖਾਂ ਦਾ ਕਾਣ ਕਰਾਉਣ ਦੇ। ਜੇ ਅਸੀਂ ਕਹਿ ਦਈਏ ਅਸੀਂ ਉਹ ਚ ਪ੍ਰਾਪਤ ਕੀਤਾ, ਪ੍ਰਾਪਤ ਕੁਛ ਨੀ ਕੀਤਾ, ਅਸੀਂ ਕਾਣ ਹੀ ਕਰਵਾਇਆ। ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ, ਚਾਹੇ ਉਹ ਪੰਥਕ ਸਰਕਾਰਾਂ ਸੀ ਚਾਹੇ ਗੈਰ ਪੰਥਕ ਸਰਕਾਰਾਂ ਸੀ, ਉਹਨਾਂ ਨੇ ਸਾਡਾ ਕਾਣ ਕੀਤਾ ਤੇ ਪ੍ਰਾਪਤੀ ਸਾਨੂੰ ਦੋਨਾਂ ਚ ਕੋਈ ਨੀ ਹੋਈ। ਦਮ ਗਜੇ ਅਸੀਂ ਜਿੱਡੇ ਮਰਜ਼ੀ ਮਾਰੀ ਜਾਈਏ। ਔਰ ਵੱਡੀ ਗੱਲ ਇਹ ਵੀ ਆ ਕਿ ਦੋਵੇਂ ਧਿਰਾਂ ਮੂਵਮੈਂਟ ਖਤਮ ਹੋਣ ਤੋਂ ਬਾਅਦ ਹਾਸ਼ੀਏ ਤੇ ਚਲੀਆਂ ਗਈਆਂ। ਕਾਮਰੇਡ ਨਕਸਲਾਈਟ ਮੂਵਮੈਂਟ ਤੋਂ ਬਾਅਦ ਪੋਲੀਟੀਕਲੀ ਉਤਰੇ ਤਾਂ ਸਹੀ, ਲੇਕਿਨ ਕਾਮਯਾਬ ਨਹੀਂ ਹੋਏ। ਕਦੀ ਕਾਂਗਰਸ ਨਾਲ ਕਦੀ ਅਕਾਲੀਆਂ ਨਾਲ ਰਲ ਕੇ ਚੋਣਾਂ ਲੜਨ ਤੱਕ ਸੀਮਤ ਹੋਏ, ਹੌਲੀ ਹੌਲੀ ਖਤਮ ਹੋ ਗਏ। ਅੱਜ ਹਾਲਾਤ ਇਹ ਆ, ਕੋਈ ਵੀ ਅਜਿਹਾ ਅਸੈਂਬਲੀ ਹਲਕਾ ਨੀ, ਕੋਈ ਪਾਰਲੀਮੈਂਟ ਹਲਕਾ ਨੀ ਜਿੱਥੇ ਇਹਨਾਂ ਦੀ ਜਮਾਨਤ ਨਾ ਜ਼ਬਤ ਹੁੰਦੀ ਹੋਵੇ। ਉਹੀ ਹਾਲਤ ਆ, ਸਵਾਏ ਸਿਮਰਜੀਤ ਸਿੰਘ ਮਾਨ ਨੂੰ ਛੱਡ ਕੇ। ਠੀਕ ਆ, ਸਿਮਰਜੀਤ ਸਿੰਘ ਮਾਨ ਦਾ ਇਸ ਇਲੈਕਸ਼ਨ ਚ ਸਰਕਮਸਟਾਂਸਿਸ ਕੁਝ ਅਜਿਹੇ ਬਣ ਗਏ ਕਿ ਕੁਝ ਆਮ ਆਦਮੀ ਪਾਰਟੀ ਦੇ ਲੋਕ ਵਿਰੁੱਧ ਲੋਕ ਹੋ ਗਏ, ਕੁਝ ਬਾਕੀਆਂ ਨੂੰ ਲੋਕ ਨਹੀਂ ਸੀ ਚਾਹੁੰਦੇ, ਸਾਰੇ ਸਿਮਰਜੀਤ ਸਿੰਘ ਮਾਨ ਵੱਲ ਉਲਟ ਗਏ, ਸਿਮਰਜੀਤ ਸਿੰਘ ਮਾਨ ਜਿੱਤ ਗਿਆ। ਅਦਰਵਾਈਜ਼ ਸਿਮਰਜੀਤ ਸਿੰਘ ਮਾਨ ਦੀ 1999 ਤੇ 1999 ਨੂੰ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਸੀਗੀਆਂ ਸੀਟਾਂ ਉਹਨਾਂ ਤੇ ਵਿਚਾਰੇ ਦੀ ਜਮਾਨਤ ਜ਼ਬਤ ਹੁੰਦੀ ਆ ਜੀ। ਉਹਨਾਂ ਨੇ ਦੋ ਚੋਣਾਂ ਲੜੀਆਂ ਸੀ ਜਿੱਤੇ, ਜਮਾਨਤ ਉਹਨਾਂ ਦੀ ਬਚੀ ਸੀ 1997। ਇੱਕ ਕਿਲਾ ਰਾਜਪੁਰ ਲੜੀ ਸੀ ਜਿੱਥੋਂ ਪ੍ਰਕਾਸ਼ ਸਿੰਘ ਬਾਦਲ ਦੂਜੀ ਸੀਟ ਤੋਂ ਲੜਦੇ ਸੀ, ਤੇ ਇੱਕ ਉਹਨਾਂ ਨੇ ਸਰਹੰਦ ਲੜੀ ਸੀ ਤੇ ਦੋਨਾਂ ਤੋਂ ਜਮਾਨਤ ਬਚ ਗਈ ਸੀ, ਪਰ ਉਹ ਜਿੱਤ ਨਹੀਂ ਸੀ ਸਕੇ। ਉਸ ਤੋਂ ਬਾਅਦ ਉਹਨਾਂ ਦੀ ਜਮਾਨਤ ਜ਼ਬਤ ਹੁੰਦੀ ਆ ਜੀ। ਇਹ ਕੁਝ ਬਾਕੀ ਖਾੜਕੂ ਧਿਰਾਂ ਜਿਹੜੀਆਂ ਨੇ, ਜਿਹੜੀਆਂ ਵੀ ਰਹੀਆਂ। ਹੁਣ ਅਤਿੰਦਰਪਾਲ ਸਿੰਘ ਸੀ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਬਣਿਆ ਸੀ, ਉਹਨਾਂ ਨੂੰ ਕਹੋ ਅੱਜ ਚੋਣ ਲੜ ਕੇ ਦੇਖ ਲੈਣ ਜੇ 50 ਵੋਟਾਂ ਵੀ ਪੈ ਜਾਣ। ਇਸ ਕਰਕੇ ਹਾਲਾਤ ਹੁੰਦੇ ਨੇ। ਜੇ ਆਪਾਂ ਕਹਿ ਦਈਏ ਕਿ ਮੂਵਮੈਂਟਾਂ ਚ ਕੋਈ ਪ੍ਰਾਪਤੀ ਹੋਈ ਹੋਵੇ, ਮੂਵਮੈਂਟਾਂ ਚ ਕੋਈ ਪ੍ਰਾਪਤੀ ਨੀ। ਸਿਰਫ ਪ੍ਰਾਪਤੀ ਉਹ ਗਿਣੀ ਜਾ ਸਕਦੀ ਆ ਜਿਹੜੀ ਤੁਹਾਡੇ ਤੇ ਬਲ ਬੂਤੇ ਤੇ ਪੂਰੀ ਸਟੇਟ ਜਿਹੜੀ ਆ ਉਹਨੂੰ ਕੋਈ ਬੈਨੀਫਿਟ ਹੋਇਆ, ਨਕਸਲਾਈਟ ਤੇ ਕਾਮਰੇਡਾਂ ਦਾ। ਯਾਨੀ ਕਿ ਧਿਰ ਤੇ ਇੱਕੋ ਗਿਣੀ ਜਾਊਗੀ, ਭਾਵੇਂ ਅੱਜ ਉਹ 50 ਧਿਰਾਂ ਹੋ ਗਈਆਂ ਨੇ, ਉਹਨਾਂ ਤੋਂ ਇੱਕੋ ਇੱਕ ਪ੍ਰਾਪਤੀ ਪੰਜਾਬ ਦੀ ਆ, ਉਹ ਕੇਵਲ ਤੇ ਕੇਵਲ ਆ ਜਿਹੜੀ ਮਜਾਰਾ ਲਹਿਰ ਸੀ, ਜਿਹੜੀ ਜ਼ਮੀਨ ਜਿਹੜੀ ਸੀਗੀ ਉਹ ਰਜਵਾੜਿਆਂ ਤੋਂ ਛੁਡਾ ਕੇ ਮਜਾਰਿਆਂ ਨੂੰ ਦਵਾਈ ਗਈ ਸੀਗੀ, ਉਹੀ ਇੱਕ ਪ੍ਰਾਪਤੀ ਆ, ਹੋਰ ਕੋਈ ਪ੍ਰਾਪਤੀ ਜਿਹੜੀ ਉਹ ਗਿਣੀ ਨਹੀਂ ਜਾ ਸਕਦੀ। ਜਿਹੜੇ ਜਾਲੀ ਕਾਮਰੇਡ ਸੀਗੇ ਉਹ ਮੁੜ ਕੇ ਜਾਲੀ ਸਿੱਖ ਬਣ ਗਏ, ਅੱਜ ਕੌਮ ਦੇ ਰਹਿਬਰ ਬਣ ਗਏ। ਹਾਂ ਨਹੀਂ, ਨੰਗੇ ਕੱਪੜੇ ਪਾ ਕੇ ਜਨਾਨੀ ਬਾਜੀ ਕਰਦੇ ਭੱਜੇ, ਤੇ ਅੱਜ ਕੌਮ ਦੇ ਸਰਬਰਾਹ ਬਣੇ ਹੋਏ ਨੇ, ਲੈਕਚਰ ਮਾਰਦੇ ਆ, ਕੌਮ ਇਹ ਕਰੇ, ਨਰੇਟਿਵ ਸਿਰਜਤਾ, ਕਿਤਾਬਾਂ ਵਿਕਦੀਆਂ ਨੇ। ਮਤਲਬ ਕਾਮਰੇਡ ਵਿਗੜ ਕੇ ਜਦੋਂ ਸਿੱਖ ਬਣ ਜਾਂਦਾ ਤੇ ਬਹੁਤ ਖਤਰਨਾਕ ਹੁੰਦਾ। ਕਈ ਲੀਡਰ ਵੀ ਬਣ ਗਏ ਤੇ ਕਈ ਵਿਚਾਰਧਾਰਕ ਬਣੇ ਨੇ, ਵਧੀਆ ਕਾਠੀ ਪਾਈ ਹੋਈ ਆ ਸਿੱਖ ਮੁੰਡਿਆਂ ਦੇ, ਵੀਜ਼ੇ ਵੂਜੇ ਲੱਗੀ ਜਾਂਦੇ ਨੇ ਤੇ ਵਧੀਆ ਦੁਕਾਨ ਚਲਾਈ ਜਾਂਦੇ ਨੇ, ਤੇ ਹੁਣ ਸਿੱਖ ਕੌਮ ਦਾ ਨਰੇਟਿਵ ਸਿਰਜੀ ਜਾਂਦੇ ਨੇ, ਤੇ ਹੁਣ ਫੇਰ ਬਲਦੀ ਦੇ ਬੂਥੇ ਪਾਉਣਗੇ ਅਗਲੀ ਪੀੜ੍ਹੀ ਨੂੰ, ਹਨਾ, ਏਜੰਸੀਆਂ ਦੇ ਢਾਏ ਚੜ ਕੇ। ਨਹੀਂ, ਉਹ ਤਾਂ ਅਕਾਲੀ ਦਲ ਦੇ ਬੜੇ ਵੱਡੇ ਵੱਡੇ ਲੀਡਰ ਆ, ਨਕਸਲਾਈਟ ਸੀਗੇ। ਅਕਾਲੀ ਦਲ ਨੇ ਨਕਸਲਾਈਟ ਮੂਵਮੈਂਟ ਚੋਂ ਕੱਢ ਕੇ ਐਮਰਜੈਂਸੀ ਵੇਲੇ ਬਾਹਰ ਕਢਾ ਕੇ ਲਿਆ ਕੇ ਅਕਾਲੀ ਦਲ ਦੀ ਕਮਾਂਡ ਸੰਭਾਲੀ ਸੀ ਉਹਨਾਂ ਨੂੰ, ਕੋਈ ਛੋਟੀ ਮੋਟੀ ਗੱਲ ਥੋੜੀ ਆ। ਅੱਜ ਵੀ ਉਹ ਪਹਿਲੇ ਦੂਜੇ ਨੰਬਰ ਤੇ ਉਹਨਾਂ ਦੀ ਲੀਡਰੀ ਕਾਇਮ ਆ, ਕੋਈ ਮਾੜੀ ਮੋਟੀ ਗੱਲ ਥੋੜੀ ਆ। ਉਹ ਵੱਖਰੀ ਗੱਲ ਆ, ਨਕਸਲਾਈਟ ਸੀਗੀ ਉਹ ਅਲੱਗ ਗੱਲ ਆ, ਪਰ ਸ਼ੁਰੂਆਤ ਉਹਨਾਂ ਦੀ ਨਕਸਲਾਈਟ ਤੋਂ ਹੋਈ ਸੀ, ਫਿਰ ਪੰਥਕ ਹੋ ਗਏ, ਤੇ ਪੰਥਕ ਹੋ ਗਏ ਜਿਹੜਾ ਯੂਥ ਅਕਾਲੀ ਦਲ ਸੀ ਉਹ ਪੈਦਾ ਹੀ ਨਕਸਲਾਈਟਾਂ ਤੋਂ ਹੋਇਆ ਸੀਗਾ। ਪਹਿਲਾਂ ਤਾਂ ਯੂਥ ਅਕਾਲੀ ਦਲ ਹੁੰਦਾ ਹੀ ਨੀ, ਨਾ ਇਸਤਰੀ ਅਕਾਲੀ ਦਲ ਹੁੰਦਾ ਸੀ ਤੇ ਨਾ ਹੀ ਸਹਿਤਾਰੀ। ਜਿਹੜੇ ਆਪਣਾ ਬੜਾ ਉਹਨਾਂ ਨੇ ਨੋਬਲ ਕੰਮ ਕੀਤਾ ਆਪਣਾ ਖਾਲੜਾ ਸਾਹਿਬ, ਖਾਲੜਾ ਸਾਹਿਬ ਵੀ ਪਹਿਲਾਂ ਕਾਮਰੇਡ ਸੀਗੇ, ਹਨਾ, ਜਸਵੰਤ ਸਿੰਘ ਖਾਲੜਾ, ਬਾਅਦ ਦੇ ਵਿੱਚ ਉਹ ਇੱਧਰ ਆਏ, ਹਨਾ। ਕਿਉਂਕਿ ਕੁਛ ਵੀ ਹੈ, ਕਾਮਰੇਡ ਠੀਕ ਹੈ ਧਰਮ ਦੇ ਪਖੰਡ ਦੀ ਆਲੋਚਨਾ ਕਰਦਾ, ਕਾਮਰੇਡ ਦਾੜੀ ਕੱਟਦਾ, ਉਹ ਸਿਗਰਟ ਪੀਂਦਾ, ਹੋ ਸਕਦਾ ਸਾਰੇ ਨਹੀਂ। ਹੁਣ ਪਹਿਲੇ ਜਿਹੜੇ ਕਾਮਰੇਡ ਸੀ ਉਹ ਗਦਰੀ ਬਾਬਿਆਂ ਚ ਕਿੰਨੇ ਉੱਚ ਪਾਏ ਦੇ ਲੋਕ ਸੀ, ਬਾਬਾ ਬੂਝਾ ਸਿੰਘ ਵਰਗੇ ਬਜ਼ੁਰਗਾਂ ਦੇ ਇਨਕਾਊਂਟਰ ਹੋਏ, ਕੀ ਬੁਰਾਈ ਸੀ ਉਹਨਾਂ ਚ,
ਸਿਰਫ ਇਹੀ ਕਿ ਅੰਮ੍ਰਿਤ ਨਹੀਂ ਸੀ ਛਕਿਆ ਵਾ, ਦਾੜੀਆਂ ਰੱਖੀਆਂ ਸੀ, ਵਧੀਆ ਰਹਿਤ ਮਰਿਆਦਾ ਸੀ। ਹੁਣ ਤੇਜਾ ਸਿੰਘ ਸੁਤੰਤਰ, ਅੰਬ ਦੇ ਚਾਰ ਦੀਆਂ ਫਾੜੀਆਂ ਤੇ ਦੋ ਸੁੱਕੀਆਂ ਰੋਟੀਆਂ ਸੀ, ਕੀ ਲੈ ਕੇ ਗਿਆ ਦੁਨੀਆਂ ਤੋਂ, ਹੈਨਾ? ਪਰ ਯਾਦ ਕੌਣ ਕਰਦਾ? ਤੇ ਇਧਰ ਕਰੋੜਾਂ ਅਰਬਾਂ ਪਤੀ ਅਮੀਰ ਸਿੱਖ ਬਥੇਰੇ ਨੇ, ਅਰਬਾਂ ਖਰਬਾਂ ਦੇ ਮਾਲਕ। ਹੁਣ ਰਪਦਮਨ ਸਿੰਘ ਮਲਿਕ ਦੀ ਮੌਤ ਹੋਈ ਹੈ, ਐਨਕਾਊਂਟਰ ਹੋਇਆ, ਮਰਡਰ ਹੋਇਆ ਉਹਨਾਂ ਦਾ, ਤੇ ਪਰਮਜੀਤ ਸਿੰਘ ਸਰਨਾ ਨੇ ਜਾਂ ਹੋਰਾਂ ਨੇ ਅਫਸੋਸ ਪ੍ਰਗਟਾਵਾ ਕੀਤਾ ਕੌਮ ਨੂੰ ਘਾਟੇ ਦਾ, ਹੈਨਾ? ਸੋ ਗੱਲ ਇਹ ਹੈ ਨਾ ਕਿ ਅਸਲ ਸਿੱਖੀ ਕੀ ਹੈ? ਅਸਲ ਸਿੱਖੀ ਤੇ ਸਿੱਖ ਮੰਨਦੇ ਨੇ ਕਿ ਅੰਮ੍ਰਿਤ ਛਕਿਆ ਹੋਵੇ, ਪੀਲੀ ਪੱਗ ਬੰਨੀ ਹੋਵੇ, ਦਾੜੀ ਰੱਖੀ ਹੋਵੇ, ਤੇ ਕਰੋੜਾਂ ਅਰਬਾਂ ਦਾ ਭਾਵੇਂ ਕੁਛ ਵੇਚਿਆ ਹੋਵੇ, ਬਸ ਦਸਵਾਂ ਦਸੌਂਦ ਕੱਢਦਾ ਹੋਵੇ, ਆਥਣ ਸਵੇਰ ਗੁਰੂ ਘਰ ਆਉਂਦਾ ਹੋਵੇ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਭਾਵੇਂ ਸਭ ਚੱਕੀ ਜਾਂਦਾ ਹੋਵੇ ਫੱਟੇ। ਸਿਰਫ ਪਹਿਰਾਵੇ ਦੀ ਸਿੱਖੀ ਵੇਖਦੇ ਅੱਜ ਕੱਲ੍ਹ ਲੋਕ। ਦੂਸਰੇ ਪਾਸੇ ਇੱਕ ਵਿਅਕਤੀ ਹੈ, ਦਾੜੀ ਕੱਟੀ ਹੈ, ਸਿਗਰਟ ਪੀਂਦਾ, ਉਹਦਾ ਮਾੜਾ ਹੋ ਸਕਦਾ, ਬੈਨ ਹੈ, ਚੀਜ਼ ਨਹੀਂ ਪੀਣੀ ਚਾਹੀਦੀ, ਸਿਹਤ ਲਈ ਵੀ ਮਾੜੀ ਹੈ, ਸਮਾਜ ਲਈ ਵੀ ਮਾੜੀ ਹੈ, ਸੈਕਿੰਡ ਸਮੋਕਰ ਵੀ ਜਿਹੜਾ ਉਹਨੂੰ ਸੁੰਘਦਾ ਉਹਦੇ ਲਈ ਵੀ ਮਾੜੀ ਹੈ, ਪਰ ਉਹਨੂੰ ਇੱਕ ਬੁਰਾ ਸਮਝਿਆ ਜਾਂਦਾ ਕਿ ਨਾਸਤਿਕ ਹੈ, ਫਲਾਂ ਹੈ, ਟਮਕਾਂ ਹੈ। ਪਰ ਗੱਲ ਚੱਲਦੀ ਹੈ ਨਾ, ਇਨਸਾਨੀਅਤ ਦੇ ਲਈ, ਹਕੂਕ ਦੇ ਲਈ ਲੜਦਾ ਕੌਣ ਹੈ? ਗੱਲ ਉਸ ਲੜਾਈ ਦੀ ਹੈ ਜਿਹੜੀ ਅਸੀਂ ਸਮਝਣ ਨੂੰ ਤਿਆਰ ਨਹੀਂ ਹੈ। ਜੀ ਮੈਂ ਕਿਹਾ ਜੀ, ਉਹ ਗੱਲ ਇੱਥੋਂ ਤੱਕ ਰੁਕ ਜੇ ਤਾਂ ਬਹੁਤ ਹੁੰਦੀ ਹੈ। ਗੱਲ ਤਾਂ ਸਭ ਤੋਂ ਵੱਡੀ ਇਹ ਹੈ ਕਿ ਕੇਸਰੀ ਦਸਤਾਰ ਹੋਵੇ, ਉੱਪਰ ਦੀ ਸ੍ਰੀ ਸਾਹਿਬ ਹੋਵੇ, ਤੇ ਬੰਦਾ ਸੰਤਾਂ ਨੂੰ ਸਮਝੌਤਾ ਕਰਨ ਲੱਗੇ, ਇੰਦਰਾ ਗਾਂਧੀ ਨੂੰ ਇਹ ਕਹਿ ਦੇਵੇ ਕਿ ਉਹਨੂੰ ਕਹੋ ਕਿ ਬੰਗਲਾ ਸਾਹਿਬ ਗੁਰਦੁਆਰੇ ਆ ਜਾ, ਇੱਥੇ ਬਹਿ ਕੇ ਗੱਲ ਕਰਾਂਗੇ, ਤੇ ਉਹ ਸਭ ਤੋਂ ਵਧੀਆ ਸਿੱਖ ਆ ਜਿਹਦੇ ਵਿੱਚ, ਜਿਹੜਾ ਕੌਮ ਦਾ ਧਾਨ ਕਰ ਗਿਆ, ਜਿੱਥੇ ਕਿ ਅੱਧਾ ਹਰਿਆਣਾ ਜਿਹੜਾ ਸੀ ਉਹ ਪੰਜਾਬ ਨੂੰ ਮਿਲਦਾ ਸੀ, ਸਾਰਾ ਪੰਜਾਬੀ ਏਰੀਆ ਮਿਲਦਾ ਸੀ, ਐਨ ਸਿਰੇ ਤੇ ਟੌਪ ਤੇ ਗਈ ਹੋਈ ਸਾਰੀ ਕਹਾਣੀ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ, ਜਿਹੜਾ ਜਿਹੜਾ ਜਿਹਦੇ ਚ ਕਿ ਦੋ ਬੰਦੇ ਬੜੇ ਵੱਡੇ, ਮਤਲਬ ਕੀ ਕਹਿੰਦੇ ਇਹਨੂੰ ਫਾਈਨਲ ਕਰਕੇ ਬੈਠੇ ਸੀ, ਉਹ ਮਨਜੀਤ ਸਿੰਘ ਜੀ ਕੇ ਦਾ ਫਾਦਰ ਸੀ ਸੰਤੋਖ ਸਿੰਘ, ਤੇ ਦੂਜਾ ਗਿਆਨੀ ਜੈਲ ਸਿੰਘ, ਦੋਨਾਂ ਨੇ ਫਾਈਨਲ ਕੀਤਾ ਹੋਇਆ ਸੀ। ਸਿਰਫ ਇਹ ਸੀ, ਬੈਠ ਕੇ ਉਹ ਖਰੜਾ ਇਹਨਾਂ ਨੂੰ ਪੜ੍ਹਾ ਵੀ ਦਿੱਤਾ ਗਿਆ ਸੀ ਕੱਚੇ ਤੌਰ ਤੇ, ਵੀ ਆ ਪੜ੍ਹ ਲਓ, ਇਹੀ ਫਾਈਨਲ ਹੋਏਗਾ ਜਦੋਂ ਸਾਈਨ ਕਰਨੇ ਆ, ਉਦੋਂ ਇੱਕ ਵਾਰੀ ਤੁਸੀਂ ਸਟੱਡੀ ਕਰ ਲਓ। ਸਿਰਫ ਬੈਠਣਾ ਸੀ ਤੇ ਬੈਠ ਕੇ ਆਮੋ ਸਾਹਮਣੇ ਨਵੇੜਾ ਹੀ ਹੋਣਾ ਸੀ, ਜਿੱਦਾਂ ਮਤਲਬ ਪਹਿਲਾਂ ਸਾਰਾ ਕੁਝ ਤੈਅ ਕਰ ਲਿਆ ਜਾਂਦਾ, ਜਿੱਦਣ ਬੈਠਦੇ ਆ ਉਦਣ ਦੋਨਾਂ ਦੇ ਉੱਪਰ ਸਾਈਨ ਹੀ ਹੁੰਦੇ ਆ ਕਿ ਆ ਸਮਝੌਤਾ ਹੋ ਗਿਆ। ਹੁਣ ਇਹ ਸਾਡੀ ਇਤਰਾਜ਼ ਪੇਜ ਉਹ ਫਸਾ ਲਿਆ, ਜਿਵੇਂ ਸਿਮਰਜੀਤ ਮਾਨ ਦੀ ਕਿਰਪਾਨ ਦਾ ਫਸਾ ਲਿਆ ਕਿ ਕਿਰਪਾਨ ਨਾਲ ਹੀ ਜਾਊ ਅੰਦਰ, ਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬੰਗਲਾ ਸਾਹਿਬ ਆਵੇ, ਸਿੱਖ ਥੋੜੀ ਕਿਤੇ ਜਾਂਦੇ ਹੁੰਦੇ ਨੇ, ਇਹ ਤਾਂ ਪਾਤਸ਼ਾਹੀਆਂ ਵਾਲੇ ਲੋਕ ਨੇ। ਉਹ ਇਹੀ ਜਿਹੀ ਉਂਗਲ ਲਾਈ ਤੇ ਉਹ ਬੇੜਾ ਗਰਕ ਕਰਿਆ ਕੌਮ ਦਾ, 84 ਭੁਗਤਿਆ, ਹਜ਼ਾਰਾਂ ਸਿੱਖਾਂ ਦਾ, ਬੀਬੀਆਂ ਦਾ ਕਤਲ ਹੋਇਆ, ਇੰਦਰਾ ਦਾ ਕਤਲ ਹੋਇਆ, ਸਿੱਖਾਂ ਦਾ ਕਤਲ ਹੋਇਆ, ਉਹ ਹੋਣਾ ਹੀ ਨਹੀਂ ਸੀ, ਫਿਰ ਕਿਵੇਂ ਬੀਜੇਪੀ ਆ ਜਾਂਦੀ? ਤੇ ਉਂਗਲਾਂ ਤਾਂ ਬੀਜੇਪੀ ਨੇ ਲਾਈਆਂ, ਤੁਸੀਂ ਤਾਂ ਗਵਾਹ ਹੋ ਉਹਨਾਂ ਸਾਰੀਆਂ ਚੀਜ਼ਾਂ ਦੇ। ਜੀ ਸੁਰਿੰਦਰ, ਹੈਲੋ। ਸੋ ਉਹ ਜਿਹੜੇ ਵਰਤਾਰੇ ਨੇ ਨਾ, ਅਸੀਂ ਉਹ ਸਮਝਦੇ ਨਹੀਂ। ਸਾਡੇ ਸਾਨੂੰ ਅੱਜ ਦੇ ਸੰਦਰਭ ਵੇਖਣੇ ਹੋਣਗੇ, ਮਨੁੱਖਤਾ ਕਿਸ ਪਾਸੇ ਨੂੰ ਜਾ ਰਹੀ ਹੈ ਉਹ ਵੇਖਣਾ ਹੋਏਗਾ। ਅੱਜ ਫਿਰ ਉਹੀ ਕੁਛ ਹੋ ਰਿਹਾ, ਕਿਸੇ ਦਾ ਸਮਾਗਮ ਹੋ ਗਿਆ, ਉੱਥੇ ਜਾ ਕੇ ਤੁਸੀਂ ਨਿੱਜੀ ਤੌਰ ਤੇ ਨਹੀਂ ਰੋਕ ਸਕਦੇ ਕਾਨੂੰਨ ਮੁਤਾਬਕ। ਜੇ ਤੁਹਾਨੂੰ ਸਭ ਕੁਛ ਕਰਨ ਦਾ ਅਧਿਕਾਰ ਹੈ ਤੇ ਉਹਨਾਂ ਨੂੰ ਵੀ ਕਰਨ ਦਾ ਅਧਿਕਾਰ ਹੈ। ਪਰ ਇਹ ਚੀਜ਼ ਬੀਜੇਪੀ ਨੂੰ ਰਾਸ ਆਉਂਦੀ ਹੈ, ਭਗਵੰਤ ਮਾਨ ਸਰਕਾਰ ਦੇ ਖਾਤਮੇ ਦਾ ਕਾਰਨ ਬਣਦੀ ਹੈ ਚੀਜ਼। ਖੈਰ, ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਨਸਲਵੇਨੀਆ ਵਾਲਿਆਂ ਨੇ, ਜਿਨ੍ਹਾਂ ਕੋਲੋਂ ਤੁਸੀਂ ਰੀਫਰ ਦੇ ਲੋਡ ਚੁੱਕ ਸਕਦੇ ਹੋ, ਲਰੀਡੋ ਟੈਕਸਿਸ ਤੋਂ ਜੌਨਸਟਾਊਨ ਪੈਨਸਲਵੇਨੀਆ ਦੇ ਤੇ ਲਰੀਡੋ ਟੈਕਸਿਸ ਤੋਂ ਲਵੇਨੀਆ ਮਿਸ਼ੀਗਨ ਦੇ, ਤੇ ਰੀਫਰ ਦੇ ਲੋਡ ਨੇ। ਤੁਸੀਂ ਸਾਈਨ ਅਪ ਕਰ ਦਿਓ ਤਾਂ ਤੁਹਾਡੀ ਸਹੂਲਤ ਵਾਸਤੇ ਤੁਹਾਡੇ ਲੋਡ ਦਾ ਸਮਾਂ ਸੈੱਟ ਕਰ ਦਿੰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ, ਤੇ 33 ਤੋਂ 54 ਡਿਗਰੀ ਦਰਮਿਆਨ ਇਹਨਾਂ ਦਾ ਟੈਂਪਰੇਚਰ ਹੁੰਦਾ ਲੋਡ ਦਾ, ਤੇ ਫਰੋਜ਼ਨ ਲੋਡ ਬਹੁਤ ਘੱਟ ਨੇ, ਤੇ ਇਸ ਤੋਂ ਇਲਾਵਾ ਤੁਹਾਡੀ ਰੀਫਰ ਲੈਣ 'ਚ ਵੀ ਇਮਦਾਦ ਕਰਦੇ ਨੇ, ਤੇ 10% ਕਮਿਸ਼ਨ ਚਾਰਜ ਕਰਦੇ ਨੇ, ਤੇ ਤੁਸੀਂ ਸੰਪਰਕ ਕਰਨਾ ਆਪਣਾ ਪ੍ਰਗਟ ਸਿੰਘ ਬੈਦਵਾਨ MD ਨੇ, ਉਹਨਾਂ ਦਾ ਸੈੱਲ ਫੋਨ ਹੈ 484-320-6600 484-320-6700 484-320-6700 ਤੇ ਸੈੱਲ ਫੋਨ ਹੈ ਉਹਨਾਂ ਦਾ 302-563-0080
320-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਤੇ ਇਸੇ ਦੌਰਾਨ ਵੈਬਸਾਈਟ ਹੈ goldenkeyaccess.com ਤੇ ਈਮੇਲ ਹੈ goldenkeyaccess@gmail.com ਤੇ ਆਪਣਾ ਸ਼ੇਰਗਿੱਲ ਸਾਹਿਬ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਹਾਂਜੀ ਬਾਈ ਜੀ ਮੈਂ ਤਾਂ ਇੱਕ ਗੱਲ ਕਹੂੰਗਾ ਬਈ ਜਿਹੜਾ ਨਾ ਤਾਂ ਕਾਮਰੇਡ ਹੋਣਾ ਮਾੜਾ ਨਾ ਹੀ ਸਿੱਖ ਹੋਣਾ ਮਾੜਾ ਮਤਲਬ ਦੋਨੇ ਆਪਦੀ ਆਪਦੀ ਥਾਂ ਤੇ ਸਹੀ ਹੈ ਜੇ ਅਸੂਲ ਮਾਰਿਆ ਤਾਂ ਇਹਨਾਂ ਨੂੰ ਉਹਨਾਂ ਨੇ ਲੋਕਾਂ ਨੇ ਜਿਨ੍ਹਾਂ ਨੇ 35-35 ਸਾਲ ਜਿਵੇਂ ਤੁਸੀਂ ਜ਼ਿਕਰ ਕੀਤਾ ਪਹਿਲਾਂ ਖੱਬੇ ਪੱਕੀ ਬੁੱਕਾਂ ਪੜਾਈਆਂ ਤੇ ਫਿਰ ਇਧਰ ਪਾਸੇ ਧਿਆਨ ਜਿਹਨੇ ਦੂਜਾ ਬਈ ਇੱਕ ਮਤਲਬ ਜਜਵੇ ਵਾਲਾ ਜਾਂ ਜਿਹਨੂੰ ਕਹਿ ਦਿੰਦੇ ਪੁਰਖ ਪਰਤਾ ਵਾਲਾ ਕੰਮ ਬਈ ਪ੍ਰਤੱਖ ਲਿਆਉਣਾ ਦੂਜਾ ਕਰਾਮਾਤੀ ਇਧਰੋਂ ਆ ਜਾਣੀ ਇਹ ਜੇ ਬਿਆਨ ਦੇਣੇ ਇਹਨਾਂ ਨੇ ਜਿਆਦਾ ਬੇੜਾ ਗਰਕ ਕੀਤਾ ਸਿੱਖ ਆਪਣੇ ਕੋਲ ਧਾਰਨਾ ਪਈਆਂ ਬਾਈ ਜੀ ਹਿੰਦੂ ਜਿਵੇਂ ਤੁਸੀਂ ਗਾਂਧੀ ਜੀ ਦਾ ਨਾਂ ਲਿਆ ਬਹੁਤ ਆ ਜਿਹੜੇ ਨਾਨ ਸਿੱਖ ਹੋ ਕੇ ਆਪਦੇ ਸਮਾਜ ਪ੍ਰਤੀ ਆਪਦੇ ਪਰਿਵਾਰ ਪ੍ਰਤੀ ਇਨਸਾਨੀਅਤ ਪ੍ਰਤੀ ਪੂਰਾ ਨਿਭੇ ਆ ਉਹਦੇ ਚ ਸਿੱਖ ਵੀ ਆ ਫਿਰ ਆਪਾਂ ਕਿਸੇ ਨੂੰ ਮਾੜਾ ਕਿਉਂ ਕਹੀਏ ਸਿੱਖਾਂ ਨੇ ਤਾਂ ਬਾਈ ਜੀ ਫਿਰ ਮਾੜੀ ਗੱਲ ਉਦੋਂ ਆ ਜਦੋਂ ਆਪਾਂ ਆਪਦੀਆਂ ਬੜਿਆਈਆਂ ਕਰਦੇ ਕਰਦੇ ਕਿਨਿਆਈਆਂ ਦੱਸਦੇ ਆ ਦੂਜੇ ਨੂੰ ਵਿੱਚ ਲਿਆਉਣੇ ਸਾਨੂੰ ਕੀ ਲੋੜ ਹੈ ਕਹਿਣ ਦੀ ਵੀ ਕਫਰਾਨੇ ਚ ਜੀ ਇਹ ਤਾਂ ਆਪਣੀ ਮੂਰਤੀ ਪੂਜਾ ਕਰਦੇ ਆ ਜੀ ਇਹ ਤਾਂ ਇਹਨਾਂ ਦੇ ਦੇਵੇ ਆ ਐ ਕਰਦੇ ਆਏ ਤੇ ਫਿਰ ਬਾਈ ਜੀ ਸਾਡੇ ਵੀ ਤਾਂ ਕਿੰਨੇ ਕੁ ਸ਼ਬਦ ਨਾਲ ਜੁੜੇ ਹੋਏ ਆ ਤੇ ਸਾਡੇ ਮੇਰੇ ਖਿਆਲ ਅੱਧੋ ਵੱਧ ਸਿੱਖ ਆ ਜਿਹੜੇ ਤਾਂ ਮਤਲਬ ਵੀ ਗੁਰੂ ਨਾਨਕ ਦੇਵ ਜੀ ਦੀਆਂ ਤੇ ਗੁਰੂਆਂ ਸਿੰਘ ਦੀਆਂ ਫੋਟੋ ਲਾਈਆਂ ਉਹਨਾਂ ਨੂੰ ਮੱਥਾ ਟੇਕਦੇ ਆ ਆਪਣੇ ਅੱਧੋ ਜਬ ਤੇ ਫਿਰ ਰੌਲਾ ਕਿੱਥੇ ਰਹਿ ਗਿਆ ਨਿੰਦ ਦੀ ਬਜਾਏ ਇਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ ਦੂਜਾ ਬਾਈ ਜੀ ਗੱਲ ਜਿਹੜੀ ਹੈ ਨਾ ਤੁਰੀ ਆ ਮੈਂ ਤੁਹਾਨੂੰ ਦੱਸਦਾ ਬੜੀ ਮੰਦਭਾਗੀ ਹੋਣੀ ਆ ਹੁਣ ਜਿਹੜੀ ਇੱਥੇ ਕੈਨੇਡਾ ਚ ਵੀ ਹੋ ਗਈ ਹੈ ਵੀ ਗਾਂਧੀ ਦੇ ਫੋਟੋ ਤੇ ਖਾਲਿਸਤਾਨ ਦਾ ਲਿਖਿਆ ਜਾਣਾ ਜਾਂ ਦੋ ਇੱਥੇ ਵੀ ਹੁਣ ਇਹ ਸਿਮਰਜੀਤ ਮਾਨ ਇਹਨਾਂ ਨੂੰ ਵਰਦਾਨ ਹੋਊਗਾ ਇਹ ਚਲੋ ਨਲੈਕੀਆਂ ਤਾਂ ਆਪਦੀਆਂ ਕਾਂਗਰਸ ਦੀਆਂ ਜਾਂ ਅਕਾਲੀਆਂ ਦੀਆਂ ਕਰਕੇ ਉਹ ਜਿੱਤ ਗਿਆ ਪਰ ਉਹਨਾਂ ਨੂੰ ਇਹ ਤੋਂ ਬਿਆਨ ਹੋ ਜਾਣੇ ਆ ਬਾਈ ਜੀ ਭਿੰਡਰਾਂ ਵਾਲੇ ਦੀ ਗੱਲ ਹੋਊ ਖਾਲਿਸਤਾਨ ਦੀ ਹੋਊ ਉਹਦੇ ਨਾਂ ਤੇ ਇਹਨਾਂ ਨੇ ਸਿੱਧ ਕਰਨਾ ਵੀ ਮਾਨ ਸਰਕਾਰ ਕਮਜ਼ੋਰ ਹੈ ਤੇ ਭਾਜਪਾ ਨੇ ਇਨਡਾਇਰੈਕਟਲੀ ਪੰਜਾਬ ਤੇ ਕਬਜ਼ਾ ਕਰਨਾ ਬਾਈ ਜਿਵੇਂ ਤੁਸੀਂ ਵੀ ਕਹਿੰਦੇ ਆ ਇਹ ਕਿਸੇ ਨਾਲ ਅਲਾਇੰਸ ਕਰਨ ਇਹ ਜਾਂ ਕਿਵੇਂ ਮਰਜ਼ੀ ਕਰਨ ਇਹ ਇਹਨਾਂ ਦਾ ਇਹੀ ਇਰਾਦਾ ਇਹ ਚਾਹੁੰਦੇ ਆ ਇਹਨਾਂ ਦਾ ਰਾਸ ਆ ਰਿਹਾ ਪੂਰਾ ਮਤਲਬ ਵੀ ਮਾਨ ਜਿੱਤੂਗਾ ਹੁਣ ਇਹਦੇ ਬਿਆਨ ਵੀ ਆਉਣਗੇ ਉਲਟੇ ਸੁਲਟੇ ਤੇ ਹੋਣਗੇ ਵੀ ਜਾਂ ਖਾਲਸਾ ਵਾਲੀਆਂ ਗੱਲਾਂ ਜਿਵੇਂ ਇੱਥੇ ਵੀ ਚੱਲਣੀਆਂ ਤੇ ਵਿਦੇਸ਼ਾਂ ਦੀ ਵੀ ਚੱਲਣੀ ਹੈ ਬਦਨਾਮ ਦੋਨੋਂ ਇਹਨਾਂ ਨੇ ਚਾਰੇ ਪਾਸੇ ਹੋ ਜਾਣਾ ਤੇ ਇਹਨਾਂ ਨੂੰ ਮੌਕਾ ਮਿਲ ਜੂਗਾ ਬਾਈ ਸੀ ਬਸ ਬਾਈ ਜੀ ਇੰਨਾ ਕਹੂੰਗਾ ਸਾਡੇ ਲੋਕ ਥੈਂਕ ਯੂ ਸ਼ੇਰਗਿੱਲ ਸਾਹਿਬ ਥੈਂਕ ਯੂ ਮਿਹਰਬਾਨੀ ਨਹੀਂ ਬਿਲਕੁਲ ਦੇਖੋ ਪਹਿਲਾਂ ਅਸੀਂ ਕੀ ਖੱਟਿਆ ਉਹ ਸਮਝ ਕੇ ਸਾਨੂੰ ਚੱਲਣਾ ਚਾਹੀਦਾ 18 ਨੰਬਰ ਸਵਾਗਤ ਹੈ ਜੀ ਵੈਲਕਮ ਸਤਿ ਸ੍ਰੀ ਅਕਾਲ ਟਮਾਣਾ ਜੀ ਜੀ ਕੁਲਦੀਪ ਸਿੰਘ ਮੋਗਾ ਤੋਂ ਟਮਾਣਾ ਜੀ ਮੈਂ ਦੋ ਵਿਸ਼ਿਆਂ ਤੇ ਗੱਲ ਕਰੂੰਗਾ ਇੱਕ ਤਾਂ ਚਲੋ ਅਸੀਂ ਹਰ ਰੋਜ਼ ਗੱਲ ਕਰਦੇ ਹਾਂ ਵੀ ਸਿੱਖ ਧਰਮ ਬਾਰੇ ਅਸੀਂ ਸਿੱਖ ਹੈਗੇ ਆ ਤੁਸੀਂ ਸਿੱਖ ਕਿੱਥੇ ਹੈਗੇ ਸਿੱਖ ਕੀ ਸਿੱਖੀ ਕੀ ਹੈ ਦੇਖੋ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੇ ਸਿੱਖ ਕੌਮ ਲਈ ਉਹਨਾਂ ਨੂੰ ਤਾਂ ਅਸੀਂ ਸਿੱਖ ਹੀ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਮੀਏ ਕਹਿੰਦੇ ਹਾਂ ਔਰ ਜਿਹੜਾ ਇਤਿਹਾਸ ਹੈਗਾ ਇਤਿਹਾਸ ਉਹਨਾਂ ਬਾਰੇ ਲਿਖਿਆ ਹੀ ਨਹੀਂ ਗਿਆ ਔਰ ਜੋ ਲਿਖਿਆ ਵੀ ਗਿਆ ਉਹ ਇਹੋ ਜਿਹਾ ਇਤਿਹਾਸ ਹੈ ਜਿਹੜੇ ਗਦਾਰ ਹੈਗੇ ਉਹਨਾਂ ਦੇ ਨਾਮਾਂ ਤੇ ਤਾਂ ਮੇਲੇ ਲੱਗਦੇ ਹੈਗੇ ਆ ਤੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸਿੱਖ ਕੌਮ ਲਈ ਅਸੀਂ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੜਨ ਨਹੀਂ ਦਿੰਦੇ ਸਿੱਖੀ ਕੀ ਹੈਗੀ ਹੈ ਸਿਰਫ ਬਾਣਾ ਪਾਉਣ ਨਾਲ ਸਿੱਖ ਬਣ ਜਾਂਦੇ ਨੇ ਸਿੱਖ ਸਿੱਖ ਕਹਿਣ ਨਾਲ ਸਿੱਖ ਬਣ ਜਾਂਦਾ ਸਿੱਖੀ ਕੀ ਹੈ ਸਿੱਖੀ ਜਿੰਨਾ ਟਾਈਮ ਅਸੀਂ ਬਾਣੀ ਜੀ ਨੂੰ ਮੰਨਦੇ ਕਿ ਅਸੀਂ ਸਿੱਖ ਕਿੱਦਾਂ ਹੋਵੇ ਜੀ ਸਿੱਖ ਦੀ ਤਾਂ ਪਰਿਭਾਸ਼ਾ ਹਜੇ ਤੱਕ ਅਸੀਂ ਸਮਝ ਨਹੀਂ ਆਈ ਜੀ ਲੋਕਾਂ ਨੂੰ ਸਿੱਖ ਪਰਿਭਾਸ਼ਾ ਜੀ ਅਸੀਂ ਲੰਗਰ ਲਾਉਣ ਨੂੰ ਜਾਂ ਇਹੋ ਜਿਹੀਆਂ ਚੀਜ਼ਾਂ ਨੂੰ ਕਹਿ ਦਿੰਦੇ ਅਸੀਂ ਬੜੇ ਮਹਾਨ ਬਣਦੇ ਹਾਂ ਪਰ ਜਿਹੜੇ ਆਸੇ ਪਾਸੇ ਸਾਡੇ ਬੈਠੇ ਅਸੀਂ ਉਹਨਾਂ ਨੂੰ ਕਦੇ ਇਲਾਜ ਪੱਖੋਂ ਵੀ ਮਰ ਰਹੇ ਅਸੀਂ ਉਹਨਾਂ ਨੂੰ 10 ਰੁਪਏ ਨੀ ਦੇ ਰਹੇ ਜੀ ਦੂਜਾ ਜਿਸ ਤਰ੍ਹਾਂ ਰਾਖਵਾਂਕਰਨ ਹੈਗਾ ਉਹਦੇ ਤੇ ਵੀ ਕਾਫੀ ਰੌਲਾ ਪੈਂਦਾ ਰਹਿੰਦਾ ਜੀ ਰਾਖਵਾਂਕਰਨ ਇਹ ਬੰਦ ਹੋਣਾ ਚਾਹੀਦਾ ਸਰਕਾਰ ਨੇ ਵੀ ਥੋੜੇ ਦਿਨ ਪਹਿਲਾਂ ਜਿਹੜਾ ਸੀਗਾ ਇਹਦੇ ਤੇ ਬਿਆਨ ਦਿੱਤਾ ਸੀਗਾ ਉਹ ਕੱਲ ਵਾਪਸ ਲੈ ਲਿਆ ਵੀ ਸਰਕਾਰਾਂ ਦੀ ਨੀਤੀ ਵੀ ਕੁਛ ਇਹੋ ਜਿਹੀ ਹੈਗੀ ਹੈ ਜੇ ਸਾਰਾ ਕੁਛ ਆਰਥਿਕਤਾ ਤੇ ਹੋਣਾ ਹੀ ਚਾਹੀਦਾ ਜਿੰਨੀ ਵੀ ਵੰਡ ਆਰਥਿਕਤਾ ਤੇ ਇਹਦੀ ਹੋਣੀ ਚਾਹੀਦੀ ਹੈ ਆਰਥਿਕ ਆਧਾਰ ਤੇ ਜਿਹੜੇ ਬਿਜਲੀ ਦੇ ਬਿੱਲ ਜਿਸ ਤਰ੍ਹਾਂ ਮੋਟਰਾਂ ਦੇ ਕੀ ਇਹਦੇ ਵਿੱਚ ਵੀ ਆਰਥਿਕਤਾ ਹੈਗੀ ਹੈ ਜਾਂ ਸਬਸਿਡੀਆਂ ਜਾਂ ਮੁਆਵਜ਼ੇ ਆਰਥਿਕਤਾ ਦੇ ਆਧਾਰ ਤੇ ਕਿਉਂ ਨੀ ਮਿਲਦੇ ਸਿਰਫ ਸਾਨੂੰ ਨੌਕਰੀਆਂ ਵਿੱਚ ਹੀ ਤਾਂ ਸਾਨੂੰ ਆਰਥਿਕਤਾ ਦਿੰਦੀ ਹੈ ਬਾਕੀ ਜਿਹੜੀ ਹੈਗੀ ਹੈ ਬਾਕੀਆਂ ਦੇ ਵਿੱਚ ਕਿਉਂ ਨੀ ਦਿਸਦੀ ਇਹ ਹੈ ਵੀ ਜਿਹੜਾ ਸਿੱਖ ਧਰਮ ਜਿਹੜਾ ਹੈਗਾ ਅਸੀਂ ਸਮਝ ਨੀ ਪਾਏ ਵੀ ਸਿੱਖ ਹੈਗੀ ਹੈ ਤੇ ਮੈਂ ਤੁਹਾਨੂੰ ਵੀ ਇੱਕ ਬੇਨਤੀ ਕਰੂੰਗਾ ਕਿ ਚਲੋ ਆਪਣੇ ਆਸ ਪਾਸੇ ਵੀ ਅਸੀਂ ਵੀ ਗੁਰੂ ਨੂੰ ਮੰਨਣ ਵਾਲੇ ਹੈ ਜਾਂ ਗੁਰਦੁਆਰੇ ਹੈਗੇ ਹੈ ਤੇ ਅਸੀਂ ਇੱਕ ਉਪਰਾਲਾ ਕਰੀਏ ਜਿੰਨੇ ਵੀਰ ਵੀ ਸੁਣਦੇ ਆ ਚੈਨਲ ਦੇ ਉੱਪਰ ਵੀ ਕਿਉਂ ਨਾ ਅਸੀਂ ਜਿਹੜੇ ਜਾਤ ਪਾਤ ਦੇ ਪਾੜੇ ਹੈਗੇ ਆ ਤੇ ਕੋਸ਼ਿਸ਼ ਕਰਕੇ ਅਸੀਂ ਦੇਖੀਏ ਜੇ ਖਤਮ ਕੀਤੇ ਜਾਣ ਸਭ ਨੂੰ ਮਾਣ ਸਤਿਕਾਰ ਮਿਲੇ ਜੀ ਥੈਂਕ ਯੂ ਕੁਲਦੀਪ ਸਿੰਘ ਜੀ ਬਹੁਤ ਵਧੀਆ ਵਿਚਾਰ ਨੇ ਦੇਖੋ ਤਸਵੀਰਾਂ ਨੇ ਇਹਨਾਂ ਨੂੰ ਲੈ ਕੇ ਵਿਵਾਦ ਨੇ ਵੱਧ ਰਹੇ ਨੇ ਇਸ ਦੌਰਾਨ ਤੁਸੀਂ ਵੇਖੋ ਕਿ ਮੋਗਾ ਦੇ ਖੋਸਾ ਜਲਾਲ ਸੜਕ ਤੇ ਏ ਵੀ ਐਗਰੋ ਸੇਲਜ਼ ਸ਼ੈਲਰ ਹੈ
ਉਹਦੇ ਖਾਲੀ ਬੋਰੀਆਂ ਆਈਆਂ ਸੀ ਚੌਲ ਭਰਨ ਵਾਸਤੇ, ਉਹਨਾਂ ਬੋਰੀਆਂ ਤੇ ਸੋਨੀਪਤ ਦੀ ਕੋਈ ਕੰਪਨੀ ਹੈ ਉਹਨਾਂ ਨੇ ਖਾਲੀ ਥੈਲੇ ਬਣਾਏ ਨੇ, ਉਹਨਾਂ ਥੈਲਿਆਂ ਤੇ ਦਰਬਾਰ ਸਾਹਿਬ ਦੀ ਫੋਟੋਸ਼ਾਪ ਦਿੱਤੀ। ਸਤਿਕਾਰ ਕਮੇਟੀ ਵਾਲਿਆਂ ਨੇ ਉਹਦਾ ਵਿਰੋਧ ਕੀਤਾ ਤੇ ਇਸ ਤੋਂ ਬਾਅਦ ਜਿਹੜਾ ਪੁਲਿਸ ਨੇ ਉਹ ਭਰੇ ਹੋਏ ਚੌਲ ਬੋਰੀਆਂ ਚੋਂ ਖਾਲੀ ਕਰਾਏ ਤੇ ਸ਼ੈਲਰ ਮਾਲਕ ਅਵਿਨਾਸ਼ ਕੁਮਾਰ ਤੇ ਵਿਕਾਸ ਕੁਮਾਰ ਨਿਵਾਸੀ ਜਵਾਹਰ ਨਗਰ ਮੋਗਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਤੇ ਜਿਨ੍ਹਾਂ ਬੋਰੀਆਂ ਤੇ ਇਹ ਚੌਲ ਭਰਿਆ ਹੋਇਆ ਉਹਨਾਂ ਬੋਰੀਆਂ ਨੂੰ ਖਾਲੀ ਕਰਵਾ ਗਿਆ ਤੇ ਇਸ ਦੌਰਾਨ ਹਰਿਮੰਦਰ ਸਾਹਿਬ ਦੀ ਫੋਟੋ ਵਾਲੀਆਂ 60,000 ਬੋਰੀਆਂ ਪੁਲਿਸ ਨੇ ਕਬਜ਼ੇ ਦੇ ਵਿਚ ਲੈ ਲਈਆਂ ਤੇ ਦੋਸ਼ੀ ਪਿਓ ਪੁੱਤਰਾਂ ਦੇ ਖਿਲਾਫ਼ ਅਦਾਲਤ ਵਿਚ ਕੇਸ ਕੀਤਾ ਗਿਆ। ਹਾਲਾਂਕਿ ਇਹ ਸ਼ੈਲਰ ਮਾਲਕ ਸੀ, ਬੋਰੀਆਂ ਇਹਨਾਂ ਨੇ ਮੰਗਵਾਈਆਂ ਸੋਨੀਪਤ ਤੋਂ, ਇਹ ਜਾਂ ਤਾਂ ਜਾਣ ਬੁੱਝ ਕੇ ਜਾਂ ਕਿਸ ਰੂਪ ਦੇ ਵਿਚ ਜਾਣ ਜਾਣਤਾ ਦੇ ਵਿਚ ਪਰੇ ਨਹੀਂ ਹੋਣਾ ਚਾਹੀਦੀਆਂ ਇਹ ਚੀਜ਼ਾਂ। ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਦਰਬਾਰ ਸਾਹਿਬ ਦੀ ਤਸਵੀਰ ਛਾਪੀ ਸੀ, ਨਾਲ ਝਾੜੂ ਸਾਹਿਬ ਦਿੱਤਾ ਸੀ, ਵਿਵਾਦ ਉਸ ਤੇ ਵੀ ਹੋਇਆ ਤੇ ਇਸ ਕਰਕੇ ਇਹ ਜਿਹੜੀਆਂ ਸਿਲਸਿਲਾ ਉਹ ਰੁਕ ਨਹੀਂ ਰਿਹਾ। ਸਰਕਾਰ ਇੱਕ MLA ਕੱਲ੍ਹ ਦਾਅਵੇ ਕਰੀ ਜਾਂਦਾ ਸੀ ਕਿ ਅਸੀਂ ਤਾਂ ਜੀ ਪੁਲਿਸ ਨੂੰ ਵੀ ਨਸ਼ਾ ਨਹੀਂ ਲੱਭਦਾ। ਆ ਲੱਭ ਲਓ ਭਾਈ, ਸ਼ਹੀਦ ਭਗਤ ਸਿੰਘ ਨਵਾਂਸ਼ਹਿਰ ਨਗਰ ਤੋਂ ਔਰਤਾਂ ਦੋ ਮਹਿਲਾ ਸੀਗੀਆਂ ਜਿਹੜੀਆਂ ਉਹ ਸ਼੍ਰੀਨਗਰ ਤੋਂ ਕਾਰ 'ਚ ਆ ਰਹੀਆਂ ਸੀ ਤੇ ਉਹਨਾਂ ਕੋਲੋਂ ਵੀ ਹੈਰੋਇਨ ਫੜੇਗੀ। ਦੋ ਮਹਿਲਾਵਾਂ ਸਮੇਤ 3 ਲੋਕ ਫੜੇ ਗਏ ਨੇ, 1 ਕਿਲੋ ਹੈਰੋਇਨ ਤੇ 3 ਕਿਲੋ ਚੂਰਾ ਪੋਸਤ ਉਹਨਾਂ ਕੋਲੋਂ ਫੜਿਆ ਗਿਆ। ਇਹ ਗੜਸ਼ੰਕਰ ਹੁਸ਼ਿਆਰਪੁਰ ਦਾ ਹਰਜਿੰਦਰ ਸਿੰਘ ਇਹਨਾਂ ਨੂੰ ਚਲਾ ਰਿਹਾ ਸੀ ਤੇ ਇਹ ਜਿਹੜੀਆਂ ਮਹਿਲਾ ਤਸਕਰ ਸੀ ਟੈਕਸੀ ਕਿਰਾਏ ਤੇ ਲੈ ਕੇ ਸ਼੍ਰੀਨਗਰ ਪੰਜਾਬ ਜਾਂਦੀਆਂ ਸੀ, ਸ਼੍ਰੀਨਗਰ ਤੋਂ ਇਹ ਲਿਆ ਕੇ ਪੰਜਾਬ ਦੇ ਵਿਚ ਹੈਰੋਇਨ ਤੇ ਭੁੱਕੀ ਵੇਚਦੀਆਂ ਸਨ। ਇਸ ਸਬੰਧੀ ਹਰਜਿੰਦਰ ਸਿੰਘ ਚਲਾ ਰਿਹਾ ਸੀ ਤੇ ਸੇਲਕੀਆਣਾ ਜਲੰਧਰ ਦੀ ਸਰਬਜੀਤ ਕੌਰ ਤੇ ਕੁਲਜਿੰਦਰ ਕੌਰ ਸ੍ਰੀਨਗਰ ਤੋਂ ਆ ਰਹੀਆਂ ਸਨ ਤੇ ਉਥੋਂ 1 ਕਿਲੋ ਹੈਰੋਇਨ ਤੇ ਭੁੱਕੀ ਲੈ ਕੇ ਆ ਰਹੀਆਂ ਸਨ ਤੇ ਇਹਨਾਂ ਦੇ ਕੋਲੋਂ ਕੁਲਜਿੰਦਰ ਕੌਰ ਕੋਲੋਂ 600 ਗ੍ਰਾਮ ਤੇ ਸਰਬਜੀਤ ਕੋਲੋਂ 400 ਗ੍ਰਾਮ ਹੈਰੋਇਨ ਜੋ ਇਹਨਾਂ ਨੇ ਪਰਸਾਂ 'ਚ ਪਾ ਰੱਖੀ ਸੀ ਤੇ 3 ਕਿਲੋ ਭੁੱਕੀ ਇਹਨਾਂ ਕੋਲੋਂ ਫੜੀ ਗਈ ਜੋ ਡਰਾਈਵਰ ਨੇ ਆਪਣੀ ਸੀਟ ਥੱਲੇ ਰੱਖੀ ਹੋਈ ਸੀ। ਇਹ 3200 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਵੇਚਦੀਆਂ ਸੀ ਕਿ ਇਹ ਜਿਹੜੀ ਸ੍ਰੀਨਗਰ ਤੋਂ 1800 ਰੁਪਏ ਪ੍ਰਤੀ ਗ੍ਰਾਮ ਜਾਣੀ 1 ਗ੍ਰਾਮ 1800 ਦੀ ਲਿਆਉਂਦੀਆਂ ਸੀ ਤੇ ਇੱਥੇ ਨਵਾਂਸ਼ਹਿਰ ਫਲੋਰ ਜਲੰਧਰ ਦੇ ਵਿੱਚ ਛੋਟੀ ਇੰਸਟਾਲਮੈਂਟ ਦੇ ਰੂਪ ਦੇ ਵਿੱਚ 3200 ਰੁਪਇਆ ਪ੍ਰਤੀ ਗ੍ਰਾਮ ਜਾਣੀ ਕਿ 1 ਗ੍ਰਾਮ 3200 ਦਾ ਵੇਚਦੀਆਂ ਸੀ 1800 ਦਾ ਲਿਆ ਕੇ। 3-4 ਵਾਰ ਇਹਨਾਂ ਨੇ ਪਹਿਲਾਂ ਵੀ ਗੇੜੇ ਲਾਏ ਨੇ। ਤੁਸੀਂ ਬੰਦੇ ਛੱਡੋ, ਬੀਬੀਆਂ ਵੀ ਤਸਕਰੀ 'ਚ ਆ ਗਈਆਂ ਨੇ, ਹਾਲਾਂਕਿ ਇਹ ਇੱਕੜ ਦੁੱਕੜ ਨੇ। ਹੁਣ ਭਗਵੰਤ ਕਹਿੰਦਾ, ਪਹਿਲਾਂ ਕੈਪਟਨ ਕਹਿੰਦਾ ਮੈਂ ਨਸ਼ੇ ਦਾ ਲੱਕ ਤੋੜ ਦਿੱਤਾ। ਜਿੰਨੀ ਦੇਰ ਸਾਡੇ ਕਿਰਦਾਰ ਨਹੀਂ, ਹੁਣ ਇਸ ਕੁਲਜਿੰਦਰ ਤੇ ਹਰਜਿੰਦਰ ਨੂੰ ਪੁੱਛੇ ਸਰਬਜੀਤ ਨੂੰ ਕਿ ਮਾੜੀ ਮੋਟੀ ਤੇ ਸ਼ਰਮ ਕਰੋ, ਸਿੱਖਾਂ ਵਾਲੇ ਤੁਹਾਡੇ ਨਾਂ ਨੇ ਤੇ ਕਰਤੂਤਾਂ ਤੁਸੀਂ ਕੀ ਕਰਦੇ ਹੋ? ਕਿਸੇ ਦਾ ਘਰ ਪੱਟ ਕੇ 1600 ਨੂੰ ਲਿਆ ਕੇ 3200 ਨੂੰ 1800 ਨੂੰ ਲਿਆ ਕੇ 3200 ਨੂੰ ਤੁਸੀਂ 1 ਗ੍ਰਾਮ ਵੇਚਦੇ ਹੋ? ਹਿਸਾਬ ਲਾ ਲਓ, 1 ਗ੍ਰਾਮ ਕਿੰਨੀ ਕੁ ਹੁੰਦੀ ਹੈ 1 ਗ੍ਰਾਮ? ਤੇ ਉਹ ਬੇੜਾ ਗਰਕ ਕਰਨਗੇ। ਸੋ ਇਸ ਸਿਲਸਿਲੇ ਨੂੰ ਲੈ ਕੇ ਅਸੀਂ ਸਮਝਣਾ ਨਹੀਂ ਹੈ। ਜਿੰਨੀ ਦੇਰ ਕਰਦਾਰ ਨਹੀਂ ਹੈ ਬਾਈ ਜੀ, ਉਨੀ ਦੇਰ ਕੁਛ ਨਹੀਂ ਹੋਣ ਵਾਲਾ, ਤੁਸੀਂ ਲੱਖ ਸਰਦਾਰ ਬਣੇ ਰਹੋ। ਤੇ ਉਧਰ 2500 ਲੀਟਰ ਐਕਸਪਾਇਰੀ ਡੇਟ ਦਾ ਕੀਟਨਾਸ਼ਕ ਫੜਿਆ ਗਿਆ ਕਰੜਾ ਕੈਮੀਕਲ ਪ੍ਰਾਈਵੇਟ ਲਿਮਿਟਡ ਦੇ ਗੋਦਾਮਾਂ ਦੇ ਵਿੱਚ ਖੇਤੀਬਾੜੀ ਵਿਭਾਗ ਨੇ ਰੇਡ ਕੀਤੀ ਹੈ, ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਡਟੇ ਹੋਏ ਨੇ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ, ਤੇ ਉਹਨਾਂ ਨੇ ਇਹ ਜਿਹੜਾ ਪਰਫਾਰਮੈਂਸ ਦਿਖਾਈ ਹੈ ਜਿਸ ਅਧੀਨ 2500 ਲੀਟਰ ਐਕਸਪਾਇਰ ਡੇਟ ਦਾ ਪੈਸਟੀਸਾਈਡ ਫੜਿਆ ਗਿਆ। ਤੇ ਸੁਰਿੰਦਰ ਬਾਈ ਜੀ, ਆਖਰੀ ਖਬਰਾਂ ਵੱਲ ਨੂੰ ਵਧਾਂਗੇ ਤੇ ਆਖਰ SGPC ਨੇ ਸ਼ਿਕਾਇਤ ਅਕਾਲ ਤਖ਼ਤ ਤੇ ਕਰ ਦਿੱਤੀ ਹੈ ਕਿ ਜਿਹੜੀ ਭਗਵੰਤ ਮਾਨ ਦੇ ਘਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਂਦੇ ਗਏ, ਗੱਡੀ ਲਿਆਂਦੀ ਗਈ, ਉਹਦੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ, ਉਹਨਾਂ ਦੀ ਗੱਡੀ ਦੀ ਅਗਰ ਜਾਂਚ ਕੀਤੀ ਜਾਂਦੀ ਹੈ, ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਜਾਂਦੀ ਹੈ, ਉਹ ਮੁੱਦਾ ਆਖਰ ਪੰਥਕ ਧਿਰਾਂ ਨੇ ਚੁੱਕ ਲਿਆ, ਕਾਰਜਕਾਰੀ ਜਥੇਦਾਰ ਸਾਹਿਬ ਕੋਲ ਆ ਹੀ ਗਿਆ ਮਸਲਾ ਇਹ। ਜੀ ਸੁਰਿੰਦਰ। ਹੈਲੋ ਸੁਰਿੰਦਰ ਜੀ, ਸੁਰਿੰਦਰ ਜੀ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ ਹਾਂਜੀ ਹਾਂਜੀ, ਗੱਲ ਕਰੋ। ਮੇਰੀ ਆਵਾਜ਼ ਨਹੀਂ ਤੁਹਾਨੂੰ ਸੁਣ ਰਹੀ, ਤੁਹਾਡੀ ਆ ਰਹੀ ਸੀ। ਮੈਂ ਕਿਹਾ ਜਿਹੜਾ SGPC ਨੇ ਮਸਲਾ ਚੁੱਕਿਆ ਕਿ ਮੁੱਖ ਮੰਤਰੀ ਦੇ ਘਰੇ ਜਿਹੜਾ ਦਰਬਾਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਗੱਡੀ ਆਈ ਸੀ, ਉਹਦੀ ਜਾਂਚ ਅਕਾਲ ਤਖ਼ਤ ਤੇ ਪਹੁੰਚ ਗਈ ਹੈ, ਕੀ ਵੇਖਦੇ ਹੋ ਜੀ? ਠੀਕ ਹੈ, SGPC ਦੀ ਜਾਗ ਅੱਜ ਖੁੱਲੀ ਆ। ਆਪਾਂ ਤਾਂ ਉਦਣ ਕਹਿ ਦਿੱਤਾ ਸੀ ਕਿ ਵਿਵਾਦ ਦਾ ਵਿਸ਼ਾ ਬਣੇਗਾ, ਕਿਉਂਕਿ ਮਰਿਆਦਾ ਨਾਲ ਸੰਬੰਧਿਤ ਆ। ਚਾਹੀਦਾ ਤੇ ਇਹ ਸੀਗਾ, ਆਪਾਂ ਉਸ ਦਿਨ ਵੀ ਇਹ ਗੱਲ ਕੀਤੀ ਸੀ, ਚਾਹੀਦਾ ਤੇ ਇਹ ਸੀ ਕਿ ਮੁੱਖ ਮੰਤਰੀ ਦੀ ਜਿਹੜੀ ਸਿਕਿਉਰਿਟੀ ਸੀ, ਉਹ ਕੋਈ ਸਮਝਦਾਰ ਵਿਅਕਤੀ ਹੁੰਦਾ, ਜਿਹੜਾ ਜਦੋਂ ਗੁਰਦੁਆਰਾ ਸਾਹਿਬ ਤੋਂ ਇਹ ਪਾਲਕੀ ਲੈ ਕੇ ਚੱਲਣਾ ਸੀ, ਜਾਂਚ ਉੱਥੇ ਕਰ ਲੈਂਦੇ ਤੇ ਇੱਥੇ ਆ ਕੇ ਪਾਲਕੀ ਨਾ ਰੁਕਦੀ, ਸਿੱਧੀ ਅੰਦਰ ਚਲੀ ਜਾਂਦੀ। ਪਰ ਹੁਣ ਵਿਵਾਦ ਦਾ ਵਿਸ਼ਾ ਬਣਾ ਲਿਆ,
अकाली दल नूं भी मुद्दा चाहीदा सी, IGPC नूं मोहरे करके उन्होंने मुद्दा बना लिया वा, हुण ते मुद्दा बनूंगा ते किरकरी ते सरकार दी होएगी होएगी। जे को सरकार कुंडे लैण लगदी आ ते जां अकाली दल नूं विंगी टेढ़ी कोई सहनी पै सकदी आ, उहनां दा समां जिहड़ा ਉਹ ਤੈਅ ਕਰੂਗਾ। ਪਰ ਕੁੱਲ ਮਿਲਾ ਕੇ ਗੱਲ ਇਹ ਆ, ਮਰਿਆਦਾ ਦਾ ਉਲੰਘਣ ਤਾਂ ਹੋਇਆ, ਇਹ ਗੱਲ ਮੰਨਣੀ ਪੈਗੀ। ਪਰ IGPC ਇੰਨੀ ਦੇਰ ਬਾਅਦ ਕਿਉਂ ਜਾਗੀ, ਉਦਣ ਦੀ ਕਿਉਂ ਸੁੱਤੀ ਪਈ ਸੀ, ਸਵਾਲ ਇਹ ਵੀ ਖੜਾ ਹੋਏਗਾ। ਸੋ ਸੁਰਿੰਦਰ ਬਾਈ ਜੀ ਲਈਏ ਫਿਰ ਆ ਗਿਆ। ਹੈਲੋ ਸੁਰਿੰਦਰ ਜੀ, ਧੰਨਵਾਦ, ਸ਼ਾਮੀ ਹੁੰਦੀ ਹੈ ਮੁਲਾਕਾਤ ਫਿਰ। ਸਤਿ ਸ਼੍ਰੀ ਅਕਾਲ। ਮਿਹਰਬਾਨੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਐਡਵੋਕੇਟ ਸੁਰਿੰਦਰ ਸਿੰਘ ਜੁੜੇ ਸਨ। ਸੋ ਜਾਲੀ ਪਣਾ ਇੰਨਾ ਹੈ ਕਿ ਚੰਡੀਗੜ੍ਹ ਦੇ ਵਿੱਚ ਫਰਜ਼ੀ ਸਿਕਿਉਰਿਟੀ ਪਲੇਟਾਂ ਲੱਗ ਰਹੀਆਂ ਨੇ। 3 ਸਾਲਾਂ 'ਚ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ 72,000 ਪਲੇਟਾਂ ਲੱਗ ਚੁੱਕੀਆਂ ਨੇ। ਚਲਾਣ ਤੋਂ ਬਚਣ ਦੇ ਵਾਸਤੇ ਲੋਕ ਜਿਹੜੀਆਂ ਨਜਾਇਜ਼ ਹਾਈ ਸਿਕਿਉਰਿਟੀ ਪਲੇਟ ਲਵਾਉਂਦੇ ਨੇ। ਵੈਸੇ 700-800 ਰੁਪਏ ਦਾ ਖਰਚਾ ਕਾਰ ਵਗੈਰਾ ਦਾ, ਜੁਰਮਾਨਾ ਇਹਦਾ ਪਹਿਲੀ ਵਾਰੀ 2-ਵੀਲਰ ਦਾ 3,000 ਰੁਪਇਆ, 4-ਵੀਲਰ ਦਾ 5,000 ਹੈ। ਦੂਜੀ ਵਾਰੀ ਜੁਰਮਾਨਾ 10,000 ਹੈ 4-ਵੀਲਰ ਦਾ, ਅਤੇ 2-ਵੀਲਰ ਦਾ 6,000 ਜੁਰਮਾਨਾ। ਅਗਰ ਤੁਹਾਡੇ ਕੋਲ ਇਹ ਹਾਈ ਸਿਕਿਉਰਿਟੀ ਪਲੇਟ, ਕਿਉਂਕਿ ਲੋਕ ਆਪਣੇ ਹਿਸਾਬ ਨਾਲ ਜਿਹੜੇ ਅੱਗੇ ਪਲੇਟਾਂ ਲਵਾਉਂਦੇ ਹੁੰਦੇ ਸੀ ਫੈਂਸੀ ਜਾਮ, ਉਹ ਨਹੀਂ, ਹੁਣ ਗੌਰਮੈਂਟ ਤੋਂ ਮਨਜ਼ੂਰ ਸ਼ੁਦਾ ਪਲੇਟ ਲਵਾਉਣੀ ਹੁੰਦੀ ਹੈ। ਅਤੇ ਇਸ ਦੌਰਾਨ ਇੱਥੇ ਵੱਡੇ ਤਾਦਾਦ 'ਚ ਚੰਡੀਗੜ੍ਹ 'ਚ ਜਾਲੀ ਪਲੇਟਾਂ ਲੱਗ ਰਹੀਆਂ ਨੇ, ਕਿਉਂਕਿ ਲੋਕ ਆਉਂਦੇ ਨੇ ਅਤੇ ਜਦੋਂ ਦੇਖਿਆ ਚੰਡੀਗੜ੍ਹ ਚਲਾਣ ਹੋ ਰਹੇ ਨੇ ਅਤੇ ਫਿਰ ਜਾਲੀ ਪਲੇਟਾਂ ਲਾ ਲੈਂਦੇ ਨੇ। ਅਤੇ ਪਤਾ ਚੱਲਿਆ ਕਿ ਦਿੱਲੀ ਹਰਿਆਣਾ ਅਤੇ ਚੰਡੀਗੜ੍ਹ 'ਚ ਪਿਛਲੇ 3 ਸਾਲਾਂ ਦੇ ਦੌਰਾਨ 72,000 ਦੇ ਕਰੀਬ ਜਾਲੀ ਪਲੇਟਾਂ ਲੱਗੀਆਂ ਨੇ। ਇਸ ਸਬੰਧੀ RTA ਬੇਖਬਰ ਹੈ, RTO ਆਫਿਸ। ਅਤੇ ਇਹ ਫਰਜ਼ੀ ਪਲੇਟ ਪਲਾਸਟਿਕ ਦੀ ਹੈ ਅਤੇ ਅਸਲੀ ਪਲੇਟ ਮੈਟਲ ਦੀ ਬਣੀ ਹੁੰਦੀ ਹੈ। ਫਰਜ਼ੀ ਪਲੇਟ 'ਤੇ ਹੋਲੋਗ੍ਰਾਮ ਸਟਿੱਕਰ 'ਤੇ ਅੰਦਰ ਇੰਡੀਆ ਨਹੀਂ ਲਿਖਿਆ ਹੁੰਦਾ, ਜਦੋਂ ਕਿ ਅਸਲੀ 'ਤੇ ਇੰਡੀਆ ਪੜ੍ਹਿਆ ਜਾ ਸਕਦਾ ਹੈ। ਫਰਜ਼ੀ ਪਲੇਟ ਦੇ ਉੱਤੇ ਛਪੇ ਹੋਏ ਨੰਬਰਾਂ 'ਤੇ ਕਾਲੀ ਸਟਿੱਕਰ ਟੇਪ ਹੁੰਦੀ ਹੈ, ਜਦੋਂ ਕਿ ਅਸਲੀ ਟੇਪ ਨਹੀਂ ਬਲਕਿ ਇੰਡੀਆ ਲਿਖਿਆ ਇਮਬ੍ਰਾਂਡ ਹੁੰਦਾ। ਫਰਜ਼ੀ ਪਲੇਟ ਦੇ ਵਿੱਚ ਸਕਰਿਊ ਲੱਗੇ ਹੁੰਦੇ ਨੇ, ਜਦੋਂ ਕਿ ਅਸਲੀ ਪਲੇਟ ਦੇ ਵਿੱਚ ਸਕਰਿਊ ਮਸ਼ੀਨ ਨਾਲ ਲੱਗੇ ਹੁੰਦੇ ਨੇ। ਹਾਲਾਂਕਿ ਇਹ ਪਲੇਟ ਬਹੁਤ ਜ਼ਰੂਰੀ ਹੈ, ਪੰਜਾਬ ਦੇ ਵਿੱਚ ਤਾਂ ਇਹ ਭਾਵੇਂ ਚਲਾਨ ਨਹੀਂ ਹੁੰਦਾ, ਪਰ ਚੰਡੀਗੜ੍ਹ ਦੇ ਵਿੱਚ 10-10,000 ਰੁਪਏ ਜੁਰਮਾਨਾ ਹੈ। ਕੁਲਦੀਪ ਸਿੰਘ SSP ਨੇ ਉਹਨਾਂ ਨੇ ਦੱਸਿਆ ਕਿ ਲੋਕ ਪ੍ਰਾਈਵੇਟ ਡੀਲਰਾਂ ਤੋਂ ਪਲੇਟਾਂ ਲਗਵਾ ਰਹੇ ਨੇ, ਇਹ ਗਲਤ ਹੈ। ਇਹਦੇ 'ਤੇ ਕੇਸ ਵੀ ਦਰਜ ਹੁੰਦਾ। ਹਾਈ ਸਕਿਉਰਿਟੀ ਪਲੇਟਾਂ ਨਵੀਆਂ ਪੁਰਾਣੀਆਂ ਦੋਨੋਂ ਤਰ੍ਹਾਂ ਦੀਆਂ ਗੱਡੀਆਂ 'ਤੇ ਜ਼ਰੂਰੀ ਨੇ। ਕੋਈ ਵੀ ਵਾਹਨ ਚਾਲਕ ਨੰਬਰ ਪਲੇਟ ਜੋ ਜਾਲੀ ਲਗਵਾ ਚੁੱਕੇ ਨੇ, ਤੁਰੰਤ RTA ਆਫਿਸ ਵਿੱਚ ਨਿਯਮਾਂ ਅਨੁਸਾਰ ਹਾਈ ਸਕਿਉਰਿਟੀ ਪਲੇਟ ਦੇ ਲਈ ਅਪਲਾਈ ਕਰਨ। ਇਸ ਸਬੰਧੀ ਵਿਭਾਗ ਵੀ ਇਸ 'ਤੇ ਸਖ਼ਤ ਕਾਰਵਾਈ ਕਰਨ ਜਾ ਰਿਹਾ। ਸੋ ਦੋਸਤੋ, 500-600 ਰੁਪਈਏ ਖਰਚਾ, ਸਿੱਧੇ ਤੁਸੀਂ ਜਾਓ ਉੱਥੇ ਜਾ ਕੇ RTO ਦਫ਼ਤਰ ਦੇ ਵਿੱਚ, DTO ਦਫ਼ਤਰ ਦੇ ਵਿੱਚ ਸੁਵਿਧਾ ਸੈਂਟਰ ਦੇ ਰਾਹੀਂ ਅਪਲਾਈ ਕਰੋ ਅਤੇ ਉੱਥੇ ਜਾ ਕੇ ਤਾਰੀਖ ਤੁਹਾਨੂੰ ਦਿੱਤੀ ਜਾਂਦੀ ਹੈ, ਉੱਥੇ ਜਾ ਕੇ ਪਲੇਟ ਲਗਵਾ ਲਓ। ਕਈ ਲੋਕ ਪੰਜਾਬ 'ਚ ਵੀ ਨੇ, ਅਪਲਾਈ ਕਰ ਦਿਓ ਘਰ ਆ ਕੇ ਲਾ ਜਾਂਦੇ ਨੇ, ਉਹ ਵੀ ਡਾਊਟਫੁੱਲ ਹੈ। ਸੋ ਇਨ੍ਹੀਂ ਦਿਨੀ ਇਹ ਕੰਮ ਧੜੱਲੇ 'ਤੇ ਚੱਲ ਰਿਹਾ। ਚਲਾਣ ਚੰਡੀਗੜ੍ਹ 'ਚ ਬਹੁਤ ਹੋ ਰਹੇ ਨੇ, ਪਹਿਲੀ ਵਾਰੀ 3,000 ਚਲਾਣ ਹੈ 2-ਵੀਲਰ ਦਾ, ਅਤੇ 4-ਵੀਲਰ ਦਾ 5,000 ਰੁਪਏ। ਦੂਜੀ ਵਾਰੀ ਇਹ ਚਲਾਣ 2-ਵੀਲਰ ਦਾ 6 ਅਤੇ 4-ਵੀਲਰ ਦਾ 10,000 ਰੁਪਏ। ਇਸ ਤੋਂ ਬਚਣ ਦੀ ਜ਼ਰੂਰਤ ਹੈ ਅਤੇ ਅਸੀਂ ਵੀ ਥੋੜ੍ਹਾ ਜਿਹਾ ਆਦੀ ਨਹੀਂ ਹੈ। ਅਤੇ ਕੱਲ੍ਹ ਪੰਜਾਬ ਦੇ ਵਿੱਚ ਕਾਫੀ ਭਰਵੀਂ ਬਾਰਿਸ਼ ਹੋਈ ਹੈ ਅਤੇ ਜਿਸ ਕਰਕੇ ਤਾਪਮਾਨ 28 ਡਿਗਰੀ ਤੱਕ ਡਿੱਗ ਗਿਆ, ਵੱਧ ਤੋਂ ਵੱਧ 33 ਅਤੇ ਘੱਟੋ ਘੱਟ 28 ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਈ ਹੈ ਅਤੇ ਹੁਣ ਮੌਨਸੂਨ 17 ਤਰੀਕ ਤੱਕ ਕਮਜ਼ੋਰ ਰਹੇਗਾ। 17 ਤਰੀਕ ਤੱਕ ਪੰਜਾਬ ਦੇ ਵਿੱਚ ਤਾਪਮਾਨ ਜਿਹੜਾ ਉਹ ਥੋੜ੍ਹਾ ਹੁੰਮਸ ਵਾਲਾ ਰਹੇਗਾ। ਅਤੇ ਉੱਧਰ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਦੀ ਤਰਫੋਂ ਆਲ ਇੰਡੀਆ ਕਿਸਾਨ ਕਾਂਗਰਸ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਸਬੰਧੀ ਕਾਂਗਰਸ ਕਮੇਟੀ ਦੇ ਸੰਸਦੀ ਸਕੱਤਰ ਕੇ ਵੇਣੁਗੋਪਾਲ ਦੀ ਤਰਫੋਂ ਉਨ੍ਹਾਂ ਨੂੰ ਇਹ ਪੱਤਰ ਜਾਰੀ ਕੀਤਾ ਗਿਆ, ਜਾਣੀ ਕਿ ਕਾਂਗਰਸ ਪਾਰਟੀ ਦੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਬਣਾ ਦਿੱਤੇ ਗਏ ਨੇ। ਸੁਖਪਾਲ ਸਿੰਘ ਖਹਿਰਾ ਨੂੰ ਇਹ ਅਹੁਦਾ ਮਿਲਿਆ। ਕੋਰੋਨਾ ਅੱਜ ਕੱਲ੍ਹ ਕਾਫੀ ਹੈ, ਜੇਲ੍ਹ 'ਚ ਵੀ ਕੋਰੋਨਾ ਹੋ ਰਿਹਾ। ਬਲਵੰਤ ਸਿੰਘ ਰਾਜੋਆਣਾ ਵੀ ਕੋਰੋਨਾ ਪੀੜਤ ਹੋ ਗਏ ਨੇ, ਉਨ੍ਹਾਂ ਦਾ ਵੀ ਕੋਰੋਨਾ ਟੈਸਟ ਪਾਜ਼ੇਟਿਵ ਆਇਆ। ਇਸ ਸਬੰਧੀ ਮੋਹਾਲੀ 'ਚ ਸਭ ਤੋਂ ਜ਼ਿਆਦਾ ਕੋਰੋਨਾ 62 ਕੇਸ ਆਏ ਨੇ, ਲੁਧਿਆਣਾ 'ਚ 47 ਨੇ, ਪਟਿਆਲਾ 'ਚ 23 ਨੇ। ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਨੇ। ਪੰਜਾਬ ਦੇ ਵਿੱਚ ਕੱਲ੍ਹ 247 ਲੋਕਾਂ ਨੂੰ ਕੋਰੋਨਾ ਹੋਣ ਦੀਆਂ ਖ਼ਬਰਾਂ ਨੇ, ਅਤੇ ਇਸ ਕਰਕੇ ਇਸ ਵਿੱਚ ਬਚਣ ਦੀ ਬਹੁਤ ਜ਼ਰੂਰਤ ਹੈ। ਬਚ ਬੁਰੇ ਹਾਲਾਤਾਂ ਤੋਂ, ਪੱਤਾ ਪੱਤਾ
ਬੰਦਿਆਂ ਦਾ ਬੈਰੀ ਹੋਇਆ ਪਿਆ ਜੀ, ਸਮਝਣਾ ਚਾਹੀਦਾ। ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਨੇ, ਸਿਆਟਲ ਇਲਾਕੇ ਦੇ ਲੋਕ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤਾਂ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਅੱਛੇ ਵੇਜ਼ ਅਦਾ ਕਰਦੇ ਨੇ। ਸੋ ਡਰਾਈਵਿੰਗ ਦੀ ਜੋਬ ਦੇ ਵਾਸਤੇ ਤੇ ਸਿਆਟਲ ਦੇ ਲੋਕਲ ਲੋਡ ਵਾਸਤੇ ਤੁਸੀਂ ਸੰਪਰਕ ਕਰਨਾ। ਜਗਦੇਵ ਸਿੰਘ ਸੰਧੂ ਹੋਰਾਂ ਦਾ ਨੰਬਰ ਨੋਟ ਕਰ ਲਓ, ਨੰਬਰ ਹੈ ਜਗਦੇਵ ਸਿੰਘ ਸੰਧੂ ਹੋਰਾਂ ਦਾ 253-266-6969-24, 253-266-6924, ਤੇ ਗੈਰੀ ਧਾਲੀਵਾਲ ਦਾ ਨੰਬਰ 206-354-4060, 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ। ਸਿਆਟਲ ਦੇ ਲੋਡ ਅਤੇ ਡਰਾਈਵਿੰਗ ਦੀ ਜੋਬ ਦੇ ਵਾਸਤੇ ਹਮੇਸ਼ ਯਾਦ ਰੱਖੋ ਵਾਸ਼ਿੰਗਟਨ ਫੀਲਡ ਸਰਵਿਸ। ਇਸੇ ਤਰ੍ਹਾਂ ਡੈਲਸ ਟੈਕਸਸ ਇਲਾਕੇ ਦੇ ਵਿੱਚ ਅਗਰ ਤੁਸੀਂ ਕੋਈ ਕਮਰਸ਼ੀਅਲ ਜਾਂ ਘਰੇਲੂ ਪ੍ਰਾਪਰਟੀ ਖਰੀਦਣੀ ਹੈ ਤਾਂ ਯਾਦ ਰੱਖੋ ਡਾਕਟਰ ਜਸਪ੍ਰੀਤ ਸਿੰਘ ਮਾਵੀ। ਤੇ ਜੇ ਤੁਸੀਂ ਕ੍ਰੋਸ ਕੰਟਰੀ ਟਰੈਕਿੰਗ ਡਰਾਈਵਿੰਗ ਬਿਜ਼ਨਸ ਦੇ ਵਿੱਚ ਹੋ ਤਾਂ ਤੁਸੀਂ ਡੈਲਸ ਸੈਂਟਰਲ ਅਫੋਰਡੇਬਲ ਏਰੀਆ ਟੈਕਸਸ ਦੇ ਵਿੱਚ 3-5 ਲੱਖ ਕੀਮਤ ਦਾ ਵਧੀਆ ਘਰ ਲੈ ਸਕਦੇ ਹੋ ਤੇ ਲੋਨ ਆਦਿ ਦਾ ਪ੍ਰਬੰਧ ਵੀ ਤੁਹਾਡਾ ਕਰ ਦਿੰਦੇ ਨੇ। ਇਸ ਮੁਤਲਕ ਕਿਉਂਕਿ ਇਸ ਇਲਾਕੇ ਚ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੇ, ਤੁਹਾਡੇ ਲਈ ਵਧੀਆ ਰਿਹਾਇਸ਼ਗਾਹ ਸਾਬਤ ਹੋ ਸਕਦੀ ਹੈ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ। ਤੇ ਇਨਕਮ ਟੈਕਸ ਫ੍ਰੀ ਸਟੇਟ ਹੈ ਟੈਕਸਸ, ਤੇ ਤੁਸੀਂ ਸੰਪਰਕ ਕਰਨਾ ਡਾਕਟਰ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ ਨੰਬਰ ਹੈ 972-363-3700, ਸੈੱਲ ਫੋਨ ਹੈ ਜਸਪ੍ਰੀਤ ਸਿੰਘ ਮਾਵੀ ਹੋਰਾਂ ਦਾ। ਤੇ ਸੂਟੇ ਦਾ ਰੁਝਾਨ ਔਰਤਾਂ ਚ ਵੀ ਵੱਧ ਰਿਹਾ, ਬਦਲਦੇ ਲਾਈਫ ਸਟਾਈਲ ਕਾਰਨ ਸੂਟਾਂ ਪੰਜਾਬ ਚ ਵੀ ਲੋਕੀ ਤੇ ਬੀਬੀਆਂ ਬਹੁਤ ਲਾਉਣ ਲੱਗ ਪਈਆਂ ਨੇ। ਤੇ ਇਸ ਕਰਕੇ ਸਮੋਕਿੰਗ ਔਰਤਾਂ ਤੇ ਬਹੁਤ ਅਸਰ ਪਾ ਰਹੀ ਹੈ, ਤੇ ਸਮੋਕਿੰਗ ਦੇ ਕਾਰਨ ਔਰਤਾਂ ਤੇ ਬੰਦਿਆਂ ਦੇ ਵਿੱਚ ਵਿਸ਼ੇਸ਼ ਕਰਕੇ ਮੋਟਾਪਾ ਬਹੁਤ ਆ ਰਿਹਾ। ਐਕਸਰਸਾਈਜ਼ ਦੀ ਕਮੀ ਦੇ ਕਾਰਨ ਗਰਭ ਧਾਰਨ ਕਰਨ ਦੀ ਸਮੱਸਿਆ ਵੀ ਆ ਰਹੀ ਹੈ। IVF ਕੇਸ ਲਗਾਤਾਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੱਧ ਰਹੇ ਨੇ। ਇਸ ਸਬੰਧੀ ਕਿਉਂਕਿ ਲੋਕਾਂ ਦੇ ਲਾਈਫ ਸਟਾਈਲ ਚੇਂਜ ਹੋ ਗਏ, ਲੋਕੀ ਚਟਪਟੇ ਖਾਣੇ ਖਾਣ ਲੱਗ ਗਏ, ਅੱਛੇ ਫਰੂਟ ਸਬਜ਼ੀਆਂ ਤੋਂ ਇਨਕਾਰੀ ਹੋ ਗਏ, ਸੋ ਇਸ ਕਰਕੇ ਗਰਭ ਧਾਰਨ ਕਰਨ ਦੀ ਸਮੱਸਿਆ ਬਹੁਤ ਸਾਰੀਆਂ ਪੰਜਾਬਣਾਂ ਨੂੰ ਆਉਣ ਲੱਗੀ ਹੈ। 50% ਕੇਸਾਂ ਦੇ ਵਿੱਚ ਅਗਰ ਮਹਿਲਾਵਾਂ ਸਿਹਤ ਦਾ ਧਿਆਨ ਰੱਖਦੀਆਂ ਨੇ ਤਾਂ 50% ਕੇਸ ਪੁਰਸ਼ ਇਸ ਦਾ ਕਾਰਨ ਬਣਦੇ ਨੇ। ਇਹੀ ਕਾਰਨ ਹੈ ਕਿ ਗਰਭ ਧਾਰਨ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਤੇ ਪੈਰ ਭਾਰੀ ਨਹੀਂ ਹੁੰਦੇ ਤੇ ਬੱਚਾ ਹੋਣ ਦੀ ਆਸ ਨਹੀਂ ਹੁੰਦੀ, ਕੋਠੇ ਤੇ ਕਿੱਕਰਾਂ ਨਹੀਂ ਹਰੀਆਂ ਹੁੰਦੀਆਂ ਤੇ ਬੜੀਆਂ ਸਮੱਸਿਆਵਾਂ ਨੇ। ਮਾਹਰਾਂ ਦਾ ਕਹਿਣਾ ਕਿ ਲੜਕੀਆਂ ਦੇ ਵਿੱਚ ਪਲਾਸਟਿਕ ਓਵਰੀ ਡਿਜ਼ੀਜ਼ PCDO ਦੇ ਕੇਸ 30% ਤੱਕ ਵਧੇ ਨੇ। ਅਗਰ ਅਜਿਹੇ ਸਮੇਂ ਇਲਾਜ ਨਾ ਹੋਵੇ ਤਾਂ ਸ਼ਾਦੀ ਤੋਂ ਬਾਅਦ ਇਹਨਾਂ ਲੜਕੀਆਂ ਦੇ ਗਰਭ ਧਾਰਨ ਕਰਨ ਦੀ ਪਰੇਸ਼ਾਨੀ ਵੱਧਦੀ ਹੈ। ਇੱਕ ਸਰਵੇ ਦੇ ਮੁਤਾਬਕ 10-6 ਸਾਲ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਦੇ ਵਿੱਚ PCOD ਯਾਨੀ ਕਿ ਪਲਾਸਟਿਕ ਓਵਰੀ ਡਿਜ਼ੀਜ਼ ਵੱਧ ਰਹੀ ਹੈ। 10 ਸਾਲ ਦੀ ਉਮਰ ਚ ਬੱਚੀਆਂ ਚ ਇਹ ਪ੍ਰੋਬਲਮ ਆਉਣ ਲੱਗੀ ਹੈ ਤੇ ਉਸ ਤੋਂ ਬਾਅਦ ਤਕਰੀਬਨ ਜਦੋਂ ਲੜਕੀਆਂ ਟੀਨਏਜ ਹੁੰਦੀਆਂ ਨੇ ਤੇ ਇਹ ਸਮੱਸਿਆ ਵੱਧ ਜਾਂਦੀ ਹੈ। ਫਿਰ 10-6 ਲੜਕੀਆਂ ਨੂੰ ਇਹ ਸ਼ਿਕਾਇਤ ਐਵਰੇਜ ਮਿਲ ਰਹੀ ਹੈ, ਯਾਨੀ ਕਿ 10-6 100-60% ਜਿਹੜੀਆਂ ਮੁਟਿਆਰਾਂ ਨੇ ਉਹਨਾਂ ਨੂੰ ਇਹ ਪਲਾਸਟਿਕ ਓਵਰੀ ਡਿਜ਼ੀਜ਼ ਦਾ ਖਤਰਾ ਵੱਧ ਰਿਹਾ। ਜੇ ਇਹਨਾਂ ਦਾ ਸਮੇਂ ਸਿਰ ਇਲਾਜ ਨਹੀਂ ਕਰਾਇਆ ਜਾਂਦਾ ਤੇ ਬੱਚੀਆਂ ਪ੍ਰੈਗਨੈਂਟ ਨਹੀਂ ਹੁੰਦੀਆਂ। ਇਸ ਸਬੰਧੀ ਡਾਕਟਰ ਗੁਰਸਿਮਰਨ ਗੈਨੋਕੋਲੋਜਿਸਟ ਨੇ ਉਹਨਾਂ ਦਾ ਮੰਨਣਾ ਕਿ ਗਲਤ ਕਿਸਮ ਦੀ ਖੁਰਾਕ ਖਾਣਾ, ਮਾੜੇ ਲਾਈਫ ਸਟਾਈਲ, ਸਮੋਕਿੰਗ, ਸਰੀਰਕ ਐਕਸਰਸਾਈਜ਼ ਨਾ ਕਰਨਾ, ਘਰੇਲੂ ਕੰਮ ਨਾ ਕਰਨਾ, ਗੋਡਿਆਂ ਭਾਰ ਨਾ ਬਹਿਣਾ, ਪੋਚੇ ਨਾ ਲਾਉਣਾ, ਜੇ ਪੰਜਾਬੀ ਭਾਸ਼ਾ ਚ ਕਹੀਏ, ਇਹ ਸਾਰੇ ਕਾਰਨ ਮੁਟਿਆਰਾਂ PCOD ਦਾ ਸ਼ਿਕਾਰ ਹੋ ਰਹੀਆਂ ਨੇ। PCOD ਦੀ ਵੱਧਦੀ ਸਮੱਸਿਆ ਨੂੰ ਅਗਰ ਕਾਬੂ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੀ ਫਿਰ ਪ੍ਰੈਗਨੈਂਸੀ ਨਹੀਂ ਹੁੰਦੀ। ਤੇ ਇਸ ਕਰਕੇ ਅਗਰ ਬੰਦਿਆਂ ਦੀ ਗੱਲ ਕੀਤੀ ਜਾਵੇ ਤੇ ਕਈ ਵਾਰ ਤਾਂ ਬੰਦੇ ਬਹੁਤ ਜ਼ਿਆਦਾ ਜਿਮ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਡਾਇਟਿੰਗ ਕਰ ਲੈਂਦੇ ਨੇ ਜਾਂ ਫਿਰ ਪ੍ਰੋਟੀਨ ਬਹੁਤ ਜ਼ਿਆਦਾ ਲੈਂਦੇ ਨੇ, ਵਰਕ ਸ਼ਡਿਊਲ ਬਹੁਤ ਜ਼ਿਆਦਾ ਵੱਧ ਗਿਆ। ਇਸ ਕਾਰਨ ਜਿਹੜਾ ਸਪਰਮ ਲੈਵਲ ਹੈ ਉਹਨਾਂ ਦੇ ਵਿੱਚ ਮਰਦਾਨਗੀ ਕਹਿ ਲਈਏ ਜਾਂ ਬੱਚੇ ਜਨਣ ਦੀ ਸ਼ਕਤੀ ਉਹ ਘੱਟ ਰਹੀ ਹੈ। ਸੋ ਇਸ ਕਰਕੇ ਇਹ ਔਰਤਾਂ ਤੇ ਮਰਦਾਂ ਦੋਨਾਂ 'ਚ ਇਹ ਸਮੱਸਿਆਵਾਂ ਆ ਰਹੀਆਂ ਨੇ, ਖਾਸ ਕਰਕੇ ਸਮੋਕਿੰਗ ਇਹਦਾ ਬਹੁਤ ਵੱਡਾ ਕਾਰਨ ਹੈ। ਹਾਲਾਂਕਿ ਤੁਸੀਂ ਵੇਖੋ ਚਲੋ ਸਿੱਖ ਸਮਾਜ ਦਾ ਇਹ ਤੋਂ ਥੋੜ੍ਹਾ ਬਚਿਆ ਹੋਇਆ, ਪਰ ਹਿੰਦੂ ਸਮਾਜ ਦੇ ਵਿੱਚ ਤਾਂ ਸਮੋਕਿੰਗ, ਮੁਸਲਮਾਨ ਸਮਾਜ ਦੇ ਵਿੱਚ ਸਿਗਰਟ ਨੋਸ਼ੀ ਇੱਕ
ਸ਼ਹਾਨਾ ਆਦਤ ਸਮਝੀ ਜਾਂਦੀ ਹੈ ਜਿਹੜੀ ਕਿ ਬਹੁਤ ਬੁਰੀ ਹੈ। ਉਸ ਤੋਂ ਬਾਅਦ ਫਿਰ ਸੂਟਾ ਡਰੱਗ ਦਾ ਲੱਗਣ ਲੱਗ ਪੈਂਦਾ। 17 ਨੰਬਰ ਵੈਲਕਮ ਜੀ। ਨਮਸਕਾਰ ਡਾਕਟਰ ਸਾਹਿਬ, ਮੈਂ ਲਖਵਿੰਦਰ ਬੋਲਦਾ ਝੰਡਾ ਖੁਰ ਜੀ। ਲਖਵਿੰਦਰ ਭਾਜੀ ਝੰਡਾ ਖੁਰ ਤੋਂ ਸਵਾਗਤ ਹੈ ਤੁਹਾਡਾ। ਸਰ, ਇੱਕ ਪਹਿਲਾਂ ਗੱਲ ਆਈ ਸੀ ਚੋਣਾਂ ਤੋਂ ਪਹਿਲਾਂ ਵੀ ਭਗਵੰਤ ਮਾਨ ਦੀਆਂ ਕਾਫੀ ਸਾਰੀਆਂ ਵੀਡੀਓ ਨੇ ਜੋ ਆਉਣ ਵਾਲੇ ਸਮੇਂ ਦੇ ਵਿਚ ਆ ਸਕਦੀਆਂ ਨੇ। ਖੁਦ ਵੀ ਮੰਨਦੇ ਸੀ, ਕਹਿੰਦੇ ਸਾਡੀਆਂ 65 ਵੀਡੀਓ ਨੇ, ਕੇਜਰੀਵਾਲ ਸਾਹਿਬ ਨੇ 65 ਵੀਡੀਓ ਨੇ, ਤੇ ਇਹਦਾ ਮਤਲਬ ਇਹ ਵੀ ਅਕਾਲੀ ਤੇ ਕਾਂਗਰਸੀਆਂ ਕੋਲ ਤਾਂ ਹੈ ਨੀ, ਕਿਉਂਕਿ ਜੇ ਉਹਨਾਂ ਕੋਲ ਹੁੰਦੀਆਂ ਫਿਰ ਚੋਣਾਂ ਚ ਬਾਹਰ ਆ ਜਾਂਦੀ, ਹੋਰ ਉਹਨਾਂ ਨੇ ਕਦੋਂ ਵਰਤਣੀਆਂ ਨੇ? ਇਹਦਾ ਮਤਲਬ ਉਹ ਜਾਂ ਤਾਂ ਦਿੱਲੀ ਪਾਰਟੀ ਕੋਲ ਨੇ, ਤੇ ਦੂਜੀ ਗੱਲ ਇਹ ਹੈ ਕਿ ਵੀਡੀਓ ਤਾਂ ਤਾਂ ਹੀ ਬਣੀਆਂ ਨਾ ਜੇ ਉੱਥੇ ਤੁਸੀਂ ਐਕਟਿੰਗ ਕੀਤੀ, ਤਾਂ ਜੇ ਐਕਟਿੰਗ ਕੀਤੀ ਨਹੀਂ ਹੈ, ਤੁਸੀਂ ਕਿਸੇ ਗਲਤ ਹਾਲਾਤ ਚ ਬੜਾ ਕੁਛ ਵਾਇਰਲ ਹੋ ਰਿਹਾ। ਅਸਲ ਚ ਜਿਹੜੇ ਇਹਨਾਂ ਦੇ ਆਪਣਾ ਲਖਵਿੰਦਰ ਬਾਈ ਜੀ ਯਾਰ ਦੋਸਤ ਹੀ ਨੇ, ਉਹ ਯਾਰ ਮਾਰ ਕਰ ਰਹੇ ਨੇ, ਕੋਈ ਦੋਰਾਵਾਂ ਨਹੀਂ ਹੈ। ਕਈ ਇਹਨਾਂ ਦੇ ਨਾਲ ਸੀਗੇ ਭਗਵੰਤ ਹੋਰਾਂ ਦੇ, ਬੜੀਆਂ ਪੋਸਟਾਂ ਪੈ ਰਹੀਆਂ ਨੇ, ਮੈਂ ਜ਼ਿਕਰ ਨਾ ਕਰਾਂ, ਜਿਨ੍ਹਾਂ ਨੇ ਪਹਿਲਾਂ ਵੀ ਪਾਈਆਂ ਸੀ। ਕੋਈ ਕਿਸੇ ਨਾਲ ਜੋੜਦਾ, ਕੋਈ ਕਿਸੇ ਗੁੱਡੀ ਨਾਲ ਨਾ ਜੋੜਦਾ, ਬੜਾ ਕੁਛ ਚੱਲ ਰਿਹਾ ਸੋਸ਼ਲ ਸਾਈਟਸ ਤੇ। ਉਹ ਅਜੇ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ, ਉਹ ਜਿਹੜੇ ਜਾਣਦੇ ਨੇ ਉਹਨਾਂ ਕੋਲ ਹੀ ਹੈ। ਸੋ ਇਸ ਦੌਰਾਨ ਕਿਤੇ ਨਾ ਕਿਤੇ ਤੁਸੀਂ ਆਪਣੀ ਨਿੱਜੀ ਲਾਈਫ ਦੇ ਵਿੱਚ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਲੋੜ ਤੋਂ ਜ਼ਿਆਦਾ ਕਰਦੇ ਹੋ, ਤੇ ਜਾਂ ਫਿਰ ਤੁਹਾਡੇ ਫਰੈਂਡ ਸਰਕਲ ਚ ਕੋਈ ਇੱਦਾਂ ਦੇ ਲੋਕ ਨੇ ਤੇ ਉਹਨਾਂ ਵੱਲੋਂ ਵੀ ਇਹ ਲੀਕ ਹੋ ਰਹੀਆਂ ਨੇ, ਉਹਨਾਂ ਵੱਲੋਂ ਵੀ ਬਲੈਕਮੇਲਿੰਗ ਹੋ ਰਹੀ ਹੈ। ਇਸੇ ਕਰਕੇ ਮੈਂ ਤਾਂ ਆਖਿਆ ਸੀ ਕਿ ਬਹੁਤ ਵਧੀਆ ਹੋ ਗਿਆ ਜਿਹੜਾ ਡਾਕਟਰ ਗੁਰਪ੍ਰੀਤ ਨਾਲ ਉਹਨਾਂ ਦੀ ਸ਼ਾਦੀ ਹੋ ਗਈ, ਤੇ ਅਗਰ ਸ਼ਾਦੀ ਨਾ ਹੁੰਦੀ ਤਾਂ ਵਿਵਾਦ ਬਹੁਤ ਵੱਡੇ ਹੋਣੇ ਸੀ। ਤੇ ਚਲੋ ਵਿਆਹ ਹੋ ਗਿਆ ਤੇ ਹੁਣ ਐਰੇ ਗੈਰੇ ਦੀ ਉੱਥੇ ਐਂਟਰੀ ਘੱਟ ਜੂਗੀ। ਇਹ ਪੰਜਾਬ ਦੇ ਲਈ ਬਿਹਤਰ ਹੈ, ਭਗਵੰਤ ਮਾਨ ਦੇ ਲਈ ਬਿਹਤਰ ਹੈ ਜੀ। ਧੰਨਵਾਦ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸੋ ਇਸ ਕਰਕੇ ਪਰਿਵਾਰ ਅੱਛਾ ਹੁੰਦਾ, ਅੱਛੀ ਔਰਤ ਹੁੰਦੀ ਹੈ, ਉਹ ਤੁਹਾਡਾ ਅੱਗਾ ਸਵਾਰ ਦਿੰਦੀ ਹੈ। ਸੋ ਇਸ ਕਰਕੇ ਕੰਪੈਨੀਅਨ ਦਾ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਮਾਨਸਿਕ ਸਰੀਰਕ ਸਟ੍ਰੈਸ ਬੱਚੇ ਨੂੰ ਹੁੰਦੇ ਨੇ, ਖਾਸ ਕਰਕੇ ਇਸ ਤਰ੍ਹਾਂ ਦੇ ਕੈਰੀਅਰ ਦੇ ਵਿੱਚ, ਇਸ ਤਰ੍ਹਾਂ ਦੇ ਸਿਆਸੀ ਦੌਰ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਹਨਾਂ ਦੇ ਬਾਰੇ ਸਾਨੂੰ ਤਿਆਰ ਰਹਿਣਾ ਚਾਹੀਦਾ। ਤੇ ਅੱਛਾ ਮੌਕਾ ਮਿਲਿਆ ਤੇ ਕਿਤੇ ਨਾ ਕਿਤੇ ਉਸ ਨੂੰ ਗੁਆਉਣਾ ਨਹੀਂ ਚਾਹੀਦਾ। ਪੰਜਾਬ ਦੀ ਜਾਂ ਇਨਸਾਨੀਅਤ ਦੀ ਭਲਾਈ ਦੇ ਵਾਸਤੇ ਸਾਨੂੰ ਜਿਹੜੇ ਆਪਣੇ ਅਹਿਦ ਕਰਨੇ ਹੋਣਗੇ, ਬਹੁਤ ਸਾਰੀਆਂ ਆਪਣੀਆਂ ਜਿਹੜੀਆਂ ਲਗਜ਼ਰੀ ਲਾਈਫ, ਆਪਣੀਆਂ ਲਾਲਸਾਵਾਂ ਕੰਟਰੋਲ ਕਰਨੀਆਂ ਹੋਣਗੀਆਂ। ਤੇ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ, ਬੇਕਰਸ ਫੀਲਡ ਇਲਾਕੇ ਚ ਵਿਚਰ ਰਹੇ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ, ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ, ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ, ਇਹ ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ, ਡੀਜ਼ਲ ਪਾਓ, ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸ ਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ 6613047500, 6613047500 ਸੁਖੀ ਘੁੰਮਣ ਹੋਰਾਂ ਦਾ ਨੰਬਰ ਹੈ। ਤੇ ਇਸੇ ਤਰ੍ਹਾਂ ਜੈ ਘੁੰਮਣ ਹੋਰਾਂ ਦਾ ਨੰਬਰ ਵੀ ਤੁਸੀਂ ਨੋਟ ਕਰ ਲਓ, 6618588858 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਤੇ ਬਹੁਤ ਸਾਰੇ ਕਮੈਂਟ ਆਏ ਨੇ, ਮੈਂ ਜਾਣ ਤੋਂ ਪਹਿਲਾਂ ਉਹਨਾਂ ਤੇ ਵੀ ਨਜ਼ਰ ਮਾਰਾਂਗਾ। ਕੁਝ ਅਹਿਮ ਖਬਰਾਂ ਨੇ, ਤੁਸੀਂ ਗੱਲਬਾਤ ਕਰਨੀ ਹੋਵੇ ਤਾਂ ਲਾਈਨਾਂ ਇਸ ਵਕਤ ਖੋਲੀਆਂ ਨੇ। ਜੌਨੀ ਕਹਿੰਦਾ ਔਰਤਾਂ, ਜੌਨੀ ਦਮਨ ਜੀ ਕਹਿੰਦੇ ਔਰਤਾਂ ਬੰਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਨੇ, ਅਫੀਮ ਭੁੱਕੀ ਕੋਈ ਨਸ਼ਾ ਨਹੀਂ ਹੈ। ਉਹ ਭਰਾਵਾ ਜਿਹੜੇ ਅਡਿਕਟ ਹੋ ਗਏ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਹੈਂ, ਫਿਰ ਕੀ ਭਾਅ ਵਿਕਦੀ ਹੈ, ਗਿੱਡ ਨਹੀਂ ਨਿਕਲਦੀ। ਮੰਨ ਲਿਆ ਕਿ ਇਹਨਾਂ ਨੇ ਇੰਦਰਾ ਨੂੰ ਗੁਰੂ ਘਰ ਸੱਦਾ ਦਿੱਤਾ ਸੀ, ਇਹਨਾਂ ਦੀ ਗਲਤੀ ਸੀ ਕਿ ਇੰਦਰਾ ਨੂੰ ਇਹ ਹੱਕ, ਕਿ ਇਹ ਇੰਦਰਾ ਨੂੰ ਹੱਕ ਦਿੰਦੇ ਕਿ ਉਹ ਦਰਬਾਰ ਸਾਹਿਬ ਤੇ ਟੈਂਕ ਚੜਾਵੇ। ਦੇਖੋ ਉਹ ਬਾਈ ਜੀ ਜੋ ਵਾਪਰਿਆ ਬਹੁਤ ਗਲਤ ਹੈ, ਕੋਤਾਹੀਆਂ ਦੋਨਾਂ ਤਰਫਾਂ ਵੱਲੋਂ ਹੋਈਆਂ ਨੇ, ਉਹਨਾਂ ਵੱਲੋਂ ਵੀ ਜੋ ਕੀਤਾ ਗਿਆ ਉਹ ਗਲਤ ਸੀ, ਉਹਦਾ ਕੋਈ ਪ੍ਰਬੰਧ ਹੋਰ ਕੀਤਾ ਜਾ ਸਕਦਾ ਸੀ। ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਉੱਥੇ ਬੈਠਾ ਹੈ, ਕਿਸ ਆਧਾਰ ਤੇ ਉਹਨਾਂ ਦੀ ਕੈਬਨਿਟ ਉਹਨਾਂ ਨੂੰ ਕੈਸ਼ ਕਰਦੀ ਹੈ, ਉਹ ਵੀ ਗਲਤ ਸੀ। ਖਾਸ ਕਰਕੇ ਉਦੋਂ ਵੱਡੀ ਤਾਦਾਦ ਚ ਸੰਗਤ ਆਈ ਹੋਈ ਸੀ ਗੁਰਪ੍ਰੀਤ ਸਿੰਘ ਦੀ, ਤੇ ਉਸ ਸੰਗਤ ਨੂੰ ਸੁਰੱਖਿਅਤ ਕੱਢਿਆ ਜਾਣਾ ਵੀ ਜ਼ਰੂਰੀ ਸੀਗਾ।
ਤੇ ਉੱਥੇ ਕੋਈ ਨਾ ਕੋਈ ਹੋਰ ਆਪਰੇਸ਼ਨ ਨੂੰ ਰੂਪ ਦਿੱਤਾ ਜਾਣਾ ਚਾਹੀਦਾ ਸੀ, ਪਰ ਹਾਲਾਤ ਇੱਦਾਂ ਦੇ ਬਣੇ ਕਿ ਧਿਰ ਕਿਸੇ ਨੂੰ ਵੀ ਬਰੀ ਨਹੀਂ ਕਰ ਸਕਦੇ ਆਪਾਂ, ਗਲਤੀਆਂ ਦੋਨਾਂ ਧਿਰਾਂ ਵੱਲੋਂ ਹੋਈਆਂ ਨੇ ਤੇ ਵਿਚਲੇ ਜਿਹੜੇ ਦੁਸ਼ਮਣ ਸੀ, ਜਿਹੜੇ ਸਿਆਸੀ ਲੋਕ ਸੀ, ਉਹਨਾਂ ਦਾ ਇਹ ਤਾਣਾ ਬਣਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਧਰਮ ਕਿਸਮ ਦੇ ਵਿਅਕਤੀ ਸੀ, ਉਹਨਾਂ ਨੂੰ ਸਿਆਸਤ ਦੇ ਵਿੱਚ ਕੀ ਕੁਛ ਹੋ ਰਿਹਾ ਉਹਦੇ ਬਾਰੇ ਬਹੁਤਾ ਇਲਮ ਨਹੀਂ ਸੀਗਾ, ਇਹ ਗੱਲ ਮੰਨਣੀ ਪੈਗੀ। ਸਿਆਸੀ ਲੋਕ ਉਹਨਾਂ ਨੂੰ ਵਰਤ ਗਏ ਨੇ ਇਹਦੇ ਵਿੱਚ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਉਹ ਤਾਂ ਸੰਤ ਸੀ, ਜਾਣੀ ਜਾਣ ਸੀ, ਉਹ ਕਿਵੇਂ ਵਰਤੇ ਗਏ? ਬਾਈ ਜੀ, ਇੱਦਾਂ ਹੀ ਵਰਤੇ ਜਾਂਦੇ ਹੁੰਦੇ ਨੇ, ਸੱਚੇ ਸੁੱਚੇ ਲੋਕ ਹਮੇਸ਼ਾ ਵਰਤੇ ਜਾਂਦੇ ਹੁੰਦੇ ਨੇ। ਸਿਆਸਤ ਏਡੀ ਕੁਝ ਹੀ ਹੈ, ਤੇ ਉਹਨਾਂ ਦੀ ਸ਼ਹਾਦਤ ਹੋ ਗਈ, ਪੰਜਾਬ ਬਰਬਾਦ ਹੋਇਆ, ਕਿਸੇ ਅਕਾਲੀ ਦਾ ਨੁਕਸਾਨ ਹੋਇਆ, ਕਿਸੇ ਕਾਂਗਰਸੀ ਦਾ ਨੁਕਸਾਨ ਹੋਇਆ, ਕਿਸੇ ਬੀਜੇਪੀ ਦੇ ਵੱਡੇ ਲੀਡਰ ਦਾ ਨੁਕਸਾਨ ਹੋਇਆ, 84 ਦੇ ਵਿੱਚ, 47 ਦੇ ਵਿੱਚ ਕਿਸੇ ਵੱਡੇ ਕਾਰੋਬਾਰੀ ਦਾ ਨੁਕਸਾਨ ਹੋਇਆ। ਨੁਕਸਾਨ ਕਿਹਦਾ? ਮਾਤੜਾਂ ਦਾ, ਜਿਹਨਾਂ ਨੂੰ ਕੌਮ ਦਾ ਫਤੂਰ ਪੈ ਜਾਂਦਾ ਉਲਟਾ, ਕਿ ਕੌਮ ਲਈ ਆਹ ਕਰ ਦਿਓ, ਕੌਮ ਲਈ ਆਹ ਕਰ ਦਿਓ। ਸੋ ਇਸ ਕਰਕੇ ਉਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ ਕਿ ਵਕਤ ਦੇ ਨਾਲ ਸਾਨੂੰ ਸਿਆਣੇ ਹੋਣਾ ਚਾਹੀਦਾ ਕਿ ਸਿਆਸਤਦਾਨ ਸਾਨੂੰ ਕਿੱਦਾਂ ਵਰਤਦੇ ਨੇ। ਹੁਣ ਵੀ ਆਹ ਡੇਰਾ ਵਿਵਾਦ ਨੂੰ ਲੈ ਕੇ ਇਹੀ ਕੁਛ ਹੋ ਰਿਹਾ। ਗੱਲ ਕੀ ਹੈ ਨਾ ਕਿ ਸਾਡੇ ਆਪਣੇ ਮਨਾਂ 'ਚੋਂ ਵੀ ਆਪਣਾ ਧਰਮ ਅਤੇ ਆਪਣਾ ਮੁੰਡਾ ਇਹ ਚੀਜ਼ ਨਹੀਂ ਛੁੱਟਦੀ। ਧਰਮ ਦੂਸਰੇ ਦਾ ਵੀ ਬਿਹਤਰ ਹੋ ਸਕਦਾ, ਧਰਮ ਤੁਹਾਡੇ 'ਚ ਵੀ ਬੁਰਾਈਆਂ ਹੋ ਸਕਦੀਆਂ ਨੇ, ਮੁੰਡੇ ਤੁਹਾਡੇ 'ਚ ਵੀ ਵੈਲ ਹੋ ਸਕਦੇ ਨੇ। ਆਪਣਾ ਮੁੰਡਾ, ਆਪਣਾ ਮਜ਼ਹਬ ਹੀ ਮੁਕੱਦਸ ਨਹੀਂ ਹੁੰਦਾ, ਉਹਦੇ ਵਿੱਚ ਵੀ ਕਮੀਆਂ ਖਾਮੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਹ ਜਿਹੜਾ ਸਾਰਾ ਸਿਲਸਿਲਾ ਚੱਲਦਾ, ਇਹਦੇ 'ਚੋਂ ਖੱਟਿਆ ਕੀ ਆ? ਅਸੀਂ ਪਹਿਲਾਂ ਕਿੰਨੇ ਪੁੱਤ ਮਰਾਏ, ਬਰਗਾੜੀ 'ਚ ਕੀ ਵਾਪਰਿਆ, ਉਸ ਤੋਂ ਬਾਅਦ ਹਾਲਾਤ ਕੀ ਹੋਏ ਨੇ? ਆ ਭੈਣ ਸਰਬਜੀਤ ਕੌਰ ਨੇ ਲਿਖਿਆ ਕਿ ਭੁੱਕੀ ਵੇਚਣ ਵਾਲੀਆਂ ਤੀਵੀਆਂ ਨੂੰ ਵਾਹਿਗੁਰੂ ਸਮੱਤ ਬਖਸ਼ੇ, ਇਹਨਾਂ ਨੇ ਕੌਰ ਨੂੰ ਵੀ ਕਲੰਕ ਲਾ ਦਿੱਤਾ। ਤੇ ਹੁਣ ਕੋਈ ਏਦਾਂ ਦੀ ਔਰਤ ਕੌਰ ਲਿਖਿਆ ਹੋਵੇ, ਬਾਣਾ ਪਾਇਆ ਹੋਵੇ, ਪੁਲਿਸ ਵਾਲੇ ਚਾਰ ਮਰਨ ਪਟੇ, ਤੇ ਸਾਰੀ ਕੌਮ ਇਕੱਠੀ ਹੋ ਜਾਂਦੀ ਹੈ, ਦੇਖੋ ਜੀ ਔਰਤ 'ਤੇ ਤਸ਼ੱਦਦ, ਸਿੱਖ ਬੀਬੀਆਂ 'ਤੇ ਤਸ਼ੱਦਦ, ਹਿੰਦੂ ਬੀਬੀਆਂ 'ਤੇ ਤਸ਼ੱਦਦ। ਪਰ ਕੀ ਤੁਸੀਂ ਗਰੰਟੀ ਲੈ ਸਕਦੇ ਹੋ ਕਿ ਉਹ ਸਾਰੇ ਦੁੱਧ ਧੋਤੇ ਹੋ ਸਕਦੇ ਆ? ਬੁਰਕਾ ਪਾਇਆ, ਬੁਰਕੇ ਦੀ ਆੜ 'ਚ ਕੀ ਕੁਛ ਕਰ ਰਿਹਾ ਕੋਈ? ਸੋ ਇਸ ਕਰਕੇ ਕਰਨ ਵਾਲਿਆਂ ਨੇ ਤਾਂ ਪਵਿੱਤਰ ਗ੍ਰੰਥ ਨਹੀਂ ਛੱਡੇ, ਉਹਨਾਂ ਗ੍ਰੰਥਾਂ ਦੇ ਵਿੱਚ ਜਿਹੜਾ ਨਸ਼ੇ ਪਾ ਪਾ ਕੇ ਵੇਚੇ ਨੇ, ਹੈਗੇ ਨੇ ਬਾਹਰ ਬਥੇਰੇ, ਤੁਹਾਡੇ ਸਾਹਮਣੇ ਨੇ, ਸਭ ਜਾਣਦੇ ਆ ਲੋਕੀ। ਸੋ ਉਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ। ਵਸੋ ਤੇ ਵਸਣ ਦਿਓ। ਸੋ ਸਿਆਸਤਦਾਨ ਨੇ ਬੇਅਦਬੀ ਨੂੰ ਲੈ ਕੇ ਸਰਕਾਰਾਂ ਬਣਦੀਆਂ ਤੇ ਟੁੱਟਦੀਆਂ ਨੇ। ਉਹ ਇੱਕ ਬੜੇ ਅਫਸਰ ਨੇ ਪੁਰਾਣੇ, ਉਹਨਾਂ ਨੇ ਇੱਕ ਵਾਰੀ ਇੱਕ ਗੱਲ ਕਹੀ ਮੈਨੂੰ ਟੀਵੀ ਚੈਨਲ ਦੇ ਆਏ, ਕਹਿੰਦੇ ਜੀ ਦੇਖੋ ਸਿੱਖ ਕੌਮ ਨੂੰ ਤਬਾਹ ਕਰਾਉਣ ਦਾ ਜ਼ਰੀਆ ਕਿੱਡਾ ਸਸਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ। 700-800 ਕੇਸ ਵਾਪਰ ਗਏ ਨੇ, ਡਾਟਾ ਚੱਕ ਲਓ ਕਿ ਉਹ ਬੇਅਦਬੀ ਕਰਨ ਵਾਲਿਆਂ 'ਚ ਬਹੁਤੇ ਸਿੱਖ ਹੀ ਨੇ। ਕਿਸੇ ਨੇ ਪ੍ਰਧਾਨ ਹਟਾਉਣਾ, ਕਿਸੇ ਨੇ ਪ੍ਰਧਾਨ ਲਾਉਣਾ, ਕਿਸੇ ਨੇ ਕਿਸੇ ਨੂੰ ਫਸਾਉਣਾ, ਘਰ ਵਾਲੀ ਨੇ ਬੰਦੇ ਨੂੰ ਫਸਾਉਣਾ, ਬੰਦੇ ਨੇ ਘਰ ਵਾਲੀ ਨੂੰ ਬਦਨਾਮ ਕਰਨਾ, ਕਿਸੇ ਦੀ ਕੋਈ ਕੁੜੀ ਦਾ ਮਸਲਾ ਸੀ, ਗ੍ਰੰਥੀ ਨੇ ਉਹਦੇ ਪ੍ਰੇਮੀ ਨੂੰ ਫਸਾਉਣ ਵਾਸਤੇ ਬੇਅਦਬੀ ਕਰਾ ਦਿੱਤੀ, ਫੜੇ ਗਏ ਨੇ ਲੋਕ। ਕਿਸੇ ਪੁਜਾਰੀ ਨੇ ਕਹਿ ਦਿੱਤਾ ਕਿ ਤੇਰੇ ਤਾਂ ਕਿਰਪਾ ਨਹੀਂ ਹੁੰਦੀ, ਤਾਂ ਤੂੰ ਗੁੱਟ ਕੇ ਚੱਕ ਕੇ ਬਾਹਰ ਛੱਡ ਦੇ, ਅਤੇ ਗ੍ਰੰਥੀਆਂ ਨੇ ਚੱਕ ਕੇ ਉਹ ਗੁੱਟ ਕੇ ਬਾਹਰ ਛੱਡ ਦੇ ਅਤੇ ਗੁਰੂ ਗ੍ਰੰਥ ਸਾਹਿਬ ਦੇ, ਉਹ ਬੇਅਦਬੀ ਹੋ ਗਈ। ਕਰੋਗੇ ਕੀ ਬਾਈ ਜੀ? ਦੁਨੀਆਂ ਦਾ ਤੱਗ ਹਿੱਲ ਗਿਆ, ਤੱਗ ਸਤਿਕਾਰ ਹਿੱਲ ਗਿਆ ਲੋਕਾਂ ਦੇ ਮਨਾਂ 'ਚੋਂ। ਸੋ ਸਮਝਣਾ ਚਾਹੀਦਾ। ਅਤੇ ਯੂਟਿਊਬ 'ਤੇ ਮੈਂ ਨਜ਼ਰ ਮਾਰ ਲਾਂ, ਕਮੈਂਟਾਂ 'ਤੇ ਥੋੜ੍ਹੀ ਨਜ਼ਰ ਮਾਰ ਲਾਂ, ਕੋਈ ਖਾਸ ਕਮੈਂਟ ਹੁੰਦਾ ਕਈ ਵਾਰੀ ਉਹਦੇ ਪ੍ਰਤੀ ਜਵਾਬ ਦੇ ਹਾਂ। ਸਿੱਖੀ ਬਣੇ, ਸਿੱਖ ਬਣੇ, ਤਕੜੇ ਗੱਫੇ ਮਿਲਦੇ ਨੇ ਬਗਲੇ ਭਗਤਾਂ ਨੂੰ, ਬਿਲਕੁਲ ਵਧੀਆ ਗੇੜੇ ਗੂੜੇ ਲੱਗਦੇ ਨੇ। ਜਥੇਦਾਰ ਸਾਹਿਬ ਨੇ ਇੰਝ ਸੈਂਕੜੇ ਸਰੂਪਾਂ ਦਾ ਹਿਸਾਬ ਤਾਂ ਨਹੀਂ ਦੇ ਸਕਿਆ, ਲੋਕਾਂ ਨੂੰ ਨਸੀਹਤ ਦੇਣ ਲੱਗਿਆ ਅੱਜ। ਹਾਂ ਉਹ ਤਾਂ ਹੈ ਹੀ ਹੈ ਬਾਈ ਜੀ, ਹੁਣ ਪਤਾ ਹੀ ਹੈ ਕਿ ਜਥੇਦਾਰੀਆਂ ਸਰਕਾਰੀਆਂ ਕਿੱਧਰ ਨਿਭਦੀਆਂ ਨੇ, ਸਭ ਕੁਛ ਹੁੰਦਾ। ਸੋ ਲਓ ਦੋਸਤੋ, ਧੰਨਵਾਦ ਆਪ ਸਭ ਦਾ, ਅਤੇ ਮਿਹਰਬਾਨੀ, ਤੁਸੀਂ ਬਹੁਤ ਸਾਰੇ ਕਮੈਂਟ ਕੀਤੇ, ਸਾਡੇ ਸਪੋਂਸਰ ਦਾ, ਸਾਡੇ ਸਬਸਕ੍ਰਾਈਬਰ ਦਾ, ਸਭ ਦਾ ਧੰਨਵਾਦ। ਵਸੋ ਅਤੇ ਵਸਣ ਦਿਓ, ਹੱਸੋ ਅਤੇ ਹੱਸਣ ਦਿਓ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਵਾਣਾ ਆਪ ਸਭ ਸੱਜਣਾ ਤੋਂ ਇੱਥੇ ਹੀ ਆਗਿਆ ਚਾਹਾਂਗਾ। ਸ਼ਾਮੀ ਫਿਰ ਭਾਰਤੀ ਸਮਾਂ 7:30 ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਤੁਹਾਡਾ ਅਤੇ ਸਾਡਾ ਰੱਬ ਰਾਖਾ, ਸ਼ਬਾ ਖੈਰ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।